ਜਾਇਆ ਕਲੇ ਉਹ ਜਾਇਆ ਆ ਮਾਂ ਕਾਹਦਾ ਜਾਇਆ ਆ ਬਸ ਹਜਾ ਲਹਾ ਕੇ ਆਇਆ ਇੱਕ ਕਿਉਂ ਕੀ ਗੱਲ ਹੋ ਗਈ ਓਏ ਹੋਰ ਐਵੇਂ ਬਸ ਤੇਰੇ ਪਿੱਛੇ ਲੱਗ ਗਿਆ ਮੈਂ ਵੀ ਐਵੇਂ ਲੋਕਾਂ ਦੀ ਵਾਹ ਵਾਹ ਨੂੰ ਪੰਗਾ ਲੈ ਲਿਆ ਬਾਲੇ ਰੁਪਈਏ ਲਾ ਬੈਠੇ ਵਿਆਹ ਤੇ ਬਾਣੀਆਂ ਬੋਲਦਾ ਸੀ ਅੱਛਾ ਮਨਿੰਦਰ ਪਾਣੀ ਲਿਆ ਦੇ ਭਾਈ ਤੇਰੇ ਬਾਈ ਨੂੰ ਪਾਪਾ ਵੀ ਐਵੇਂ ਕਮਲੀ ਕੁੱਟਿਆ ਉਹ ਛੋਟੇ ਦਾ ਕਰਨਾ ਤਾਂ ਸੀ ਹਜੇ ਮੈਂ ਆਏ ਸੀ ਚੱਲ ਪਹਿਲਾਂ ਵਿਆਹ ਕਰਨ ਲੱਗੇ ਹੈਗੇ ਵੀ ਚੱਲ ਖਰਚਾ ਤਾਂ ਹੋਊਗਾ ਹੀ ਹੁਣ ਉਹ ਪਹਿਲਾਂ ਤਾਂ ਕਰਨਾ ਸੀ ਮਾਂ ਫੇਰ ਵੀ ਆਪਾਂ ਛੋਟੇ ਦੇ ਤੇ ਖਰਚਾ ਕਰ ਦਿੰਦੇ ਐਵੇਂ ਅੱਡੀਆਂ ਚੱਕ ਕੇ ਫਾਹਾ ਲੈ ਲਿਆ ਤੂੰ ਵੀ ਨਹੀਂ ਹਟੀ ਆਹ ਲੀੜੇ ਦੇਣੇ ਆ ਸਿਉਣਾ ਪਾਉਣਾ ਜਾਓ ਕਰਨਾ ਬਹੁ ਕਰਨਾ ਕਾਲੇ ਹੁਣ ਜਿਹੜਾ ਬਣਾ ਪੁੱਤ ਦੇਣ ਲੈਣ ਹੁੰਦਾ ਉਹ ਤਾਂ ਪੁੱਤ ਕਰਨਾ ਹੀ ਪੈਂਦਾ ਹੁੰਦਾ ਗਾ ਹੁਣ ਆਏ ਥੋੜ੍ਹੀ ਆ ਵੀ ਆਪਾਂ ਹੀ ਜਾ ਕੇ ਲਿਆਉਂਦੇ ਬਹੁ ਨੂੰ ਉਹ ਫੇਰ ਵੀ ਮੇਨ ਮੇਨ ਰਿਸ਼ਤੇਦਾਰ ਸੱਦੇ ਹੁੰਦੇ ਹੈ ਨਾਲ ਤਾਂ ਖਰਚਾ ਘੱਟ ਹੁੰਦਾ ਨਾਲੇ ਆਹ ਸਿਰ ਨਹੀਂ ਚੜ੍ਹਦੇ ਸੀ ਹੁਣ ਇੱਕ ਚੀਜ਼ ਦੇਖ ਲਈ ਜਿਹੜੀ ਪੰਜ ਸੱਤ ਕਿੱਲਿਆਂ ਦੀ ਫਸਲ ਹੈ ਨਾ ਉਸੇ ਪੈਸਿਆਂ 'ਚ ਕੱਟ ਜੂ ਬਣੀਆਂ ਫੇਰ ਤੁਰੇ ਫਿਰਾਂਗੇ ਸਾਲ ਭਰ ਚੱਲ ਕੋਈ ਨਹੀਂ ਪੁੱਤ ਕਰਜ਼ੇ ਤਾਂ ਚੜ੍ਹਦੇ ਲੈਂਦੇ ਹੁੰਦੇ ਹੈਗੇ ਨਾਲੇ ਆਪਾਂ ਵਿਆਹ ਕੀਤਾ ਗਾ ਕੋਈ ਹੋਰ ਖਰਾਬ ਤਾਂ ਨਹੀਂ ਕੀਤੇ ਪੈਸੇ ਆਪਾਂ ਉਹ ਤਾਂ ਗੱਲ ਮਾਂ ਤੇਰੀ ਠੀਕ ਆ ਪਰ ਫੇਰ ਵੀ ਮੈਂ ਇੱਕ ਐ ਮਨ ਨੂੰ ਤਸੱਲੀ ਦੇ ਲੈਣਾ ਵੀ ਜਦੋਂ ਦਾ ਪਿਓ ਮਰਿਆ ਇਹ ਨਿਘੇ ਨਿਘੇ ਸੀ ਇਹਨਾਂ ਨੂੰ ਮੂਹਰੇ ਲਾ ਕੇ ਮੈਂ ਪਾਲਿਆ ਹੈ ਬਸ ਇੱਕ ਐ ਮਨ ਨੂੰ ਖੜਾਉਣਾ ਵੀ ਚੱਲ ਇਹਨਾਂ ਦੀ ਖੁਸ਼ੀ ਤੇ ਉੱਤੇ ਕੀ ਆ ਇਹਨਾਂ ਮਾਰੇ ਨੇ ਤਾਂ ਮੈਂ ਨਹੀਂ ਵਿਆਹ ਕਰਾਇਆ ਮੈਂ ਆਖਿਆ ਜੇ ਕੋਈ ਮਾੜੇ ਸੁਭਾਅ ਦੀ ਆ ਗਈ ਨਾ ਇਹਨਾਂ ਨੂੰ ਤੋੜ ਦੂ ਇਹ ਰੁਲ ਜਾਣਗੇ ਫਿਰ ਉਹੀ ਤਾਂ ਗੱਲ ਆ ਪੁੱਤ ਹੁਣ ਤੂੰ ਹੀ ਕਰਨਾ ਸੀ ਹੋਰ ਕੌਣ ਆ ਕਰਨ ਵਾਲਾ ਤੂੰ ਹੀ ਮੂਹਰੇ ਲਾ ਕੇ ਕਰਨਾ ਸੀ ਜਦੋਂ ਤੂੰ ਵੱਡਾ ਘਰ 'ਚ ਉਹ ਪਰ ਥੋੜਾ ਜਿਹਾ ਆਪਾਂ ਸੋਚਣਾ ਦਾ ਸੀਗਾ ਜ਼ਿਆਦਾ ਖਰਚ ਹੋ ਗਿਆ ਹੈ ਹੁਣ ਦੂਜੇ ਦਾ ਕਰੀ ਬੈਠੇ ਹਾਂ ਜੇ ਸਵੇਰ ਨੂੰ ਉਹਨਾਂ ਨੇ ਕਹਿਤਾ ਵੀ ਭਾਈ ਹਾਂ ਹੁਣ ਲੈ ਲਓ ਵਿਆਹ ਫਿਰ ਕਿੱਥੋਂ ਪੈਸੇ ਫੜ ਧੜ ਕੇ ਕਰਾਂਗੇ ਇਹ ਵੀ ਤੇਰੀ ਗੱਲ ਸਹੀ ਹੈਗੀ ਚੱਲ ਆਏ ਹਾਂ ਹੁਣ ਆਪਾਂ ਇੱਕ ਵਾਰੀ ਖਰਚਾ ਜਿਹੜਾ ਕਰਨਾ ਸੀ ਕਰਤਾ ਹੁਣ ਅੱਗੇ ਤੋਂ ਆਪਾਂ ਉਹੋ ਜਿਹਾ ਕਰ ਲਾਂਗੇ ਨਾ ਬਾਹਲਾ ਇਕੱਠ ਕਰਾਂਗੇ ਮੈਂ ਤਾਂ ਐਂ ਕਹਿੰਦਾ ਸੀ ਹੈ ਵੀ ਜੇ ਇਹਨੂੰ ਪੁੱਛ ਲੈਂਦੇ ਆਪਾਂ ਮਨਿੰਦਰ ਨੂੰ ਵੀ ਕੀ ਕਹਿੰਦੀ ਆ ਇਹਦੇ ਪੇਕਿਆਂ ਨਾਲ ਕਰਦੀ ਗੱਲ ਹੁਣ ਤਾਂ ਆਪਾਂ ਚੁੰਨੀ ਚੜਾਵਾ ਹੀ ਕਰ ਲਾਂਗੇ ਮੈਂ ਤਾਂ ਐਂ ਕਹਿੰਦਾ ਹਾਂ ਤੇਰੀ ਇਹ ਵੀ ਗੱਲ ਸਹੀ ਹੈਗੀ ਕਾਹਨੂੰ ਬਾਹਲਾ ਖਰਚਾ ਕਰਨਾ ਗਾ ਪਹਿਲਾਂ ਹੋ ਗਿਆ ਬਥੇਰਾ ਹੋਰ ਕੀ ਆ ਹੁਣ ਇੱਕ ਦੇ ਵਿਆਹ ਤੇ ਲੋਕਾਂ ਨੂੰ ਭਾਈ ਖਵਾਤਾ ਜਾਇਆ ਜਾਂ ਖਾਧਾ ਸੀ ਹੁਣ ਵਾਰੀ ਵਾਰੀ ਆਏ ਅੱਡੀਆਂ ਚੱਕ ਕੇ ਫਾਹਾ ਲਿਆ ਸਵੇਰ ਨੂੰ ਜ਼ਮੀਨ ਵੇਚਣੀ ਪਊਗੀ ਹੈ ਮੁੜ ਕੇ ਤੁਰੇ ਫਿਰਨਗੇ ਡਬ ਡਬ ਕਰਦੇ ਪੁੱਛ ਲੈਨੇ ਫਿਰ ਮਨਿੰਦਰ ਨੂੰ ਹੋਰ ਕੀ ਆ ਲੋਕ ਤਾਂ ਹੀ ਕਹਿਣਗੇ ਵੀ ਬਾਹਲਾ ਸਿਆਣਾ ਬਣ ਕੇ ਮੂਹਰੇ ਲੱਗਿਆ ਸੀ ਹੁਣ ਕਿਹੜਾ ਇਹਨਾਂ ਦੀ ਜ਼ਮੀਨ ਰੱਖਤੀ ਮੈਂ ਤਾਂ ਇਸ ਗੱਲ ਤੋਂ ਡਰਦਾ ਵੀ ਮੇਰੀ ਤਾਂ ਚੱਲ ਜ਼ਿੰਦਗੀ ਖਰਾਬ ਕਰੀ ਆ ਮੈਂ ਤਾਂ ਆਪਦੀ ਇਹਨਾਂ ਪਿੱਛੇ ਪਰ ਇਹ ਤਾਂ ਕਿਸੇ ਰੋਟੀ ਸਿਰੇ ਹੋ ਜਾਣਾ ਪੁੱਛਾਂ ਮੈਂ ਬਾਜ ਮਾਰ ਕੇ ਮਨਿੰਦਰ ਨੂੰ ਉਹ ਮੇਰੇ ਸਾਹਮਣੇ ਤਾਂ ਕਾਹਨੂੰ ਪੁੱਛਣਾ ਸੌ ਜੇਫ ਬਣਦੀ ਆ ਮੇਰੀ ਤਾਂ ਹਨਾ ਬਾਕੀ ਕਾਹਨੂੰ ਪੜਦਾ ਚੱਕਣਾ ਆਪਦੇ ਘਰ ਦਾ ਤੂੰ ਇਹਨੂੰ ਬਜਾ ਜੀ ਨਾ ਪੁੱਛੀ ਕਹਿ ਪੁੱਤ ਆਪਾਂ ਹੁਣ ਤੇਰੇ ਵਿਆਹ ਤੇ ਸਾਰਾ ਕੁਛ ਕਰ ਲਿਆ ਹੁਣ ਕਹਿ ਤੇਰੀ ਭੈਣ ਦਾ ਜਦੋਂ ਤੁਸੀਂ ਵਿਆਹ ਦਿਓਗੇ ਹਨਾ ਵੀ ਆਪਾਂ ਤਾਂ ਚੁੰਨੀ ਚੜਾਵਾ ਹੀ ਕਰ ਲੈਂਦੇ ਹਾਂ ਕਾਹਨੂੰ ਖਰਚ ਕਰਨਾ ਅਗਲੇ ਨੂੰ ਐਂ ਲਾਲਚ ਦੇਈਦਾ ਹੁੰਦਾ ਵੀ ਨਾਲੇ ਤਾਂ ਤੁਹਾਡੇ 4 ਰੁਪਏ ਬਚ ਜਾਣਗੇ ਹੈ ਤੇ ਨਾਲੇ ਸਾਡੇ ਬਚ ਜਾਣਗੇ ਇਹ ਤਾਂ ਤੇਰੀ ਗੱਲ ਸਹੀ ਆ ਵੀ ਉਹੀ ਆਪਾਂ ਕੋਈ ਟੂਮ ਟਾਕੀ ਪਾ ਦਿਆਂਗੇ ਜੇ ਕੋਈ ਪਾਵਾਂਗੇ ਉਹ ਤਾਂ ਆਪਣੇ ਘਰ ਹੀ ਆਜੂ ਲੋਕਾਂ ਨੂੰ ਖਵਾਇਆ ਕਿਹੜਾ ਘਰੇ ਆਉਣਾ ਹਾਂ ਚੱਲ ਕੋਈ ਨਹੀਂ ਮੈਂ ਕਰੂੰਗੀ ਇਹਦੇ ਨਾਲ ਗੱਲ ਆਹੋ ਚੱਲ ਲੱਗਣ ਦੇ ਟਾਈਮ ਜਾ ਫਿਰ ਕਰਦੀ ਆ ਗੱਲ ਇਹਦੇ ਨਾਲ ਕੋਈ ਨਹੀਂ ਹੋਰ ਕੀ ਆ ਤੇ ਚੱਲ ਤੂੰ ਕਰੀ ਫਿਰ ਗੱਲ ਹੈ ਲਾਟੀ ਹਜੇ ਮੁੜਿਆ ਨਹੀਂ ਨਾ ਹਜੇ ਮੁੜਿਆ ਨਹੀਂ ਕੱਲ ਨੂੰ ਜਾਂ ਪਰਸੋਂ ਆਊਗਾ ਤਾਂ ਅੱਛਾ ਹਾਂ ਤੇ ਦੂਜਾ ਕਿਤੇ ਨਿਕਲਿਆ ਲਡੋਰ ਉਹ ਤੈਨੂੰ ਪਤਾ ਹੀ ਹੈ ਜਾਣਾ ਕਿੱਥੇ ਹੁੰਦਾ ਉਹ ਬੈਠਾ ਉੱਥੇ ਸੱਥ 'ਚ ਜਾ ਕੇ ਨਾਲੇ ਮੇਰੀ ਗੱਲ ਸੁਣ ਜੇ ਮੈਂ ਕਹਿਣਾ ਨਾ ਮੇਰਾ ਉਹ ਥੋੜ੍ਹਾ ਜਿਹਾ ਗੁੱਸਾ ਮੰਨਦਾ ਤੂੰ ਮਾੜਾ ਮੋਟਾ ਉਹਨੂੰ ਸਮਝਾਈ ਕਹਿ ਭਾਈ ਹੁਣ ਸਵੇਰ ਨੂੰ ਅਗਲਾ ਕੋਈ ਰਿਸ਼ਤੇ ਵਾਲਾ 100 ਬਾਹਰ ਅੰਦਰ ਟੱਕਰ ਜਾਂਦਾ ਹੁੰਦਾ ਕਿ ਨਾਲੇ ਤਾਂ ਆਦੀਆਂ ਕਰਤੂਤਾਂ ਸੁਧਾਰ ਲਾ ਹੈ ਅਤੇ ਨਾਲੇ ਆ ਸੱਥ 'ਚ ਬੈਠਣਾ ਖਹਿੜਾ ਛੱਡ ਦੇ ਕਿ ਕਿਤੇ ਨੂੰ ਹੱਥ ਪਾਲਿਆ ਕਰ ਨਾਲੇ ਹੁਣ ਇਹ ਸਾਰਾ ਕੁਛ ਦੇਖਦੀ ਆ ਇਹੀ ਤਾਂ ਗੱਲ ਆ ਮੈਂ ਕਿਹਾ ਸੀ ਉਹਨੂੰ ਪਰਸੋਂ ਮੇਰੀ ਤਾਂ ਮੈਨੂੰ ਤਾਂ ਚਾਰੇ ਚੱਕ ਕੇ ਪੈ ਗਿਆ ਮਾਂ ਤੂੰ ਤਾਂ ਉਹੀ ਮਾਰੀ ਜਾਂਦੀ ਆ ਪਕਾਈ ਉਹੀ ਮਾਰੀ ਜਾਂਦੀ ਆ ਮੈਂ ਉਹਨੂੰ ਕਿਹਾ ਸੀ ਮੈਂ ਜੇ ਇਹਨੂੰ ਮਾੜੀ ਮੋਟੀ ਕੋਈ ਭਿਣਕ ਲੱਗ ਗਈ ਜੇ ਅਗਲੀ ਨੇ ਜਾ ਕੇ ਪੇਕੇ ਗੱਲ ਕਰਤੀ ਫੇਰ ਕੀ ਬਣੂਗਾ ਓਏ ਉਹੀ ਤਾਂ ਗੱਲ ਆ ਹੁਣ ਤਾਂ ਹਜੇ ਵੀ ਪੜਦੇ 'ਚ ਹੀ ਰਹਿ ਜੇ ਨਾ ਗੱਲ ਤਾਂ ਵਧੀਆ ਲਪੇਟਾ ਹੋ ਜੇ ਤਾਂ ਚੱਲ ਘਰ ਬਾਜੂ ਆਪੇ ਸੁਧਰ ਜੂ ਹਾਂ ਚੱਲ ਕੋਈ ਨਹੀਂ ਮੈਂ ਕਰੂੰਗੀ ਇਹਦੇ ਨਾਲ ਗੱਲ ਚੱਲ ਤੂੰ ਹੁਣ ਫੇਰ ਵੀ ਮੈਥੋਂ ਵੱਡੀਆਂ ਸਮਝਦਾਰ ਆ ਮਾਂ ਗਈ ਸਾਡੀ ਤੂੰ ਗੱਲ ਨੂੰ ਨਾ ਚਾਰੇ ਪਾਸੇ ਢੱਕ ਕੇ ਰੱਖੀ ਹੁਣ ਇਹਦੇ ਨਾਲ ਵੀ ਬਜਾਣਾ ਗੱਲ ਕਰ ਲਈ ਉਹਦੇ ਨਾਲ ਮੈਂ ਵੀ ਦੇਖੂ ਗੱਲ ਕਰਕੇ ਹੈਗਾ ਤੇ ਉਹਨੂੰ ਤੂੰ ਵੀ ਚੱਲ ਕੋਈ ਨਹੀਂ ਤੂੰ ਵੀ ਦੇਖ ਲਈ ਗੱਲ ਕਰਕੇ ਕੀ ਕਹਿੰਦਾ ਗਾ ਕੋਈ ਨਹੀਂ ਕੋਈ ਨਹੀਂ ਚੱਲ ਮੈਂ ਦੇਖਦਾ ਉਧਰ ਮਾਰਦਾ ਕਿਹੜਾ ਚਾਹ ਤਾਂ ਨਹੀਂ ਪੀਣੀ ਉਹ ਬਸ ਚਾਹ ਤਾਂ ਮੈਂ ਪੀ ਆਇਆ ਸੀ ਚੱਲ ਠੀਕ ਹੈ ਚੱਲ ਕੋਈ ਨਹੀਂ ਮੈਂ ਕਰਦੀ ਹਾਂ ਮਨਿੰਦਰ ਨਾਲ ਗੱਲ ਜੇ ਕੀ ਗੱਲ ਕੋਈ ਰਾਹ ਪੈ ਜੇ ਤਾਂ ਚੁੰਨੀ ਚੜਾਵਾ ਕਰ ਲਾਂਗੇ ਹੋਰ ਕੀ ਹੈਗਾ ਸਹੀ ਕਹਿੰਦਾ ਕਾਲਾ ਐਵੇਂ ਬਾਹਲੇ ਖਰਚ ਕਰੇ 'ਚ ਕੋਈ ਫਾਇਦਾ ਨਹੀਂ ਹੈਗਾ ਵਾਹ ਵਾਹ ਮੌਜਾਂ ਨਾਲ ਤੁਰਿਆ ਕਿਉਂ ਬਾਈ ਕਿੱਧਰ ਗਿਆ ਸੀ ਓਏ ਤਾਂ ਖੇਡੀ ਜਾਂਦੇ ਸੀਗੇ ਹੋਰ ਕਿੱਥੇ ਜਾਣਾ ਓ ਯਾਰ ਮਾੜੀ ਮੋਟੀ ਦਾ ਸ਼ਰਮ ਮੰਨ ਲਿਆ ਕਰੋ ਕਾਹਦੀ ਮੈਂ ਤੜਕੇ ਦਾ ਬਾਣੀਆਂ ਦੇ ਗਿਆ ਟਾਈਮ ਦੇਖੀ ਕੀ ਹੋ ਗਿਆ 12 ਵਜੇ ਨਾਲ ਆ
ਉਹ ਰੋਟੀਆਂ ਉਵੇਂ ਪਈਆਂ ਤੁਹਾਡੀਆਂ ਸਾਬਿਆਂ 'ਚ, ਉਧਰੋਂ ਪਸ਼ੂ ਭੁੱਖੇ ਤੇ ਆਏ ਖੜੇ ਯਾਰ, ਕੋਈ ਮਾੜਾ ਮੋਟਾ ਤਾਂ ਦੇਖ ਲਿਆ ਕਰੋ ਪਤੰਦਰੋ ਯਾਰ, ਪਾਣੀ ਤਾਂ ਪੈ ਕੇ ਗਿਆ ਮੈਂ ਤਾਂ ਸਾਲਿਆਂ ਕੋਲੇ ਯਾਰ ਬਈ, ਉਹ ਯਾਰ ਕਿਹੜੇ ਵੇਲੇ ਤੂੰ ਪਾਣੀ ਪਿਆ ਗਿਆ, ਉਹ ਮੈਂ ਤਾਂ ਬੇਬੇ ਨੇ ਕਹਿ ਕੇ ਤੁਰਿਆ ਕੇ ਧਿਆਈਆਂ ਖੜੀਆਂ ਕੇ ਜਾ ਕੇ ਕਿ ਪਾਣੀ ਤਾਂ ਨਹੀਂ ਪਿਆ ਦੇ, ਨਾਲੇ ਮੇਰੀ ਗੱਲ ਸੁਣ ਲਾ, ਉਹ ਲਾਡੀ ਪਤਾ ਨਹੀਂ ਕਿੱਧਰ ਨਿਕਲਿਆ, ਕਾਇ ਦਿਨ ਉਹਨੂੰ ਹੋ ਗਏ, ਆਏ ਨਹੀਂ ਵੀ ਕੋਈ ਮੇਰਾ ਨਵਾਂ ਵਿਆਹ ਹੋਇਆ, ਕੋਈ ਮੈਂ 4 ਦਿਨ ਘਰੇ ਰਹਿ ਪਾਂ, ਉਹ ਚੱਕਦਾ ਝੋਲਾ ਲਾ ਦਿੰਦਾ ਯਾਰ, ਉਹਦਾ ਡਿਫਾਲਟਰਾ ਬੰਦਾ ਯਾਰ, ਉਹਦੇ ਨਾਲ ਲਾਤਾ ਮੈਨੂੰ ਤੂੰ, ਉਹ ਯਾਰ ਤੇਰਾ ਵੀ ਮੈਨੂੰ ਪਤਾ ਹੀ ਆ ਜਿਹੜਾ ਡਿਫਾਲਟਰ, ਮੈਂ ਤੈਨੂੰ ਐਂ ਕਹਿੰਦਾ ਸਿਆਣਾ ਬਣ ਜਾ, ਤੁਹਾਡੇ ਮਾਰੇ ਨੇ ਮੈਂ ਨਹੀਂ ਵਿਆਹ ਕਰਾਇਆ ਵੀ ਤੁਹਾਡੇ ਘਰ ਬਸ ਜਾਣਾ, ਹੈ ਮੈਂ ਤੁਰਿਆ ਫਿਰਦਾ ਵੀ ਕੋਈ ਤੁਸੀਂ ਰੋਟੀ ਸਿਰੇ ਹੋ ਜਾਓ, ਆਪਾਂ ਬਰਿਆਤ ਰਿਆ ਕੇ ਜਿਵੇਂ ਲਾਡੀ ਦਾ ਕਰ ਲੈਣਾ ਐਂ ਤੇਰਾ ਕਰ ਲਾਂਗੇ, ਜੇ ਆਹ ਤੇਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਨਾ ਵੀ ਆਹ ਨਸ਼ੇ ਕਰਦਾ ਤੇ ਆਹ ਵਿਹਲੜ ਪੁਣਾ ਸਾਰਾ ਦਿਨ, ਅਗਲਾ ਜਵਾਬ ਦੇ ਦੂ ਨਾਲੇ ਤਾਂ ਅਗਲੇ ਨਾ ਉਹ ਉੱਧਰੋਂ ਵਿਗੜਾਂਗੇ, ਨਾਲੇ ਆਹ ਘਰੇ ਕਲੇਸ਼ ਹੋਊਗਾ, ਮਾੜਾ ਮੋਟਾ ਸੋਚਿਆ ਕਰੋ ਅਕਲ ਤੋਂ, ਆਏ ਨਾ ਕਹਿਆ ਕਰੋ ਵੀ ਜੇ ਮੈਂ ਤੁਰਿਆ ਫਿਰਦਾ ਤਾਂ ਸਾਰਾ ਮੇਰੇ ਹੀ ਹੱਥ ਪਿਆ ਪਿਆ, ਉਹ ਯਾਰ ਕੰਮ ਸਾਰੇ ਕਰਦੇ ਤਾਂ ਹੈਗੇ ਆ, ਹੁਣ ਦੱਸੋ ਮੈਂ ਤੂੰ ਉੱਤੇ ਕੀ ਕਰ ਗਏ ਮੈਨੂੰ, ਤੂੰ ਯਾਰ ਤੁਸੀਂ ਮੈਨੂੰ ਸਮਝਾਉਣ ਲੱਗ ਜਾਂਦੇ ਹੋ ਜਿਵੇਂ ਮੈਂ ਕੋਈ ਨਿਆਣਾ ਹੁੰਦਾ, ਜੇ ਮੈਂ ਕੁਛ ਕਹਿਣਾ ਤੁਹਾਡੇ ਚੰਗੇ ਨੂੰ ਕਹਿਣਾ, ਉਹ ਚੰਗੇ ਨੂੰ ਤਾਂ ਮੈਨੂੰ ਪਤਾ ਕਹਿਣਾ, ਹੁਣ ਮੈਨੂੰ ਗੱਲ ਦੱਸ ਮਸਲਾ, ਮੇਨ ਮੁੱਦਾ ਕੀ ਆ ਯਾਰ, ਉਹ ਮੁੱਦਾ ਤਾਂ ਹੁਣ ਤੈਨੂੰ ਵੀ ਪਤਾ ਹੀ ਆ, ਟਾਈਮ ਦੇਖ 12 ਵਜੇ ਤੇ ਆਏ ਪਿਆ, ਉਹ ਛਾਬੇ 'ਚ ਰੋਟੀਆਂ ਠਰੀਆਂ ਪਈਆਂ, ਹੁਣ ਜਾ ਕੇ 3-5 ਕਰੇਗਾ ਬਈ, ਬਗਾਨੀ ਧੀ ਨਹੀਂ ਦਿੰਦੀ ਤੈਨੂੰ ਰੋਟੀਆਂ, ਆਪਦਾ ਰੋਟੀ ਸਿਰੇ ਹੋ ਜਾਏਗਾ ਜੇ ਕਰਾ ਲੇਗਾ, ਨਾਲੇ ਮੇਰੀ ਗੱਲ ਸੁਣ ਲਾ, ਜੇ ਆ ਤੇਰਾ ਉਹਨੂੰ ਪਤਾ ਲੱਗ ਗਿਆ ਨਾ ਨਸ਼ੇ ਪੱਤੇ ਦਾ ਤੇ ਫਿਰ ਆਹ ਜਿਹੜੀ ਹਿਸਾਬ ਲਾ ਲਈ, ਉਹ ਸਾਡੇ ਨਾਲ ਰੋਟੀ ਦੀ ਭੁੱਖ ਹੀ ਨਹੀਂ ਲੱਗਦੀ ਯਾਰ, ਗਰਮੀ ਪਈ ਪਈ ਹਲੇ 52 ਪੀ ਗਿਆ ਮੈਂ ਤਾਂ 3-4 ਸ਼ੀਸ਼ੀਆਂ ਆਈਆਂ ਤਾਂ ਵੀ ਨਹੀਂ ਫਰਕ ਪਿਆ, ਗਰਮੀ ਤਾਂ ਪੈਣੀ ਆ, ਹੱਥ ਨੇ ਦਾਰੂ ਨਾਲ ਡੱਕ ਲੈਂਦੇ ਹੋ, ਤੜਕੇ ਭੁੱਕੀ ਨਾਲ ਡੱਕ ਲੈਂਦੇ ਹੋ, ਰੋਟੀਆਂ ਤੁਹਾਡੇ ਕਿੱਥੇ ਨਾ ਕੁਚਲੇ ਬਣੀਆਂ ਖੜੀਆਂ, ਭੁੱਕੀ ਤਾਂ ਕਿੱਥੇ ਮਿਲਦੀ ਆ ਅੱਜ ਕੱਲ੍ਹ ਦਾ ਬੰਦਾ ਮਰੇ ਤੋਂ, ਚੱਲ ਮੇਰੀ ਗੱਲ ਸੁਣ, ਤੂੰ ਤਾਂ ਐਵੇਂ ਉਹੀ ਜਵਾਕਾਂ ਨੂੰ ਚੌੜ 'ਚ ਪਾ ਲੈਣਾ ਗੱਲ, ਤੈਨੂੰ ਆਇਆ ਵੀ ਮੈਨੂੰ ਕਿਹੜਾ ਕੁਛ ਕਹਿਣਾ, ਇੱਧਰੋਂ ਸੁਣਦਾ ਇੱਧਰੋਂ ਕੱਢ ਦਿੰਦਾ, ਨਹੀਂ ਸੇਵ ਤੂੰ ਮੈਂ ਤੈਨੂੰ ਐਂ ਕਹਿਣਾ ਸਿਆਣਾ ਬਣ, ਨਾਲੇ ਉਹ ਬੇਬੇ ਨੇ ਗੱਲ ਕਰਨੀ ਆ ਤੇਰੇ ਨਾਲ, ਜਾ ਘਰੇ ਜਾਵੜਾ ਮੈਂ ਪਿਆਇਆ ਮੈਂ ਪਸੂ, ਚੱਲ ਠੀਕ ਆ ਜਾਣਾ, ਅਭੀ ਰੋਟੀ ਲੈ ਕੇ ਦੇ, ਭੁੱਖ ਬਹੁਤ ਲੱਗੀ ਪਈ ਆ, ਰੋਟੀ ਤੇ ਮੈਂ ਕਦੋਂ ਦੀ ਬਣਾ ਰੱਖੀ ਆ, ਤੁਸੀਂ ਪਤਾ ਨਹੀਂ ਕਿੱਥੇ ਜਾਵੜੇ, ਉਹ ਤਾਂ ਠਰ ਵੀ ਗਈਆਂ ਹੋਣਗੀਆਂ, ਉਹ ਮੈਂ ਤਾਂ ਕਬੂਤਰਾਂ ਦੀ ਬਾਜੀ ਤੇ ਜਾਵੜਿਆ ਮੁੰਡੇ ਨਾ, ਗਰਮੀ ਬੜੀ ਸੀ, ਧੂੰਆਂ ਨਿਕਲਿਆ ਪਿਆ, ਅੱਛਾ ਚਲੋ ਐਂ ਕਰਦੀ ਆ, ਰੋਟੀ ਮੈਂ ਹੋਰ ਬਣਾ ਕੇ ਦਿੰਦੀ ਤੁਹਾਨੂੰ ਗਰਮ ਗਰਮ, ਨਾਲੇ ਤੁਹਾਡੇ ਫੇਸ ਨੂੰ ਕੀ ਹੋ ਗਿਆ, ਉਤਰਿਆ ਜਾ ਪਿਆ, ਗਰਮੀ ਜ਼ਿਆਦੇ ਆ ਦੱਸੀ ਤਾਂ ਜਾਂਦਾ, ਚਲੋ ਠੀਕ ਹੈ ਗਰਮੀ ਨੇ ਦਵਾਈ ਲੈ ਲਓ ਤੁਸੀਂ, ਗਰਮੀ ਨੇ ਕੁੱਟਤਾ ਟੂਹਾ, ਠੀਕ, ਮੰਮੀ ਤੁਸੀਂ ਕੀ ਕਰੀ ਜਾਂਦੇ ਹੋ, ਕੁਛ ਨਹੀਂ ਪੁੱਤ ਮੈਂ ਤਾਂ ਚੌਲ ਜਿਹੇ ਬਣਾ ਕੇ ਹਟੀ ਹਾਂ, ਜਲਦੀ ਦੁਪਹਿਰੇ ਖਾ ਲਾਂਗੇ ਆਪਾਂ, ਹਾਂ ਅੱਛਾ ਚਲੋ ਛੱਡੋ, ਇਹ ਤਾਂ ਮੈਂ ਆਪ ਹੀ ਬਣਾ ਲੂੰਗੀ, ਨਾਲੇ ਵੀਰ ਆ ਗਿਆ ਉਹਦੇ ਵਾਸਤੇ 2 ਰੋਟੀਆਂ ਲਾ ਦੂੰਗੀ, ਉਹ ਕਹਿੰਦਾ ਸੀ ਮੈਨੂੰ ਗਰਮੀ ਜਿਹੀ ਲੱਗੀ ਪਈ ਆ, ਚਲ ਠੀਕ ਹੈ ਤੂੰ ਬਣਾ ਲੈ, ਕੋਈ ਨਹੀਂ ਮੈਂ ਉਹਦੇ ਨਾਲ ਗੱਲ ਵੀ ਕਰਨੀ ਆ ਕੋਈ, ਠੀਕ ਹੈ ਆ ਗਿਆ ਬੇ, ਆ ਗਿਆ ਬੇਬੇ, ਨਾ ਸਵੇਰ ਦਾ ਤੈਨੂੰ ਆਈ ਨਹੀਂ ਪਤਾ ਵੀ ਮੈਂ ਰੋਟੀ ਟੁੱਕ ਖਾਣਾ ਜਾ ਕੇ ਘਰੇ, ਹੈ ਸਵੇਰ ਤਾਂ ਨਿਕਲਿਆ ਤੂੰ, ਰੋਟੀ ਖਾ ਕੇ ਤਾਂ ਗਿਆ ਸੀ ਸਵੇਰੇ, ਲੈ ਖਾ ਕੇ ਨਹੀਂ ਗਿਆ ਸੀ, 2 ਬੁਰਕੀਆਂ ਖਾ ਕੇ ਗਿਆ ਸੀ, ਉਦੋਂ ਕਿਹੜਾ ਤੂੰ ਰੱਜ ਕੇ ਢਿੱਡ ਭਰ ਕੇ ਗਿਆ ਗਾ, ਜਿੰਨੀ ਕੁ ਭੁੱਖ ਲੱਗਦੀ ਉਹਨੇ ਕੁ ਖਾ ਲਈ, ਮੈਂ ਤਾਂ ਹੋਰ ਦੱਸ ਹੁਣ ਕਿੱਥੋਂ ਸੁਣਦੇ ਆ, ਹੁਣ ਕਿੱਥੋਂ ਆਇਆ ਤੂੰ, ਇੱਥੇ ਸੀਗਾ ਮੈਂ ਤਾਂ ਬੜੇ 'ਚ, ਮੈਂ ਤੈਨੂੰ ਐਂ ਕਹਿੰਦੀ ਹੈਗੀ ਆ ਤੇਰਾ ਵੀਰਾ ਵੀ ਮੈਨੂੰ ਬੋਲ ਕੇ ਗਿਆ ਪਹਿਲਾਂ, ਉਹ ਮੈਨੂੰ ਵੀ ਰਸਤੇ 'ਚ ਮਿਲਿਆ ਸੀਗਾ, ਤੈਨੂੰ ਕਿੱਥੇ ਮਿਲਿਆ ਸੀ, ਆ ਗਲੀ 'ਚ ਮਿਲ ਗਿਆ ਉਹਦੇ ਨੂੰ, ਖਾਸਾ ਕੁਛ ਬੋਲ ਗਿਆ, ਉਹ ਵੀ ਖਾਊਗਾ ਫਿੱਡੇ ਮੈਨੂੰ ਲੱਗਦਾ, ਮੈਂ ਸੰਭਲ ਕੇ ਬੋਲਿਆ ਕਰ, ਵੱਡਾ ਉਹ ਤੇਰੇ ਤੋਂ ਬੋਲਣ ਦਾ, ਚੱਜ ਸਿੱਖ ਲੈ ਵੀ ਕਿਵੇਂ ਬੋਲੀ ਦਾ ਹੁੰਦਾ ਵੱਡੇ ਨੂੰ, ਬੇਬੇ ਵੱਡਾ ਤਾਂ ਹੈਗਾ ਹੁਣ ਗਲੀ 'ਚ 100 ਜਣਾ ਲੰਘਦਾ ਟੱਪਦਾ ਕੋਲ ਦੀ ਦੇਖ ਕੇ ਭੜਾ ਲੱਗਦਾ ਦੇਖਣ ਵਾਲੇ ਨੂੰ, ਚੱਲ ਕੋਈ ਨਹੀਂ ਜੇ ਤੈਨੂੰ ਕੁਛ ਕਹਿਤਾ ਫਿਰ ਕਿਹੜਾ ਤੇਰਾ ਨੂਣ ਟਿਲਕ ਗਿਆ ਵੀ ਉਹਨੇ ਤੈਨੂੰ ਕੁਛ ਕਹਿਤਾ ਹੈਗਾ, ਨਾਲੇ ਐਂ ਦੇਖ ਅੱਖਾਂ ਵੇਖ ਲੈ ਤੇਰੀਆਂ ਕਿਵੇਂ ਲਾਲ ਹੋਈਆਂ ਪਈਆਂ, ਮਾੜਾ ਮੋਟਾ ਸੰਭਲ ਜਾ, ਜੇ ਉਹਨੂੰ ਪਤਾ ਲੱਗ ਗਿਆ ਨਾ ਵੀ ਤੁਸੀਂ ਖਾਣਾ ਪੀਣਾ ਕੁਛ ਤੇ ਅਗਲੀ ਨੇ ਜਵਾਬ ਦਵਾ ਦੇਣਾ ਰਿਸ਼ਤੇ ਤੋਂ, ਚੱਲ ਕੋਈ ਨਹੀਂ ਜੇ ਇੰਨੇ ਹੀ ਫਿਕਰਾ ਰਿਸ਼ਤੇ ਦਾ ਫਿਰ ਕਰਾ ਦਿਓ, ਲਮਕਾਈ ਕਹੋ ਜਾਨੂੰ ਕਿੰਨਾ ਟਾਈਮ ਹੋ ਗਿਆ ਸ਼ਗਨ ਪਏ ਨੂੰ, ਵੀ ਕਰਾਵਾਂਗੇ ਤਾਂ ਤਾਂ ਹੀ ਜੇ ਤੂੰ ਮਾੜੇ ਮੋਟੇ ਉਹਦੇ ਲੱਛਣ ਸੁਧਾਰੇਗਾ, ਨਾਲੇ ਕੋਈ ਕਬੀਲਦਾਰੀ ਸੈੱਟ ਹੋਊਗੀ ਆਪਣੀ, ਫਿਰ ਹੀ ਉਹਨਾਂ ਨਾਲ ਗੱਲ ਤੋਰਾਂਗੇ, ਆਏ ਅਗਲਿਆਂ ਨੂੰ ਕਿਵੇਂ ਕਹਿ ਦਈਏ ਅਸੀਂ, ਕਹਿਣ ਵਾਲੀ ਕੀ ਗੱਲ ਆ ਬੇਬੇ, ਹੁਣ ਤੂੰ ਕਰ ਭਾਬੀ ਨਾਲ ਗੱਲ, ਜੋ ਸ਼ਗਨ ਪਿਆ ਵਾ ਇੰਨਾ ਟਾਈਮ ਹੋ ਗਿਆ ਲਮਕਾਈ ਜਾਂਦਾ ਨੂੰ, ਗੱਲ ਚੱਕਰ ਕੀ ਆ ਵਿੱਚੋਂ ਰੌਲਾ ਤਾਂ ਸਮਝ ਲੱਗੇ, ਵੀ ਕੀ ਰੌਲਾ ਹੋਣਾ ਸੀਗਾ, ਅਸੀਂ ਢਿੱਲ ਕਰੀ ਜਾਂਦੇ ਹੈਗੇ ਵੀ ਸਾਨੂੰ ਐਂ ਮਾੜਾ ਮੋਟਾ ਤੂੰ ਸੁਧਰ ਜੇ, ਨਾਲੇ ਕੋਈ ਆਪਣੀ ਕਬੀਲਦਾਰੀ ਸੈੱਟ ਹੋ ਜੇ, ਨਹੀਂ ਮੈਂ ਤਾਂ ਸੁਧਰਿਆ ਵੀ ਹਾਂ, ਮੈਨੂੰ ਕੀ ਹੁਣ ਕੋੜ ਚੱਲਿਆ ਵਾ, ਤੂੰ ਤਾਂ ਨਾ ਪੁੱਠਾ ਚੱਲਦਾ ਗਾ, ਮੈਂ ਤੈਨੂੰ ਐਂ ਕਹਿੰਦੀ ਹਾਂ ਆਹ ਮਾੜੇ ਮੋਟਾ ਜਿਹੜੇ ਖਾਣਾ ਹੈ ਛੱਡ ਦੇ, ਹੋਰ ਨਹੀਂ ਤੈਨੂੰ ਕੁਛ ਕਹਿੰਦੇ ਅਸੀਂ, ਚੱਲ ਚੰਗਾ ਬੇਬੇ ਹੁਣ ਤੂੰ ਲੱਗ ਗਈ ਬੋਲਣ, ਪਹਿਲਾਂ ਰਾਹ 'ਚ ਉਹ ਬੋਲੀ ਗਿਆ ਭਾਬੀ ਨੂੰ ਭੇਜ, ਤੂੰ ਕਰ ਉਹਦੇ ਨਾਲ ਗੱਲ, ਨਾਲੇ ਰੋਟੀ ਭੇਜ ਦੇ ਕਹਿ ਉਹਨੂੰ, ਚੰਗਾ ਭੇਜਦੀ ਹਾਂ ਰੋਟੀ, ਭੁੱਖ ਬਾਹਲੀ ਲੱਗੀ ਪਈ ਆ, ਹੁਣ ਭੁੱਖ ਲੱਗੀ ਪਈ ਆ ਵੀ ਸਵੇਰ ਦਾ ਨਿਕਲਿਆਂਗਾ ਟਾਈਮ ਸਿਰ ਆ ਕੇ ਰੋਟੀ ਪਾਣੀ ਖਾ ਲਏ ਤੂੰ, ਉਹ ਲੈ 52 ਜੀ ਪੀਲੀ ਉਹਦੇ ਨਾਲ ਲੱਗਿਆ ਹੀ, ਪਹਿਲਾਂ ਤਾਂ ਕਿੱਥੇ ਨੇੜੇ ਤੇ ਨਹੀਂ ਜਾਂਦਾ ਰੋਟੀ ਦੇ, ਮਨਿੰਦਰ ਹਾਂਜੀ ਮੰਮੀ, ਲੈ ਕੋਈ ਸਬਜ਼ੀ ਕੱਟ ਲਈਏ,
ਤੇ ਮੈਂ ਤੈਨੂੰ ਐ ਕਹਿੰਦੀ ਸੀਗੀ ਮੈਂ ਕਿਹਾ ਤੇਰੀ ਮੰਮੀ ਹੋਰਾਂ ਨਾਲ ਹੋਈ ਕੋਈ ਗੱਲਬਾਤ ਆਉਣ ਬਾਰੇ ਜਾਂ ਕਿਵੇਂ? ਨਾ ਨਾ ਮੰਮੀ ਕੋਈ ਗੱਲ ਨਹੀਂ ਹੋਈ, ਬਸ ਉਹ ਤਾਂ ਹਾਲ ਚਾਲ ਹੀ ਪੁੱਛਦੇ ਸੀਗੇ। ਅੱਛਾ ਚੱਲ ਵਧੀਆ ਗੱਲ ਹੈਗੀ, ਦੱਸ ਦੇਣਾ ਸੀ ਤੂੰ ਵੀ ਮੈਂ ਤਾਂ ਠੀਕ ਠਾਕ ਹਾਂ ਵਧੀਆ। ਹਾਂਜੀ ਹਾਂਜੀ ਐਂ ਤਾਂ ਕਹਿਤਾ ਸੀ ਵਧੀਆ ਠੀਕ ਹਾਂ ਖੁਸ਼ ਹਾਂ। ਅੱਛਾ ਹਾਂਜੀ ਤੇ ਮੈਂ ਤੈਨੂੰ ਇਹ ਵੀ ਕਹਿੰਦੀ ਸੀ ਵੀ ਤੂੰ ਤੇਰੀ ਮੰਮੀ ਨਾਲ ਹੁਣ ਕੋਈ ਗੱਲ ਕਰ ਲੈਂਦੀ। ਕਾਹਦੇ ਬਾਰੇ ਮੰਮੀ? ਰਾਜਪਾਲ ਵਾਲੇ, ਵੀ ਆਪਾਂ ਵਿਆਹ ਦੀ ਤਿਆਰੀ ਕਰ ਲੈਂਦੇ ਹੁਣ। ਮੰਮੀ ਗੱਲ ਇਹ ਆ ਵੀ ਹੁਣ ਤਾਂ ਮੇਰੇ ਵਿਆਹ 'ਤੇ ਇੰਨਾ ਖਰਚਾ ਕਰਕੇ ਹਟੇ ਆ, ਹੁਣ ਕਿੱਥੋਂ ਕਰਨਗੇ ਉਹ ਇੰਨਾ? ਉਹ ਤਾਂ ਗੱਲ ਪੁੱਤ ਮੈਂ ਵੀ ਸਮਝਦੀ ਹਾਂ ਵੀ ਖਰਚਾ ਵਾਹਵਾ ਹੋਇਆ ਪਿਆ ਗਾ, ਨਾਲੇ ਆਪਾਂ ਕਿਹੜਾ ਖਰਚਾ ਜ਼ਿਆਦਾ ਕਰਨਾ ਗਾ। ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਵੀ ਆਪਾਂ ਚੁੰਨੀ ਚੜਾਵਾ ਕਰ ਲੈਂਦੇ ਹਾਂ, ਤੇਰੀ ਮੰਮੀ ਨਾਲ ਇੱਕ ਵਾਰੀ ਗੱਲ ਕਰਕੇ ਦੇਖ। ਹਾਂ ਮੰਮੀ ਐਂ ਤਾਂ ਗੱਲ ਕਰ ਲੂੰਗੀ, ਫਿਰ ਵੀ ਚੱਲ ਇੱਕ ਵਾਰੀ ਉਹਨਾਂ ਨੂੰ ਤਾਂ ਪੁੱਛਣਾ ਪਊਗਾ ਹੀ ਆਪਾਂ ਨੂੰ ਉਹਨਾਂ ਦੀ ਕੀ ਰਾਇ ਹੈ, ਹੈ ਨਾ? ਹਾਂ ਪੁੱਛ ਕੇ ਹੋਊਗੀ ਗੱਲ ਤਾਂ ਸਾਰੀ ਆਪਣੀ ਰਾਇ ਨਾਲ ਹੀ, ਤੂੰ ਉਹਨਾਂ ਨੂੰ ਪੁੱਛ ਲਈ, ਦੱਸ ਵੀ ਦੇਈ ਸਾਰੀ ਗੱਲ ਵੀ ਮੇਰੀ ਮੰਮੀ ਹੋਰ ਇਹ ਕਹਿੰਦੇ ਵੀ ਅਸੀਂ ਖਰਚਾ ਨਹੀਂ ਕਰਨਾ ਗਾ, ਚੁੰਨੀ ਚੜਾਵਾ ਕਰਾਂਗੇ। ਮੰਮੀ ਮੈਂ ਤਾਂ ਨਾ ਐਂ ਕਹਿੰਦੀ ਸੀ ਉਹਦੇ ਨਾ ਪੇਪਰ ਰਹਿ ਗਏ, ਬਸ ਅਗਲੇ ਮਹੀਨੇ ਪੇਪਰ ਹੋ ਜਾਣਗੇ ਫਿਰ ਆਪਾਂ ਉਸ ਤੋਂ ਬਾਅਦ ਦੇਖ ਲੈਂਦੇ। ਚੱਲ ਕੋਈ ਨਹੀਂ, ਐਂ ਤਾਂ ਇੱਕ ਮਹੀਨੇ ਦੀ ਗੱਲ, ਹੋਰ ਕੋਈ ਗੱਲ ਨਹੀਂ, ਇੱਕ ਮਹੀਨਾ ਹੋਰ ਖੜ ਜਾਵਾਂਗੇ ਆਪਾਂ। ਤੂੰ ਪਰ ਗੱਲ ਕਰ ਲਈ ਬਸ ਵੀ ਵਾਲੇ ਖਰਚੇ ਦੀ, ਆਪਾਂ ਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਪਹਿਲਾਂ ਬਥੇਰਾ ਆਪਾਂ ਖਰਚਾ ਕਰ ਲਿਆ, ਤੁਸੀਂ ਵੀ ਬਥੇਰਾ ਕਰਤਾ ਅਸੀਂ ਵੀ ਕਰਤਾ, ਲੋਕਾਂ ਨੇ ਆਪਾਂ ਨੂੰ ਖਾ ਕੇ ਕੀ ਨਾਮ ਦਾ ਟਿੱਕਾ ਦਿੱਤਾ। ਹਾਂਜੀ ਮੰਮੀ ਇਹ ਤਾਂ ਹੈਗਾ, ਚਲੋ ਕੋਈ ਗੱਲ ਨਹੀਂ ਫਿਰ ਮੈਂ ਗੱਲ ਕਰ ਲੂੰਗੀ ਮੰਮੀ ਹੋਰਾਂ ਨਾਲ, ਹੈ ਨਾ? ਹਾਂ ਤੂੰ ਉਹਨਾਂ ਨਾਲ ਗੱਲ ਕਰਕੇ ਨਾ ਅਤੇ ਫਿਰ ਮੈਨੂੰ ਦੱਸੀ, ਫਿਰ ਆਪਾਂ ਤਿਆਰੀ ਕਰ ਲਾਂਗੇ ਉਹ ਜੀ। ਠੀਕ ਹੈ ਮੰਮੀ। ਠੀਕ ਹੈ ਨਾ? ਹਾਂਜੀ ਸਾਰਾ ਕੁਛ ਆਪਾਂ ਆਪਦੇ ਹਿਸਾਬ ਨਾਲ ਕਰਾਂਗੇ, ਮੈਂ ਜ਼ਿਆਦਾ ਖਰਚਾ ਨਹੀਂ ਤੇਰੀ ਮਾਂ ਦਾ ਕਰਾਉਂਦੀ ਗੀ। ਠੀਕ ਹੈ ਮੰਮੀ। ਚਲ ਆ ਕੱਟ ਲਾ ਸਬਜ਼ੀ ਫਿਰ। ਹੁਣ ਮੰਮੀ ਨੇ ਤਾਂ ਕਹਿਤਾ ਵੀ ਗੱਲ ਕਰ ਲਾ ਘਰੇ, ਹੁਣ ਘਰੇ ਕਿਵੇਂ ਗੱਲ ਕਰਾਂ? ਮੈਨੂੰ ਤਾਂ ਸਮਝ ਨਹੀਂ ਆਉਂਦਾ, ਕੁੜੀ ਦੇ ਵੀ ਪੇਪਰ ਚੱਲੀ ਜਾਂਦੇ ਆ, ਪਤਾ ਨਹੀਂ ਇੰਨੀ ਕਾਹਲੀ ਕਿਉਂ ਕਰੀ ਜਾਂਦੇ ਆ। ਆਕਾਸ਼ ਵੀ ਨਹੀਂ ਘਰੇ ਆਇਆ ਹੈਗਾ, ਨਹੀਂ ਤਾਂ ਉਹਨੇ ਹੀ ਗੱਲ ਕਰ ਲਾ। ਚੱਲ ਐਂ ਕਰਦੀ ਹਾਂ ਫੋਨ ਲਾ ਕੇ ਦੇਖਦੀ ਹਾਂ। ਹੈਲੋ, ਹਾਂਜੀ ਕਿਵੇਂ ਹੋ? ਹਾਂਜੀ ਹਾਂਜੀ ਮੈਂ ਵੀ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਨਾਲ ਤੁਸੀਂ ਕਦੋਂ ਆਉਣਾ? ਚਲ ਆ ਜਿਓ ਫਿਰ ਕੱਲ੍ਹ ਨੂੰ, ਜਲਦੀ ਆ ਜਿਓ। ਉਹ ਮੈਂ ਤਾਂ ਨਾ ਐਂ ਗੱਲ ਕਰਦੀ ਸੀ, ਅੱਜ ਮੰਮੀ ਮੈਨੂੰ ਕਹਿੰਦੇ ਵੀ ਰਿਸ਼ਤੇ ਨੂੰ ਛੋਟੀ ਦੇ ਨੂੰ ਵੀ ਕਰਾ ਦਿੰਦੇ, ਹੁਣ ਵੀ ਬਹੁਤ ਟਾਈਮ ਹੋ ਗਿਆ ਸ਼ਗਨ ਪਾਏ ਨੂੰ। ਮੈਂ ਐਂ ਕਹਿੰਦੀ ਸੀਗੀ ਵੀ ਹੁਣੇ ਤਾਂ ਮੇਰਾ ਕਰਕੇ ਹਟੇ ਆ, ਹੁਣੇ ਇੰਨਾ ਖਰਚਾ ਕਿੱਥੋਂ ਕਰ ਦੇਣਗੇ ਉਹ ਦੁਬਾਰੇ, ਨਾਲੇ ਆਏ ਆ ਉਹਦੇ ਪੇਪਰ ਵੀ ਚੱਲੀ ਜਾਂਦੇ ਆ। ਚਲੋ ਉਹ ਤਾਂ ਮੈਨੂੰ ਪਤਾ ਵੀ ਕਰਨਾ ਹੀ ਆ ਇੱਕ ਦਿਨ, ਪਰ ਉਹ ਇੰਨੀ ਜਲਦੀ ਵੀ ਕਾਹਦੀ ਆ? ਨਾਲੇ ਇੱਕ ਗੱਲ ਹੋਰ, ਪਤਾ ਨਹੀਂ ਕਿਉਂ ਮੈਂ ਤਾਂ ਦਿਲ ਜਿਹਾ ਨਾ ਹੋਰ ਹੀ ਹੋਈ ਜਾਂਦਾ ਵੀਰਾ, ਪਤਾ ਨਹੀਂ ਕਾਹਤੋਂ ਮੈਨੂੰ ਠੀਕ ਜਿਹਾ ਨਹੀਂ ਲੱਗਦਾ, ਆਈ ਥੱਕਿਆ ਅੱਕਿਆ ਜਿਹਾ ਆਉਂਦਾ ਹੈਗਾ, ਹੈ ਨਾ? ਤੁਸੀਂ ਉਹਦੇ ਨਾਲ ਗੱਲ ਕਰਕੇ ਦੇਖੋ ਪਹਿਲਾਂ। ਹਾਂ ਚੱਲ ਤੁਸੀਂ ਆ ਕੇ ਗੱਲ ਕਰ ਲਿਓ ਫਿਰ ਉਹਨਾਂ ਨਾਲ। ਠੀਕ ਹੈ। ਕੀ ਹਾਲ ਆ ਬਈ, ਕਿਵੇਂ ਇੱਧਰ ਆ ਕੇ ਪੈ ਗਿਆ? ਕਿਵੇਂ ਆ, ਆ ਗਿਆ? ਹਾਂ ਆ ਗਿਆ, ਮਨ ਤਾਂ ਆਏ ਸੀ, ਮੈਂ ਆਉਂਦਾ ਨਹੀਂ ਹਜੇ, ਦੀਂਦਾ ਨਹੀਂ ਘਰ ਤੈਨੂੰ 5-7 ਦਿਨ। ਨਹੀਂ ਨਹੀਂ ਉਹ ਮਨਿੰਦਰ ਦਾ ਫੋਨ ਹੀ ਆ ਗਿਆ ਸੀ ਪਿੱਛੇ, ਕਹਿੰਦੀ ਆ ਜਾ ਗੱਲ ਕਰਨੀ ਹੈ ਕੋਈ ਜ਼ਰੂਰੀ, ਫਿਰ ਮੈਂ ਆ ਗਿਆ। ਉਹ ਗੱਲਾਂ ਦਾ ਹੁਣ ਤੈਨੂੰ ਵੀ ਪਤਾ ਹੀ ਆ ਯਾਰ, ਕਿਹੜੀਆਂ ਕਰਨੀਆਂ ਤੇ ਕਿਹੜੀਆਂ ਨਹੀਂ। ਮੈਂ ਤਾਂ ਤੁਹਾਨੂੰ ਐਂ ਕਹਿਣਾ ਵੀ ਮਾੜਾ ਮੋਟਾ ਘਰ ਵੀ ਨਹੀਂ ਨਿਗਾਹ ਮਾਰਿਆ ਕਰੋ ਯਾਰ, ਉਹ ਬਾਣੀਆਂ ਦੇ ਗਿਆ ਸੀ ਮੈਂ, ਉਹ ਤੇਰੇ ਵਿਆਹ 'ਤੇ ਪੈਸੇ ਜੇ ਲਾਏ ਸੀ ਜਿਹੜੇ ਚੱਕ ਕੇ, ਉਹਨਾਂ ਨੇ ਜਵਾਬ ਦੇ ਤਾ, ਹੁਣ ਕਹਿੰਦੇ ਜਿੰਨਾ ਚਿਰ ਫਸਲ ਨਹੀਂ ਆਉਂਦੀ ਉਨਾ ਚਿਰ ਹੋਰ ਪੈਸੇ ਨਹੀਂ ਦਿੰਦੇ, ਐਵੇਂ ਪੰਗਾ ਲੈ ਲਿਆ ਉਹਦਾ ਤਾਂ ਸੋਸੇ ਬਾਜੀ, ਜੇ ਤੂੰ ਨਹੀਂ ਹਟਿਆ ਮੇਰੇ ਦੋਸਤ ਆਉਣਗੇ, ਆਏ ਆ ਬਾਈ ਆਏ ਨਹੀਂ ਮੇਰੀ ਬੇਇੱਜ਼ਤੀ, ਰੁਪਈਏ ਬਾਹਲੇ ਲਾਤੇ ਵਿਆਹ 'ਤੇ, ਪੰਗਾ ਤਾਂ ਉਹ ਅੜਿਆ ਖੜਾ ਪਹਿਲਾਂ ਤਾਂ ਬਾਈ। ਫਿਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਆਪਦਾ ਦੇਖ ਕੇ ਚੱਲੋ, ਬਾਕੀ ਵਿਆਹ ਤਾਂ ਬੰਦਾ ਇੱਕ ਹੋਣਾ ਹੁੰਦਾ, ਫਿਰ ਕਿੱਡੀ ਗੱਲ ਆ ਯਾਰ ਜੇ ਪੈਸੇ ਲਾਤੇ ਹੋਣ, ਜੇ ਇਹ ਗੱਲ ਹੀ ਸੁਣਾਈ ਜਾਣੀ ਆ ਕੋਈ ਬੰਦੇ ਵਾਲੀ ਗੱਲ ਤਾਂ ਹੈ ਨਹੀਂ। ਇੱਕ ਤਾਂ ਹੋਣਾ ਹੁੰਦਾ, ਮੇਰੀ ਗੱਲ ਸੁਣੋ, ਹੁਣ ਛੋਟੇ ਦਾ ਵੀ ਕਰਾਂਗੇ, ਉਹਦਾ ਵੀ ਕੋਈ ਕਰੋ ਮੂੰਹ ਸਿਰ, ਨਾਲੇ ਉਹਨੂੰ ਮਾੜਾ ਮੋਟਾ ਸਮਝਾਇਆ ਕਰ ਯਾਰ, ਤੜਕੇ ਨਿਕਲ ਜਾਂਦਾ, ਤੂੰ ਨਿਕਲ ਗਿਆ ਉੱਧਰ ਪਹਾੜਾਂ 'ਚ, ਉਹ ਤੜਕੇ ਨਿਕਲ ਜਾਂਦਾ ਉੱਥੇ ਤਾਂ ਸਕੁੱਟੀ ਜਾਂਦਾ ਬੈਠਾ ਨਿੰਮਾ ਥੱਲੇ, ਸਾਰਾ ਦਿਨ ਨਾ ਰੋਟੀਆਂ ਭੈਣ ਦਿਨ 12 ਵਜੇ ਕਦੇ 1 ਵਜੇ ਆ ਕੇ ਖਾਂਦਾ। ਵੀ ਪਹਿਲੇ ਦਿਨ ਉਹਦਾ ਤਾਂ ਇਹ ਹਾਲ ਆ ਵੀ, ਬਾਕੀ ਰਹੀ ਗੱਲ ਮੇਰੀ ਯਾਰ, ਜੇ ਮੈਂ ਪਹਾੜਾਂ 'ਚ ਜਾ ਵੜਿਆ ਬਈ ਫਿਰ ਕਿੱਡੀ ਗੱਲ, ਮਤਲਬ ਕਿੰਨੇ ਚਿਰ ਬਾਅਦ ਕਿਤੇ ਆ 4 ਦਿਨ ਯਾਰਾਂ ਦੋਸਤਾਂ ਨਾਲ ਪਲੈਨ ਬਣਾਇਆ ਸੀ, ਇਹ ਗੱਲ ਤੁਹਾਨੂੰ ਚੁੱਭੀ ਜਾਂਦੀ ਹੈ ਯਾਰ? 4000 ਰੁਪਈਆ ਤੁਸੀਂ ਤਾਂ ਸਿੱਧੀ ਗੱਲ ਕਹੇ ਤੋਂ ਗੱਲ ਨੂੰ ਆਉਣੇ ਹੋ ਭਰਾਵਾ, ਗੱਲ ਤਾਂ ਇਹ ਆ ਵੀ ਮੈਂ ਵੀ ਮੇਰੀ ਗੱਲ ਸੁਣ, ਮੈਂ ਵਿਆਹ ਨਹੀਂ ਕਰਾਇਆ ਤੁਹਾਡੇ ਮਾਰੇ ਨਹੀਂ ਕਰਾਇਆ, ਵੀ ਯਾਰ ਜੇ ਕੋਈ ਆ ਗਈ ਮਾੜੀ ਜਨਾਨੀ ਤਾਂ ਸੋਨੂੰ ਰੋਟੀ ਦਾ ਭੋਰਾ ਨਹੀਂ ਦੇਣਾ, ਨਾਲੇ ਐਵੇਂ ਅੱਡ ਬਿੱਡ ਕਰਾ ਕੇ ਧਰ ਦੂ,
ਮੈਂ ਤਾਂ ਤੁਹਾਡੇ ਮੇਰਾ 100-100 ਪਾਪੜ ਵੇਲਦਾ ਫਿਰਦਾ ਯਾਰ, ਤੁਸੀਂ ਗੱਲ ਹੀ ਨਹੀਂ ਸਮਝਦੇ। ਤੇ ਮੈਂ ਵੀ ਫਿਰ ਕਦੇ ਮਨਿੰਦਰ ਨੂੰ ਆਏ ਨਹੀਂ ਕਿਹਾ ਬਈ ਵੀ ਇਹਨੂੰ ਨਹੀਂ ਰੋਟੀ ਫੜਾਉਣੀ, ਇਹਨੂੰ ਨਹੀਂ ਫੜਾਉਣੀ, ਬੋਲਦਾ ਵਧੀਆ ਬੋਲਦੀ ਹੈ, ਚਲਦੀ ਹੈ, ਸਾਰਾ ਕੁਝ ਵਧੀਆ। ਯਾਰ ਉਹ ਗੱਲਾਂ ਨਹੀਂ ਕਹਿੰਦਾ ਮੈਂ, ਜਿਹੜੀ ਗੱਲ ਕਹਿਣਾ ਤੈਨੂੰ ਤੁਸੀਂ ਉਹ ਠੰਡੇ ਦਿਮਾਗ ਨਾਲ ਨਾ ਉਹ ਸੋਚ। ਉਹਦੇ ਨਾਲ ਮੈਂ ਹੁਣ ਦੱਸ ਕੀ ਗੱਲ ਕਰਾਂ? ਮੇਰੀ ਗੱਲ ਸੁਣ, ਪਹਿਲਾਂ ਤਾਂ ਉਹਨੂੰ ਸਮਝਾ ਵੀ ਬਾਈ ਮੇਰੀ ਗੱਲ ਸੁਣ ਲਾ, ਵੀ ਆਹ ਛੱਡ ਦੇ ਜਿਹੜੇ ਲਫੰਡਰਾਂ ਨਾਲ ਰਲਦਾ, ਜਿਹੜੇ ਆਹ ਨਸ਼ੇ ਪੱਤੇ ਕਰਦਾ, ਕੋਈ ਮਾੜਾ ਮੋਟਾ ਹੌਲੀ ਹੌਲੀ ਕਹਿ ਘਟਾ ਲਾ, ਦਵਾਈ ਬੂਟੀ ਲੈਣੀ ਆ ਉਹ ਦਵਾ ਦਿੰਦੇ ਹਾਂ। ਮੈਂ ਦੱਸ ਉਹਨੂੰ ਕੀ ਕਹਾਂ ਉਹਨੂੰ, ਅੱਗੇ ਉਹ ਸੁਣਦਾ ਨਾ, ਤੂੰ ਵੱਡਾ ਜੋ ਤੇਰੀ ਨਹੀਂ ਸੁਣਦਾ, ਉਹ ਮੇਰੀ ਨਿੱਕੇ ਦੀ ਕਿੱਥੇ ਸੁਣ ਲੂਗਾ? ਮੇਰੀ ਕਹੀ ਦਾ ਗੁੱਸਾ ਕਰਦਾ, ਤੁਹਾਡੀ ਤਾਂ ਇੱਕੋ ਜੀ ਮਾਤਾ, ਜਦ ਤੂੰ ਮਾੜਾ ਮੋਟਾ ਕਹੇਗਾ ਕੀ ਆ ਕੋਈ ਕੰਨ 'ਚ ਪਾਲੇ, ਨਾਲੇ ਹੁਣ ਮੇਰੀ ਗੱਲ ਸੁਣ, ਉੱਥੇ ਤੇਰੀ ਰਿਸ਼ਤੇਦਾਰੀ ਆ, ਉੱਥੇ ਉਹਦੀ ਰਿਸ਼ਤੇਦਾਰੀ ਪੈਣੀ ਆ, ਕੀ ਆ ਤੇਰੀ ਆਈ ਚੇਫ ਮੰਨ ਲੇ, ਨਾਲੇ ਮੇਰੀ ਗੱਲ ਸੁਣ ਲਾੜੀ। ਇੱਕ ਸਵੇਰ ਨੂੰ ਕਲੇਸ਼ ਪੈ ਗਿਆ, ਮੈਂ ਨਹੀਂ ਜਾਣਾ ਹੁਣ, ਆਪਦਾ ਭਾਵੇਂ ਉਹਨੂੰ ਰੋਕ ਲਾ, ਭਾਵੇਂ ਆਪਦੀ ਜੇ ਘਰਾਂ ਵਾਲੀ ਨੂੰ ਕਹਿ ਦੇ, ਭਾਵੇਂ ਅਗਲੇ ਨੂੰ ਰਿਸ਼ਤੇਦਾਰਾਂ ਨੂੰ ਕਹਿ ਦੇ, ਸਵੇਰ ਨੂੰ ਜੇ ਇਹਦਾ ਪਤਾ ਲੱਗ ਗਿਆ ਅਗਲੇ ਨੇ ਰਿਸ਼ਤੇ ਤੋਂ ਜਵਾਬ ਦਿੱਤਾ, ਨਾਲ ਤੇਰੀ ਰਿਸ਼ਤੇਦਾਰੀ ਟੁੱਟੂ, ਮੈਂ ਤੈਨੂੰ ਗੱਲ ਪਹਿਲਾਂ ਦੱਸਦੀ। ਉਹ ਬਾਈ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦਾ? ਮੈਂ ਤਾਂ ਦੋਨਾਂ ਵਿਚਾਲੇ ਫਸ ਗਿਆ, ਮੈਂ ਤਾਂ ਨਾ ਤਾਂ ਆਪਦੀ ਘਰ ਨੂੰ ਦੱਸਣ ਜੋਗਾ ਗਾ ਵੀ ਐਂ ਕਰਕੇ ਭਾਈ ਇਹ ਨਸ਼ੇੜੀ ਹੈ ਜਾਂ ਐਂ ਆ, ਇਹ ਹੈ ਵਾ, ਤੂੰ ਆਪਦੀ ਭੈਣ ਦਾ ਰਿਸ਼ਤਾ ਨਾ ਕਰਾਂ, ਜੇ ਮੈਂ ਉਹਨੂੰ ਨਹੀਂ ਦੱਸਦਾ ਠੀਕ ਹੈ ਤਾਂ ਫਿਰ ਉਹ ਮੂੰਹ ਮੋਟਾ ਕਰਦੀ ਹੈ। ਮੈਂ ਤਾਂ ਐਂ ਕਹਿਣਾ ਵੀ ਜਨਾਨੀ ਦੀ ਲਪੇਟ 'ਚ ਨਾ ਬੰਦਾ ਹੌਲੀ ਹੌਲੀ ਸੁਧਰ ਜਾਂਦਾ ਹੁੰਦਾ, ਜੇ ਤੂੰ ਆਪਦੇ ਉਹਨੂੰ ਕਹੇ ਮਨਿੰਦਰ ਨੂੰ ਠੀਕ ਆ ਤੇ ਆਪਾਂ ਰਿਸ਼ਤਾ ਲੈ ਲਈਏ, ਚੁੰਨੀ ਚੜਾਵਾ ਹੀ ਕਰ ਲਿਆਉਣੇ ਆ, ਹੁਣ ਸ਼ਗਨ ਪਾ ਕੇ ਕਿ ਮਹੀਨੇ ਹੋ ਗਏ ਛੱਡੇ। ਉਹ ਮੈਨੂੰ ਵੀ ਆਈ ਆ ਵੀ ਜੇ ਕਿਤੇ ਇਹ ਨਸ਼ਾ ਛੱਡ ਦੇ, ਜੇ ਕੱਲ ਨੂੰ ਉਹ ਅਗਲੀ ਵਿਆਹ ਲਿਆਂਦੀ, ਉਦੋਂ ਬਾਅਦ ਵਿੱਚ ਇਹਦੀ ਨਸ਼ੇ ਵਾਲੀ ਗੱਲ ਖੁੱਲ ਗਈ ਠੀਕ ਹੈ, ਫਿਰ ਉਦੋਂ ਬਾਅਦ 'ਚ ਇਹਨੇ ਮੇਰੀ ਜਾਨ ਲੈ ਲੈਣੀ ਆ ਮਨਿੰਦਰ ਨੇ ਬੋਲ ਬੋਲ ਕੇ ਵੀ ਤੈਨੂੰ ਪਤਾ ਸੀ ਨਸ਼ੇ ਦਾ ਤੇ ਤੂੰ ਦੱਸਿਆ ਨੀਗਾ। ਮਗਰੋਂ ਤਾਂ 100 ਹੱਲ ਹੋ ਜਾਂਦੇ ਹੁੰਦੇ ਆ, ਕੇਰਾਂ ਔਖਾ ਹੁੰਦਾ, ਮੁੜ ਕੇ ਤਾਂ ਪਰਦਾ ਪਾ ਲੈਂਦੀਆਂ ਬੁੜੀਆਂ ਆਪ ਹੀ ਗੱਲਾਂ ਤੇ, ਹੌਲੀ ਹੌਲੀ ਸਮਝਾ ਲੈਂਦੀਆਂ। ਤੈਨੂੰ ਮੈਂ ਤਾਂ ਹੀ ਕਹਿੰਦਾ ਸੀ ਤੂੰ ਵੀ ਅੱਜ ਬੜਿਆ ਘਰੇ ਆ ਕੇ ਨਾਲੇ ਮੇਰੀ ਗੱਲ ਸੁਣ ਲਾ, ਘਰੇ ਰਹੀਦਾ ਹੁੰਦਾ, 100 ਕੋਈ ਲੋੜ ਵਸਤ ਹੁੰਦੀ ਆ, ਕੋਈ ਸਾਨੂੰ ਨਹੀਂ ਦੱਸਣ ਵਾਲੀ ਹੁੰਦੀ, ਆਏ ਨਹੀਂ ਜਾਈਦਾ ਹੁੰਦਾ ਇੰਨੇ ਇੰਨੇ ਦਿਨ, ਹੁਣ ਨਾਲੇ ਹੋਆ ਨਾਲੇ ਉਹਨੂੰ ਤੂੰ ਜਾਣਾ ਹੀ ਆ ਘੁੰਮਣ, ਉਹਨੂੰ ਲੈ ਜਾ ਕਿਸੇ ਪਾਸੇ ਰਿਸ਼ਤੇਦਾਰੀਆਂ 'ਚ ਘੁਮਾ ਲਿਆ। ਉਹ ਤੁਹਾਡਾ ਰੋਟੀ ਦਾ ਔਖਾ ਹੋ ਜੂ, ਮਗਰ ਚੱਕੀ ਜਾਊਂਗੇ ਬੇਬੇ, ਐਂ ਤਾਂ ਤੁਰੀ ਫਿਰਦੀ ਆ, ਕਰ ਦੂ ਰੋਟੀ ਟੁੱਕਦਾ ਤਾਂ। ਚੱਲ ਕੋਈ ਨਹੀਂ, ਦੇਖਦੇ ਹਾਂ ਫਿਰ ਕਰਦੇ ਹਾਂ ਗੱਲਬਾਤ। ਉਹ ਮੈਨੂੰ ਤਾਂ ਆਈ ਆ ਵੀ ਇਹ ਸੁਧਰ ਜੇ, ਜੇ ਨਸ਼ਾ ਛੱਡ ਦੂਗਾ ਤਾਂ ਇਹਦੇ ਵਿਆਹ ਦੀ ਗੱਲ ਕਰ ਲਈਏ, ਤਾਂ ਹੀ ਮੈਂ ਆਪਦੀ ਸਾਲੀ ਦੇ ਨਾਲ ਗੱਲ ਚਲਾਈ ਸੀ। ਮੈਂ ਵੀ ਬੇਬੇ ਨੂੰ ਤਾਂ ਹੀ ਕਿਹਾ ਸੀ, ਮੈਂ ਕਿਹਾ ਬੇਬੇ ਹੁਣ ਮੇਰੀ ਗੱਲ ਸੁਣ ਵੀ ਕਿ ਮਹੀਨੇ ਹੋ ਗਏ ਤਾਂ ਸ਼ਗਨ ਪਾਈ ਨੂੰ, ਹੈ ਹੁਣ ਆਪਾਂ ਚੁੰਨੀ ਚੜਾਵਾ ਕਰ ਲਓ, ਨਾਲੇ ਤਾਂ ਖਰਚੇ ਤੋਂ ਬਚ ਜਾਂਗੇ, ਪਹਿਲਾਂ ਪੈਸੇ ਲਾ ਤੇ ਲਹੇ ਤਾਂ ਹਜੇ ਉਹ ਨਹੀਂ, ਹੁਣ ਉਹ ਫਸਲ 'ਤੇ ਜਾ ਕੇ ਸਭ ਹੋ, ਹੈਂ ਮੈਂ ਕਿਹਾ ਵੀ ਆਪਾਂ ਬਾਹਲਾ ਖਰਚਾ ਨਹੀਂ ਕਰਦੇ, ਨਾਲੇ ਆਪਦਾ ਪੜਦਾ ਕੱਜਿਆ ਜਾਊ, ਅਤੇ ਮੈਂ ਕਿਹਾ ਤੂੰ ਮਨਿੰਦਰ ਨਾਲ ਗੱਲ ਕਰ, ਉਹਨੇ ਮੈਂ ਲਾਦਾ ਕਿਹਾ ਤਾਂ ਸੀ ਮਨਿੰਦਰ ਨੂੰ। ਉਹਨੇ ਮੈਨੂੰ ਆਇਆ ਸੀ ਫੋਨ ਮਨਿੰਦਰ ਦਾ, ਮੈਨੂੰ ਕਹਿੰਦੀ ਤੁਹਾਡੇ ਨਾਲ ਮੈਂ ਗੱਲ ਕਰਨੀ ਆ, ਕਹਿੰਦੀ ਮੈਨੂੰ ਨਾ ਇਹਦੇ ਹਾਲਾਤ ਠੀਕ ਨਹੀਂ ਲੱਗਦੇ, ਥੱਕਿਆ ਹਾਰਿਆ ਜਾ ਆਉਂਦਾ ਇਹ ਠੀਕ ਆ, ਆ ਕੇ ਅੱਖਾਂ ਇੰਨੀਆਂ ਚੜੀਆਂ ਹੁੰਦੀਆਂ, ਕਹਿੰਦੀ ਮੈਨੂੰ ਤਾਂ ਐਂ ਲੱਗਦਾ ਵੀ ਕੁਛ ਖਾਂਦਾ ਪੀਂਦਾ ਗਾ, ਨਾ ਮੈਂ ਉੱਥੇ ਕੁਛ ਬੋਲਣ ਜੋਗਾ, ਜੇ ਮੈਂ ਦੱਸਦਾ ਤਾਂ ਮੈਨੂੰ ਇਹ ਕਹੂਗਾ ਵੀ ਭਾਈ ਤੂੰ ਮੇਰਾ ਰਿਸ਼ਤਾ ਮੁਕਰਾਤਾ, ਜੇ ਮੈਂ ਨਹੀਂ ਦੱਸਦਾ ਤਾਂ ਮੈਨੂੰ ਉਹ ਕਹੂਗੀ ਵੀ ਤੂੰ ਮੇਰੀ ਭੈਣ ਫਸਾਤੀ, ਮੈਂ ਤਾਂ ਦੋਨਾਂ ਵਿਚਾਲੇ ਫਸ ਗਿਆ। ਉਹ ਫਿਰ ਮੈਂ ਤੈਨੂੰ ਵੀ ਤਾਂ ਹੀ ਸਮਝਾਉਣਾ ਵੀ ਹੁਣ ਜੇ ਆਪਾਂ ਪੜਦਾ ਕੱਜੀ ਰੱਖਾਂਗੇ ਤਾਂ ਢਿੱਡ ਢੱਕਿਆ ਰਹੂ, ਜੇ ਝੁੱਗਾ ਚੱਕਦੇ ਹਾਂ ਆਪਦਾ ਹੀ ਨੰਗਾ ਹੋਊ ਦੋਨੇ ਪਾਸੇ। ਚੱਲ ਮੈਂ ਦੇਖਦਾ ਜਾ ਕੇ ਕਰਦਾ ਮਨਿੰਦਰ ਨਾਲ, ਨਾਲੇ ਤੂੰ ਬੜਾ ਜਿਹਾ ਆਪਦਾ ਨਾ ਉਹਨੂੰ ਵੀ ਕਹੀ ਮਨਿੰਦਰ ਨੂੰ ਵੀ ਕਹੀ ਠੀਕ ਆ, ਉਹਨੂੰ ਮਨਾ ਕਹਿ ਕੋਈ ਨਹੀਂ ਆਪਾਂ ਤੁਹਾਡੇ ਪੈਸੇ ਧੇਲੇ ਵਾਲੇ ਨਹੀਂ ਲਵਾਉਂਦੇ ਅਤੇ ਆਪਾਂ ਇਹਦਾ ਕਰ ਲਿਆ ਗਏ ਹੇਠ ਉੱਤਾ ਕਰਦਾ। ਚੱਲ ਮੈਂ ਜਾ, ਹੋਰ ਕੀ ਆ, ਆਏ ਸਰਨਾ ਨਹੀਂ ਗਾ, ਮੁੜ ਕੇ ਮੇਰੀ ਗੱਲ ਸੁਣ, ਜੇ ਤਾਂ ਉਹਦੇ ਨਾਲ ਵਰਤ ਜੇ ਕੋਈ ਗੱਲਬਾਤ ਹੋ ਗਈ, ਜੇ ਸਹੁਰਿਆਂ ਨਾਲ ਵਰਤੇਗਾ ਤਾਂ ਭਰਾ ਨੂੰ ਟੁੱਟੇਗਾ, ਜੇ ਭਰਾ ਨਾਲ ਵਰਤੇਗਾ ਤਾਂ ਉਹਦੇ ਸਹੁਰਿਆਂ ਤੋਂ ਟੁੱਟੇਗਾ। ਫਸ ਗਿਆ ਹੈ। ਚੱਲ ਠੀਕ ਹੈ, ਮੈਂ ਤੈਨੂੰ ਬੁਲਾਉਣ ਆਇਆ ਸੀ, ਆਇਆ ਰੋਟੀ ਬਣੀ ਪਈ ਉੱਧਰ, ਰੋਟੀ ਖਾ ਲਾ, ਇੱਧਰ ਪਿਆ ਗੱਲਾਂ। ਉਹ ਚੱਲ ਮੈਂ ਤਾਂ ਉਹੀ ਇੱਥੇ ਵਧੀਆ ਹਵਾ ਜੀ ਆਉਂਦੀ ਸੀ, ਪੈ ਗਿਆ। ਚੱਲ ਫਿਰ ਖਾਂਦੇ ਹਾਂ ਰੋਟੀ, ਰੋਟੀ ਫਿਰ ਕਰਨੀ ਪਊ ਗੱਲ। ਲੱਦੇ ਓਏ ਹੋ ਖੜਾ, ਉਹ ਆ ਗਿਆ ਤੂੰ, ਆ ਗਿਆ ਆਇਆ ਧੱਕੇ ਯਾਰ, ਮੈਨੂੰ ਤੁਸੀਂ ਧੱਕੇ ਹੀ ਦੱਸ ਦਿਓ, ਚਾਰ ਦਿਨ ਘੁੰਮਣ ਕੀ ਜਾ ਉੜਿਆ, ਉਧਰੋਂ ਤੇਰੇ ਮਿਰਚਾਂ ਲੜੀ ਜਾਂਦੀਆਂ, ਉਧਰੋਂ ਵੱਡਾ ਬਾਈ ਮੈਨੂੰ ਕਿੰਨਾ ਕੁਛ ਕਬੋਲ ਕੇ ਹਟਿਆ ਕਿ ਚਾਰ ਦਿਨ ਤੂੰ ਇੱਧਰ ਜਾ ਉੜਿਆ, ਪੈਸੇ ਖਰਚ ਕਰਿਆ, ਕਮਾਲ ਦੀ ਗੱਲ ਆ ਯਾਰ, ਤੂੰ ਕੋਈ ਕੰਮ ਧੰਦਾ ਕਰ ਲੈ ਇੱਥੇ ਬੈਠਾਂ ਗਾ ਆਰਾਮ ਨਾਲ। ਮੈਂ ਤਾਂ ਕਰ ਲੂ ਜਿਹੜਾ ਕੰਮ ਕਰਨਾ, ਤੂੰ ਕਰਿਆ ਕਮਾਂਦਰੇ ਕਰਿਆ ਨਾਲ, ਮੈਂ ਤਾਂ ਯਾਰ ਕਰ ਹੀ ਦਊਂਗਾ, ਨਾਲੇ ਮੇਰੀ ਗੱਲ ਸੁਣ ਅੜੀ ਠੀਕ ਹੈ, ਜੇ ਵਿਆਹ ਜਾ ਕਰਾਉਣਾ ਨਾ ਤਾਂ ਤੇਰੀ ਭਰਜਾਈ ਨੇ ਮੈਨੂੰ ਸੁਨੇਹਾ ਲਾਇਆ ਸੀ, ਉਹਨੇ ਸੱਦਿਆ, ਹਜੇ ਮੈਂ ਦੋ ਦਿਨ ਹੋਰ ਨਹੀਂ ਆਉਂਦਾ ਸੀ। ਅੱਛਾ, ਅਤੇ ਟਾਈਮ ਹੈਗਾ ਕੋਈ ਪਹਿਲਾਂ ਘੁੰਮਣ ਫਿਰਨ ਵਾਲਾ? ਹਾਂ ਆ ਗਿਆ ਮਨਿੰਦਰ, ਚੱਲ ਅੰਦਰ ਆਉਣਾ, ਮੈਂ ਗੱਲ ਕਰ ਲਾ ਮਾੜੀ ਜੀ, ਮੈਂ ਨਾ ਗੱਲ ਤਾਂ ਮੈਂ ਕਰਨੀ ਅੰਦਰੇ ਨਾਲ, ਤੂੰ ਕੀ ਕਰੇਗਾ? ਮੇਰੀ ਗੱਲ ਸੁਣ ਯਾਰ, ਖੜ ਜਾ, ਇਹਨੇ ਮੈਨੂੰ ਫੋਨ ਲਾਇਆ ਸੀ, ਮੈਨੂੰ ਕਹਿੰਦੀ ਵੀ ਮੈਨੂੰ ਸਾਰੇ ਘਰਦੇ ਕਹੀ ਜਾਂਦੇ ਨੇ ਵੀ ਇਹਦਾ ਵਿਆਹ ਕਰਾ ਕੇ ਇਹ ਕਰਾ, ਮੇਰੀ ਗੱਲ ਸੁਣ, ਤੈਨੂੰ ਬਾਹਲੀ ਕਾਹਲੀ ਹੋ ਗਈ ਵਿਆਹ ਕਰਾਉਣ ਦੀ? ਅਤੇ ਹੋਰ ਯਾਰ, ਟੱਪ ਗਿਆ ਸਿਰ ਤੋਂ ਪਾਣੀ,
ਉਹ ਯਾਰ ਨਾ ਮੈਨੂੰ ਐਂ ਦੱਸ ਨਸ਼ੇ ਪੱਤੇ ਕਿਹੜੇ ਮੈਂ ਚਰਸ ਪੀਲੀ ਹੋਏ ਖਾਣਾ ਤਾਂ ਪੂਰਾ ਭੁੱਕੀ ਆ ਮੈਂ ਤੜਕੇ ਉੱਠ ਕੇ ਬਈ ਭੁੱਕੀ ਅੱਧਾ ਚਮਚਾ ਭੁੱਕੀ ਵੀ ਮਾੜੀ ਆ ਫਿਰ ਮੇਰੀ ਗੱਲ ਸੁਣ ਲਾ ਕਿੰਨਾ ਕੁ ਚਿਰ ਆਪਾਂ ਧਿਆਨ ਰੱਖਾਂਗੇ ਤੇਰਾ ਉਹ ਤੋਂ ਕਿੰਨਾ ਕੁ ਚਿਰ ਲੁਕੋ ਰੱਖਾਂਗੇ ਜਿੱਦੇ ਦੀ ਆਈ ਆ ਉਹ ਮੈਨੂੰ ਆਹੀ ਕਹੀ ਜਾਂਦੀ ਹੈ ਆਹ ਛੋਟਾ ਵੀਰ ਮੈਨੂੰ ਐਂ ਲੱਗਦਾ ਜਿਵੇਂ ਕੁਛ ਖਾਂਦਾ ਹੁੰਦਾ ਮੈਂ ਕਹਿੰਦਾ ਨਹੀਂ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਉਹ ਐਵੇਂ ਬਸ ਥੱਕ ਹਾਰ ਜਾਂਦਾ ਕੰਮ ਤੋਂ ਕਿੰਨਾ ਕੁ ਚਿਰ ਪੜਦੇ ਪਾਊਂਗਾ ਤੇਰੀ ਗੱਲ ਤੇ ਬਈ ਮੈਂ ਇੱਕ ਨਾ ਇੱਕ ਦਿਨ ਉਹਨੂੰ ਪਤਾ ਲੱਗ ਗਿਆ ਉਹਨੇ ਚੱਕ ਕੇ ਆਪਦੇ ਘਰੇ ਫੋਨ ਕਰ ਦੇਣਾ ਫਿਰ ਚੱਕ ਹੀ ਜਾਈ ਉਹ ਯਾਰ ਭੁੱਕੀ ਦਾ ਨਹੀਂ ਕੋਈ ਡਰ ਹੁੰਦਾ ਪਤਾ ਲੱਗ ਜੂ ਫਿਰ ਇਹ ਕਿਹੜਾ ਗਲਤ ਆ ਕੋਈ ਨਸ਼ਾ ਇਹ ਤਾਂ ਕੁਦਰਤੀ ਨਸ਼ਾ ਹੈਗਾ ਚੱਲਦਾ ਗਾ ਅੱਜ ਕੱਲ ਸਾਰੇ ਖਾਂਦੇ ਆ ਉਹਦੇ ਸਿਰੇ ਖਾਂਦੇ ਸੀ ਆਪਣੇ ਪਿਓ ਦਾਦੇ ਖਾਂਦੇ ਸੀ ਪਹਿਲਾਂ ਮਰਿਆ ਕੋਈ ਇਹਦੇ ਨਾਲ ਮੇਰੀ ਗੱਲ ਸੁਣ ਲੈ ਯਾਰ ਤੂੰ ਤਾਂ ਇਹਦੇ ਗੱਲਾਂ 'ਚ ਆਉਣ ਨਹੀਂ ਹੁੰਦਾ ਪਰ ਮੇਰੀ ਗੱਲ ਸੁਣ ਜੇ ਤੂੰ ਵਿਆਹ ਕਰਾਉਣਾ ਤਾਂ 13 ਮਹੀਨਾ 2 ਮਹੀਨੇ ਛੱਡ ਦੇ ਸਿਆਣਾ ਹੋ ਕੇ ਦਿਖਾ ਦੇ ਤੇਰੀ ਭਰਜਾਈ ਨਾਲ ਮੈਂ ਗੱਲ ਕਰ ਲੈਣਾ ਉਹਦੀ ਆਪਾਂ ਵਿਆਹ ਲਿਆਵਾਂਗੇ ਕਮਾਲ ਦੀ ਗੱਲ ਆ ਯਾਰ ਮਹੀਨੇ 2 ਮਹੀਨੇ ਵਾਲੀ ਕੀ ਗੱਲ ਆ ਹੁਣ ਜਿਹੜੀ ਚੀਜ਼ ਬੰਦਾ ਚੱਲ ਉਹਦਾ ਲੱਗ ਗਿਆ ਹੌਲੀ ਹੌਲੀ ਛੱਡ ਦੂੰਗਾ ਇੱਕਦਮ ਤਾਂ ਛੱਡਿਆ ਵੀ ਨਹੀਂ ਜਾਂਦਾ ਕੁਛ ਤੂੰ ਮੇਰਾ ਸਗਨ ਪਿਆ ਵਾ ਤੇ ਕਿਰਾਂ ਕਹਿ ਕਹਾ ਕੇ ਲਵੇ ਲਾਉਣੇ ਲਾ ਦੇ ਗੱਲ ਬਾਈ ਮੇਰੀ ਗੱਲ ਸੁਣ ਲਾ ਠੀਕ ਹੈ ਇਹੋ ਜਿਹੀ ਗੱਲ ਨਹੀਂ ਹੁੰਦੀ ਜਿਹੜੀ ਗੱਲ ਆਪਾਂ ਨੂੰ ਕੱਲ੍ਹ ਨੂੰ ਦੇਣੀ ਆ ਜੇ ਉਹ ਪਹਿਲਾਂ ਹੀ ਆਪਾਂ ਨੂੰ ਜੇ ਠੀਕ ਕਰ ਲਈਏ ਆਪਣੇ ਦੇ ਵਿੱਚ ਕਾਣ ਆ ਜੇ ਤੂੰ ਨਸ਼ਾ ਕਰਦਾ ਮੈਂ ਤੈਨੂੰ ਤਾਂ ਹੀ ਕਹੀ ਹੈ ਨਾ ਇੱਕ ਗੱਲ ਸੁਣ ਮੇਰੀ ਉੱਧਰ ਰਿਸ਼ਤੇਦਾਰੀ ਆ ਸਕੀਰੀ ਆ ਠੀਕ ਹੈ ਜੇ ਉਹ ਕੱਚੀ ਸਕੀਰੀ ਤੇਰੀ ਜਿਹੜੀ ਬਣਦੀ ਆ ਜੇ ਆਪਾਂ ਪਹਿਲਾਂ ਹੀ ਉੱਥੇ ਪਤਾ ਲੱਗ ਜੇ ਵੀ ਹਾਂ ਇਹ ਨਸ਼ਾ ਕਰਦਾ ਹੁਣ ਉਹਦਾ ਤੇਰਾ ਫਰਕ ਪੈ ਜੂਗਾ ਨਾਲ ਹੀ ਮੇਰਾ ਫਰਕ ਪੈ ਜੂ ਕੱਲ੍ਹ ਨੂੰ ਮੈਂ ਉੱਥੇ ਜਾਣ ਜੋਗਾ ਨਹੀਂ ਮੂੰਹ ਦਿਖਾਉਣ ਜੋਗਾ ਨਹੀਂ ਕਿੱਡੀ ਬਸ਼ਰਮੀ ਵਾਲੀ ਗੱਲ ਆ ਉਹ ਚੱਲ ਨਹੀਂ ਪਤਾ ਲੱਗਣ ਦਾ ਵਾ ਕੁਛ ਨਹੀਂ ਹੁੰਦਾ ਹੱਥ ਨੇ ਪੜਦੇ ਨਾ 2 ਚਮਚੇ ਭਿਉਂਕੇ ਧਰਦਿਆ ਕਰੂੰ ਤੜਕੇ ਪੀ ਲਿਆ ਕਰੂੰ ਉਹ ਬਾਈ ਸ਼ੋਲ ਹੁੰਦਾ ਪਰ ਜੇ ਤੂੰ ਛੱਡ ਦੇਗਾ 2 ਮਹੀਨੇ ਫਿਰ ਕੀ ਹੋ ਜੂਗਾ ਛੱਡੀ ਮਨ ਫਿਰ ਉਹ ਯਾਰ ਤੇਰੇ ਮੂੰਹ ਤੋਂ ਪਤਾ ਲੱਗ ਜਾਂਦਾ ਬਈ ਉਹ ਮੈਨੂੰ ਦੂਜੇ ਦਿਨ ਕਹਿ ਦਿੰਦੀ ਆ ਮੂੰਹ ਤੋਂ ਯਾਰ ਕੀ ਸਵਾਹ ਪਤਾ ਲੱਗ ਜਾਂਦਾ ਜੇ ਇਹ ਗੱਲ ਤਾਂ ਫਿਰ ਠੀਕ ਆ ਨਹੀਂ ਕਰਾਉਂਦਾ ਯਾਰ ਮੈਂ ਤਾਂ 30 ਸਾਲੀ ਨਾਲ ਤੁਰਿਆ ਫਿਰ ਤੂੰ ਭੌਂਕਦਾ ਜਿਵੇਂ ਕਰਨਾ ਕਰੀ ਚੱਲ ਜਾਓ ਮੇਰੀ ਮੰਨਣੀ ਤਾਂ ਹੈ ਨਹੀਂ ਯਾਰ ਕੋਈ ਤੂੰ ਪੁੱਧੂ ਆ ਮੈਂ ਤਾਂ ਬੇਬੀ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੇਰਾ ਰਿਸ਼ਤੇ ਦਾ ਕੰਮ ਆ ਵਿੱਚ ਫਾਣਾ ਨਾ ਲਾਓ ਵੀ ਆਪਣਾ ਆਪਦੇ ਆਪ ਦੇਖ ਕੇ ਇਹਦਾ ਸਾਈਡ ਤੇ ਜੇ ਹੁੰਦਾ ਤਾਂ ਉੱਥੇ ਕਰ ਦਿਓ ਉਹਨਾਂ ਨੇ ਨਾ ਨਾ ਕੇ ਕਰਾਵਾਂਗੇ ਆਪੇ ਛੱਡ ਦੂਗਾ ਜਿਹੜੀ ਛੱਡ ਦੇਗਾ ਤਾਂ ਗੱਲ ਠੀਕ ਆ ਨਹੀਂ ਫਿਰ ਬਾਅਦ ਵਿੱਚ ਮੇਰਾ ਉਧਰੋਂ ਸਕੀਰੀ ਦਾ ਕੰਮ ਆ ਜੇ ਉਹਨਾਂ ਨੇ ਕਹੇਤਾ ਵੀ ਪ੍ਰਾਹਣੇ ਨਾਲ ਧੱਕਾ ਪ੍ਰਾਹਣੇ ਨੂੰ ਧੱਕਾ ਕਰਤਾ ਐਂ ਕਰਤਾ ਫਿਰ ਬਾਅਦ ਵਿੱਚ ਗੱਲ ਦੇਣੀ ਆ ਜੂਗੀ ਮੈਂ ਤੁਹਾਨੂੰ ਸਹੀ ਗੱਲ ਦੱਸ ਹੁਣ ਯਾਰ ਤੈਨੂੰ ਕਹੀ ਤਾਂ ਜਾਣਾ ਮੈਂ ਵੀ ਛੱਡ ਦੂੰ ਜੇ ਬਾਹਲਾ ਹੋਇਆ ਜਾਂ ਮੈਂ ਛੱਡਦਾ ਵੀ ਨਹੀਂ ਪਰ ਨਾ ਛੱਡ ਯਾਰ ਭਾਲ ਨਹੀਂ ਡੋਲਾ ਮੈਂ ਤੈਨੂੰ ਲਾਸਟ ਵਾਰਨਿੰਗ ਦੇਤੀ ਬਸ ਠੀਕ ਆ ਜੇ ਛੱਡ ਦੇਗਾ ਤਾਂ ਹੋਜੂ ਨਹੀਂ ਹੁੰਦਾ ਨਹੀਂ ਓਏ ਕੋਈ ਨਹੀਂ ਜਿਹੜੇ ਰੋਕ ਰਿਹਾ ਹੁਣ ਜਿਹੜਾ ਰੋਕਦਾ ਮੈਨੂੰ ਜਮਾਂ ਸ਼ਰੇਆਮ ਕਰੂੰਗਾ ਖੁੱਲਾ ਕਰੂੰਗਾ ਵੱਡਾ ਨਸ਼ਾ ਕਰੂੰਗਾ ਇਦੋਂ ਵੀ ਪਹਿਲਾਂ ਤਾਂ ਪੋਸਤੀ ਖਾਂਦਾ ਸੀਗਾ ਹੁਣ ਇਦੋਂ ਵੀ ਆਰ ਪਾਰ ਦੀ ਕਰੂੰ ਗੱਲ ਦੇਖੀ ਜਾਊ ਜਿਹੜਾ ਕੁਛ ਮੇਰੇ ਨਾਲ ਤਾਂ ਹੋਊਗਾ ਤਾਂ ਹੀ ਰਿਸ਼ਤੇ ਲਈ ਕਾਹਲੀ ਕਰੀ ਜਾਂਦੇ ਸੀ ਵੀ ਸਾਨੂੰ ਛੇਤ ਛੇਤ ਰਿਸ਼ਤਾ ਦੇ ਦਿਓ ਮੁੰਡਾ ਇਹਦਾ ਨਸ਼ਾ ਕਰਦਾ ਲੈ ਪੁੱਛਣਾ ਹੋਵੇ ਮੇਰੀ ਭੈਣ ਡੋਬਣੀ ਇਹਨੂੰ ਲਿਆ ਕੇ ਇੱਥੇ ਮੈਂ ਨਹੀਂ ਹੋਣ ਦਿੰਦੀ ਇਹ ਰਿਸ਼ਤਾ ਮੈਂ ਤਾਂ ਮਨਾ ਕਰਦੀ ਮੰਮੀ ਨੂੰ ਵੀ ਮੰਮੀ ਜਵਾਬ ਦੇ ਦਿਓ ਮੁੰਡਾ ਤਾਂ ਇੰਨੇ ਨਸ਼ੇ ਕਰਦਾ ਇਹ ਮੈਨੂੰ ਤਾਂ ਪਹਿਲਾਂ ਹੀ ਲੱਗਦਾ ਸੀਗਾ ਵੀ ਇਹ ਕੁਛ ਖਾਂਦਾ ਪੀਂਦਾ ਕਿਵੇਂ ਤਾਂ ਹੋਇਆ ਪਿਆ ਮੈਂ ਅੱਜ ਹੀ ਲਾਉਣੀ ਮੰਮੀ ਨੂੰ ਫੋਨ ਚੁੰਨੀ ਚੜਾਵਾ ਕਰਾ ਲਿਆਵਾਂਗੇ ਬਸ ਕੋਈ ਨਾ ਮੰਮੀ ਦੱਸ ਦੀ ਤੇਰੀ ਮੰਮੀ ਨੂੰ ਆਪਾਂ ਬਾਹਲਾ ਖਰਚ ਨਹੀਂ ਕਰਾਉਂਦੇ ਪਹਿਲਾਂ ਹੁਣ ਤੁਹਾਡੇ ਵਿਆਹ ਤੇ ਕਿੰਨਾ ਖਰਚ ਕਰਤਾ ਗਾ ਨਾਲੇ ਹੁਣ ਆਕਾਸ਼ ਆਇਆ ਹੋਇਆ ਤੇ ਆਪਾਂ ਛੇਤੀ ਕੰਮ ਨਿਬੇੜ ਦਾਂਗੇ ਮੰਮੀ ਗੱਲ ਕਰਨੀ ਜਾਣੀ ਆ ਹੁਣ ਮੈਂ ਉਹਨਾਂ ਨੂੰ ਕਹਿ ਦੂੰਗੀ ਵੀ ਜੇ ਕਰਨਾ ਤਾਂ ਕਰ ਦਿਓ ਨਹੀਂ ਤਾਂ ਇੱਕ ਪਾਸਾ ਕਰ ਦਿਓ ਫਿਰ ਜਵਾਬ ਦੇ ਦਿਓ ਲੈ ਐਂ ਕਿਵੇਂ ਪੁੱਤ ਇੱਕ ਪਾਸਾ ਹੋ ਜੂਗਾ 6 ਮਹੀਨੇ ਹੋ ਗਏ ਇਹਨਾਂ ਦੇ ਮੰਗਣੀ ਹੋਏ ਨੂੰ ਨਾਲੇ ਮੇਰੀ ਗੱਲ ਸੁਣੋ ਜੇ ਉਹ ਜਵਾਬ ਦੇਣਗੇ ਸਾਡੀ ਬੇਇੱਜ਼ਤੀ ਨਾ ਹੋ ਇਸ ਗੱਲ 'ਚ ਤੂੰ ਗੱਲ ਕਰ ਉਹਨਾਂ ਨਾਲ ਕੋਈ ਨਾ ਮੰਮੀ ਕੋਈ ਨਹੀਂ ਤੂੰ ਗੱਲ ਕਰ ਲਾ ਨਾਲੇ ਤੂੰ ਮੇਰੀ ਗੱਲ ਸੁਣੋ ਤੁਹਾਨੂੰ ਦੋਨਾਂ ਭੈਣਾਂ ਨੂੰ ਸੌਖਾ ਹੋ ਜੂ ਕੰਮ ਧੰਦੇ ਦਾ ਹੈ ਨਾਲੇ ਭਾਈ ਜੇ ਜਵਾਬ ਜੂ ਵਾਲੀ ਗੱਲ ਆ ਗਈ ਸਾਰੇ ਪਿੰਡ 'ਚ ਤਾਂ ਰੌਲਾ ਪਿਆ ਹੋਇਆ ਗਾ ਵੀ ਇਹਨਾਂ ਦੇ ਮੁੰਡੇ ਦੀ ਮੰਗਣੀ ਹੋਈ ਵੀ ਹੈਗੀ ਮੰਮੀ ਮੈਂ ਕਰਦੀ ਹਾਂ ਗੱਲ ਫਿਰ ਤੁਹਾਨੂੰ ਦੱਸਦੀ ਹਾਂ ਵੀ ਉਹ ਕੀ ਕਹਿੰਦੇ ਕਰ ਲਾ ਦੱਸ ਮੈਨੂੰ ਕੀ ਕਹਿੰਦੀ ਹੈਗੀ ਉਹ ਮੰਮੀ ਨੂੰ ਲਾਵਾਂ ਫੋਨ ਦੇਖ ਇਹਨਾਂ ਨੂੰ ਕਿਵੇਂ ਕਾਹਲੀ ਲੱਗੀ ਕੁੜੀ ਦੇ ਰਿਸ਼ਤੇ ਦੀ ਨਾ ਮੈਂ ਆਪਦੀ ਭੈਣ ਦੀ ਜ਼ਿੰਦਗੀ ਖਰਾਬ ਕਰਨੀ ਪੁੱਛਣਾ ਹੋਵੇ ਇੱਥੇ ਵਿਆਹ ਕੇ ਇਹਦੇ ਨਸ਼ੇੜੀ ਦਾ ਕੀ ਪਤਾ ਕਦੇ ਕੁਝ ਵੱਧ ਘੱਟ ਖਾ ਲਏ ਇਹਨੂੰ ਕੁਛ ਹੋ ਜੇ ਮੇਰੀ ਭੈਣ ਦੀ ਜ਼ਿੰਦਗੀ ਤਾਂ ਖਰਾਬ ਹੋ ਜੂਗੀ ਮੈਂ ਤਾਂ ਕਦੇ ਵੀ ਨਹੀਂ ਹੋਣ ਦਿੰਦੀ ਇਹ ਨਹੀਂ ਰਿਸ਼ਤਾ ਮੈਂ ਹੋਣ ਦਿੰਦੀ ਕੁਛ ਵੀ ਹੋ ਜੇ ਭਾਵੇਂ ਹੁਣ ਦੱਸ ਭੈਣੇ ਐਡਾ ਕਿ ਤੱਦੀ ਦਾ ਕੰਮ ਪੈ ਗਿਆ ਤੈਨੂੰ ਫੋਨ ਕਰਿਆ ਮੈਂ ਤਾਂ ਭੱਜੀ ਭੱਜੀ ਆਈ ਜਾਂਦੀ ਸੀ ਮੈਂ ਤਾਂ ਅੱਜ ਰੱਖੜੀ ਬੰਨਣ ਨਹੀਂ ਮੇਰੀ ਗੱਲ ਸੁਣ ਭੈਣੇ ਰੱਖੜੀ ਬੰਨਣ ਤਾਂ ਤੂੰ ਜਾਂਦੀ ਸੀ ਉਹ ਦੇਖ ਲੈ ਤੂੰ ਜਿਹੜਾ ਰਿਸ਼ਤਾ ਕਰਾਇਆ ਸੀ ਚੱਲ ਮਨਿੰਦਰ ਦਾ ਤਾਂ ਜਿਹੜਾ ਕਰਾਤਾ ਸੀ ਤੂੰ ਤਾਂ ਮੇਰੀ ਦੂਜੀ ਧੀ ਵੀ ਡੋਬਤੀ ਸੀ ਉਹੜੇ ਕੀ ਗੱਲ ਹਜੇ ਤਾਂ ਉਹ ਗਈ ਵੀ ਨਹੀਂ ਕਾਹਦੇ ਨਾਲ ਡੁੱਬ ਗਈ ਕੀ ਗੱਲ ਹੋ ਗਈ ਨਹੀਂ ਗਈ ਤਾਂ ਨਹੀਂ ਮਨ ਮਨ ਨਸ਼ਾ ਕਰਦਾ ਮੁੰਡਾ ਮੈਨੂੰ ਹੁਣ ਦੱਸਿਆ ਮਨਿੰਦਰ ਨੇ ਸੱਚੀ ਕੁੜੇ ਤੇ ਹੋਰ ਮੈਂ ਮਰ ਗਈ ਤੇ ਮਨਿੰਦਰ ਨੂੰ ਕਿਵੇਂ ਪਤਾ ਲੱਗਿਆ ਲੈ ਮਨਿੰਦਰ ਨੂੰ ਪਤਾ ਕਿਵੇਂ ਲੱਗਿਆ ਉਹ ਕਾਸ਼ ਉਹਦੇ ਨਾਲ ਲੜੀ ਜਾਂਦਾ ਸੀ ਨਸ਼ੇ ਪਿੱਛੇ
चल फिर खड़ी हो चल मेरे नाल हुणी चल हरप्रीत ना गल कर ली तू मैं हरप्रीत ना ता कुछ नहीं करदी चल आके दसी ओनु हरप्रीत ता आके दसू तू पहला चल पहला ओना नाल गल कर लिए आदा तू मैं ता सण साला ता कुड़े कहे ता कहली मम्मी तू आ जा मासी नु लेके ते हुण गल कर लो हुण ओदे डंडा देई जांदे नहीं कर हुणी गल कर ते सानू लोड़ है फिर आए हो जू फलाना जू 100 बहाने लाउंदी है चल कोई नहीं आपा मुंह ते कर देया गल जाके चल चंगा मां कुड़ी दी ते ओ बैठी कुड़ी दी भैण मेरा फिकर ना कर तू जिवें तेरा मन करदा उवें कर ली मैं तैनूं कुछ नहीं कहिंदी हुण गल तेरे सारे दी है मैं कद तेरी जवाकड़ी रोबूंगी ओही तां गल है नशेड़ी दी मां तां पड़दे पौंदी हुंदी है ओह कदों कहिंदी है वी मेरे पुत दा पता लगे ओह तां कहिंदी है छेती ब्याह कर दो सुधर जूगा पिछों बगानियां धीआं नूं फसा दिंदे ने ना भाई हुण तां इक जिंदगी है फिर दो खराब आ जा फिर फटाफट एवें की फायदा फिर पाणी दी डांगा मार ओही तां गल है मनिंदर आंदा तो है कोई चप्पलां जी खड़क दियां मनिंदर ही आ गई सस्रीकाल पुत आज मासी सस्रीकाल आज मम्मी गेट ला छड्या है हां फिर ना घरे नहीं हैगा कोई भी मैं ते मम्मी हुन्ने ता गेट ला लेने अच्छा होर ठीक है पुत ना सारे गए हुए आ काम करना घर अच्छा हां जी मम्मी आन कंदे घरे मम्मी ने गल कर ले कोई नहीं कोई कर दे कर दे मनिंदर ने गल कर ली फिर थोड़े नाल
ਕੀ ਗੱਲ ਦਾ ਤਾਂ ਸੋਨੂੰ ਵੀ ਪਤਾ ਅਤੇ ਮੈਂ ਵੀ ਨਹੀਂ ਦਾਅ ਪਾ ਸਕਦੀ ਇਹਨਾਂ ਨੂੰ ਸੋਨੂੰ ਸਾਰਾ ਹੀ ਪਤਾ ਅਤੇ ਸਾਰਾ ਹੀ ਭਾਈ ਮਨਿੰਦਰ ਨੂੰ ਪਤਾ ਲੱਗ ਗਿਆ ਹੁਣ ਉਹ ਗੱਲਾਂ ਤਾਂ ਰਹੀਆਂ ਨਹੀਂ ਜਿਹੜੀਆਂ ਤੁਸੀਂ ਭਾਲਦੇ ਹੋ ਜਿਹੜੇ ਪੜਦੇ ਜੇ ਪਾਉਂਦੇ ਨਾ ਮੁੰਡੇ 'ਤੇ ਨਸ਼ਾ ਕਰਦਾ ਇਹਨੂੰ ਕਹੀ ਜਾਂਦੇ ਹੋ ਲਿਆ ਛੇਤੀ ਗੱਲ ਕਰ ਤੇਰੀ ਮਾਂ ਨਾਲ ਚੁੰਨੀ ਚੜ੍ਹਾਉਣਾ ਨਾ ਅੱਜ ਕੁੜੀ ਤੋਰਾਂ ਨਾ ਮੈਂ ਕੱਲ੍ਹ ਤੋਰਾਂ ਲੈ ਭੈਣ ਜੀ ਤੁਹਾਨੂੰ ਕਿਹਨੇ ਕਿਹਾ ਤਾਂ ਮੇਰਾ ਪੁੱਤ ਨਸ਼ੇ ਕਰਦਾ ਗਾ ਅੱਛਾ ਪਤਾ ਤਾਂ ਭੈਣ ਲੱਗ ਹੀ ਜਾਂਦਾ ਹੈ ਹੁਣ ਆਹ ਜਵਾਕੜੀ ਹੈ ਇਹ ਕੋਈ ਨਿਆਣੀ ਨਹੀਂ ਗੀ ਸਭ ਪਤਾ ਲੱਗਦਾ ਇਹਨੂੰ ਗੱਲਾਂ ਦਾ ਨਾਲੇ ਇਹ ਹੱਥੀ ਲਿਆ ਕੇ ਆਪਦੀ ਭੈਣ ਨੂੰ ਕਿਵੇਂ ਡੋਗ ਦੂ ਚੱਲ ਮੈਂ ਤਾਂ ਕਰਾਉਣ ਵਾਲੀ ਨੇ ਕਰਾਤਾ ਮੈਂ ਤਾਂ ਤੁਹਾਡਾ ਵੀ ਭਲਾ ਚਾਹਿਆ ਸੀ ਅਤੇ ਇਹਨਾਂ ਦਾ ਵੀ ਚੱਲ ਸਕੀਆਂ ਭੈਣਾਂ ਸਕੇ ਭਰਾਵਾਂ ਨੇ ਇੱਕ ਘਰੇ ਹੋ ਜਾਣਗੀਆਂ ਤਾਂ ਸੌਖਾ ਹੋ ਜੂਗਾ ਲੈ ਅਸੀਂ ਵੀ ਤਾਂ ਰਿਸ਼ਤਾ ਫੇਰ ਹੀ ਦਿੱਤਾ ਸੀਗਾ ਵੀ ਚੱਲ ਸਕੀਆਂ ਭੈਣਾਂ ਆਈਆਂ ਇੱਕ ਘਰੇ ਰਹਿਣਗੀਆਂ ਸਕੇ ਭਰਾਵਾਂ ਉੱਧਰੋਂ ਤਾਂ ਕੋਈ ਲਾਂਭਾ ਨਹੀਂ ਹੁਣ ਇੱਧਰੋਂ ਲਾਂਭਾ ਆਉਂਦਾ ਭਾਈ ਮੈਨੂੰ ਹੁਣ ਮੈਂ ਜ਼ੋਰ ਪਾ ਕੇ ਕਹਿ ਨਹੀਂ ਸਕਦੀ ਇਹਨਾਂ ਨੂੰ ਨਾ ਮੇਰੀ ਗੱਲ ਸੁਣਾ ਤੁਹਾਨੂੰ ਕਿਹਾ ਕਿ ਨਹੀਂ ਮੁੰਡਾ ਨਸ਼ੇ ਕਰਦਾ ਗਾ ਤੁਸੀਂ ਕਿਹੜਾ ਅੱਖੀ ਦੇਖਿਆ ਮੁੰਡਾ ਨਸ਼ੇ ਕਰਦਾ ਹੋ ਰਹੀ ਹੈ ਭੈਣ ਜੀ ਤੇਰਾ ਤੇ ਮੇਰੀ ਕੁੜੀ ਨੇ ਅੱਖ ਕੰਨੀ ਸੁਣਿਆ ਤੇ ਅੱਖੀ ਵੇਖਿਆ ਬਸ ਕਰੋ ਭੈਣ ਜੀ ਐਵੇਂ ਨਾ ਔਖੇ ਭਰੇ ਹੋ ਇਹ ਤਾਂ ਐ ਮਾਰੀ ਜਾਂਦੀ ਇਹਨੂੰ ਕੀ ਪਤਾ ਗਾ ਲੈ ਕਦੇ ਦੀ ਆਈ ਆਵਾਜ਼ ਅੱਜ ਸਾਡੇ ਗੱਲਾਂ ਬਣਾਉਣ ਲੱਗ ਗਈ ਇਹ ਮੇਰੀ ਗੱਲ ਸੁਣੋ ਭੈਣ ਜੀ ਮਾਂ ਕਦੇ ਆਪਦੇ ਪੁੱਤ ਨੂੰ ਮਾੜਾ ਨਹੀਂ ਕਹਿੰਦੀ ਹੁੰਦੀ ਠੀਕ ਹੈ ਉਹ ਤਾਂ ਪੜਦੇ ਪਾਉਂਦੀ ਹੁੰਦੀ ਹੈ ਜੇ ਤੁਹਾਡਾ ਜਵਾਕ ਗਲਤ ਰਸਤੇ ਪਿਆ ਤਾਂ ਉਹ ਜਵਾਕੜੀ ਦੀ ਜ਼ਿੰਦਗੀ ਤਾਂ ਤੁਸੀਂ ਖਰਾਬ ਕਰਨੀ ਐ ਵੀ ਸੋਚ ਲਓ ਲੈ ਅਗਰ ਸਾਨੂੰ ਕੀ ਮਿਲੂਗਾ ਉਹਦੀ ਜ਼ਿੰਦਗੀ ਖਰਾਬ ਕਰਕੇ ਸਾਨੂੰ ਕਿਹੜਾ ਪਤਾ ਨਹੀਂ ਸਾਡਾ ਪੁੱਤ ਕੀ ਕਰਦਾ ਗਾ ਮੰਮੀ ਤੇ ਫਿਰ ਮੈਂ ਤੁਹਾਨੂੰ ਵਹਿਮ ਪੈ ਗਿਆ ਕੋਈ ਮੰਮੀ ਮੈਨੂੰ ਸਾਰੀ ਗੱਲ ਪਤਾ ਲੱਗ ਗਈ ਵੀਰਨ ਨਸ਼ੇ ਕਰਦਾ ਮੈਂ ਖੁਦ ਸੁਣਿਆ ਕਾਸ਼ ਗੱਲ ਬਸ ਕਰ ਜੇ ਤੈਨੂੰ ਪਤਾ ਲੱਗ ਗਿਆ ਸੀ ਗੱਲ ਤੂੰ ਪਹਿਲਾਂ ਮੇਰੇ ਨਾਲ ਕਰਦੀ ਇਹਨਾਂ ਨੂੰ ਗੱਲ ਪਰੋਣ ਦਾ ਕੀ ਮਤਲਬ ਤੇਰਾ ਭੈਣੇ ਮੇਰੀ ਗੱਲ ਸੁਣ ਕੁੜੀ ਨੂੰ ਨਾ ਤੂੰ ਭੱਜ ਭੱਜ ਕੇ ਪਾਏ ਇਹੀ ਭੱਜ ਕੇ ਆਪਦੇ ਪੁੱਤ ਨੂੰ ਪਾਏ ਅੱਗੇ ਤਾਂ ਤੇਰਾ ਵੱਡਾ ਕਮਾਰਾ ਫਿਰਦਾ ਫਿਰ ਤੇਰਾ ਇਹ ਵੀ ਰਹਿ ਜੂਗਾ ਇਧਰੋਂ ਤਾਂ ਰਿਸ਼ਤਾ ਗਿਆ ਤੇਰੇ ਹੱਥ ਚੋਂ ਜੇ ਮੇਰਾ ਵੱਡਾ ਕਮਾਰਾ ਫਿਰਦਾ ਮੈਨੂੰ ਦੁੱਖ ਆ ਤੁਹਾਨੂੰ ਨਹੀਂ ਉਹ ਹੈਗਾ ਨਾ ਫਿਰ ਇਹਨਾਂ ਨੂੰ ਵੀ ਆਪਦੀ ਦਾ ਦੁੱਖ ਹੋ ਜੂ ਭਾਈ ਜਦੋਂ ਵਿਆਹ ਦੀ ਧੀਆਂ ਤਾਂ ਨਹੀਂ ਡੋਬੜੀਆਂ ਹੱਦ ਹੋਈ ਪਈ ਆ ਤੁਹਾਡੇ ਵਾਲੀ ਤਾਂ ਹਜੇ ਤਾਂ ਮੇਰੀ ਧੀ ਨੂੰ ਕਹਿੰਦੀਆਂ ਕਿ ਮੇਰੇ ਨਾਲ ਗੱਲ ਕਰਨੀ ਸੀ ਤੁਹਾਡੇ ਨਾਲ ਕੀ ਕਰੇ ਉਹ ਆਪਦੀ ਮਾਂ ਨਾਲ ਕਰੇਗੂ ਜਿਹਦੀ ਭੈਣ ਨੂੰ ਲਿਆਉਣਾ ਤੁਸੀਂ ਅੱਛਾ ਤੇ ਫਿਰ ਇੱਥੇ ਵਿਆਹ ਕੇ ਆਇਆ ਇੱਥੇ ਕੁਝ ਵੀ ਨਹੀਂ ਆਇਆਗਾ ਫਿਰ ਵਿਆਹ ਕੇ ਆਈ ਆ ਇਹ ਵਿਆਹ ਕੇ ਇਹ ਬੰਦੇ ਨਾਲ ਗੱਲ ਕਰ ਲੈਂਦੀ ਬੰਦੇ ਨੂੰ ਕਹਿ ਦਿੰਦੀ ਆਉਦੇ ਨੂੰ ਉਹਨੂੰ ਦੱਸਦੀ ਸਾਰੀ ਗੱਲ ਜਿਹੜਾ ਕੁਝ ਦੇਖਿਆ ਸੀ ਅੱਗੇ ਉਲਟਾ ਚੋਰ ਨਾ ਭਾਈ ਮੇਰੀ ਗੱਲ ਸੁਣ ਗੱਲ ਸੁਣ ਭੈਣੇ ਮੁੰਡੇ ਨੇ ਤਾਂ ਦੱਸਦੀ ਉਹ ਰਿਸ਼ਤਾ ਤਾਂ ਇਹਨਾਂ ਨੇ ਕਰਨਾ ਹੈ ਕੁੜੀ ਤਾਂ ਇਹਨਾਂ ਨੇ ਤੋਰਨੀ ਆ ਮਕਲਾਵਾ ਦੇ ਕੇ ਕਿ ਨਹੀਂ ਤੋਰਨੀ ਗੱਲਬਾਤ ਹੈਗੀ ਸੀ ਕੋਈ ਹੱਲ ਵੀ ਹੋ ਸਕਦਾ ਸੀ ਗੱਲ ਦਾ ਪਹਿਲੇ ਇਹ ਅੱਗ ਮਚਾਉਣ ਦਾ ਕੀ ਮਤਲਬ ਸੀ ਮੇਰੀ ਗੱਲ ਸੁਣ ਭੈਣੇ ਸਾਡੇ ਨਾਲ ਤਾਂ ਗੱਲ ਕਰ ਲੈਂਦੀ ਇੱਕ ਵਾਰ ਸਾਡੇ ਆਈਆਂ ਦੇ ਗੱਲ ਨਾ ਪਾ ਮੇਰੀ ਗੱਲ ਸੁਣ ਜੇ ਹੱਲ ਕਰਨਾ ਨਾ ਆਪਦੇ ਪੁੱਤ ਦਾ ਕਰ ਉਹਨੂੰ ਸੁਧਾਰ ਇਹ ਤਾਂ ਰਿਸ਼ਤਾ ਤੇਰੇ ਹੱਥ ਚੋਂ ਗਿਆ ਇਹ ਨਾ ਹੋਵੇ ਵੀ ਫਿਰ ਕੋਈ ਹੋਰ ਵੀ ਨਾ ਰਿਸ਼ਤਾ ਕਰੇ ਉਹਨੂੰ ਕੋਈ ਨਹੀਂ ਬਥੇਰੇ ਹੋ ਜਾਣਗੇ ਜੇ ਤੁਸੀਂ ਨਾ ਕਰੋਗੇ ਐਡੇ ਵੀ ਮੇਰੇ ਪੁੱਤ ਗਏ ਗੁਜਰੇ ਨਹੀਂ ਜਦੋਂ ਰਿਸ਼ਤੇ ਨਾ ਹੋਣਗੇ ਦੇਖ ਲੈ ਹਜੇ ਤਾਂ ਮੈਂ ਤਾਂ ਕਰਦੀ ਆ ਪੁੱਤ ਦੀਆਂ ਇਹੋ ਜਿਹੇ ਨਿਛੇੜੀਆਂ ਨੂੰ ਰਿਸ਼ਤੇ ਨਹੀਂ ਹੁੰਦੇ ਹੁੰਦੇ ਕਿੱਥੇ ਫਿਰਦੇ ਹੋ ਤੁਸੀਂ ਬਸ ਨਾ ਕਰ ਫਿਰ ਤੂੰ ਜਵਾਬ ਦੇਣਾ ਹੀ ਹੈ ਨਾ ਕਰ ਫਿਰ ਮੈਂ ਤੇਰੇ ਨਾਲ ਮਿੰਤਾ ਕਰਦੀ ਪਈ ਹੈਗੀ ਲੈ ਆ ਤਾਂ ਮੇਰੀ ਕੁੜੀ ਨੂੰ ਜਿਹੜਾ ਮੈਂ ਕਰਤਾ ਇਹ ਤਾਂ ਚੱਲ ਠੀਕ ਹੈ ਆਕਾਸ਼ ਠੀਕ ਹੈ ਉਹਦੇ ਮੂੰਹ ਨੂੰ ਨਹੀਂ ਮੈਂ ਬੋਲਦੀ ਤੇ ਮੈਂ ਤਾਂ 5 ਮਿੰਟ ਨਹੀਂ ਸੋਡੇ ਇਹੋ ਕਰਦੀ ਕੁੜੀ ਨੂੰ ਤੋਰਦੀ ਜੇ ਤੁਸੀਂ ਕਿਸੇ ਭਲੇਖੇ ਫਿਰਦੇ ਹੋਵੋਗੇ ਮੇਰੇ ਤਾਂ ਭੈਣ ਜੀ ਆ ਬੰਨੇ ਹੱਥ ਮੈਂ ਨਹੀਂ ਜਵਾਕੜੀ ਦਾ ਪਾਪ ਲੈਂਦੀ ਤੁਸੀਂ ਮੁੰਡਾ ਆਪਦਾ ਸਾਂਭੋ ਇਹ ਆਪਦੀ ਜਾ ਕਿਤੇ ਹੋਰ ਕਰ ਦੇਣਗੇ ਬਸ ਗੱਲ ਮੁੱਕੀ ਕੋਈ ਨਹੀਂ ਮੈਂ ਕਾਹ ਤੋਂ ਆ ਬਿਆ ਲੂੰਗੀ ਮੈਂ ਹਾਂ ਵਿਆਹ ਨਹੀਂ ਕਰਨ ਨੂੰ ਮੇਰੇ ਪੁੱਤ ਰਹਿੰਦੇ ਹੈਗੇ ਵਿਆਹ ਨਹੀਂ ਭੈਣੇ ਵਿਆਹ ਨਹੀਂ ਪਰ ਸਾਡਾ ਤਾਂ ਇਧਰੋਂ ਜਵਾਬ ਹੈ ਅਸੀਂ ਕਿਹੜਾ ਐ ਕਹਿੰਨੀ ਆ ਵੀ ਰਿਸ਼ਤੇ ਬਣੀ ਹੋ ਰਹਿ ਜਾਊਗਾ ਪਰ ਅਸੀਂ ਆਪਦੀ ਕੁੜੀ ਦਾ ਜਵਾਬ ਦੇਣ ਆਏ ਆ ਅਸੀਂ ਹੋਰ ਕੰਨਿਓ ਨਹੀਂ ਜਵਾਬ ਦਵਾਉਂਦੇ ਉਹ ਤੁਹਾਡੀ ਮਰਜ਼ੀ ਆ ਵਿਆਹ ਹੋ ਚਾਹੇ ਕਮਾਰਾ ਫਿਰੇ ਬਸ ਤੁਸੀਂ ਜਵਾਬ ਦੇ ਦੇਣਾ ਹੁਣ ਜਾਓ ਇੱਥੋਂ ਠੀਕ ਹੈ ਬਸ ਤੁਰ ਜਾਓ ਲੈ ਅਸੀਂ ਤਾਂ ਜਾਣੇ ਹੀ ਆ ਅਸੀਂ ਕਿਹੜਾ ਬੈਠੇ ਆ ਬਾਕੀ ਰਿਹਾ ਮੇਰੀ ਧੀ ਦਾ ਘਰ ਇਹ ਨਾ ਤੂੰ ਮੈਨੂੰ ਵੀ ਦੱਸ ਸਕਦੀ ਸੀ ਜੇ ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ ਸੀਗਾ ਪਹਿਲਾਂ ਇਹਨਾਂ ਦੇ ਪਰੋਤੀ ਚੱਕ ਕੇ ਗੱਲ ਨਾ ਤੈਨੂੰ ਦੱਸ ਕੇ ਤੂੰ ਕੀ ਕਹਿੰਦੀ ਤੂੰ ਤੈਨੂੰ ਆਈ ਕਹਿੰਦੀ ਵੀ ਕੋਈ ਨੀ ਤੂੰ ਰਿਸ਼ਤਾ ਲਿਆ ਹਟ ਜੂਗਾ ਇਹ ਨਹੀਂ ਹਟਦਾ ਭੈਣੇ ਮੁੰਡਾ ਤੁਹਾਡਾ ਨਸ਼ੇ ਤੇ ਲੱਗਿਆ ਇਹਨੂੰ ਜੇ ਸੰਭਲ ਤਾਂ ਸੰਭਾਲ ਲਓ ਨਹੀਂ ਅੱਖਾਂ 'ਚ ਕਸੁੰਨ ਦੇ ਰੋਵੇਂਗੀ ਚੱਲ ਨਹੀਂ ਭੈਣੇ ਆਪਾਂ ਬਹਿ ਕੇ ਕੀ ਕਰਨਾ ਇੱਥੇ ਹਾਂ ਜ਼ਿੰਦਗੀ ਖਰਾਬ ਕਰਨੀ ਹੈ ਚੰਗਾ ਮਰਿੰਦਰ ਜਾ ਮੇਰਾ ਪੁੱਤ ਉਸਤਾ ਕੋਈ ਗੱਲ ਨਹੀਂ ਪੁੱਤ ਤੂੰ ਫਿਕਰ ਨਾ ਕਰ ਕਿਸੇ ਗੱਲ ਦਾ ਠੀਕ ਹੈ ਨਾ ਠੀਕ ਹੈ ਹਾਂ ਆਈਏ ਬਾੜੀ ਹਜੇ ਤਾਂ ਬੋਲਦੀ ਹੈ ਹੂੰ ਮੈਂ ਬੋਲਦੀ ਹਾਂ ਨਾ ਤੈਨੂੰ ਸ਼ਰਮ ਨਾ ਆਈ ਗੱਲਾਂ ਕਰਦੀ ਨੂੰ ਹੈ ਕੋਈ ਨਹੀਂ ਆ ਜਾਂਦੇ ਆਕਾਸ਼ ਨੂੰ ਘਰੇ ਫਿਰ ਦੱਸੂ ਤੈਨੂੰ ਮੈਂ ਫਿਰ ਮੰਮੀ ਇਹ ਤੁਸੀਂ ਵੀ ਲੁਕੋ ਰੱਖਿਆ ਸੀ ਗਲਤੀ ਤਾਂ ਤੁਹਾਡੀ ਵੀ ਆ ਤੁਸੀਂ ਕਿਹੜਾ ਮੈਨੂੰ ਸੱਚ ਦੱਸਿਆ ਉਹ ਇੰਨੇ ਦਾ ਨਸ਼ੇ ਕਰਦਾ ਤੇ ਮੇਰੀ ਭੈਣ ਦੀ ਜ਼ਿੰਦਗੀ ਕੀ ਇੱਥੇ ਆ ਕੇ ਹੋਊਗੀ ਹੋਊਗੀ ਜ਼ਿੰਦਗੀ ਕੋਈ ਨਹੀਂ ਦੱਸੂਗੀ ਜ਼ਿੰਦਗੀ ਦਾ ਪਤਾ ਤੈਨੂੰ ਮੈਂ ਆ ਜਾਂਦੇ ਆਕਾਸ਼ ਨੂੰ ਜ਼ਿਆਦਾ ਤੇਰੇ ਜਮਾਲ ਲੱਗੀ ਆ ਕੁਛ ਤੈਨੂੰ ਕਿੰਨੇ ਵਾਰੀ ਸਮਝਾਇਆ ਸੀ
ਵੀ ਆਪੇ ਦਾਬ ਪਾ ਕੇ ਕਰ ਲੈ ਕੰਮ। ਉੱਤੋਂ ਮੇਰੇ ਨਾਲ ਲੜਨ ਲੱਗ ਗਿਆ, ਮੈਨੂੰ ਕਹਿੰਦਾ ਮੈਂ ਕਰੂੰਗਾ, ਮੈਂ ਤਾਂ ਜਿਹੜਾ ਕੁਛ ਮਰਜ਼ੀ ਹੁੰਦਾ ਕਹਿੰਦਾ ਛਡਾ ਲਓ ਛਡਾ ਕੇ ਦੇ ਦਿਓ, ਮੈਨੂੰ ਬੋਲਣ ਲੱਗ ਗਿਆ। ਉਹ ਯਾਰ ਸ਼ਰਮ ਲਾ ਰੱਖੀ ਆ ਇਹਨੇ ਤਾਂ, ਜਮਾਂ ਥਾਂ ਥਾਂ ਨੀਵੀਆਂ ਪਵਾਉਂਦਾ ਫਿਰਦਾ, ਜਾ ਇੱਕ ਕੰਮ ਜਾਣਦਾ ਜਾਵਰ ਦਾ ਡੱਕ ਕੇ ਉੱਥੇ ਤਾਸ ਖੇਡਣ ਬਹਿ ਜੂ, ਆ ਕੇ ਰੋਟੀਆਂ ਖਾ ਲੂ ਫਿਰ ਨਿਕਲ ਜੂ, ਜਮਾਂ ਪੱਲਾ ਚੱਕ ਰੱਖਿਆ ਯਾਰ ਇਹਨੇ ਤਾਂ। ਉਹ ਬੰਦਾ ਛੱਡ ਹੀ ਦੇਵੇ, ਹੁਣ ਤਾਂ ਬਹੁਤ ਹੋ ਗਈ, ਹੁਣ ਤਾਂ ਮੈਂ ਉਹਨੂੰ ਕਹਿ ਦੂੰਗਾ, ਦੱਸ ਦੇ ਕਿਵੇਂ ਕਰਨਾ। ਛੱਡੀ ਤਾਂ ਬੈਠਾ ਹੁਣ ਯਾਰ, ਕਿਹੜੇ ਹਿਸਾਬ ਨਾਲ ਛੱਡੇ। ਲੈ ਆਕਾਸ਼ ਛੱਡੇ ਨਾ ਛੱਡੇ, ਹੁਣ ਤੱਕ ਗੱਲ ਹੀ ਨਹੀਂ ਦੇ ਗਈ ਕੋਈ, ਸੌ ਕੁਛ ਤਾਂ ਬੋਲ ਗਈਆਂ ਉਹ ਆ ਕੇ ਮੈਨੂੰ, ਮੇਰੇ ਮੂੰਹ ਤੇ ਮੈਨੂੰ ਜਵਾਬ ਦੇ ਗਈਆਂ ਉਹਦੀ ਮਾਂ ਦੇ ਵਿਚੋਲਣ ਆਈਆਂ ਸੀ ਦੋਨੇ, ਬਥੇਰਾ ਕੁਛ ਬੋਲ ਕੇ ਗਈਆਂ, ਤੇਰਾ ਪੁੱਤ ਨਛੇੜੀ ਅਸੀਂ ਆਪਦੀ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਗੀ। ਫਿਰ ਮਾਂ ਸੱਚੀ ਬੋਲ ਕੇ ਗਈਆਂ, ਸੱਚੀਆਂ ਤਾਂ ਚੁੱਭਦੇ ਹੀ ਹੁੰਦੀਆਂ ਨੇ। ਉਹ ਤਾਂ ਜੇ ਆਪਾਂ ਮੌਕਾ ਦਿੱਤਾ ਤਾਂ ਬੋਲਿਆ ਅਗਲਾ, ਮੈਨੂੰ ਨੀ ਬੋਲ ਕੇ ਗਿਆ ਕੋਈ, ਨਾ ਇਹਨੂੰ ਨੀ ਬੋਲ ਕੇ ਗਿਆ ਕੋਈ, ਜੇ ਕਹਾਉਂਦਾ ਤਾਂ ਫੇਰ ਹੀ ਅਗਲਾ ਕਹਿੰਦਾ। ਤੇ ਮੂੰਹ ਤਾਂ ਨਾਲ ਹੈਗੇ ਆ, ਪਰ ਤੁਸੀਂ ਕਹਿ ਦਿੰਦੇ ਕਿ ਡੋਪ ਟੈਸਟ ਕਰਵਾ ਲਓ ਜੇ ਕੋਈ ਚੱਕਰ ਆ। ਲੈ ਦੇਖ ਲੈ ਬਾਈ, ਆਪਾਂ ਨੂੰ ਕਹਿੰਦਾ ਵੀ ਮੇਰਾ ਡੋਪ ਟੈਸਟ ਕਰਾ ਲਓ, ਉਹ ਸਾਨੂੰ ਪਤਾ ਹੀ ਆ ਤੇਰੀਆਂ ਜਣਾ ਕਿੱਥੇ ਤੱਕਣੇ ਕਿ ਨਹੀਂ। ਯਾਰ ਐਵੇਂ ਮਾਰੀ ਜਾਂਦਾ ਭਕਾਈ ਕੁੱਤਿਆਂ ਵਰਗਾ ਹੋਇਆ ਪਿਆ, ਨਾ ਇਹਨੂੰ ਸੰਗ ਸਰਮਾ, ਉਹ ਜਿੰਨੀ ਗੱਲ ਨੂੰ ਦੱਬਣ ਨੂੰ ਕਰਦੇ ਸੀ ਓਨੀ ਇਹ ਬਾਹਰ ਲਈ ਆਉਂਦਾ, ਇਹਨੂੰ ਐਂ ਦਾ ਪਤਾ ਨਹੀਂ ਵੀ ਮੇਰਾ ਫਾਇਦਾ ਕਿ ਨੁਕਸਾਨ। ਨਸ਼ਾ ਛੱਡਣ ਨੂੰ ਕਿਹਾ ਤੈਨੂੰ, ਛੱਡ ਦੇ ਆਪੇ ਕਰਾ ਦਾਂਗੇ ਰਿਸ਼ਤਾ ਤਾਂ ਕਿਤੇ ਨਾ ਕਿਤੇ ਤੇਰਾ। ਬੇ ਉਹ ਤਾਂ ਸਾਰੀ ਗੱਲ ਹੋ ਜਾਣੀ ਸੀਗੀ, ਪਹਿਲੀ ਗੱਲ ਤਾਂ ਮੈਨੂੰ ਐ ਨੀ ਸਮਝ ਆਉਂਦਾ ਮਨਿੰਦਰ ਨੇ ਫੋਨ ਉੱਥੇ ਕਾਹਦੇ ਵਾਸਤੇ ਕੀਤਾ ਗਾ, ਹੈ ਇਹਨੇ ਫੋਨ ਕਰਕੇ ਸੌ ਸਲੂਤੀਆਂ ਨੇ ਇਹਨੇ ਲਾਤੀਆਂ। ਫਿਰ ਉਹ ਕਰਦੀ ਵੀ ਕੀ, ਉਹਦੀ ਭੈਣ ਸੀਗੀ ਉਹ, ਐਂ ਕਿਵੇਂ ਦੇਖ ਲੈਂਦੀ ਬੇਬੇ, ਜਰ ਲੈਂਦੀ ਉਹ, ਆਪਾਂ ਜਰ ਲਾਂਗੇ ਹੁਣ। ਤੂੰ ਤਾਂ ਯਾਰ ਐਵੇਂ ਜਨਾਨੀ ਥੱਲੇ ਲੱਗਿਆ ਫਿਰਦਾ ਮਾਰੀ ਨਾ ਭਕਾਈ। ਉਹ ਯਾਰ ਇਹਦੀ ਵੀ ਮਾੜੀ ਗੱਲ ਆ, ਐਵੇਂ ਮੂੰਹ ਚੱਕ ਕੇ ਫੋਨ ਕਰਤਾ, ਕੋਈ ਘਰੇ ਤਾਂ ਪੁੱਛ ਦਿਸ ਕਰ ਲੈਂਦੀ ਪਹਿਲਾਂ, ਆਪਾਂ ਨੂੰ ਤਾਂ ਪੁੱਛ ਲੈਂਦੀ ਆਪਾਂ ਬੈਠੇ ਤਿੰਨ ਜਣੇ ਬਣ ਗਈ ਨਾਲੇ ਮਾਂ ਦੀ ਆਪਦੀ ਦੀ। ਕੋਈ ਗੱਲ ਨਹੀਂ ਸਮਝੇ ਤੁਸੀਂ, ਠੀਕ ਹੈ ਕੋਈ ਇਹਨਾਂ ਨਾਲ ਆਪਾਂ ਕਰ ਲਾਂਗੇ ਗੱਲ, ਮੈਂ ਕਰ ਲੂੰਗਾ, ਪਰ ਗੱਲ ਤੁਸੀਂ ਸਮਝੋ ਵੀ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਆਪਦੀ ਮਾਂ ਨੂੰ ਦੱਸਿਆ ਹੋਊਗਾ ਕਿ ਬੇਬੇ ਆਹ ਗੱਲ ਹੈਗੀ, ਤੁਸੀਂ ਦੇਖ ਲਓ ਹੁਣ ਕਿਵੇਂ ਕਰਨਾ ਗੱਲਬਾਤ ਕਰ ਲਓ। ਉਹ ਜੇ ਤੁਸੀਂ ਐਂ ਕਹਿ ਦਿੰਦੇ ਜਦੋਂ ਕੱਲ੍ਹ ਗੱਲ ਕਰਨਾ ਸੀ ਬੇਬੇ, ਤੂੰ ਕਹਿ ਦਿੰਦੀ ਵੀ ਮੁੰਡਾ ਛੱਡ ਦੂਗਾ ਨਸ਼ਾ, ਫਿਰ ਤਾਂ ਪਹਿਲਾਂ ਤੇਰੇ ਨਾਲ ਹੀ ਕਰ ਲੈਂਦੀ ਗੱਲ, ਉਹ ਤੇਰੇ ਨਾਲ ਕਿਉਂ ਨਹੀਂ ਗੱਲ ਕਰੀ ਉਹਨੇ, ਉਹਦਾ ਕੀ ਹੱਕ ਆ ਯਾਰ ਉੱਥੇ ਫੋਨ ਕਰਨ ਦਾ ਜਾਂ ਉਹਨਾਂ ਨੂੰ ਦੱਸਣ ਦਾ। ਤੈਨੂੰ ਤਾਂ ਬੜਾ ਮੋਟਾ ਪੁੱਛਦੀ ਭਾਈ ਕੀ ਗੱਲ ਆ, ਗੱਲਾਂ ਦੇ ਘਰੇ ਦੱਬ ਲੈਂਦੇ ਆ। ਸਿੱਧੀਆਂ ਹੁੰਦੀਆਂ ਮੇਰੇ ਗੱਲ ਪੈ ਗਈਆਂ, ਮੈਂ ਦੱਸ ਕੀ ਕਰਾਂ। ਚੱਲ ਕੋਈ ਨਹੀਂ ਇੱਕ ਮਿੰਟ ਖੜੋ, ਮੈਂ ਆਪਾਂ ਗੱਲ ਕਰ ਹੀ ਲੈਂਦੇ ਹਾਂ। ਮਨਿੰਦਰ ਕਿੱਥੇ ਆ? ਮਨਿੰਦਰ ਅੰਦਰ ਹੀ ਬੈਠੀ ਹੈ, ਬੁਲਾ ਲਾ ਉਹਨੂੰ। ਆ ਜਾਂਦੇ ਕੋਈ ਨਹੀਂ, ਕਰਦਾ ਗੱਲ ਇਹਨਾਂ ਨਾਲ, ਪੁੱਛਦਾ ਕੀ ਗੱਲ ਹੋਈ ਆ ਕੀ ਨਹੀਂ ਹੋਈ। ਮਨਿੰਦਰ ਮੇਰੀ ਗੱਲ ਸੁਣ ਯਾਰ, ਹੈਂ ਕੀ ਗੱਲ ਹੋਈ ਆ, ਤੂੰ ਕੱਲ ਕੀ ਕਿਹਾ ਉੱਥੇ ਫੋਨ ਲਾ ਕੇ? ਮੇਰੀ ਗੱਲ ਸੁਣ ਆਕਾਸ਼, ਵੀਰਾ ਬਹੁਤ ਨਸ਼ੇ ਕਰਦਾ, ਤੂੰ ਆਪ ਸੋਚ ਮੈਂ ਹਰਪ੍ਰੀਤ ਨੂੰ ਕਿਉਂ ਡੋਬੂਗੀ, ਉਹ ਵਧੀਆ ਇੰਨੀ ਪੜ੍ਹੀ ਲਿਖੀ ਕੁੜੀ ਆ ਤੇ ਉਹਦੀ ਸਾਰੀ ਜ਼ਿੰਦਗੀ ਇੱਥੇ ਬਰਬਾਦ ਹੋ ਜੂ। ਮੈਂ ਮੰਮੀ ਨੂੰ ਫੋਨ ਲਾ ਕੇ ਦੱਸਦਾ ਭਈ ਆਪਦਾ ਦੇਖ ਲਓ ਤੁਸੀਂ ਕਿਵੇਂ ਕਰਨਾ ਹੁਣ। ਤੂੰ ਮੇਰੇ ਨਾਲ ਗੱਲ ਕਰ ਲੈਂਦੀ ਇੱਕ ਵਾਰੀ, ਮੇਰੇ ਨਾਲ ਸਲਾਹ ਤਾਂ ਕਰ ਲੈਂਦੀ, ਆਪਾਂ ਇਹਨੂੰ ਨਸ਼ਾ ਕੇਂਦਰ ਛੱਡੇ ਆਉਂਦੇ ਆਪੇ ਛੱਡ ਦਿੰਦਾ ਨਸ਼ੇ ਯਾਰ। ਆਕਾਸ਼ ਤੂੰ ਵੀ ਕਮਾਲ ਕਰਦਾ, ਤੇਰੇ ਨਾਲ ਕੀ ਗੱਲ ਕਰਦੀ, ਜੇ ਤੇਰੇ ਨਾਲ ਗੱਲ ਕਰਨੀ ਹੁੰਦੀ ਤੂੰ ਮੈਨੂੰ ਆਪ ਹੀ ਪਹਿਲਾਂ ਹੀ ਦੱਸ ਦਿੰਦਾ, ਤੂੰ ਵੀ ਤਾਂ ਲੁਕੋ ਰੱਖੀ ਮੇਰੇ ਤੋਂ। ਉਹ ਭਰਜਾਈ ਮੇਰੀ ਗੱਲ ਸੁਣ ਲਾ, ਇੰਨਾ ਵੀ ਕੋਈ ਉਹ ਹੈ ਨਹੀਂ ਗਾ ਨਸ਼ੇੜੀ ਵੀ ਉਹ ਘਰੋਂ ਸਮਾਨ ਸਿੱਟ ਕੇ ਆਉਂਦਾ, ਠੀਕ ਆ ਆਪਣੇ ਘਰ ਦੀ ਗੱਲ ਸੀ, ਆਪਾਂ ਘਰੇ ਹੱਲ ਕਰ ਲੈਂਦੇ। ਬਈ ਮੇਰੀ ਗੱਲ ਸੁਣ ਲਾ, ਮੰਮੀ ਨੇ ਕਿਹਾ ਕੁੜੀ ਨੇ ਟਾਇਲਟਸ ਕਰਨਾ, ਉਹ ਤਾਂ ਬਾਹਰ ਜਾਊਗੀ। ਇਹਨਾਂ ਨੇ ਤਾਂ ਯਾਰ ਕੰਧੀ ਕੋਠੀ ਚੜਾਉਣੀ ਹੁੰਦੀ ਹੈ ਗੱਲ। ਨਾ ਆਈਲੈਟਸ ਫਿਰ ਆਪਾਂ ਕਰਾ ਦਿਆਂਗੇ, ਬਾਹਰ ਜਾਣਾ ਦੋਨੇ ਜਣਿਆਂ ਦਾ ਬਣਾ ਦਿਆਂਗੇ। 10 ਪੜਾ ਦੇਗਾ ਉਹਨੂੰ, ਉਹ ਕਿਹੜਾ ਨੰਗਾਂਗੇ, ਸਾਰਾ ਕੁਝ ਹੈਗਾ ਆਪਣੇ ਕੋਲੇ, ਨਾਲ ਜਾਣੂ ਯਾਰ ਮੈਂ ਕਰਾ ਦੂੰਗਾ ਸਾਰਾ ਕੁਝ, ਜਿਹੜਾ ਕੁਝ ਕਹੂਗੀ ਮੈਂ ਤਾਂ ਕਿਤਾਬਾਂ ਪੜਦਾ। ਆਕਾਸ਼ ਮੰਮੀ ਹੁਣ ਦਾ ਸਾਫ ਜਵਾਬ ਆ, ਬਸ ਉਹ ਨਹੀਂ ਕਰਨਾ ਚਾਹੁੰਦੇ ਰਿਸ਼ਤਾ ਇੱਥੇ ਬਸ। ਬਸ ਫਿਰ ਜਿਹੜੀ ਗੱਲ ਤਾਂ ਇਹ ਆਹੀ ਆ ਵੀ ਨਹੀਂ ਕਰਨਾ ਉਹਨੇ ਯਾਰ, ਨਸ਼ੇੜੀ ਦੇ ਮੂੰਹ ਨੂੰ ਨਹੀਂ ਕਰਨਾ, ਉਹ ਤੇਰਾ ਮੂੰਹ ਹੀ ਇਹੋ ਜਿਹਾ ਯਾਰ। ਨਾ ਕੀ ਮੂੰਹ ਲਾਈ ਜਾ ਤੂੰ ਬੇਬੇ, ਸਮਝਾ ਦੇ ਇਹਨੂੰ ਹੁਣ, ਕਹਿ ਦੇ ਇਹਨਾਂ ਨੂੰ ਜੇ ਕਰਾਉਣਾ ਤਾਂ ਰਿਸ਼ਤਾ ਮੈਂ ਉੱਥੇ ਹੀ ਕਰਵਾਉਣਾ, ਨਹੀਂ ਬਸ ਇਹ ਤੁਮਾਂ ਇੱਕ ਪਾਸਾ ਕਰ ਦੂੰਗਾ। ਨਾ ਕੀ ਕਰ ਦੇਗਾ ਉਹ ਇੱਕ ਪਾਸਾ, ਐਂ ਮਰੀ ਜਾਂਦਾ ਭਕਾਈ, ਜੋ ਤੈਨੂੰ ਕਹੀ ਜਾਂਦੇ ਆ ਵੀ ਜਦੋਂ ਸ਼ਗਨ ਪਿਆ ਵਿਆ ਉੱਥੇ ਹੀ ਕਰਾਂਗੇ ਵਿਆਹ। ਭਾਈ ਕੁੜਕੇ ਗੱਲ ਸੁਣ ਲਾ, ਆਹ ਪਿੰਡ 'ਚ ਸਾਡੀ ਬਣੀ ਵੀ ਆ ਬਹੁਤ, ਤੇ ਐਵੇਂ ਨਾ ਤੂੰ ਉਹੀ ਗੱਲਾਂ ਕਰ, ਆਪਦੀ ਮਾਂ ਨੂੰ ਫੋਨ ਲਾਉਣ ਵਾਲੇ ਯਾਰੇ ਭਰਾ ਨੂੰ ਕਹਿ ਵੀ ਭਾਈ ਵਿਆਹ ਦੇਣਗੇ ਸਿੱਧੇ ਹੋ ਕੇ। ਤੇਰੇ ਨਸ਼ੇ ਕਰਕੇ ਵਿਗਾੜ ਪਊਗਾ, ਉਹ ਤੇਰਾ ਤਾਂ ਰਿਸ਼ਤਾ ਗਿਆ ਹੀ ਗਿਆ, ਆ ਮੇਰਾ ਵੀ ਜਾਂਦਾ ਦਿਖਦਾ ਮੈਨੂੰ ਹੁਣ। ਯਾਰ ਮੈਂ ਠੀਕਾ ਲਿੱਤਾ ਗਾ ਤੇਰੇ ਰਿਸ਼ਤੇ ਦਾ, ਬੱਚੇ ਟੁੱਟੇ ਯਾਰ, ਇਹ ਗੱਲ ਦਾ ਮੈਨੂੰ ਕੀ ਲੱਗਿਆ ਦੇਖਿਆ ਗਾ, ਕਰਾਉਣਾ ਤਾਂ ਮੈਂ ਉੱਥੇ ਕਰਾਉਣਾ, ਨਹੀਂ ਮੈਂ ਚੱਲਿਆ ਮੈਂ ਜਾ ਕੇ ਰੇਲ ਗੱਡੀ ਥੱਲੇ। ਉਹ ਯਾਰ ਉਹ ਮੇਰੀ ਗੱਲ ਸੁਣ, ਹਜੇ ਤੱਕ ਨਹੀਂ ਆਈ, ਪਤਾ ਨਹੀਂ ਕੀ ਹੋਊਗਾ, ਜੇ ਵੀਰੇ ਨੂੰ ਸੱਚੀ ਕੁਛ ਕਰ ਲਿਆ ਨਾ ਤਾਂ ਬਾਲਾ ਕੁਛ ਹੋ ਜੂਗਾ, ਇੱਥੇ ਸਾਰੀ ਵਰੋਂ ਤਾਂ ਮੇਰੇ ਸਿਰ 'ਤੇ ਆਊਗੀ। ਕੀ ਕਰਾਂ, ਮੇਰੀ ਮੰਮੀ ਆ ਗਈ, ਜੇ ਮੇਰੇ ਮੁੰਡੇ ਨੂੰ ਕੁਛ ਹੋ ਗਿਆ ਨਾ ਤਾਂ ਹਿਸਾਬ ਲਾ ਲਈ, ਤੇਰਾ ਬਣਦਾ ਕੀ ਹੈ, ਤੇਰੇ ਸਾਰੇ ਪਰਿਵਾਰ ਨੂੰ
ਦਾ ਯਾਰ ਕੋਈ ਗੁੱਸਾ ਨਹੀਂ ਸਾਡਾ ਹੈ ਉਹ ਤਾਂ ਹੁਣ ਤੈਨੂੰ ਵੀ ਪਤਾ ਵੀ ਨਸ਼ੇੜੀ ਬੰਦੇ ਦਾ ਕੌਣ ਕੁੜੀ ਆਪਦੀ ਵਿਆਹ ਦੂਗਾ ਜੇ ਮੰਨ ਕੇ ਚੱਲ ਵੀ ਤੇਰੀ ਭੈਣ ਹੁੰਦੀ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੈਨੂੰ ਪਤਾ ਹੁੰਦਾ ਵੀ ਇਹ ਬੰਦਾ ਨਸ਼ਾ ਕਰਦਾ ਤੂੰ ਉਹਦੇ ਨਾਲ ਹਾਂ ਕਰ ਦਿੰਦਾ ਰਿਸ਼ਤੇ ਦੀ ਅਸੀਂ ਤਾਂ ਫਿਰ ਵੀ ਮਨਿੰਦਰ ਦੇ ਕਹਿਣ 'ਤੇ ਇੱਕ ਵਾਰੀ ਹਾਂ ਕਰਤੀ ਸੀ ਜਦੋਂ ਹੁਣ ਗੱਲ ਹੀ ਹੋਰ ਨਿਕਲੀ ਆ ਵਿੱਚੋਂ ਨਹੀਂ ਬਈ ਉਹ ਤਾਂ ਕੋਈ ਗੱਲ ਨਹੀਂ ਪਰ ਗੱਲ ਤਾਂ ਐਂ ਨਾ ਵੀ ਯਾਰ ਛੱਡ ਦਿੰਦਾ ਨਸ਼ਾ ਇੰਨਾ ਕਿੰਨਾ ਕਰਦਾ ਥੋੜ੍ਹਾ ਬਹੁਤ ਤਾਂ ਭੁੱਖੀ ਭੱਕੀ ਖਾਂਦਾ ਯਾਰ ਉਹ ਤਾਂ ਕੋਈ ਵੱਡੀ ਗੱਲ ਨਹੀਂ ਗੀ ਉਹ ਛੁਡਾ ਦਿੰਦੇ ਆਪਾਂ ਹੌਲੀ ਹੌਲੀ ਪਰ ਐਂ ਯਾਰ ਵੀ ਇਹ ਗੱਲ ਤਾਂ ਫਿਰ ਗਲਤ ਆ ਨਾ ਰਿਸ਼ਤਾ ਤੋੜਨ ਵਾਲਾ 6 ਮਹੀਨੇ ਹੋ ਗਏ ਆਪਣੀ ਪੱਕ ਠੱਕ ਕੋਈ ਨੂੰ ਤੈਨੂੰ ਵੀ ਪਤਾ ਇਸ ਗੱਲ ਦਾ ਠੀਕ ਹੈ ਅਸੀਂ ਪਿੰਡ 'ਚ ਕੀ ਮੂੰਹ ਦਿਖਾਵਾਂਗੇ ਰਾਜਪੁੱਤ ਮੇਰੀ ਗੱਲ ਸੁਣ ਜਿਹੜਾ ਇੱਕ ਵਾਰ ਨਸ਼ਿਆਂ 'ਤੇ ਲੱਗ ਜਾਂਦਾ ਭੁੱਕੀ ਆ ਚਾਹੇ ਭੁੱਕੀ ਵੀ ਨਸ਼ਾ ਹੀ ਹੈ ਅਸੀਂ ਐਂ ਨਹੀਂ ਕਹਿੰਦੇ ਵੀ ਕੋਈ ਹੋਰ ਨਸ਼ਾ ਕਰਦਾ ਇਕੱਲੀ ਭੁੱਕੀ ਖਾਂਦਾ ਫਿਰ ਵੀ ਨਸ਼ਾ ਹੀ ਹੈ ਪੁੱਤ ਭੁੱਕੀ ਦੇ ਖਰਚੇ ਪੂਰੇ ਕਰੂ ਕਿ ਘਰ ਦੇ ਖਰਚੇ ਪੂਰੇ ਕਰੂ ਤੂੰ ਇਹ ਤਾਂ ਸਿਆਣਾ ਤੂੰ ਤਾਂ ਸੋਚ ਮੈਂ ਤਾਂ ਸੋਚੀ ਬੈਠਾ ਜੀ ਤਾਂ ਹੀ ਆਇਆ ਉੱਧਰ ਹੋਇਆ ਦੇਖ ਲਓ ਇਹਨੂੰ ਮਾਂ ਨੇ ਮਾੜਾ ਜਾ ਕੇ ਕਹਿਤਾ ਚੱਕ ਕੇ ਝੋਲਾ ਇੱਥੇ ਆ ਗਈ ਵੀ ਚੱਲ ਅਸੀਂ ਤਾਂ ਘਰੇ ਹੈ ਨਹੀਂ ਸੀ ਤੈਨੂੰ ਮੈਂ ਕੁਛ ਕਿਹਾ ਹੋਵੇ ਫਿਰ ਤਾਂ ਤੂੰ ਇੱਥੇ ਆਉਂਦੀ ਸੋਹਣੀ ਲੱਗਦੀ ਹੈ ਚੱਲ ਮਾਂ ਤਾਂ ਤੇਰੀ ਮਾਂ ਵਰਗੀ ਆ ਤੇਰੀ ਮਾਂ ਨੇ ਕੁਛ ਕਹਿਤਾ ਜਾਂ ਉਹਨੇ ਕੁਛ ਕਹਿਤਾ ਫਿਰ ਕਿੱਡੀ ਗੱਲ ਸੀਗੀ ਨਹੀਂ ਪੁੱਤ ਮੇਰੀ ਗੱਲ ਸੁਣ ਮਾੜਾ ਜਿਹਾ ਨਹੀਂ ਕਿਹਾ ਸਾਡੇ ਹੁੰਦੇ ਸੌ ਸੌ ਕੁਛ ਬੋਲੀ ਜਾਂਦੀ ਸੀ ਮਗਰੋਂ ਤਾਂ ਕੀਤਾ ਕੀ ਕੁਛ ਬੋਲੀ ਹੋਣੀ ਕੁੜੀ ਨਾਲ ਧੱਕੇ ਮਾਰ ਕੇ ਕੱਢਿਆ ਬਈ ਇਹਨੂੰ ਘਰੋਂ ਦੱਸਦੀ ਸੀਗੀ ਜਵਾਗੜੀ ਮੈਨੂੰ ਚੱਲ ਕੋਈ ਨਾ ਬਈ ਐਂ ਤਾਂ ਹੁਣ ਘਰ ਦੇ ਵਿੱਚ ਚੱਲਦੀਆਂ ਹੁੰਦੀਆਂ ਗੱਲਾਂ ਮਾੜੀ ਮਾੜੀ ਗੱਲ 'ਤੇ ਜੇ ਆਪਾਂ ਇਹ ਰਿਸ਼ਤੇ ਤੋੜਨ ਲੱਗ ਗਏ ਤਾਂ ਬਸ ਫਿਰ ਤਾਂ ਘਰ ਵੱਸ ਗਏ ਫਿਰ ਤਾਂ ਬਸ ਤਲਾਕ ਹੀ ਹੋਇਆ ਕਰਨਗੇ ਯਾਰ ਆਕਾਸ਼ ਗੱਲ ਉਹ ਨਹੀਂ ਹੈਗੀ ਪਰ ਗੱਲ ਉਹਨਾਂ ਨੂੰ ਵੀ ਸਮਝਣੀ ਚਾਹੀਦੀ ਆ ਵੀ ਮੈਂ ਆਪਦੀ ਭੈਣ ਕਿਉਂ ਡੁੱਬੂੰਗੀ ਉੱਥੇ ਹੁਣ ਜਦੋਂ ਆਪਣਾ ਰਿਸ਼ਤਾ ਹੋਇਆ ਵਿਆ ਫਿਰ ਉਹਨਾਂ ਨੂੰ ਹੋਰ ਕੀ ਚਾਹੀਦਾ ਹੋਰ ਕਿਤੇ ਕਰ ਲੈਣ ਜੇ ਬਾਹਲਾ ਹੈਗਾ ਜਦੋਂ ਮੇਰੇ ਘਰ ਦੇ ਨਹੀਂ ਕਰਦੇ ਮੈਂ ਕਿੰਨਾ ਕੁ ਜ਼ੋਰ ਪਾਵਾਂ ਇਹਨਾਂ ਨੂੰ ਤੂੰ ਗੱਲ ਸਮਝ ਹੁਣ ਆਪਣੀ ਉੱਥੇ ਕਿੰਨੀ ਰੈਪੂਟੇਸ਼ਨ ਆ ਸਾਰਾ ਕੁਛ ਖਰਾਬ ਹੋ ਜਾਊਗਾ ਸਾਰੇ ਪਿੰਡ ਦੇ ਵਿੱਚ ਗੱਲਾਂ ਹੋਣਗੀਆਂ ਵੀ ਇਹਨਾਂ ਦਾ ਮੁੰਡਾ ਛੱਡ ਉਹਨੂੰ ਕਿਸੇ ਨੇ ਹੋਰ ਕਿਸੇ ਨੇ ਕੁੜੀ ਨਹੀਂ ਦੇਣੀ ਫਿਰ ਫਿਰ ਫੋਕੀ ਇੱਜ਼ਤ ਕਰਕੇ ਮੈਂ ਆਪਦੀ ਭੈਣ ਦੀ ਜ਼ਿੰਦਗੀ ਖਰਾਬ ਕਰਦਾ ਵੀ ਇਹਨੂੰ ਨਰਕ 'ਚ ਸਿੱਟਦਾ ਮੈਨੂੰ ਐਂ ਦੱਸ ਬਈ ਅੱਖੀ ਦੇਖ ਕੇ ਤਾਂ ਮੱਖੀ ਨਿਕਲੀ ਵੀ ਨਹੀਂ ਜਾਂਦੀ ਯਾਰ ਤੂੰ ਆਪ ਸਿਆਣਾ ਪੜ੍ਹਿਆ ਲਿਖਿਆ ਯਾਰ ਸਾਰਾ ਕੁਛ ਤੈਨੂੰ ਪਤਾ ਕਰਦੀ ਹੈ ਰਿਸ਼ਤਾ ਚੱਲ ਕੋਈ ਨਹੀਂ ਜੀ ਪਾਪਾ ਮਨਿੰਦਰ ਨੂੰ ਤਾਂ ਤੋਰੋ ਮੇਰੇ ਨਾਲ ਮਾਸੀ ਨੂੰ ਬੁਲਾ ਕੇ ਲਿਆ ਨਾ ਬੰਤੋ ਨੂੰ ਬੁਲਾ ਲਿਆ ਚੱਲ ਤੂੰ ਬੈਠ ਕੋਈ ਨਾ ਕਰਦੇ ਆ ਗੱਲ ਮੈਂ ਚਾਹ ਦੀ ਘੁੱਟ ਕਰਦਾ ਕਰ ਲੈ ਮੈਂ ਵੀ ਆਉਣੀ ਹਰਪ੍ਰੀਤ ਉਰੇ ਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਨੂੰ ਪਤਾ ਯਾਰ ਵੀ ਚੱਲ ਰਾਜਪਾਲ ਨਸ਼ੇ ਕਰਦਾ ਠੀਕ ਹੈ ਕੋਈ ਨਹੀਂ ਮੈਂ ਆਪੇ ਹਟਾ ਦੂੰਗਾ ਮੇਰੀ ਜ਼ਿੰਮੇਵਾਰੀ ਹੈ ਯਾਰ ਉਹਨੂੰ ਹਟਾਉਣ ਦੀ ਨਸ਼ੇ ਤੋਂ ਪਰ ਤੂੰ ਆਪਦੀ ਭੈਣ ਨੂੰ ਥੋੜ੍ਹਾ ਬਹੁਤ ਸਮਝਾ ਕਿ ਮੈਂ ਕੋਈ ਗੱਲ ਨਹੀਂ ਯਾਰ ਮੈਂ ਉੱਥੇ ਵਿਆਹ ਕਰਾ ਲੂੰਗੀ ਬਾਹਰ ਭੇਜ ਦਾਂਗੇ ਠੀਕ ਹੈ ਤੁਸੀਂ ਦੋਨੋਂ ਜਾਣੇ ਬਾਹਰ ਜਾ ਉੜਿਓ ਉਦੋਂ ਬਾਅਦ ਵਿੱਚ ਤੂੰ ਆਪਦੇ ਆਪ ਨੂੰ ਸਮਝਾ ਲੇਗੀ ਬਾਕੀ ਸਾਰਾ ਕੁਛ ਨਾਨੀ ਦੇ ਹੱਥ 'ਚ ਹੀ ਹੁੰਦਾ ਬੰਦੇ ਨੂੰ ਕਿਵੇਂ ਸਮਝਾਉਣਾ ਕਿਵੇਂ ਨਹੀਂ ਬਈ ਮੈਂ ਵੀ ਕੀ ਕਰਾਂ ਪਰ ਤੁਸੀਂ ਆਪ ਹੀ ਸੋਚੋ ਮੈਂ ਨਸ਼ੇੜੀ ਦੇ ਕੀ ਕਰੂੰਗੀ ਜਾ ਕੇ ਮੇਰਾ ਨਹੀਂ ਮਨ ਮੰਨਦਾ ਬਈ ਉੱਥੇ ਜਾਣ ਨੂੰ ਹਰਪ੍ਰੀਤ ਮੇਰੀ ਗੱਲ ਸੁਣ ਇੱਕ ਤੇਰੀ ਹਾਂ ਕਰਨ ਦੇ ਨਾਲ ਤਾਂ ਮੇਰਾ ਘਰ ਵੱਸ ਜੂਗਾ ਨਾਲੇ ਤੇਰਾ ਘਰ ਵੱਸ ਜੂਗਾ ਤੂੰ ਮਾੜਾ ਜਿਹਾ ਸੋਚ ਐਸ਼ ਕਰੇਂਗੀ ਬਾਕੀ ਨਸ਼ੇ ਦੀ ਮੇਰੀ ਗਰੰਟੀ ਉਹਦਾ ਨਸ਼ਾ ਮੈਂ ਆਪੇ ਛੁਡਾ ਦੂੰਗਾ ਦੇਖ ਲੈ ਆਹ ਹੱਥ ਮੰਨੇ ਤੇਰੇ ਕਰਕੇ ਮੇਰਾ ਤੇ ਮਨਿੰਦਰ ਦਾ ਘਰ ਤੇਰੇ ਕਰਕੇ ਵੱਸ ਸਕਦਾ ਮੇਰੇ ਕਰਕੇ ਕਿਵੇਂ ਬਈ ਤੇਰੇ ਕਰਕੇ ਮਤਲਬ ਵੀ ਦੇਖ ਲੈ ਮੇਰੇ ਘਰ ਦੇ ਹੁਣ ਤਲਾਕ ਮੰਗਦੇ ਆ ਕਹਿੰਦੇ ਮਨਿੰਦਰ ਨੂੰ ਕਹਿ ਦੇ ਤਲਾਕ ਦੇ ਦੇ ਅਸੀਂ ਨਹੀਂ ਵਸਾਉਣੀ ਇੱਥੇ ਠੀਕ ਹੈ ਜੇ ਤਲਾਕ ਦਿੱਤਾ ਨਾ ਤਾਂ ਫਿਰ ਤੇਰੀ ਭੈਣ ਦਾ ਕਿਤੇ ਹੋਰ ਰਿਸ਼ਤਾ ਹੋਣਾ ਨਾ ਮੇਰਾ ਹੋਣਾ ਨਾ ਮੇਰੇ ਬਾਈ ਦਾ ਹੋਣਾ ਤੂੰ ਆਪ ਦੇਖ ਤੇਰੇ ਕਰਕੇ ਹੁਣ 3-4 ਜ਼ਿੰਦਗੀਆਂ ਖਰਾਬ ਹੋ ਜਾਣਗੀਆਂ ਚੱਲ ਠੀਕ ਹੈ ਬਾਈ ਫੋਨ ਦੇ ਇਹਨਾਂ ਨੂੰ ਮੈਂ ਗੱਲ ਕਰਦੀ ਹਾਂ ਨਾਲੇ ਮੈਂ ਤਾਂ ਦੀਦੀ ਨੂੰ ਸਵੇਰੇ ਵੀ ਕਿਹਾ ਸੀ ਵੀ ਮੈਂ ਕਰਵਾ ਲੂੰਗੀ ਰਾਜਪਾਲ ਨਾਲ ਪਰ ਇਹ ਮੰਨੀ ਨਹੀਂ ਜਾਂਦੇ ਮੇਰੇ ਕਰਕੇ ਜੇ ਮੇਰੀ ਭੈਣ ਦਾ ਘਰ ਵੱਸਦਾ ਫਿਰ ਮੈਨੂੰ ਕੀ ਆ ਮੈਨੂੰ ਤਾਂ ਚੰਗਾ ਹੀ ਆ ਮੇਰੀ ਗੱਲ ਸੁਣ ਪੁੱਤ ਤੂੰ ਫਿਕਰ ਨਾ ਕਰ ਜਦੋਂ ਇੱਕ ਵਾਰ ਜਵਾਬ ਦੇਤਾ ਨਾ ਦੇਤਾ ਹੁਣ ਇਹਨਾਂ ਨੇ ਥੋੜਾ ਕਰਾਂਗੇ ਹਰਪ੍ਰੀਤ ਦਾ ਰਿਸ਼ਤਾ ਪਰ ਮੈਨੂੰ ਪਤਾ ਇਹ ਨਾ ਆਕਾਸ਼ ਉਹਦੀ ਪਿੱਛੇ ਲੱਗ ਜਾਂਦਾ ਆਪਦੀ ਮਾਂ ਦੇ ਪਤਾ ਨਹੀਂ ਕੀ ਖਾਸ ਖਾਪੇ ਮੇਰੀ ਗੱਲ ਸੁਣ ਤੇਰੀ ਮਾਸੀ ਨੂੰ ਬੁਲਾਇਆ ਨਾ ਆਕਾਸ਼ ਨੂੰ ਆਪਾਂ ਆਪੇ ਕਹਿ ਦਾਂਗੇ ਵੀ ਭਾਈ ਦੇਖ ਮਨਿੰਦਰ ਨੂੰ ਤੂੰ ਲੈ ਜਾ ਇਹਨੂੰ ਅਸੀਂ ਰੋਕਦੇ ਨਹੀਂ ਕਿਉਂਕਿ ਇਹਦਾ ਵਿਆਹ ਕੀਤਾ ਹੋਇਆ ਵੀ ਮੈਂ ਇਹਦਾ ਨਹੀਂ ਕਰਦੀ ਹਰਪ੍ਰੀਤ ਦਾ ਮੈਨੂੰ ਤਾਂ ਐਂ ਡਰ ਆ ਮੰਮੀ ਕਿਤੇ ਨਾ ਆਕਾਸ਼ ਮੈਨੂੰ ਵੀ ਨਾ ਲੈ ਕੇ ਜਾਵੇ ਨਾ ਪੁੱਤ ਤੈਨੂੰ ਕਿਉਂ ਨਾ ਲੈ ਕੇ ਜਾਊ ਆਕਾਸ਼ ਦੇ ਮਨ 'ਚ ਇਹੋ ਜਿਹਾ ਹੈ ਨਹੀਂ ਤਾਂ ਹੀ ਤਾਂ ਕਹਿੰਦੀ ਉਹਦੇ ਮਨ 'ਚ ਨਹੀਂ ਹੈਗਾ ਉਹ ਤਾਂ ਹਰ ਇੱਕ ਦੇ ਮਗਰ ਲੱਗ ਜਾਂਦਾ ਜਿਵੇਂ ਆਪਾਂ ਉਹਨੂੰ ਕਹਿ ਦੇਣਾ ਉਹ ਵੀ ਕਰ ਲੈਂਦਾ ਕੋਈ ਨਾ ਹੁਣ ਆਪਦੀ ਮਾਂ ਨਾਲ ਗੱਲ ਕਰਕੇ ਆਇਆ ਹੋਊਗਾ ਇਹ ਤਾਂ ਹੈ ਮਾਂ ਉਹਨੂੰ ਦੱਸ ਕੇ ਆਇਆ ਉਹ ਤੋਂ ਬਿਨਾਂ ਤਾਂ ਨਹੀਂ ਆਇਆ ਕੋਈ ਨਾ ਤੂੰ ਫਿਕਰ ਨਾ ਕਰਿਆ ਮੈਂ ਕਮਲੀ ਜੀ ਮੈਂ ਚਾਹ ਦੀ ਘੁੱਟ ਕਰ ਲਾਂ ਚਲੋ ਆ ਜਾ ਮੈਂ ਹਾਂ ਆ ਜਾ ਆਇਆ ਬੇਬੇ
अच्छा आ गई तेरी मासी। चल कोई ना हाय हाय ठीक है भेने होर अपने ठीक से। मैं तो हूं तेन आई बुलाया सी। मैं आख्या हूं काश लैन आया मनिंदर नू। अच्छा भाई हूं देख ला गल खोल ला भी देख तेरी मां की कुछ करती है कुड़ी नाल। नशे तो छुड़ाने की जिम्मेवारी मेरी है। जे मैं अज मनिंदर नू इत्थों लेके जाना ठीक है वह भी मैं आपकी जिम्मेवारी से लेके जाऊंगा ठीक है। उन्होंने भी मैं नशे तो छुड़ा दूंगा। ਉਹਨੇ ਨੂੰ ਭਾਈ ਇਹ ਆਪਦੀ ਪੜ੍ਹਾਈ ਕਰ ਲਏ ਬਾਹਰ ਵਾਲੀ ਠੀਕ ਹੈ। ਜਦੋਂ ਉਹਨੇ ਨਸ਼ਾ ਛੱਡਤਾ ਇਹਦੀ ਦੋਨਾਂ ਦੀ ਇਕੱਠਿਆਂ ਦੀ ਫਾਈਲ ਲਾ ਕੇ ਤੇ ਆਪਾਂ ਦੋਨਾਂ ਨੂੰ ਬਾਹਰ ਭੇਜ ਦਾਂਗੇ। ਬਾਹਰ ਤਾਂ ਨਹੀਂ ਕੋਈ ਨਸ਼ੇ ਦਾ ਡਰ ਡੁੱਕਰ ਠੀਕ ਹੈ। ਦੋਨਾਂ ਦੀ ਜ਼ਿੰਦਗੀ ਬਣ ਜੂਗੀ। ਬਾਕੀ ਬਈ ਜੇ ਅਜਿਹਾ ਹੁਣ ਨਸ਼ਾ ਬੰਦਾ ਕਰਦਾ ਹੁੰਦਾ ਉਹ ਛੁਡਾਉਣਾ ਜਨਾਨੀ ਦੇ ਹੱਥੀ ਹੁੰਦਾ ਉਹ ਇਹ ਵੀ ਕਰੇ ਮਾੜੀ ਮੋਟੀ ਫਿੰਮਤ। ਨਾ ਮੇਰੀ ਗੱਲ ਸੁਣ ਪੁੱਤ ਜਦੋਂ ਹੁਣ ਤੁਸੀਂ ਇੰਨਾ ਕੁਛ ਕਹਿੰਦੇ ਹੋ ਤੁਹਾਡੇ ਕਹੇ ਨਹੀਂ ਛੱਡਦਾ ਨਸ਼ਾ ਤੇ ਇਹਦੇ ਕਹੇ ਕਿੱਥੋਂ ਛੱਡ ਲੂਗਾ। ਦੇਖ ਲੈ ਭੈਣੇ ਹੁਣ ਇਹ ਵੀ ਕਿਵੇਂ ਗੱਲਾਂ ਕਰਦਾ। ਆਕਾਸ਼ ਨਾਲੇ ਤਾਂ ਵਹਿਮ ਹੀ ਹੁੰਦਾ ਵੀ ਜੇ ਮੁੰਡਾ ਵਹਿ ਜਾਊਗਾ ਤਾਂ ਨਸ਼ੇ ਛੱਡ ਦੂਗਾ। ਇਹ ਤਾਂ ਨਾ ਦੂਜੀ ਜ਼ਿੰਦਗੀ ਖਰਾਬ ਕਰਨ ਦਾ ਫੈਸਲੇ ਹੁੰਦੇ ਨੇ। ਹਾਂ ਨਹੀਂ ਦੀਦੀ ਮੈਂ ਕਰਵਾਉਣਾ ਵਿਆਹ ਮੈਂ ਰਾਜਪਾਲ ਨਾਲ ਹੀ ਕਰਵਾਉਣਾ। ਹੈ ਪਾਗਲ ਹੋਈ ਤੂੰ ਲੈ ਆ ਕੀ ਕਹੀ ਨਹੀਂ ਤੂੰ ਤਾਂ ਹੈ ਕਹੀ ਆ ਕੁੜੀ ਰਾਜੀ ਆ ਵਿਆਹ ਕਰਾ ਦੀ। ਫਿਰ ਜਦੋਂ 6 ਮਹੀਨੇ ਹੋ ਗਏ ਜੀ ਮੰਗਣੀ ਹੋਈ ਨੂੰ ਤੁਸੀਂ ਆਪ ਕਮਾਲ ਕਰਦੇ ਹੋ ਐਵੇਂ ਕਿਵੇਂ ਰਿਸ਼ਤਾ ਟੁੱਟ ਜਾਊਗਾ। ਮੇਰੀ ਗੱਲ ਸੁਣ ਪੁੱਤ ਹਰਪ੍ਰੀਤ ਇਹ ਕੀ ਕਹਿ ਰਹੀ ਆ ਤੂੰ। ਮੰਮੀ ਜੇ ਹੁਣ ਰਿਸ਼ਤਾ ਤੋੜਾਂਗੇ ਲੋਕ ਕੀ ਕਹਿਣਗੇ 100-100 ਮਹੀਨੇ ਦੇਣਗੇ ਆਪਾਂ ਨੂੰ। ਮੇਰੀ ਗੱਲ ਸੁਣ ਹੁਣ ਤਾਂ ਮਹੀਨੇ ਦੇਣਗੇ ਜੇ ਕੱਲ ਨੂੰ ਰਾਜਪਾਲ ਨੂੰ ਕੁਝ ਹੋ ਗਿਆ ਫਿਰ ਅਸੀਂ ਕਿਨ ਕਿੱਧਰ ਲੈ ਕੇ ਤੁਰੇ ਫਿਰਾਂਗੇ ਮੈਨੂੰ ਐਂ ਦੱਸ। ਫਿਰ ਨਾ ਤੇਰੀ ਜ਼ਿੰਦਗੀ ਖਰਾਬ ਹੋਊਗੀ। ਉਹ ਮਨਿੰਦਰ ਕੁਝ ਨਹੀਂ ਹੁੰਦਾ ਜਦੋਂ ਮੈਂ ਤੈਨੂੰ ਕਹੀ ਨਾ ਉਹਦਾ ਨਸ਼ਾ ਛੱਡਣ ਦੀ ਜ਼ਿੰਮੇਵਾਰੀ ਮੈਂ ਲਈ ਨਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ। ਤੇਰੇ ਤੇ ਯਕੀਨ ਆ ਜਿੱਦੇ ਤੂੰ ਉਹਦੇ ਸਮਝਾ ਰਿਹਾ ਸੀ ਉਹਦੇ ਉਹ ਕੀ ਕਹਿ ਰਿਹਾ ਸੀ ਵੀ ਮੈਂ ਤਾਂ ਛੱਡਦਾ ਨਹੀਂ ਮੈਂ ਤਾਂ ਹੋਰ ਨਸ਼ੇ ਕਰੂੰਗਾ। ਓਏ ਉਹਨੂੰ ਮੈਂ ਚੰਗੇ ਤਰੀਕੇ ਨਾਲ ਕਿਹਾ ਹੀ ਨਹੀਂ ਸੀ। ਹੁਣ ਤਾਂ ਮੈਂ ਉਹ ਕਹੀ ਜਾਂਦਾ ਸੀ ਕਿ ਮਾੜਾ ਮੋਟਾ ਭਾਈ ਤੂੰ ਘੱਟ ਕਰ ਦੇ ਹੁਣ ਜੇ ਹੁਣ ਉਹਦੇ ਖੜੇ ਪਵਾਂਗੇ ਤਾਂ ਅਗਲਾ ਆਪੇ ਛੱਡੂਗਾ। ਆਕਾਸ਼ ਮੇਰੀ ਗੱਲ ਨਹੀਂ ਨਹੀਂ ਕੋਈ ਨਾ ਦੇਖਾਂਗੇ ਫਿਰ। ਹਾਂ ਤੂੰ ਮੈਨੂੰ ਨਹੀਂ ਲੈ ਕੇ ਜਾਣਾ ਨਾ ਲੈ ਕੇ ਜਾ ਪਰ ਮੈਂ ਅੱਜ ਭੈਣ ਜ਼ਿੰਦਗੀ ਖਰਾਬ ਨਹੀਂ ਕਰਦੀ ਹੈਗੀ। ਦੇਖ ਲੈ ਬਾਈ ਤੂੰ ਆਦਾ ਘਰ ਵਸਾਉਂਦਾ ਕਿਤੇ ਇਹਦੀ ਜ਼ਿੰਦਗੀ ਨਾ ਕਰਦੀ ਜਵਾਗੜੀ ਦੀ ਯਾ ਤੁਸੀਂ ਆਪ ਦੇਖੋ ਠੀਕ ਹੈ। ਮਨਿੰਦਰ ਨੂੰ ਤਾਂ ਹੁਣ ਮੈਂ ਲੈਣ ਆਇਆ ਤਾਂ ਮੈਂ ਲੈ ਕੇ ਜਾਊਂਗਾ। ਚੱਲ ਕੋਈ ਨਾ ਪੁੱਤ ਤੂੰ ਮਨਿੰਦਰ ਨੂੰ ਲੈ ਜਾ ਅੱਗੇ ਵਾਲੀ ਸੋਚਾਂਗੇ। ਸੋਚਾਂਗੇ ਨਹੀਂ ਮੰਮੀ ਗੱਲ ਕਲੀਅਰ ਕਰ ਵੀ ਜੇ ਤਾਂ ਅਸੀਂ ਨਹੀਂ ਕੁੜੀ ਦਾ ਰਿਸ਼ਤਾ ਕਰਦੇ ਮੈਨੂੰ ਲੈ ਕੇ ਜਾਣਾ ਲੈ ਕੇ ਜਾਓ ਨਹੀਂ ਲੈ ਕੇ ਜਾਣਾ ਤਾਂ ਆ ਬੈਠੀ ਮੈਂ। ਜਦੋਂ ਮੈਂ ਤਿਆਰ ਹਾਂ ਤੁਸੀਂ ਫਿਰ ਕਿਉਂ ਨਹੀਂ ਮੰਨੀ ਜਾਂਦੇ ਮੇਰੀ ਗੱਲ। ਨਹੀਂ ਹਰਪ੍ਰੀਤ ਆਪਾਂ ਗੱਲ ਕਰਾਂਗੇ ਘਰੇ ਬਹਿ ਕੇ ਮਾਸੀ ਨਾਲ ਗੱਲ ਕਰ। ਨਹੀਂ ਪੁੱਤ ਮੇਰੀ ਗੱਲ ਸੁਣ ਤੁਸੀਂ ਕਹਿ ਰਹੇ ਨਾ ਮਨਿੰਦਰ ਨੂੰ ਤੋਰ ਦਿਓ ਉਦੋਂ ਬਾਅਦ ਆਪਾਂ ਰਾਇ ਸਲਾਹ ਕਰਦੇ ਹਾਂ ਕੋਈ ਨਹੀਂ ਮੁੰਡੇ ਦਾ ਬਿਠਾ ਕੇ ਵੀ ਆਪਾਂ ਗੱਲ ਠੋਕਰ ਲਾਂਗੇ ਰਾਜਪਾਲ ਨਾਲ। ਚੱਲ ਠੀਕ ਹੈ ਕੋਈ ਨਾ ਜੇ ਆਪਾਂ ਨੂੰ ਕੋਈ ਲੱਗੀ ਗੱਲ ਵੀ ਫਿੱਟ ਬੈਠਦੀ ਆ ਫੇਰ ਆਪਾਂ ਕਰਾਂਗੇ। ਨਹੀਂ ਕਰਦੇ ਨੀ ਮੇਰੀ ਤਾਂ ਅਸਲ ਤਾਂ ਨਾ ਹੀ ਹੈ ਠੀਕ ਹੈ। ਤੈਨੂੰ ਭਾਈ ਕੁੜ ਗਿਆ ਕੋਈ ਦਾਵ ਹੈ ਵੀ ਤੂੰ ਉੱਥੇ ਵਿਆਹ ਕਰਾਉਣਾ। ਨਹੀਂ ਮਾਸੀ ਮੈਨੂੰ ਕੋਈ ਦਾਵ ਨਹੀਂ ਹੈਗੀ। ਤੈਨੂੰ ਮਨਜ਼ੂਰ ਹੈ ਵੀ ਮੈਂ ਉੱਥੇ ਕਰਾਉਣਾ। ਹਾਂ ਮੈਨੂੰ ਮਨਜ਼ੂਰ ਹੈ। ਕੋਈ ਨਹੀਂ ਮਾਸੀ ਅਸੀਂ ਸੋਚਾਂਗੇ ਬਹਿ ਕੇ ਰੈਸਲਾ ਕਰਾਂਗੇ। ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਕੀ ਤਾਂ ਕਾਸ਼ ਨੇ ਕਹਿਤਾ ਹੋਵੇ ਕੁਛ। ਨਾ ਨਾ ਮੈਂ ਤਾਂ ਕੀ ਕਹਣਾ ਮੈਂ ਤੁਹਾਨੂੰ ਐਂ ਦੱਸਦਾ ਵੀ ਆਪਾਂ ਕੋਈ ਗਾਲੀ ਵੀ ਨਹੀਂ ਕਰਦੇ। ਮਨਿੰਦਰ ਨੂੰ ਮੈਂ ਲੈ ਜਾਣਾ 100 ਮਹੀਨੇ ਦਾ ਟਾਈਮ ਦੇ ਦਿੰਦੇ ਆ ਠੀਕ ਹੈ। ਮਹੀਨੇ ਦੇ ਵਿੱਚ ਜਦੋਂ ਸਾਡਾ ਮੁੰਡਾ ਨਸ਼ਾ ਛੱਡ ਗਿਆ ਠੀਕ ਹੈ ਫਿਰ ਤਾਂ ਤੁਹਾਨੂੰ ਯਕੀਨ ਆ ਜਾਊਗਾ। ਨਸ਼ਾ ਛੱਡੇ ਹੋਏ ਬੰਦੇ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ ਵੀ ਨਸ਼ਾ ਕਰਦਾ ਕਿ ਨਹੀਂ ਕਰਦਾ। ਅਸੀਂ ਬਾਈ ਤੁਹਾਡੀ ਗੱਲ ਤੇ ਕੋਈ ਜ਼ਿੰਮੇਵਾਰੀ ਲੈਣੀ ਜੇ ਸਾਡੀ ਕੁੜੀ ਕਹਿ ਦੂ ਤਾਂ ਉੱਥੇ ਅਸੀਂ ਕਰਦਾਂਗੇ ਇਹਨੂੰ ਯਕੀਨ ਹੋ ਗਿਆ ਵੀ ਨਸ਼ਾ ਛੱਡਦਾ। ਚਲੋ ਤੁਸੀਂ ਕੁੜੀ ਦਾ ਸਭ ਕਰੀ ਗੱਲ ਸੁਣੋ ਕੁੜੀ ਦਾ ਸਭ ਗੱਲ ਜਦੋਂ ਮਹੀਨਾ ਹੋ ਗਿਆ ਡੂਢ ਮਹੀਨਾ ਹੋ ਗਿਆ ਮਾਂ ਇਹਨੂੰ ਮਨਿੰਦਰ ਨੂੰ ਪਤਾ ਲੱਗ ਗਿਆ ਵੀ ਹੁਣ ਸਹੀ ਰਸਤੇ ਤੇ ਆ ਹੁਣ ਨਹੀਂ ਜਾਂਦਾ ਗਲਤ ਪਾਸੇ ਜਦੋਂ ਸਾਨੂੰ ਮਨਿੰਦਰ ਫੋਨ ਕਰੂਗੀ ਫੋਨ ਕਰਤਾ ਸੀ ਉਹਨੇ ਕਹਿੰਦਾ ਮੈਂ ਇੱਥੇ ਆ ਮੇਰਾ ਚਿੱਤ ਨਹੀਂ ਠੀਕ ਸੀਗਾ ਕਹਿੰਦਾ ਮੈਨੂੰ ਰਿਸ਼ਤੇ ਤੋਂ ਜਵਾਬ ਦਿੱਤਾ ਹਰਪ੍ਰੀਤ ਦੇ ਤੋਂ ਤੇ ਮਨ ਖਰਾਬ ਕਰ ਗਿਆ ਉਹ ਕਹਿੰਦਾ 6 ਮਹੀਨੇ ਹੋ ਗਏ ਸਾਹ ਕੋਈ ਨੂੰ ਟੈਨਸ਼ਨ ਲੈ ਗਿਆ ਹੋਰ ਦੱਸ ਹੁਣ ਕੀ ਕਰੀਏ। ਕੋਈ ਨਾ ਪੁੱਤ ਮੇਰੀ ਗੱਲ ਸੁਣ ਜਿਹੜਾ ਅੰਦਰਲਾ ਮਨ ਇਹ ਤਾਂ ਨਹੀਂ ਮੰਨਦਾ ਮੇਰਾ ਤੂੰ ਇੱਕ ਵਾਰ ਜਾ ਫਿਰ ਕੋਈ ਨਾ ਤੇ ਕਰਦੇ ਆ ਗੱਲ। ਤੂੰ ਆਪਦੇ ਘਰੇ ਜਾ ਹਾਂ ਆਪਦੇ ਘਰ ਵਾਲੇ ਕਰਤਾ ਵੀ ਹੁਣ ਮੈਂ ਠੀਕ ਆ ਘਰੇ ਮਾਹੌਲ ਸਾਰਾ ਠੀਕ ਆ ਰਾਜਪਾਲ ਠੀਕ ਆ ਫਿਰ ਨੰਦ ਤੈਨੂੰ ਤਾਂ ਪਤਾ ਲੱਗੂਗਾ ਹੀ ਘਰੇ ਫਿਰਦੀ ਨੂੰ ਧੱਕੇ ਨਾਲ ਨਹੀਂ ਕਰਦੀ ਠੀਕ ਆ ਨਾ। ਤੂੰ ਕਿਹੜਾ ਘਰ ਤੋਂ ਬਾਹਰ ਰਹੇਂਗੀ ਹੁਣ ਚੰਗੀ ਤਰ੍ਹਾਂ ਤੂੰ ਨਿਗਾ ਰੱਖੀ। ਬਸ ਠੀਕ ਆ ਮਾਂ ਫਿਰ ਮੇਰੀ ਗੱਲ ਸੁਣ ਲਓ ਜੇ ਮੈਂ ਕਿਹਾ ਫੇਰ ਹੀ ਕਰਨਾ ਜੇ ਮੈਂ ਕਿਹਾ ਨਹੀਂ ਕਰਨਾ ਤਾਂ ਨਹੀਂ ਕਰਨਾ ਕੁਛ ਮਰਜ਼ੀ ਹੋ ਜੇ ਇਹਨਾਂ ਦੇ ਕਹੇ ਥੋੜਾ ਕਰਾਂਗੇ। ਜਿਹੜਾ ਤੇਰੇ ਮਨ ਨੂੰ ਤਸੱਲੀ ਹੋਗੀ
भाई काश मेरी गल सुन, तू भी कोई ओहो ना कर, ठीक है भरा दी खातर, तू भी देख के चल। मैं तो देख के चल दा, मैं हुण दसो ना तो मैं कदे इनू कुछ कहा ना, मैं कदे किसे नू, मैं तो आपदा आपदा काम करदा है। पर जे मैं चली जांदा ऐतकी उहनू समझाउण दी कोशिश कीती सीगी, उह वी इहदे करके वी चल भाई इहदी वी अगे जिंदगी सौखी निकल जूगी। पर हुण जदों उह नहीं समझ, पर मैं हुण दाब दे के समझाऊंगा उहनू, तुसीं फिकर ना करो, मैनूं एक महीना टाइम दे दो, एक महीने दे विच मैं सारा कुछ सही कर दूंगा। तैनूं एक महीने टाइम दित्ता, ਜਦੋਂ ਠੀਕ ਤੈਨੂੰ ਐ ਲੱਗਿਆ ਵੀ ਹਾਂ ਠੀਕ ਹੈ, ਇਹਨੇ ਫੋਨ ਸਾਨੂੰ ਕਰਿਆ, ਅਸੀਂ ਤੇਰੇ ਕਹਿਣ ਤੇ ਨਹੀਂ ਇਹਦੇ ਕਹਿਣ ਤੇ ਕਹਾ, ਬਸ ਠੀਕ ਹੈ। ਰਾਜਪਾਲ ਦਾ ਨਸ਼ਾ ਤੂੰ ਛਡਾਉਣਾ ਹੈ ਤੇ ਤੂੰ ਕੁੜੀਏ, ਤੈਨੂੰ ਸਹੀ ਲੱਗਿਆ ਉਦੋਂ ਹਮ ਭਰਨੀ। ਫਿਰ ਮਾਸੀ ਠੀਕ ਹੈ ਨਾ, ਜ਼ਿੰਮੇਵਾਰੀ ਲੈ ਵੀ ਇਹਨਾਂ ਨੂੰ ਕਹਿ ਵੀ ਹਰਪ੍ਰੀਤ ਦੇ ਕਿਤੇ ਹੋਰ, ਇਹਨਾਂ ਦੀ ਜ਼ਿੰਮੇਵਾਰੀ ਮੇਰੀ ਹੈ, ਇਹ ਖੜੇ ਆ ਉਹਨਾਂ ਚਿਰ, ਤੂੰ ਮਹੀਨਾ ਕਹਿਣਾ ਤੈਨੂੰ ਡੂਢ ਮਹੀਨਾ ਦਿੱਤਾ, ਤੂੰ ਆਪਦਾ ਰਿਜ਼ਲਟ ਦਿਖਾ ਇਹਨਾਂ ਨੂੰ। ਪਰ ਜੇ ਉਹਨੇ ਮੈਂ ਨਸ਼ਾ ਨਾ ਛੱਡਿਆ ਫਿਰ ਸਾਡੇ ਕੋਲੇ ਆਪਦੀ ਫਰਿਆਦ ਲੈ ਕੇ ਨਾ ਹੀ ਤੂੰ, ਅਸੀਂ ਫਿਰ ਤੇਰੀ ਕੋਈ ਗੱਲ ਨਹੀਂ ਸੁਣਨੀ, ਗੁੱਸੇ ਨਹੀਂ ਰਾਜੀ ਰਹੀ। ਬਸ ਮੈਂ ਆਉਂਦਾ ਹੀ ਨਹੀਂ, ਪਰ ਤੁਸੀਂ ਆਪ ਦੇਖ ਲਿਓ ਤੁਹਾਡੇ ਕੋਲੇ ਤੁਹਾਡੀ ਕੁੜੀ ਦਾ ਫੋਨ ਆਊਗਾ ਵੀ ਰਾਜਪਾਲ ਨੇ ਨਸ਼ਾ ਛੱਡਦਾ। ਚੱਲ ਤੂੰ ਐਂ ਕਰ, ਛੇ ਦਿਨ ਬੈਗ ਪੈਕ ਕਰ, ਚੱਲ ਚੱਲੀਏ। ਠੀਕ ਹੈ ਮੈਡਮ, ਚੱਲ ਜਾਣਾ ਤਾਂ ਹੈਗਾ ਹੀ ਆਪਦੇ ਘਰੇ, ਤੂੰ ਆਪਦੇ ਘਰੇ ਕਲੇਸ਼ ਪਾ, ਇਹਦਾ ਵੇਖਦੇ ਆ ਕੋਈ ਨਹੀਂ, ਜਿਵੇਂ ਹੱਲ ਹੁੰਦਾ ਫਿਰ ਉਵੇਂ ਕਰਾਂਗੇ। ਰਾਜਪਾਲ ਗੁੱਸੇ ਦੇ ਵਿੱਚ ਕਹਿ ਗਿਆ, ਕਹਿੰਦਾ ਜੇ ਮੇਰਾ ਹਰਪ੍ਰੀਤ ਨਾਲ ਵਿਆਹ ਨਹੀਂ ਕਰਦੇ ਤਾਂ ਮੈਂ ਸਪਰੇਅ ਪੀ ਕੇ ਮਰ ਦਾਂਗਾ, ਨਹੀਂ ਮੈਂ ਨਹਿਰ 'ਚ ਛਾਲ ਮਾਰੂੰਗਾ। ਉਹ ਉੱਠ ਕੇ ਵਗ ਗਿਆ ਤਾਂ ਮਾਂ ਨੂੰ ਗੁੱਸਾ ਆ ਗਿਆ। ਹੁਣ ਤੁਹਾਨੂੰ ਪਤਾ ਹੀ ਹੈ ਪੁੱਤ ਖਾਤਰ ਮਾਂ ਹੁਣ ਇਹਨੂੰ ਝਿੜਕਣ ਲੱਗ ਗਈ ਵੀ ਇਹਨੇ ਫੋਨ ਕੀਤਾ ਗਾ, ਵੀ ਨਾ ਫੋਨ ਕਰਦੀ ਤਾਂ ਨਾ ਇਹ ਕੰਮ ਹੁੰਦਾ। ਪੁੱਤ ਜਿਵੇਂ ਮਰਜ਼ੀ ਹੈ, ਤੂੰ ਕਹਿਣਾ ਚੱਲ ਤੇਰੀ ਗੱਲ ਅਸੀਂ ਸਮਝਦੇ ਹਾਂ, ਪਰ ਨੂੰ ਆਪਦੀ ਨੂੰਹ ਨੂੰ ਘਰੋਂ ਕੱਢਣ ਦਾ ਉਹਦਾ ਹੱਕ ਨਹੀਂ ਸੀ ਬਣਦਾ, ਜਿਹੜੇ ਹਿਸਾਬ ਨਾਲ ਉਹਨੇ ਧੱਕੇ ਮਾਰ ਕੇ ਘਰੋਂ ਕੱਢਿਆ। ਇਹ ਤਾਂ ਹੁਣ ਮੈਨੂੰ ਪਤਾ ਨਹੀਂ ਜੀ, ਕਿਉਂਕਿ ਉਸ ਤਾਂ ਰਾਜਪਾਲ ਨੂੰ ਭਾਲਣ ਗਏ ਹੋਏ ਸੀਗੇ, ਮੈਂ ਤੇ ਵੱਡਾ ਬਾਈ ਦੋਨੇ ਜਾਣੇ ਜਾਵੜੇ ਸੀ, ਇਹ ਦੋਨੇ ਜਾਣੇ ਅਸੀਂ ਘਰੇ, ਕੀ ਪਤਾ ਹੁਣ ਕੀ ਗੱਲ ਹੋਈ ਹੈ। ਪਰ ਮੈਂ ਫਿਰ ਵੀ ਮਾਂ ਵੱਲੋਂ ਮਾਫ਼ੀ ਮੰਗਦਾ ਤੁਹਾਡੇ। ਚੱਲ ਕੋਈ ਨਹੀਂ ਪੁੱਤ, ਹੁਣ ਅੱਗੇ ਤੋਂ ਧਿਆਨ ਰੱਖੀ, ਆਪਦੀ ਮਾਂ ਨੂੰ ਵੀ ਸਮਝਾ ਕੇ ਰੱਖੀ ਤੂੰ ਵੀ ਜਿਹੜੀ ਗੱਲ ਹੈ ਨਾ ਉਹਦੇ ਕਲੇਸ਼ ਪਾਈਦਾ ਹੁੰਦਾ, ਇਸ ਗੱਲ 'ਚ ਸਾਡੇ ਘਰ ਪਤਾ ਤੂੰ ਸਾਡੇ ਦੋਵਾਂ ਦੀ ਵਿਗਾੜਤੀ, ਠੀਕ ਹੈ ਨਾ, ਅੱਜ ਤਾਂ ਤੇਰੇ ਨਾਲ ਅਸੀਂ ਤੋਰ ਦਿੰਦੇ ਹਾਂ, ਜੇ ਸਵੇਰ ਨੂੰ ਇਹੋ ਜਿਹੀ ਗੱਲ ਹੋਈ ਫਿਰ ਗੱਲ ਵੱਧ ਜਾਂਦੀ ਹੁੰਦੀ ਹੈ ਪੁੱਤ। ਕੋਈ ਨਾ ਜੀ ਕੋਈ ਨਾ, ਅੱਗੇ ਤੋਂ ਧਿਆਨ ਰੱਖਾਂਗੇ। ਬਾਕੀ ਬਸ ਤੁਸੀਂ ਆਹ ਗੱਲ ਤੇ ਪੱਕੇ ਰਹੋ, ਬਸ ਡੇਢ ਮਹੀਨਾ ਬਸ ਕੋਈ ਹਿਲ ਜੁਲ ਨਾ ਕਰੋ ਰਿਸ਼ਤੇ ਦੀ। ਕੋਈ ਨੀ ਕੋਈ ਨੀ, ਤੂੰ ਆਪਦਾ ਦੇਖ ਆਪਦਾ, ਫਿਰ ਸੋਚਦੇ ਹਾਂ ਕੀ ਕਰਨਾ। ਬਾਕੀ ਇਹ ਭਾਈ ਕਾਲੀ ਨਾ ਕਰੋ ਭਾਈ, ਆ ਕਾਲੀ ਨੇ ਤਾਂ ਪਹਿਲਾਂ ਇੱਥੋਂ ਤੱਕ ਪਹੁੰਚਾਤਾ, ਠੀਕ ਹੈ ਨਾ? ਠੀਕ ਹੈ ਜੀ ਠੀਕ ਹੈ, ਜੋ ਸਾਡੇ ਮਨ ਨੂੰ ਤਸੱਲੀ ਹੋ ਉਦੋਂ ਹਾਂ ਕਰਾਂਗੇ। ਹਾਂ ਭਾਈ, ਕਾਲੀ ਨਾ ਕਰੋ। ਆ ਜਾ ਭਾਈ। ਕੀ ਕਰਨ ਲੱਗ ਗਈ? ਕੱਪੜੇ ਜੇ ਪਾਉਂਦੀ ਹੈ, ਹੋਰ ਉਹਨੇ ਕੀ ਕਰਨਾ। ਚੱਲ ਚੰਗਾ ਹੋਇਆ ਭੈਣੇ, ਇਹ ਤਾਂ ਗਈ, ਹੋਰ ਵਧੀਆ ਹੋ ਗਿਆ ਤਾਂ, ਐਵੇਂ ਹੁਣ ਕਲੇਸ਼ ਵਧਾਉਂਦੇ ਜਿੰਨਾ ਵੱਧ ਜਾਂਦਾ। ਇਹਦੇ ਨਾਲ ਤਾਂ ਕਲੇਸ਼ ਹੀ ਨਹੀਂ ਸੀ ਵਧਾਉਂਦੇ, ਆਕਾਸ਼ ਨਾਲ ਤਾਂ ਰੌਲਾ ਤਾਂ ਸਾਰਾ ਇਹਦੀ ਸੱਸ ਦਾ ਸੀ, ਮਨਿੰਦਰ ਦੀ ਦਾ। ਫਿਰ ਭਾਈ ਇਹਦਾ ਕਹਿੰਦਾ ਮੈਂ ਘਰੇ ਵੀ ਹੈ ਨਹੀਂ ਸੀ, ਜੇ ਘਰੇ ਹੁੰਦਾ ਤਾਂ ਖਾਣੇ ਨਾ ਪੈਂਦਾ। ਫਿਰ ਤਾਂ ਹੀ ਇਹਦੇ ਮੂੰਹ ਨੂੰ ਤੋਰਤੀ, ਇਹ ਤਾਂ ਸਿਰੇ ਨਹੀਂ ਜਾਂਦਾ ਮਾਸੀ। ਹਾਂ ਇਹਨੇ ਸਿਆਣਾ ਮੁੰਡਾ ਇਹ ਤਾਂ, ਇਹਦਾ ਕਰਕੇ ਤਾਂ ਮੈਂ ਆਖਿਆ ਸੀ ਵੀ ਚੱਲ ਦੂਜੀ ਦਾ ਵੀ ਕਰ ਦਿੰਦੇ ਆਪਾਂ, ਉਹੀ ਤਾਂ ਗੱਲ ਹੈ, ਲੋੜ ਸੀ ਹਨਾ। ਚੱਲ ਚੰਗਾ ਫਿਰ, ਬਾਕੀ ਤੁਸੀਂ ਰਾਏ ਸਲਾਹ ਕਰ ਲਓ ਆਪਦੀ, ਮੈਂ ਜਾਣੀ ਹਾਂ। ਚੰਗਾ ਫਿਰ, ਠੀਕ ਹੈ, ਕੋਈ ਨਹੀਂ, ਦੂੜ ਮਹੀਨੇ ਤੇ ਗੱਲ ਗਈ, ਉਸ ਦਿਨ ਕੋਈ ਸੋਚ ਵਿਚਾਰ ਹੋਰ। ਚੱਲ ਦੇਖੀ, ਚਲੋ ਉਦੋਂ ਕਰਾਂਗੇ ਮਾਸੀ ਗੱਲ। ਉਹ ਹਰਪ੍ਰੀਤ ਇੱਥੇ ਬੈਠ ਨਾ, ਜਦੋਂ ਅਸੀਂ ਦੋ ਜਣੇ ਬੈਠੇ ਤੇਰੇ ਜ਼ਿਆਦਾ ਜੀਵ ਲੱਗੀ ਹੈ ਬੋਲਣ ਦੀ। ਨਾ ਤੈਨੂੰ ਲੋੜ ਕੀ ਸੀ ਕਹਿਣ ਦੀ ਵੀ ਮੈਂ ਵਿਆਹ ਕਰਾ ਲੂੰਗੀ? ਇਹ ਤਾਂ ਖੂਹ 'ਚ ਛਾਲ ਮਾਰ ਲਾ, ਨਸ਼ੇੜੀ ਦੇ ਪੱਲੇ ਲਾ ਕੇ ਤੂੰ ਕੀ ਕਰਨਾ, ਕੀ ਖੱਟੇਂਗੀ ਉੱਥੋਂ? ਜਦੋਂ ਮੇਰੀ ਭੈਣ ਮੇਰੇ ਪਿੱਛੇ ਸਾਰੇ ਟੱਬਰ ਨਾਲ ਲੜ ਕੇ ਇੱਥੇ ਆ ਸਕਦੀ ਹੈ, ਫਿਰ ਮੈਂ ਉਹਦੇ ਵਾਸਤੇ ਇੰਨਾ ਵੀ ਨਹੀਂ ਕਰ ਸਕਦੀ ਮੰਮੀ। ਨਾ ਮੇਰੀ ਗੱਲ ਸੁਣੋ, ਖੁਦ ਤੇਰੀ ਭੈਣ ਕਹੀ ਜਾਂਦੀ ਵੀ ਨਹੀਂ ਕਰਨਾ ਰਿਸ਼ਤਾ, ਨਹੀਂ ਕਰਨਾ, ਤੂੰ ਉਹਦੇ ਉੱਤੋਂ ਦੀ ਹੋ ਕੇ ਕਰੇਂਗੀ? ਮੰਮੀ ਉਹ ਮੇਰੇ ਵਾਸਤੇ ਕਹਿੰਦੀ ਹੈ ਵੀ ਉਹ ਨਸ਼ੇੜੀ ਹੈ, ਵੀ ਉਹਦੇ ਜਾ ਕੇ ਕੀ ਕਰੂਗੀ, ਤਾਂ ਕਹਿੰਦੀ ਮੈਨੂੰ ਪਤਾ ਹੈ। ਚੱਲ ਕੋਈ ਨਹੀਂ, ਤੂੰ ਬਾਲੀ ਸਿਆਣੀ ਨਾ ਵਣ, ਅਸੀਂ ਹਜੇ ਹੈਗੇ ਆ ਫੈਸਲੇ ਲੈਣ ਨੂੰ, 2 ਮਹੀਨੇ ਦੇਣੇ ਆ, ਉਦੋਂ ਬਾਅਦ ਕਰਾਂਗੇ ਗੱਲ। ਐਵੇਂ ਹੋਰ ਨਾ ਤੂੰ ਕੁਛ ਇੱਥੇ ਜੱਬ ਖੜਾ ਕਰਨੀ, ਕਹਿ ਕੇ ਉਹਨਾਂ ਨੂੰ ਮੁੜ ਕੇ ਪੱਕੇ ਹੋ ਜਾਣਗੇ ਉਹ ਗੱਲ ਦੇ ਉੱਤੇ, ਨਾ ਮੁੜ ਕੇ ਸਾਡੇ ਤੋਂ ਜਵਾਬ ਦਿੱਤਾ ਜਾਣਾ। ਜਿਵੇਂ ਮਨਿੰਦਰ ਕਹੂਗੀ ਨਾ ਆਪਾਂ ਮਨਿੰਦਰ ਦੇ ਪਿੱਛੇ ਲੱਗਾਂਗੇ, ਆਪਦੀ ਆਪ ਨਹੀਂ ਆਪਾਂ ਹਾਂ ਕਰਨੀ ਉਹਨਾਂ ਨੂੰ। ਮੈਂ ਤਾਂ ਕਰਤੀ ਫਿਰ ਆਕਾਸ਼ ਬਾਈ ਨੂੰ ਹਾਂ। ਤੂੰ ਕੀ ਜਾਣਦੀ ਆ ਕੱਲ ਦੀ ਜਵਾਕੜੀ, ਤੈਨੂੰ ਕੀ ਪਤਾ ਜ਼ਿੰਦਗੀ ਦਾ? ਸਾਰੀ ਇਹ ਗੱਲ ਹੀ ਤੈਨੂੰ ਆਕਾਸ਼ ਨੇ ਕਹੀ ਹੈ, ਹੁਣ ਮੈਨੂੰ ਪਤਾ ਲੱਗ ਗਿਆ। ਫਿਰ ਕੁਛ ਨਹੀਂ ਕਿਹਾ ਮੈਨੂੰ ਕਿਸੇ ਨੇ ਵੀ, ਮੈਂ ਆਪਦੀ ਮਰਜ਼ੀ ਨਾਲ ਕੀਤੀ ਆ ਹਾਂ ਉਹਨੂੰ। ਚੱਲ ਕੋਈ ਨਹੀਂ, ਐਵੇਂ ਰੌਲਾ ਪਾਉਣ ਦਾ ਨਹੀਂ ਫਾਇਦਾ, ਚੁੱਪ ਕਰ ਜਾ, 2 ਮਹੀਨਿਆਂ ਨੂੰ ਕਰਾਂਗੇ ਗੱਲ, ਫਿਰ ਦੇਖਦੇ ਹਾਂ ਕੀ ਬਣਦਾ। ਜੇ ਤੇਰਾ ਦਿਲ ਮੰਨਿਆ ਤਾਂ ਕਰਾ ਲਈ, ਜੇ ਮਨਿੰਦਰ ਨੇ ਕਹਿਤਾ ਤਾਂ ਅਸੀਂ ਕਰ ਦਾਂਗੇ, ਨਹੀਂ ਸਾਡਾ ਜਵਾਬ ਆ। ਠੀਕ, ਮਨਿੰਦਰ ਪੁੱਤ ਉੱਥੇ ਰਹੂਗੀ, ਹੁਣ ਪਤਾ ਹੀ ਲੱਗ ਜੂਗਾ ਸਾਰਾ। ਚੱਲ ਕੋਈ ਨਹੀਂ, ਮਾਤਾ ਦੇਣੇ ਆ ਫਿਰ, ਬਥੇਰੇ ਬੰਦੇ ਨਸ਼ਾ ਤਾਂ ਛੱਡੇ ਹੀ ਆ, ਕੀ ਪਤਾ ਕੋਈ ਗੱਲ ਕਹਿਣ ਤੇ ਛੱਡ ਹੀ ਜਾਵੇ। ਚੱਲ ਨਸ਼ਾ ਵੀ ਤਾਂ ਕੋਈ ਵੱਡਾ ਨਹੀਂ, ਉਹਨੂੰ ਭੁੱਕੀ ਦਾ ਹੀ ਆ ਇਕੱਲਾ, ਹੋਰ ਤਾਂ ਕੋਈ ਨਸ਼ਾ ਵੀ ਨਹੀਂ। ਭੁੱਕੀ ਦਾ ਹੀ ਮਾੜਾ ਹੀ ਆ, ਕੀ ਪਤਾ ਛੱਡ ਹੀ ਜਾਵੇ।
ਹੋਰ ਠੀਕ ਜੀ ਸਾਰੇ ਹਾਂਜੀ ਹਾਂਜੀ ਸਾਰੇ ਵਧੀਆ ਸੀ ਮੰਮੀ ਨਾ ਮੈਨੂੰ ਐਂ ਦੱਸ ਜੇ ਮੈਂ ਤੈਨੂੰ ਗੁੱਸੇ ਨਾਲ ਕੁਛ ਕਹਿਤਾ ਸੀ ਤੇ ਤੂੰ ਕਿਉਂ ਗੁੱਸਾ ਮੰਨਿਆ ਹੈ ਜਾਣ ਦੀ ਕੀ ਲੋੜ ਸੀ ਪੁੱਤ ਪਰ ਮੰਮੀ ਜੇ ਤੁਸੀਂ ਐਂ ਕਹਿਤਾ ਸੀ ਵੀ ਘਰੋਂ ਵਗ ਜਾ ਵੀ ਜੇ ਆਉਣਗੀਆਂ ਦੋਨੇ ਆਉਣਗੀਆਂ ਫਿਰ ਤੂੰ ਵੀ ਨਹੀਂ ਰਹਿਣਾ ਓਹੋ ਪੁੱਤ ਮੈਂ ਵੀ ਤੇਰੀ ਮਾਂ ਵਰਗੀ ਹਾਂ ਜੇ ਚਾਰ ਗੱਲਾਂ ਤੈਨੂੰ ਕਹਿ ਲਈਆਂ ਸੀ ਫਿਰ ਕਿੱਡੀ ਗੱਲ ਸੀਗੀ ਮਾਂ ਮੈਨੂੰ ਵੀ ਗੁੱਸਾ ਆ ਗਿਆ ਸੀ ਚੱਲ ਕੋਈ ਨੀ ਜਾਂ ਅੰਦਰ ਕੱਪੜੇ ਕੁਪੜੇ ਬਦਲ ਲਾ ਦੇ ਨਾਲੇ ਆ ਬੈਗ ਰੱਖ ਦੇ ਕੋਈ ਗੱਲ ਨੀ ਕੀ ਕਹਿੰਦੇ ਤੇਰੇ ਸਹੁਰੇ ਫਿਰ ਕੁਛ ਨੀ ਕਹਿਣਾ ਕੀ ਸੀਗਾ ਬਸ ਉਹੀ ਗੱਲਾਂ ਆਉਂਦੀਆਂ ਮਹੀਨੇ ਦਾ ਟਾਈਮ ਦਿੱਤਾ ਕਹਿੰਦੇ ਕਹਿੰਦੇ ਰਾਜਪਾਲ ਨੂੰ ਕਹਿ ਦਿਓ ਮਹੀਨੇ ਨਸ਼ਾ ਛੱਡ ਦੂਗਾ ਤਾਂ ਠੀਕ ਹੈ ਤਾਂ ਬਸ ਚਲਾ ਦਾਂਗੇ ਸਾਰਾ ਕੁਛ ਨਹੀਂ ਤਾਂ ਬਸ ਅਸੀਂ ਕਿਤੇ ਹੋਰ ਵਿਆਹ ਕਰਾਂਗੇ ਅੱਛਾ ਚੱਲ ਕੋਈ ਨੀ ਆਪਾਂ ਉਹਨੂੰ ਸਮਝਾਵਾਂਗੇ ਸਮਝਾਵਾਂਗੇ ਤਾਂ ਫੇਰ ਹੀ ਨਾ ਮਾਂ ਜੇ ਉਹਦਾ ਪਤਾ ਲੱਗੂਗੇ ਤੋਂ ਜੇ ਉਹ ਮਹੀਨਾ ਘਰੇ ਨਾ ਮੁੜਿਆ ਫਿਰ ਕੀ ਕਰਾਂਗੇ ਉਹ ਕਿਤੇ ਨਹੀਂ ਜਾਣਾ ਉਹਨੇ ਆ ਜੂਗਾ ਇੱਥੇ ਦੋ ਚਾਰ ਦਿਨਾਂ ਨੂੰ ਹੋਰ ਜਾਣਾ ਉਹਨੇ ਕਿੱਥੇ ਹੈਗਾ ਬਹੁਤ ਬੇਇੱਜ਼ਤੀ ਕਰਾਤੀ ਮੇਰੀ ਕਿੰਨਾ ਕੁਛ ਬੋਲੇ ਪਤਾ ਉੱਥੇ ਮੈਨੂੰ ਉਹ ਚੱਲ ਕੋਈ ਨਹੀਂ ਪੁੱਤ ਉਹ ਵੀ ਤੇਰਾ ਭਰਾ ਹੈਗਾ ਫਿਰ ਭਰਾ ਤਾਂ ਹੈਗਾ ਗਾ ਹਰਪ੍ਰੀਤ ਨਾਲ ਕਰੀ ਸੀ ਗੱਲ ਮੈਂ ਦੱਸਿਆ ਸੀ ਉਹਨੂੰ ਮੈਂ ਸਾਰਾ ਕੁਛ ਕੁਛ ਤਾਂ ਸੋਚੂਗੀ ਉਹ ਜਦੋਂ ਉਹਨੂੰ ਤੂੰ ਦੱਸਿਆ ਹੋਣਾ ਵੀ ਅਸੀਂ ਤੈਨੂੰ ਕੋਈ ਬਾਹਰ ਵੀ ਭੇਜਾਂਗੇ ਪੜ੍ਹਾਈ ਕਰਾ ਕੇ ਹਨਾ ਉਹ ਤਾਂ ਮੈਂ ਸਾਰੀ ਗੱਲ ਦੱਸੀ ਸੀਗੀ ਉਹਨੂੰ ਮੈਂ ਐਂ ਵੀ ਕਿਹਾ ਸੀਗਾ ਬਾਕੀ ਐਂ ਵੀ ਤੁਹਾਨੂੰ 6 ਮਹੀਨੇ ਹੋ ਗਏ ਮੰਗਣੀ ਹੋਈ ਨੂੰ ਭਾਈ ਤੁਹਾਡੀ ਵੀ ਬੇਇੱਜ਼ਤੀ ਆ ਸਾਡੀ ਵੀ ਬੇਇੱਜ਼ਤੀ ਆ ਇਸ ਕੰਮ ਦੇ ਵਿੱਚ ਠੀਕ ਹੈ ਤੇ ਐਂ ਚੰਗੇ ਨਹੀਂ ਲੱਗਦੇ ਆਪਾਂ ਰੋਜ਼ ਰੋਜ਼ ਮੰਗਣੀਆਂ ਤੋੜਾਂਗੇ ਕਰਾਂਗੇ ਫਿਰ ਨਾ ਕਿਤੇ ਹੋਰ ਵਿਆਹ ਕਰਾਂਗੇ ਉਹ ਤਾਂ ਸਮਝ ਗਈ ਪੜ੍ਹੀ ਲਿਖੀ ਹੈ ਪਰ ਬਾਕੀ ਗੱਲ ਰਹੀ ਤਾਂ ਹੁਣ ਉਹਨਾਂ ਦੀ ਮਾਂ ਪਿਓ ਦੀ ਭਰਾ ਜਾ ਮੈਂ ਮੰਨਿਆ ਉਹਦਾ ਚੱਲ ਕੋਈ ਨਹੀਂ ਇੱਕ ਅੱਧੀ ਵਾਰ ਆਪਾਂ ਹੋਰ ਕਹਾਂਗੇ ਫਿਰ ਆਜੂਗਾ ਲੋੜ ਨਾ ਉਹਨਾਂ ਨੇ ਸਿੱਧੀ ਗੱਲ ਹੀ ਨਹੀਂ ਵੇਟਤੀ ਉਹ ਕਹਿੰਦੇ ਜੇ ਡੇਢ ਮਹੀਨੇ ਦੇ ਵਿੱਚ ਸਾਨੂੰ ਸਬੂਤ ਦੇ ਦੋਗੇ ਵੀ ਸਾਡਾ ਮੁੰਡਾ ਨਸ਼ਾ ਛੱਡ ਗਿਆ ਠੀਕ ਹੈ ਤਾਂ ਅਸੀਂ ਵਿਆਹ ਕਰਾਂਗੇ ਨਹੀਂ ਤਾਂ ਸਾਡੀ ਕੁੜੀ ਐਂ ਠੀਕ ਹੈ ਅਸੀਂ ਕਿਤੇ ਹੋਰ ਵਿਆਹ ਕਰ ਦਾਂਗੇ ਰਹਿ ਦਾਂਗੇ ਉਹ ਤਾਂ ਗੱਲ ਠੀਕ ਹੈ ਫਿਰ ਹੁਣ ਕਾਲਾ ਗਿਆ ਵਿਆ ਭਾਈ ਉਹਨੂੰ ਭਾਲਣ ਜੇ ਕਿਤੇ ਉੱਥੇ ਆਊਗਾ ਤਾਂ ਉੱਥੇ ਆ ਗਿਆ ਤਾਂ ਠੀਕ ਹੈ ਫਿਰ ਅੱਗੋਂ ਭਾਈ ਉਹਦੇ ਕਰਮ ਲੱਛੀ ਹੈ ਠੀਕ ਹੈ ਜਿਵੇਂ ਹੈਗੇ ਆ ਠੀਕ ਹੈ ਜੇ ਕਰਾਉਣਾ ਹੋਇਆ ਉਹਨੂੰ ਫੋਨ ਕਰਕੇ ਮੈਂ ਦੱਸ ਦਿੰਦਾ ਇੱਕ ਵਾਰੀ ਵੀ ਬਾਈ ਆਹ ਗੱਲ ਬਣ ਗਈ ਵਾਪਸ ਆ ਜਾ ਇੱਥੇ ਠੀਕ ਹੈ ਵੀ ਉਹ ਕਹਿੰਦੇ ਅਸੀਂ ਵਿਆਹ ਕਰ ਦਾਂਗੇ ਤੇਰਾ ਵੀ ਮੁੜਿਆ ਜੇ ਮੁੜਿਆ ਆਊਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਬਸ ਨਹੀਂ ਸਹੀ ਗੱਲ ਹੈ ਤੂੰ ਫੋਨ ਲਾ ਲਈ ਫਿਰ ਉਹਨੂੰ ਲਾਉਣਾ ਪਹਿਲਾਂ ਮੈਂ ਜਾ ਕੇ ਇਹਦੇ ਨਾਲ ਕਰ ਦਾਂ ਗੱਲ ਚੱਲ ਠੀਕ ਹੈ ਚਾਹ ਪਾਣੀ ਬਣਾਉਣੀ ਹੈ ਮੈਂ ਚੱਲ ਜੇ ਕੀ ਕੋਈ ਗੱਲ ਲੋਟ ਹੀ ਆ ਜੇ ਮੰਨ ਜਾਣਾ ਇੱਕ ਤਾਂ ਮੁੰਡਾ ਜਾ ਵੀ ਨਹੀਂ ਸਾਡੀ ਗੱਲ ਸੁਣਦਾ ਜੇ ਉਹੀ ਗੱਲ ਸੁਣਦਾ ਹੁੰਦਾ ਤਾਂ ਜਾ ਦੇ ਨਾਲ ਨਾ ਆਉਂਦੇ ਕਰਤੇ ਭਰਾ ਸੁਮਿੰਦਰ ਕਰੀ ਜਾਂਦੀ ਛੇਤੀ ਕਰ ਯਾਰ ਫਿਰ ਮੈਂ ਜਾਣਾਗਾ ਨਾਲੇ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਗੱਲ ਕਰਨੀ ਇੱਕ ਬੋਲੋ ਕੱਲ ਯਾਰ ਉੱਥੇ ਤੂੰ ਕਿਵੇਂ ਬੋਲਦੀ ਸੀ ਪਿੰਡ ਮੈਨੂੰ 1% ਵੀ ਗੱਲ ਤੇਰੀ ਚੰਗੀ ਨਹੀਂ ਲੱਗੀ ਤੈਨੂੰ ਪਤਾ ਉਹ ਫਿਰ ਮੈਨੂੰ ਕਿਹੜਾ ਚੰਗਾ ਲੱਗਿਆ ਉੱਥੇ ਜਾ ਕੇ ਆਪਦੇ ਭਰਾ ਦੀ ਤਾਰੀਫ ਕਰੀ ਜਾਂਦਾ ਸੀਗਾ ਵੀ ਛੱਡ ਦੂਗਾ ਨਸ਼ੇ ਛੱਡ ਦੂਗਾ ਤੇ ਮੇਰੀ ਭੈਣ ਨੂੰ ਵਿਆਹ ਉਹਨੂੰ ਫਿਰਦਾ ਉਹਦੇ ਨਾਲ ਜਦੋਂ ਮੈਂ ਤੈਨੂੰ ਕਹੀ ਜਾਂਦਾ ਸੀਗਾ ਵੀ ਉਹ ਨਸ਼ੇ ਛੱਡ ਦੂਗਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਤਾਂ ਹੀ ਤਾਂ ਮੈਂ 1.5 ਮਹੀਨਾ ਟਾਈਮ ਲਿਆ ਉਹਨਾਂ ਤੋਂ ਤੇਰੇ ਤੇ ਤਾਂ ਯਕੀਨ ਹੈਗਾ ਉਹ ਤੇ ਕਿਵੇਂ ਕਰਾਂ ਮੈਂ ਕਿਵੇਂ ਕਰ ਸਕਦੀ ਹਾਂ ਉਹ ਤੇ ਯਕੀਨ ਜਦੋਂ ਤੇਰੇ ਕਹੇ ਤੇ ਉਹਨੇ ਉਹਦੇ ਐਂ ਕਹਿਤਾ ਸੀ ਵੀ ਮੈਂ ਤਾਂ ਨਸ਼ੇ ਛੱਡਦਾ ਨਹੀਂ ਮੈਂ ਤਾਂ ਹੋਰ ਨਸ਼ੇ ਕਰੂੰਗਾ ਉਹ ਤੈਨੂੰ ਲੱਗਦਾ ਵੀ ਨਸ਼ੇ ਛੱਡ ਦੂਗਾ ਉਹ ਯਾਰ ਛੱਡ ਦੂਗਾ ਜਦੋਂ ਮੈਂ ਕਹੀ ਜਾਂਦਾ ਮੈਂ ਆਪੇ ਛਡਵਾ ਲੂੰਗਾ ਅਸੀਂ ਸਾਰਿਆਂ ਨੇ ਗੱਲ ਕਰ ਲਈ ਫਿਰ ਹੀ ਮੈਂ ਤੈਨੂੰ ਲੈਣ ਆਇਆ ਸੀਗਾ ਨਾ ਤੂੰ ਤਾਂ ਕਹੀ ਜਾਂਦਾ ਤੂੰ ਤਾਂ ਮੈਨੂੰ ਪਤਾ ਪਹਿਲਾਂ ਤੂੰ ਕਹੀ ਜਾਂਦਾ ਉਹ ਕਹਿੰਦਾ ਆਪਦੇ ਮੂੰਹੋਂ ਉਹ ਇੱਕ ਵਾਰ ਉਹਨੂੰ ਆ ਤਾਂ ਜਾਂਦੇ ਜਦੋਂ ਆ ਗਿਆ ਘਰੇ ਆਪਦੇ ਮੂੰਹੋਂ ਵੀ ਕਹਿ ਦੂਗਾ ਥੈ ਨਹੀਂ ਗਾ ਉਹ ਗੱਲ ਦਾ ਨਾ ਕੋਈ ਫੋਨ ਚੱਕਦਾ ਨਾ ਲੈਣਾ ਨਾ ਦੇਣਾ ਅੱਛਾ ਤੈਨੂੰ ਐਂ ਵੀ ਨਹੀਂ ਪਤਾ ਵੀ ਉਹ ਕਿੱਥੇ ਗਿਆ ਤੇ ਹਜੇ ਤੱਕ ਲੱਭਿਆ ਵੀ ਨਹੀਂ ਤੂੰ ਮੇਰੇ ਘਰਦਿਆਂ ਐਂ ਵੀ 1.5 ਮਹੀਨੇ ਦੀਆਂ ਸਾਈਆਂ ਵਧਾਈਆਂ ਲਾਇਆ ਆ ਉਹ ਇੱਥੇ ਹੋਊਗਾ ਜਾਣਾ ਕਿੱਥੇ ਆਉਣੇ ਤੈਨੂੰ ਪਤਾ ਤਾਂ ਹੈ ਨਾਲ ਤੂੰ ਮੈਨੂੰ ਐਂ ਦੱਸ ਜਦੋਂ ਹਰਪ੍ਰੀਤ ਮੰਨ ਗਈ ਸੀ ਵੀ ਮੈਂ ਰਾਜਪਾਲ ਨਾਲ ਰਿਸ਼ਤਾ ਕਰਾਉਣਾ ਫਿਰ ਤੂੰ ਵਿੱਚ ਕਿਉਂ ਡੋ ਚੜਾਉਂਦੀ ਸੀ ਬਈ ਮੈਨੂੰ ਪਤਾ ਵੀ ਹਰਪ੍ਰੀਤ ਆਪਦੇ ਮਨੋਂ ਨਹੀਂ ਕਹਿ ਰਹੀ ਉਹ ਮੇਰੇ ਕਰਕੇ ਕਹਿ ਰਹੀ ਹੈ ਵੀ ਮੇਰੀ ਭੈਣ ਦਾ ਘਰ ਖਰਾਬ ਹੋ ਰਿਹਾ ਤੇਰਾ ਘਰ ਕਾਹਦੇ ਨਾਲ ਖਰਾਬ ਹੋ ਜਾਊਗਾ ਮੈਨੂੰ ਤੂੰ ਐਂ ਤਾਂ ਦੱਸ ਦੇ ਤੇਰਾ ਘਰ ਕਿਵੇਂ ਖਰਾਬ ਹੋਣਾ ਦਾ ਕੰਮ ਹੀ ਆ ਮੰਮੀ ਜਦੋਂ ਮੈਨੂੰ ਘਰੋਂ ਕੱਢਤਾ ਘਰੋਂ ਥੋੜੀ ਕੱਢਿਆ ਸੀਗਾ ਹੁਣ ਮਾਂ ਪਿਓ ਤਾਂ ਸੌ ਕੁਛ ਕਹਿੰਦਾ ਹੁੰਦਾ ਤੂੰ ਮਾੜੀ ਜੀ ਗੱਲ ਨੂੰ ਭਾਰ ਬਣਾ ਕੇ ਭੱਜ ਗਈ ਮੇਰੇ ਨਾਲ ਤਾਂ ਗੱਲ ਕਰਨੀ ਸੀ ਕਰੀ ਕੀ ਗੱਲ ਕਰਨੀ ਜੇ ਗੱਲ ਕਰਨੀ ਹੁੰਦੀ ਨਾ ਤੂੰ ਮੈਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਭਾਈ ਰਾਜਪਾਲ ਇੰਨੇ ਨਸ਼ੇ ਕਰਦਾ ਤੂੰ ਆਪਦੀ ਭੈਣ ਦੇ ਦਾਂਤ ਸ਼ਗਨ ਪਵਾ ਉਹਦੇ ਨਾਲ ਇਹੋ ਜਿਹੀਆਂ ਗੱਲਾਂ ਕੌਣ ਕਰਦਾ ਹੁੰਦਾ ਮੈਨੂੰ ਤਾਂ ਐਂ ਸੀ ਹੌਲੀ ਹੌਲੀ ਛੱਡ ਦੂਗਾ ਫਿਰ ਹੁਣ ਤੈਨੂੰ ਕਹੀ ਦਾ ਇੰਨਾ ਜੇ ਮੈਂ ਛਡਵਾ ਤਾ ਫਿਰ ਮੰਨੇ ਫਿਰ ਆਪੇ ਕਰ ਦੇਂਗੀ ਫੋਨ ਹਾਂ ਤੂੰ ਕਹਿ ਕੇ ਆਈ ਆ ਉੱਥੇ ਮੁੱਕਰੀ ਨਾ ਇਸ ਗੱਲ ਤੂੰ ਕੋਈ ਗੱਲ ਨਹੀਂ ਜੇ ਨਸ਼ੇ ਛੱਡੇ ਫੇਰ ਹੀ ਫੋਨ ਕਰੂੰਗੀ ਪਰ ਮੈਂ ਜੇ ਚੇ ਉਹਦੇ ਲੱਛਣ ਨਾ ਮੈਨੂੰ ਹੀ ਲੱਗਦਾ ਵੀ ਨਸ਼ਾ ਛੱਡੂਗਾ ਲੱਛਣ ਯਾਰ ਤੂੰ ਕੀ ਦੇਖ ਲਿਆ ਉਹਦੇ ਮੈਨੂੰ ਤਾਂ ਤੇਰੀ ਗੱਲ ਨਹੀਂ ਸਮਝ ਲੱਗਦੀ ਹਜੇ ਕਹਿੰਦਾ ਕੀ ਦੇਖ ਲਿਆ ਇੰਨੇ ਨੇ ਉਹ ਨਸ਼ੇ ਕਰਦਾ ਹਜੇ ਕਹਿੰਦਾ ਤੂੰ ਉਹਦੇ ਕੀ ਲੱਛਣ ਦੇਖ ਲਿਆ ਹਜੇ ਕੁਛ ਰਹਿੰਦਾ ਕੋਈ ਕਸਰ ਬਾਕੀ ਹਜੇ
ਵੀ ਭਾਈ ਇਹਨਾਂ ਦੇ ਮੁੰਡੇ ਦਾ ਤਾਂ ਸ਼ਗਨ ਟੁੱਟ ਗਿਆ, ਫਿਰ ਦੱਸ ਕੀ ਕਰਾਂਗੇ? ਹੈਂ, ਉਹ ਹੁਣ ਨਸ਼ੇ ਕਰਦਾ ਗਾ, ਉਦੋਂ ਬਾਅਦ ਜੋ ਨਸ਼ੇ ਕਰਨੇ ਛੱਡ ਦੂਗਾ ਤੇਰੇ ਹਿਸਾਬ ਨਾਲ, ਉਹ ਤਾਂ ਵੱਧ ਕਰੂਗਾ ਜੇ ਬਦਨਾਮੀ ਹੋ ਗਈ ਉਹਦੀ। ਅੱਛਾ, ਤੇ ਉਹ ਲੋਕਾਂ ਦੀ ਹੱਥ ਤੇ ਤੁਹਾਡੀ ਝੂਠੀ ਸ਼ਾਨ ਖਾਤਰ ਮੇਰੀ ਭੈਣ ਨੂੰ ਜ਼ਿੰਦਗੀ ਖਰਾਬ ਕਰਦਾ। ਉਹ ਮੇਰਾ ਵੀ ਭਾਈ ਆ, ਉਹਦਾ ਵੀ ਸੋਚ ਤੂੰ, ਮੈਂ ਉਹਦੇ ਭਾਈ ਦੀ ਜ਼ਿੰਦਗੀ ਕਿਵੇਂ ਖਰਾਬ ਕਰਦਾ? ਉਹੀ ਤਾਂ ਗੱਲ ਨਾ, ਵੀ ਤੇਰਾ ਭਾਈ ਆ ਵੀ ਮੇਰੀ ਭੈਣ ਨਹੀਂ ਤੇਰੀ ਕੁਛ ਲੱਗਦੀ, ਤਾਂ ਤੂੰ ਆਪਦੇ ਭਾਈ ਦਾ ਸੋਚ ਰਿਹਾ ਮੇਰੀ ਭੈਣ ਦਾ ਨਹੀਂ। ਮੈਂ ਸਾਰਿਆਂ ਦਾ ਸੋਚਦਾ, ਮੇਰੀ ਗੱਲ ਸੁਣ ਲੈ, ਮੈਂ ਤਾਂ ਹੀ ਉੱਥੇ ਕਹਿ ਕੇ ਆਇਆ, ਡੇਢ ਮਹੀਨਾ ਟਾਈਮ ਲਿਆ। ਤੂੰ ਹੁਣ ਆਪ ਆਏ ਦੱਸ ਦੇ ਵੀ ਜੋ ਰਾਜਪਾਲ ਨੇ ਤੂੰ ਕਹਿਤਾ ਵੀ ਹਾਂ ਡੇਢ ਮਹੀਨੇ ਬਾਅਦ ਨਸ਼ਾ ਛੱਡਦਾ, ਫੋਨ ਕਰੇ ਕਿ ਨਹੀਂ ਕਰਦੀ? ਕੋਈ ਗੱਲ ਨਹੀਂ, ਪਹਿਲਾਂ ਉਹਨੂੰ ਨਸ਼ਾ ਛੱਡਣ ਦਿਆ ਸਹੀ, ਆਪਦੇ ਮੂੰਹ ਹੋਣ ਤੋਂ ਕਹਾ ਤਾਂ ਸਹੀ ਵੀ ਹਾਂ ਮੈਂ ਨਸ਼ਾ ਛੱਡਦਾ, ਹੁਣ ਬੁਲਾ ਤਾਂ ਸਹੀ ਇੱਥੇ, ਫੇਰ ਹੀ ਮੰਨੂ ਤੇਰੀ ਗੱਲ। ਕੋਈ ਨਹੀਂ, ਤਾਂ ਪਤਾ ਨਹੀਂ ਕਿੱਥੇ ਨਿਕਲਿਆ, ਲਿਆਉਣਾ ਭਾਲ ਕੇ ਮੈਂ, ਕੋਈ ਗੱਲ ਤੂੰ ਬੈਠੀ ਰਹੇ ਇੱਥੇ। ਸਾਰਿਆਂ ਨੂੰ ਆਪਦੀ ਆਪਦੀ ਪਈ ਹੈ, ਕਿਸੇ ਨੂੰ ਐਂ ਨਹੀਂ ਹੈਗਾ ਕਿ ਉਹ ਵਿਚਾਰੀ ਜਵਾਕ ਦੀ ਜ਼ਿੰਦਗੀ ਖਰਾਬ ਹੋ ਜੂਗੀ। ਰਾਜਪਾਲ ਨਸ਼ੇ ਛੱਡੇ ਚਾਹੇ ਕਰੇ, ਪਰ ਮੈਂ ਆਪਦੀ ਭੈਣ ਦਾ ਰਿਸ਼ਤਾ ਨਹੀਂ ਉੱਥੇ ਹੋਣ ਦੇਣਾ। ਲਿਆ ਦੇਣਾ ਬੇਬੇ ਪਾਣੀ, ਕਿਹੜੇ ਵੇਲੇ ਹੋ ਗਏ, ਉੱਥੇ ਹੀ ਬਹਿ ਗਈ ਤੂੰ ਵੀ ਜਾ ਕੇ ਪਾਣੀ ਲੈਣ ਗਈ। ਮੈਂ ਲੈ ਫੜ, ਮੈਂ ਤਾਂ ਉਹ ਦੇਖਣ ਲੱਗ ਗਈ ਸੀਗੀ, ਉਹ ਬੋਲੀ ਜਾਂਦੇ ਆ। ਹੁਣ ਕਾਹਦੇ ਪਿੱਛੇ ਬੋਲੀ ਜਾਂਦੇ ਆ ਉਹ? ਪਤਾ ਨਹੀਂ ਬਈ ਕਾਹਦੇ ਪਿੱਛੇ ਬੋਲੀ ਜਾਂਦੇ ਆ। ਨਾ ਉਹ ਮਨਿੰਦਰ ਬੋਲੀ ਨਹੀਂ ਕੋਈ ਆ ਕੇ ਕੱਲ ਦੀ? ਮੈਂ ਤਾਂ ਜਦੋਂ ਦੀ ਆਈ ਆ ਮੂੰਹ ਜਿਹਾ ਬਣਾ ਕੇ ਫਿਰਦੀ ਆ, ਬੋਲੀ ਤਾਂ ਕੁਛ ਹੈ ਨਹੀਂ, ਨਾ ਤਾਂ ਮੇਰੇ ਨਾਲ ਕੋਈ ਗੱਲ ਕੀਤੀ ਹੈਗੀ ਅਤੇ ਨਾ ਹੀ ਲਾਡੀ ਨਾਲ ਕੋਈ ਗੱਲ, ਹੁਣ ਲੜੀ ਜਾਂਦੀ ਅੰਦਰ ਬੈਠੇ। ਲਾਡੀ ਤਾਂ ਮੈਨੂੰ ਐਂ ਕਹਿੰਦਾ ਸੀਗਾ। ਕੀ ਕਹਿੰਦਾ ਜੀ? ਕਹਿੰਦਾ ਉਹਨਾਂ ਨੇ ਸ਼ਰਤ ਰੱਖੀ ਹੈ ਵੀ ਜੇ ਡੇਢ ਮਹੀਨੇ ਦੇ ਵਿੱਚ ਨਸ਼ੇ ਛੱਡ ਗਿਆ ਰਾਜਪਾਲ, ਫਿਰ ਤਾਂ ਅਸੀਂ ਕੁੜੀ ਦਾ ਰਿਸ਼ਤਾ ਭਾਈ ਕਰ ਦਿਆਂਗੇ, ਅਤੇ ਨਹੀਂ ਸਾਡਾ ਕੋਈ ਜਵਾਬ ਹੈ। ਉਹ ਐਂ ਹੁਣ ਡੇਢ ਮਹੀਨੇ ਦੀ ਕਿਹੜਾ ਗਰੰਟੀ ਹੁੰਦੀ ਆ ਵੀ ਉਹ ਡੇਢ ਮਹੀਨੇ 'ਚ ਛੱਡ ਹੀ ਜਾਊਗਾ? ਉਹਨੂੰ ਆਪਾਂ ਊਂ ਵਜਾਣਾ ਸਮਝਾਵਾਂਗੇ, ਰਾਮਦਾਰੀ ਨਾਲ ਉਹਨੂੰ ਸਮਝਾ ਕੇ ਹੌਲੀ ਹੌਲੀ ਛੱਡ ਜੂਗਾ। ਬੰਦੇ ਨੂੰ ਹੁਣ ਟਾਈਮ ਤਾਂ ਲੱਗਦਾ ਹੀ ਹੁੰਦਾ, ਕਿੱਦੇ ਦਾ ਖਾਂਦਾ ਉਹ ਕਿਹੜਾ ਅੱਜ ਦਾ ਲੱਗਿਆ ਗਾ? ਉਹਨਾਂ ਨੇ ਤਾਂ ਕਾਲੇ ਡੇਢ ਮਹੀਨੇ ਦਾ ਹੀ ਕਿਹਾ ਗਾ, ਉਹ ਵੀ ਉਹਨਾਂ ਨੇ ਇਹ ਕਿਹਾ ਵੀ ਜੇ ਸਾਨੂੰ ਮਨਿੰਦਰ ਫੋਨ ਕਰਕੇ ਦੱਸੂਗੀ ਵੀ ਹਾਂ ਭਾਈ ਇਹਨੇ ਨਸ਼ੇ ਛੱਡਤੇ, ਫਿਰ ਕੋਈ ਗੱਲ ਬਣੂਗੀ ਅੱਗੇ। ਉਹ ਮੇਰੀ ਗੱਲ ਸੁਣ ਲਾ ਪਹਿਲਾਂ, ਮਾਂ ਅੱਗੇ ਇਹਨੂੰ ਨਾ ਉਹਨਾਂ ਗੱਲ ਦਾ ਰੌਲਾ ਪਾ ਦਿਓ, ਨਾਲ ਤਾਂ ਲਾਡੀ ਨੂੰ ਸਮਝਾ ਦਿਆਂਗੇ ਵੀ ਭਾਈ ਮਾੜਾ ਮੋਟਾ ਮਨਿੰਦਰ ਨੂੰ ਕਹਿ ਕੇ ਰੱਖੀ ਹੈ ਵੀ ਜਿਹੜੀ ਗੱਲ ਹੋਈ ਸਾਡੇ ਨਾਲ ਪਹਿਲਾਂ ਇੱਥੇ ਕਰੀ ਬਾਅਦ 'ਚ ਉੱਥੇ ਗੱਲ ਕਰਨੀ ਆ, ਨਾਲੇ ਹੁਣ ਉਹਦਾ ਵੀ ਕੋਈ ਕਰਾਂਗੇ ਪਤਾ ਵੀ ਕਿੱਧਰ ਨਿਕਲ ਗਿਆ ਉਹ। ਹੋਰ ਮੈਨੂੰ ਤਾਂ ਹੀ ਚਿੰਤਾ ਹੋਈ ਪਈ ਹੈਗੀ, ਹੋਰ ਕੀ ਪਤਾ ਕਿ ਗਿਆ ਕਿੱਥੇ ਹੈਗਾ। ਓਏ ਊਂ ਨਾ ਕਿਤੇ ਹੋਰ ਵੱਧ ਘੱਟ ਖਾ ਕੇ ਨਸ਼ਾ ਹੋ ਜੇ, ਕੀ ਹੋ ਗਿਆ ਸੀ ਉਹ ਬੋਲੀ ਜਾਈ ਜਾਂਦੇ ਸੀ? ਕੁਛ ਨਹੀਂ ਬਾਈ ਯਾਰ, ਉਹੀ ਕੱਲ੍ਹ ਵਾਲੀ ਗੱਲ, ਤੈਨੂੰ ਨਹੀਂ ਪਤਾ ਜਦੋਂ ਮੈਂ ਉੱਥੇ ਗਿਆ ਆਪਦੇ ਸੋਰੀ ਬਹੁਤ ਕਲੇਸ਼ ਪਿਆ ਉੱਥੇ। ਕਿਉਂ ਉੱਥੇ ਹੁਣ ਤੈਨੂੰ ਕੀ ਕਹਿੰਦੇ ਸੀ ਉਹ, ਤੂੰ ਉਹਨੂੰ ਲੈਣ ਗਿਆ? ਲੈਣ ਤਾਂ ਮੈਂ ਉਹਨੂੰ ਗਿਆ ਸੀ, ਪਰ ਵਿੱਚ ਦੀ ਗੱਲਾਂ ਕੱਢਦੇ ਸੀਗੇ, ਉੱਧਰੋਂ ਮੇਰੀ ਵਿਚੋਲਣ ਆਈ ਬੈਠੀ ਸੀਗੀ ਉੱਥੇ, ਬਹੁਤ ਕੁਛ ਬੋਲੇ ਉਹਦਾ ਸਾਲਾ ਜਿਹਾ ਮੇਰਾ, ਕਿੰਨਾ ਕੁਛ ਉਹ ਬੋਲ ਕੇ ਗਿਆ ਮੈਨੂੰ। ਚੱਲ ਕੋਈ ਨਹੀਂ ਪੁੱਤ, ਐਂ ਤਾਂ ਫਿਰ ਸੁਣਨੀਆਂ ਹੀ ਪੈਂਦੀਆਂ ਹੁੰਦੀਆਂ ਗੀਆਂ, ਜਦੋਂ ਆਪਣੇ 'ਚ ਗਲਤੀ ਹੈਗੀ ਤਾਂ ਸੁਣਨੀ ਪੈਣੀ ਆਪਾਂ ਨੂੰ। ਆਪਣੇ 'ਚ ਤਾਂ ਕਾਹਦੀ ਗਲਤੀ ਅੰਮਾ, ਤੇਰੀ ਗਲਤੀ ਆ, ਜਦੋਂ ਆਪਣੀ ਆਪਣੇ ਮੁੰਡੇ ਦੀ ਗਲਤੀ ਸੀਗੀ, ਠੀਕ ਹੈ, ਉਹ ਜਾਵੜਿਆ ਭੱਜ ਗਿਆ, ਤੈਨੂੰ ਇਹਨੂੰ ਕੱਢਣ ਦੀ ਕੀ ਲੋੜ ਪਈ? ਵਿਚਾਰਾ ਹੁਣ ਉਹ ਤਾਂ ਹੁਣ ਗੁੱਸੇ 'ਚ ਹੋ ਗਿਆ, ਹੁਣ ਮੈਂ ਦੱਸ ਕੀ ਕਰਾਂ, ਮੈਨੂੰ ਕਿਹੜਾ ਨਹੀਂ ਆਉਂਦਾ ਗਾ ਵੀ ਹੁਣ ਉਹ ਵੀ ਘਰੋਂ ਗਿਆ ਗਾ, ਕੀ ਉਹ ਤਾਂ ਕਿੱਥੇ ਫਿਰਦਾ, ਭੁੱਖਾ ਕੇ ਧਿਆਇਆ ਗਾ? ਭੁੱਖਾ ਧਿਆਇਆ ਕੋਈ ਨਹੀਂ ਹੈਗਾ, ਪੈਸੇ ਆ ਉਹਦੇ ਕੋਲ, ਮੈਂ ਫੋਨ ਲਾਈ ਜਾਂਦਾ ਕਿਤੇ ਤਾਂ ਮੇਰਾ ਫੋਨ ਹੀ ਨਹੀਂ ਚੱਕਦਾ ਉਹ। ਓਏ ਹੋਰ ਕੀ ਆ ਯਾਰ, ਉਹਨੇ ਅੱਡ ਲਾਏ ਲਏ ਜਮਾਂ, ਉਹਨੂੰ ਪੁੱਛ ਤਾਂ ਲਓ, ਤੁਸੀਂ ਤਾਂ ਪੁੱਛ ਲਓ ਕਿਸੇ ਰਿਸ਼ਤੇਦਾਰ 'ਚ, ਪਤਾ ਕਰ ਲਓ ਵੀ ਭਾਈ ਇੱਥੇ ਪਹੁੰਚੇ। ਓ ਯਾਰ ਸਾਰੇ ਦਾ ਪੁੱਛ ਲਿਆ, ਹੁਣ ਤਾਂ ਹੱਥ ਖੜੇ ਹੋਏ ਪਏ ਆ, ਆਉਣਾ ਹੋਇਆ ਆ ਜਾਊਗਾ, ਨਾ ਆਉਣਾ ਹੋਇਆ ਨਾ ਆਊ ਯਾਰ। ਸ਼ਰਤ ਨਾ ਆਇਆ ਹੁਣ ਇਹ ਕੀ ਮਤਲਬ ਬਣਿਆ, ਫਿਰ ਉਹਦਾ ਵਿਆਹ ਵੀ ਨਹੀਂ ਹੁੰਦਾ ਬਈ, ਮੈਂ ਤੁਹਾਨੂੰ ਦੱਸ। ਫਿਰ ਹੁਣ ਕਿੱਥੇ ਭਾਲ ਗਏ ਉਹਨੂੰ, ਜੇ ਬੰਦੇ ਨੂੰ ਹੁਣ ਉਹਨੂੰ ਐਂ ਨਹੀਂ ਦਿੰਦਾ ਵੀ ਚੱਲ ਗੁੱਸਾ ਗਿਲਾ ਹੋ ਗਿਆ, ਮੈਂ ਘਰੇ ਤਾਂ ਆ ਜਾ, ਕੋਈ ਗੱਲ ਫੇਰ ਹੀ ਰਾਹ ਪਊਗੀ। ਫੋਨ ਦੋ ਤਿੰਨ ਦਿਨ ਹੋ ਗਏ ਲੈ ਫੋਨ ਲਾਈ ਜਾਂਦੇ ਉਹਨੂੰ, ਫੋਨ ਨਹੀਂ ਚੱਕਦਾ। ਪੁੱਛਾਂ ਫੋਨ ਲਾ ਕੇ ਉਹਨੂੰ, ਕੀ ਪਤਾ ਚੱਕ ਹੀ ਲਵੇ। ਨਹੀਂ ਹੁਣ ਤੂੰ ਉਹਨਾਂ ਨਾਲ ਗੱਲ ਕਰਕੇ ਆਇਆ ਸਾਰੀ? ਉਹਨਾਂ ਨਾਲ ਮੇਰੀ ਗੱਲ ਤਾਂ ਹੋਈ ਆ, ਉਹਨਾਂ ਨੂੰ ਮੈਂ ਕਿਹਾ ਤਾਂ ਮੈਨੂੰ ਡੇਢ ਮਹੀਨਾ ਆਪਦੇ ਵੱਲੋਂ ਕਹਿ ਕੇ ਆਇਆ, ਹੁਣ ਹੋਰ ਦੱਸ ਮੈਂ ਕੀ ਕਰਦਾ, ਉਹ ਤਾਂ ਮਨਿੰਦਰ ਵੀ ਨਹੀਂ ਆਉਂਦੀ ਸੀਗੀ, ਫਿਰ ਵਾਹਵਾ ਆ ਗਈ ਉਹਨੇ ਤੋੜਤੀ ਮੇਰੇ ਨਾਲ। ਮੇਰੀ ਗੱਲ ਸੁਣ ਹੁਣ ਨਾ ਮਾੜਾ, ਤੂੰ ਆਪ ਗੱਲ ਖਿੱਚ ਕੇ ਰੱਖੀ ਕੋਈ ਗੱਲ, ਇਹਦੇ ਪਹਿਲੀ ਗੱਲ ਤਾਂ ਇਹਦੇ ਕੰਨਾਂ ਤੱਕ ਨਾ ਆਪਣੇ ਘਰ ਦੀ ਗੱਲ ਕੋਈ ਜਾਵੇ ਨਾ, ਹੈ ਅੱਧਾ ਭੇਤ ਦੇਈਦਾ ਹੁੰਦਾ ਜਨਾਨੀ ਨੂੰ, ਜੇ ਸਾਰਾ ਭੇਤ ਦੇ ਦੇਣਾ ਫਿਰ ਤਾਂ ਮਰਿਆ ਮਰਿਆ ਹੀ ਹੁੰਦਾ ਬੰਦਾ। ਮੈਂ ਤਾਂ ਲੁਕੋਈ ਰੱਖਿਆ ਸੀ ਬਈ, ਤੈਨੂੰ ਪਤਾ ਤਾਂ ਹੈ ਲੁਕੋਈ ਰੱਖਿਆ ਸੀਗਾ, ਹੁਣ ਉਹਨੇ ਗੱਲਾਂ ਸੁਣ ਲਈਆਂ ਉਹ ਆਸੇ ਪਾਸੇ, ਮੇਰੀ ਗੱਲ ਗਲਤੀ ਜਾਂਦੀ ਹੈ। ਉਹ ਉੱਥੇ ਵਿਹੜੇ 'ਚ ਬਹਿ ਕੇ ਰੌਲਾ ਤੁਸੀਂ ਪਾਉਣ ਲੱਗ ਗਏ, ਤੈਨੂੰ ਤਾਂ ਮੈਂ ਉੱਧਰ ਬਾੜੇ 'ਚ ਕਿਉਂ ਸਮਝਾ ਕੇ ਲਿਆਇਆ ਸੀ ਵੀ ਪਾਸੇ ਗੱਲ ਹੋ ਜੂ, ਤੂੰ ਅੱਡ ਆ ਕੇ ਚੌਂਤਰੇ 'ਤੇ ਰੌਲਾ ਪਾ ਲਿਆ, ਉੱਥੋਂ ਤਾਂ ਹੁਣ ਸੁਣੂਗਾ ਹੀ, ਉਹ ਕਿਹੜਾ ਹੁਣ ਗਵਾਂਢੀਆਂ ਦੇ ਰਹਿੰਦੀ ਆ, ਉਹ ਵੀ ਘਰੇ ਹੀ ਰਹਿੰਦੀ ਆ, ਉੱਥੋਂ ਤਾਂ ਸੁਣਨਾ ਹੀ ਸੀ ਉਹਨੂੰ। ਹੁਣ ਛੱਡੋ ਗੱਲ ਨੂੰ, ਜਿਹੜੀ ਗੱਲ ਹੋ ਗਈ ਨਿਬੜ
ਹੁਣ ਮੈਂ ਦੱਸ ਕੀ ਕਰਾਂ ਚੱਕ ਲੈ ਫੋਨ ਹੈਲੋ ਹਾਂ ਓਏ ਆ ਗੱਲ ਕਰ ਮੜੀ ਮੰਮੀ ਨਾਲ ਹਾਂ ਪੁੱਤ ਕਿੱਥੇ ਆ ਤੂੰ ਮਾਰਾ ਬਾਹਰ ਆ ਬੇਬੇ ਬਾਹਰ ਤਾਂ ਹੈਗਾ ਪੁੱਤ ਘਰੇ ਆ ਜਾ ਹੁਣ ਬਥੇਰੇ ਦਿਨ ਹੋ ਗਏ ਬਾਹਰ ਫਿਰਦੇ ਨੂੰ ਕਿੰਨਾ ਕੁ ਚਿਰ ਬਾਹਰ ਰਹੇਗਾ ਘਰੇ ਤਾਂ ਕੀ ਜਾ ਦਿੱਤੇ ਹੁਣ ਆ ਕੇ ਕੀ ਕਰਨਾ ਘਰੇ ਵੀ ਜੇ ਆਏਗਾ ਤਾਂ ਫੇਰ ਹੀ ਕੋਈ ਗੱਲ ਰਾਹ ਪਾਵਾਂਗੇ ਆਪਾਂ ਹੁਣ ਤੂੰ ਤਾਂ ਬਾਹਰ ਫਿਰਦਾ ਆ ਅਸੀਂ ਇੱਥੇ ਕੀ ਗੱਲ ਕਰੀਏ ਵਧੀਆ ਨਜ਼ਾਰੇ ਲੈਂਦਾ ਫਿਰਦਾ ਵੀ ਉਹ ਤਾਂ ਗੱਲ ਠੀਕ ਆ ਹੁਣ ਤੂੰ ਤਾਂ ਨਜ਼ਾਰੇ ਲੈਂਦਾ ਫਿਰਦਾ ਸਾਨੂੰ ਤਾਂ ਬਿਪਤਾ ਚ ਪਾ ਗਿਆ ਨਾ ਅਸੀਂ ਦੱਸ ਕੀ ਕਰੀਏ ਤੈਨੂੰ ਮੈਂ ਕਹਿੰਦੀ ਤੂੰ ਘਰੇ ਆਇਆ ਚੁੱਪ ਕਰਕੇ ਨਹੀਂ ਯਾਰ ਰਸਤੇ ਨੂੰ ਗੱਲ ਕਰ ਜਾਣਗੇ ਫਿਰ ਤਾਂ ਆ ਜਾਊਗਾ ਵੀ ਆਪਾਂ ਗੱਲ ਕਰਾਂਗੇ ਬੈਠ ਕੇ ਗੱਲ ਹੋਊਗੀ ਹੁਣ ਆ ਘਰੋਂ ਨਿਕਲੇ ਥੋੜੀ ਕੋਈ ਗੱਲ ਬਣਦੀ ਹੁੰਦੀ ਹੈ ਤੂੰ ਆ ਜਾ ਕੋਈ ਨਹੀਂ ਆਪਾਂ ਗੱਲ ਕਰਦੇ ਆ ਸਾਰੀ ਚੱਲ ਠੀਕ ਆ ਪੁੱਤ ਬਣ ਕੇ ਆ ਜੀ ਘਰੇ ਚੰਗਾ ਠੀਕ ਆ ਲੈ ਫੜ ਦੇਖ ਲਾ ਹੈਗੀ ਆ ਕੋਈ ਚੜੀ ਲੱਥੀ ਦੀ ਅੱਗੇ ਮੈਂ ਤਾਂ ਨਜ਼ਾਰੇ ਲੈਂਦਾ ਫਿਰਦਾ ਤੁਸੀਂ ਤਾਂ ਨਜ਼ਾਰੇ ਲੈਣੇ ਆ ਤੁਹਾਨੂੰ ਕਿਹੜਾ ਕੋਈ ਚੜੀ ਲੱਥੀ ਦੀ ਆ ਮੂੰਹ ਘਾਸ ਤਾਂ ਮੈਨੂੰ ਮਿਲਣੀ ਆ ਜੇ ਕਰਦਾ ਤਾਂ ਵੀ ਨਹੀਂ ਕਰਦਾ ਤਾਂ ਵੀ ਉਹੀ ਤਾਂ ਗੱਲ ਹੈਗੀ ਵੀ ਆਪਾਂ ਤਾਂ ਸਾਰਾ ਟੱਬਰ ਚਿੰਤਾ ਚ ਬੈਠੇ ਪਤਾ ਨੀ ਕਿੱਧਰ ਗਿਆ ਕਿੱਧਰ ਗਿਆ ਤੇ ਆਪ ਉਹ ਦੇਖ ਲਾ ਕਹਿੰਦਾ ਮੈਂ ਤਾਂ ਪਹਾੜਾਂ 'ਚ ਫਿਰ ਦੱਸਿਆ ਤੈਨੂੰ ਮੈਂ ਵੀ ਪੈਸੇ ਹੈਗੇ ਆ ਉਹਦੇ ਕੋਲੇ ਪਹਾੜਾਂ 'ਚ ਜਾਊਗਾ ਹੋਰ ਉਹਨੇ ਕਿੱਧਰ ਜਾਣਾ ਗਾ ਨਾ ਪੈਸੇ ਲੈ ਕੇ ਕਿੱਥੋਂ ਗਿਆ ਉਹ ਉਹ ਇਹੋ ਜਿਹਾ ਮਰਦਾ ਵੀ ਨਹੀਂ ਹੁੰਦਾ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਇਹਨੇ ਤਾਂ ਠਿੱਠ ਕਰਨਾ ਕਰੀ ਜਾਊਗਾ ਖਾਣ ਤੇ ਲੱਕ ਪੈਸੇ ਕਿੱਥੋਂ ਆਉਣੇ ਆ ਜਾਂਦਾ ਬਾਣੀਆਂ ਤੇ ਉਹ ਫੜ ਲਿਆਉਂਦਾ ਮੈਂ ਉੱਥੇ ਆਏ ਨਹੀਂ ਕਹਿੰਦਾ ਵੀ ਇਹਦੀ ਪੜਤ ਮਰੂਗੀ ਅਗਲਾ ਕੁ ਜਿਹਾ ਰੋਕ ਗਿਆ ਵੀ ਪਤਾ ਨਹੀਂ ਕੀ ਗੱਲ ਆ ਪੜਤ ਮਾਰਨ ਵਾਲੀ ਗੱਲ ਨਹੀਂ ਮੇਰੀ ਗੱਲ ਸੁਣੋ ਪੜਤ ਤਾਂ ਆਪਣੀ ਸਾਰਿਆਂ ਦੀ ਮਰ ਗਈ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਜੇ ਬੰਦਾ ਆਊਗਾ ਆ ਕੇ ਇਹਨਾਂ ਤੁਸੀਂ ਵੀ ਹੁਣ ਫੋਨ ਤੇ ਮਾੜਮੀ ਜੀ ਗੱਲ ਕਰ ਲਈ ਸਿੱਧੀ ਗੱਲ ਉਹਨੂੰ ਪੁੱਛੀ ਨਹੀਂ ਵੀ ਤੂੰ ਹੈਗਾ ਕਿੱਥੇ ਆ ਕੀ ਕਰਨੀ ਆ ਉੱਥੇ ਕਿਹਦੇ ਨਾਲ ਗਿਆ ਹੱਕ ਬੰਨ ਦਿੰਦੇ ਮਾਂ ਪਿਓ ਦੇ ਵੱਡਿਆਂ ਦੇ ਹੱਕ ਬੰਨ ਦਿੰਦੇ ਪੁੱਛਣਾ ਮੈਂ ਮਾੜਮੀ ਗੱਲ ਨਹੀਂ ਕੀਤੀ ਮੈਂ ਕਹਿੰਦੀ ਫਿਰ ਆ ਕੇ ਇੱਕ ਵਾਰੀ ਘਰੇ ਆ ਜੇ ਫੇਰ ਉਹਦੇ ਨਾਲ ਗੱਲ ਕਰਾਂਗੇ ਉਹ ਕੇਰਾਂ ਤਾਂ ਬਰਿਆਤ ਰਹਿ ਕੇ ਘਰੇ ਸੱਦਣਾ ਹੀ ਪਊ ਐ ਨਹੀਂ ਆਉਂਦਾ ਉਹ ਜੇ ਆਪਾਂ ਕਹਿੰਗੇ ਰੋਹ ਮਾਰਾਂਗੇ ਤੇ ਆ ਜਾਊਗਾ ਬਰਿਆਕੇ ਸੱਦਣਾ ਪਊਗਾ ਉਹਨੂੰ ਐਂ ਤਾਂ ਦੱਸ ਦਿੰਦੇ ਵੀ ਤੇਰਾ ਭਰਾ ਜਵਾਨ ਦੇ ਕੇ ਉੱਥੇ ਡੇਢ ਮਹੀਨੇ ਦੀ ਡੇਢ ਮਹੀਨੇ ਦੇ ਵਿੱਚ ਤੇਰਾ ਵਿਆਹ ਹੋਊਗਾ ਵੀ ਤੂੰ ਛੇਤੀ ਦਿਨ ਘਰੇ ਆ ਜਾ ਤੇ 4-5 ਦਿਨ ਹੀ ਬਾਹਰ ਲਾਇਆ ਤੇ ਆਪਾਂ ਘਰੇ ਆਏ ਨਾ ਗੱਲ ਕਰ ਲਾਂਗੇ ਉੱਥੇ 4 ਉਹਦੇ ਨਾਲ ਹੋਰ ਹੋਣਗੇ ਐਵੇਂ ਗੱਲ ਖੰਡਿਆਉਣ ਦਾ ਫਾਇਦਾ ਨਹੀਂ ਇਹ ਤਾਂ ਜਿਹੜਾ ਲਲੀਰਾ ਫੜ ਲੇ ਉਸੇ ਤੇ ਜਾਂਦਾ ਹੁੰਦਾ ਅੱਗੇ ਉਹ ਗਿਆਨੀ ਕੇ ਗੱਜ ਗਿਆ ਸੀ ਪੈਸੇ ਲਿਆਉਣ ਉਹਨਾਂ ਦੇ ਕਹਿ ਕੇ ਜਾਂਦਾ ਮੈਂ ਕਿਹਾ ਕੋਈ ਮਰਜ਼ੀ ਆ ਜੇ 10 ਰੁਪਈਆਂ ਦੀ ਚੀਜ਼ ਨਹੀਂ ਦੇਣੀ ਹੁਣ ਤੈਨੂੰ ਮੈਂ ਗੱਲ ਕਹਿੰਦੀ ਆ ਕਾਲੇ ਵੀ ਤੂੰ ਜਾ ਕੇ ਆੜਤੀਆਂ ਨੂੰ ਭਈ ਕਿਹਾਈ ਵੀ ਇਹਨੂੰ ਪੈਸੇ ਨਹੀਂ ਦੇਣੇਗੇ ਬਸ ਤੁਸੀਂ ਐਂ ਕਹਿੰਦੇ ਜੇ ਆਪਾਂ ਪੈਸਾ ਤੋਂ ਹੱਥ ਕੁੱਟਾਂਗੇ ਤਾਂ ਫੇਰ ਹੀ ਇਹ ਹਟੂਗਾ ਆ ਸਾਰਾ ਕੁਝ ਕਰਦੇ ਰਹੋ ਠੀਕ ਹੈ ਤੁਹਾਨੂੰ ਐਂ ਤਾਂ ਹੈ ਨਹੀਂ ਵੀ ਸਾਡਾ ਪੁੱਤ ਜ਼ਬਾਨ ਦੇ ਕੇ ਆਇਆ ਸੀ ਉਸ ਗੱਲ ਤੇ ਗੌਰ ਕਰ ਲਈਏ ਮੈਂ ਤੇਰੀ ਜ਼ਬਾਨ ਤੇ ਬੁਲਾਉਣੇ ਆ ਉਹਨੂੰ ਅਸੀਂ ਹੁਣ ਹੋਰ ਕੀ ਕਰਦੇ ਆਂਗੇ ਯਾਰ ਇਹ ਵੀ ਭੱਜ ਜੂਗੀ ਮੇਰਾ ਘਰ ਵੀ ਪੱਟ ਦਿਓ ਵੇ ਕਿਧਰੇ ਨਹੀਂ ਕੋ ਸੁਣਦਾ ਉਹ ਜਿਹਨੇ ਰਹਿਣਾ ਰਹੇ ਭੋ ਜਿਹਨੇ ਜਾਣਾ ਜਾਵੜੋ ਤੁਸੀਂ ਤਾਂ ਜਮਾ ਜਲੂਸ ਕਰਤਾ ਯਾਰ ਮਨਿੰਦਰ ਹਾਂਜੀ ਮੰਮੀ ਪੁੱਤ ਮੈਨੂੰ ਸਬਜ਼ੀ ਫੜਾ ਦੇ ਮੈਂ ਕੱਟ ਦਿੰਨੀ ਆ ਕੋਈ ਗੱਲ ਨਹੀਂ ਮੰਮੀ ਮੈਂ ਆਪੇ ਕਰ ਲੂੰਗੀ ਤੁਸੀਂ ਕਾਹਤੋਂ ਤਕਲੀਫ ਦਿੰਨੇ ਆਪਦੇ ਆਪ ਨੂੰ ਲੈ ਪੁੱਤ ਤੂੰ ਹਜੇ ਤੱਕ ਗੁੱਸਾ ਰੱਖੀ ਬੈਠੀ ਹੈਗੀ ਐਂ ਤਾਂ ਮਾੜੀਆਂ ਮੋਟੀਆਂ ਘਰਾਂ 'ਚ ਹੁੰਦੀਆਂ ਰਹਿੰਦੀਆਂ ਨੇ ਨਾ ਮੰਮੀ ਇਹ ਗੁੱਸੇ ਵਾਲੀ ਗੱਲ ਨਹੀਂ ਸੀਗੀ ਤੁਹਾਨੂੰ ਇਹ ਨਿੱਕੀ ਗੱਲ ਲੱਗਦੀ ਆ ਬਹੁਤ ਵੱਡੀ ਗੱਲ ਆ ਤੁਸੀਂ ਮੈਨੂੰ ਘਰੋਂ ਕੱਢਤਾ ਬਾਂਹ ਫੜ ਕੇ ਚੱਲ ਕੋਈ ਨਹੀਂ ਪੁੱਤ ਜੇ ਤੇਰੀ ਮਾਂ ਹੁੰਦੀ ਉਹ ਵੀ ਤੈਨੂੰ 4 ਗੱਲਾਂ ਕਹਿੰਦੀ ਕਹਿੰਦੀ ਪਰ ਘਰੋਂ ਨਾ ਕੱਢਦੀ ਲੈ ਘਰੋਂ ਨਾ ਕੱਢਦੀ ਤੇ ਜੇ ਮੈਂ ਹੁਣ ਤੈਨੂੰ ਘਰੋਂ ਕੱਢਤਾ ਤਾਂ ਮਾਫ਼ੀ ਵੀ ਮੰਗ ਲਈ ਸਾਰਿਆਂ ਨੇ ਜਵਾਕ ਤੈਨੂੰ ਲੈ ਕੇ ਵੀ ਆਇਆ ਜਾ ਕੇ ਉਹ ਗੱਲ ਤਾਂ ਠੀਕ ਹੈ ਪਰ ਆਪਦੇ ਲਾਲਚ ਨੂੰ ਲੈ ਕੇ ਆਏ ਹੋ ਕਿਹੜਾ ਤੁਸੀਂ ਅੱਜ ਖੁਸ਼ੀ ਨਾਲ ਲੈ ਕੇ ਆਏ ਹੋ ਹੁਣ ਸਾਨੂੰ ਦੱਸ ਕੀ ਲਾਲਚ ਹੋਣਾਗਾ ਲਾਲਚ ਹੈਗਾ ਮੇਰੀ ਭੈਣ ਦਾ ਰਿਸ਼ਤਾ ਮੰਗਦੇ ਹੋ ਵੀ ਇਹਨੂੰ ਲੈ ਕੇ ਆਵਾਂਗੇ ਇਹਨੂੰ ਮਿੱਠੀਆਂ ਮਾਰਾਂਗੇ ਤਾਂ ਹੀ ਉਹਦਾ ਰਿਸ਼ਤਾ ਮਿਲੂਗਾ ਵੇਖ ਭਾਈ ਉਹ ਤਾਂ ਜਿਹੜੀ ਗੱਲ ਪਹਿਲਾਂ ਹੋਈ ਵੀ ਆ ਤਾਂ ਹੀ ਅਸੀਂ ਕਹਿੰਦੇ ਹੈਗੇ ਜੇ ਪਹਿਲਾਂ ਨਾ ਇਹਨਾਂ ਦੀ ਮੰਗਣੀ ਹੋਈ ਹੁੰਦੀ ਫਿਰ ਸਾਨੂੰ ਕੀ ਲੋੜ ਸੀਗੀ ਜੇ ਮੈਨੂੰ ਪਹਿਲਾਂ ਕਿਤੇ ਪਤਾ ਲੱਗ ਜਾਂਦਾ ਵੀ ਰਾਜਪਾਲ ਨਸ਼ੇ ਕਰਦਾ ਮੈਂ ਕਦੇ ਵੀ ਨਹੀਂ ਮੰਗਣੀ ਵੀ ਨਹੀਂ ਹੋਣ ਦੇਣੀ ਸੀਗੀ ਮੈਂ ਇਹਨਾਂ ਦੀ ਚੱਲ ਚੰਗਾ ਤੂੰ ਤਾਂ ਹੁਣ ਇਹੀ ਰੱਠ ਫੜੀ ਰੱਖਣੀ ਹੈਗੀ ਗੱਲ ਤਾਂ ਕਿਸੇ ਦੀ ਸੁਣਨੀ ਨਹੀਂ ਗੀ ਤੁਸੀਂ ਕਿਹੜਾ ਸੁਣਦੇ ਹੋ ਮੰਮੀ ਗੱਲ ਕਿਸੇ ਦੀ ਲੈ ਇਹ ਤਾਂ ਹਜੇ ਵੀ ਗੁੱਸਾ ਕਰੀ ਫਿਰਦੀ ਹੈਗੀ ਪਹਿਲਾਂ ਇਹਨੂੰ ਮਨਾਉਣਾ ਪਊਗਾ ਜੇ ਇਹ ਮੰਨੂਗੀ ਤਾਂ ਫੇਰ ਹੀ ਕੋਈ ਗੱਲ ਬਣਨੀ ਹੈਗੀ ਬਰਿਆ ਕੇ ਰੱਖਣਾ ਪਊਗਾ ਨਾਲੇ ਉਹਨੂੰ ਕੰਜਰ ਨੂੰ ਵੀ ਕਹੂੰਗੀ ਵੀ ਹੁਣ ਤੂੰ ਟਿਕ ਜਾ ਬਥੇਰਾ ਕੁਛ ਹੋ ਗਿਆ ਲੈ ਇੱਕ ਤਾਂ ਜਵਾਕ ਜੇ ਬਾਹਲਾ ਲਹੂ ਪੀ ਜਾਂਦੇ ਆ ਬੇ ਜਵਾਕੋ ਤੁਸੀਂ ਘਰੇ ਵੀ ਵਗ ਜਾ ਕਰੋ ਬਿੰਦ ਝੱਟ ਤੇਰੀ ਮਾਂ ਬੁਲਾਈ ਜਾਂਦੇ ਜੇ ਵਗ ਜਾਣੀ ਕੁੜੀਏ ਜਾਂ ਲਾਇਆ ਨਾਲੇ ਉਹਨੂੰ ਵੀ ਲਾਇਆ ਛੋਟੀ ਨੂੰ ਆ ਮਾਵਾਂ ਸਾਂਭਣੀਆਂ ਮਾਰੀਆਂ ਇੱਧਰ ਤੋਰ ਦਿੰਦੀਆਂ ਨਾ ਹੋਰ ਤੁਹਾਡੇ ਕਿਸੇ ਦਾ ਨਿੰਮ ਹੀ ਹੈਨੀ ਗਾ ਪਿੰਗਾਂ ਪਾਉਣੂ ਇੱਥੇ ਆ ਕੇ ਲੱਗ ਗਈਆਂ ਲਹੂ ਪੀ ਰੱਖਿਆ ਇਹਨਾਂ ਨੇ ਵੀ ਉਹ ਵਿਚੋਲਣ ਤੁਰੀ ਆਉਂਦੀ ਆ ਬੇ ਜਵਾਕੋ ਪੜ ਪੁੜ ਵੀ ਲਿਆ ਕਰੋ 2 ਮਿੰਟ ਸਾਰਾ ਦਿਨ ਇੱਥੇ ਫਿਰਦੇ ਰਹਿੰਦੇ ਹੋ ਮੈਂ ਤਾਂ ਜਦੋਂ ਆਉਣੀ ਆ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਹਾਂ ਠੀਕ ਆ ਵਧੀਆ ਚਲੋ ਦੱਸ ਵਧੀਆ
हाँ टिकट कटाई है भैने बस। चल हुण तुसी भी माड़ी जी आपदी ना गौर रखियो, हुण उन्हां ने डेढ़ महीने का टाइम दिता देख, ते तुसी भी आपदे मुंडे नूं समझाओ मेरा पूरा अगले दोस्त नहीं देईदा हुंदा, नाले माए रिश्ता कराया मेरा तां तुसी नीवी पवाती है। जे माड़ा मोटा मुंडा नशे पत्ते करदा सी तुसी उदे दी गौर करनी सी, कित्थों तिकर गल आ गई। चल वो तो गल होई हवाई हजे ओही गल ब्याह नहीं दिता उन्होंने, तू दूजी ब्याही बीबी घरों कढ़ती किड्डी बेशर्मी वाली गल है। भैने इहनू इन्नी गल कही सी भी जे कोई तेरे मन च कोई गल सी तैनूं किसे गल दा पता लग गया सी तू लाडी नाल गल कर लैंदी साडे नाल गल कर लैंदी भी उत्थे फोन करन दी किड्डी गल सी। उहने तां भैने आपदे माँ प्यो नूं दसना ही सी, हुण तू आपदे ते ला ला तेरे भैण भरा ना माड़ा होवे तू कहेगी नहीं, गुस्सा तां आउंदा ही है फिर दस्सदा दिंदी फिर पहला सानूं पुछ तां लैंदी कोई गल, ਸਾਡੇ ਕੋਲ ਤਾਂ ਇਹਨੇ ਭਿਣਖ ਨਹੀਂ ਕੱਢੀ ਕਿਸੇ ਗੱਲ ਦੀ। ਚੱਲ ਉਹਨਾਂ ਨੂੰ ਚੱਕ ਕੇ ਇਹਨੇ ਫੋਨ ਚੱਲ ਇਹਨੇ ਤਾਂ ਕਹਿਣ ਵਾਲੀ ਨੇ ਕਹਿਤਾ ਤੁਸੀਂ ਕਿਉਂ ਇਹਦੇ ਨਾਲ ਕਲੇਸ਼ ਪਾਇਆ, ਹੁਣ ਉਹਨਾਂ ਨੇ ਮਸਾਂ ਤੋਰੀ ਆ ਮੈਂ ਵੀ ਗਈ ਸੀ ਉੱਥੇ ਉਹ ਕਹਿੰਦੇ ਇਸ ਤਾਂ ਤੋਰਦੇ ਨਹੀਂ, ਅਸੀਂ ਇਹਦੇ ਨਾਲ ਕੋਈ ਕਲੇਸ਼ ਨਹੀਂ ਪਾਇਆ ਸੀਗਾ ਇਹ ਆਪ ਮੂਹਰੋਂ ਬੋਲਦੀ ਸੀਗੀ। ਫਿਰ ਹੁਣ ਜਦੋਂ ਉਹਨੂੰ ਇਹਨੇ ਜਵਾਬ ਦਿੱਤਾ ਕਹਿੰਦੇ ਅਸੀਂ ਤਾਂ ਕੁੜੀ ਨੂੰ ਕਰਾਂਗੇ ਪੜ੍ਹਾਵਾਂਗੇ ਅਤੇ ਬਾਹਰ ਤੋਰਾਂਗੇ, ਪੜ੍ਹਾਈ ਦਾ ਤਾਂ ਹੁਣ ਆਏ ਆ ਵੀ ਜਦੋਂ ਉਹ ਪਹਿਲਾਂ ਪੜ੍ਹੀ ਜਾਂਦੀ ਆ ਕੁੜੀ ਚੱਲ ਅਗਲੇ ਦੀ ਸੋਚ ਹੁੰਦੀ ਹੈ ਰਾਏ ਬਣ ਜਾਂਦੀ ਹੈ ਵੀ ਚੱਲ ਦੋ ਅੱਖਰ ਗਾਂਹ ਪੜ੍ਹ ਜੂ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਜਦੋਂ ਆਪਦੀ ਰਜਾਬੰਦੀ ਹੋਵੇ ਨਾ। ਗੱਲ ਤਾਂ ਕਲੇਸ਼ ਦੀ ਹੈ ਵੀ ਕਲੇਸ਼ ਪਾ ਕੇ ਦੱਸ ਕੀ ਖੱਟਿਆ। ਲੈ ਭੈਣੇ ਮੇਰੀ ਗੱਲ ਸੁਣ, ਜਦੋਂ ਇਹਨੇ ਜਵਾਬ ਦੇਤਾ ਮੁੰਡੇ ਨੂੰ ਭਾਈ ਗੁੱਸਾ ਆ ਗਿਆ ਉਹ ਘਰੋਂ ਵੱਗ ਗਿਆ ਸੌ ਕੁਛ ਕਹਿ ਕੇ ਮੈਨੂੰ ਹੈ, ਉਹ ਕਹਿੰਦਾ ਮੈਂ ਕੁਛ ਖਾ ਕੇ ਮਰਦਾਗਾ ਨਾ ਫਿਰ ਮੈਂ ਕੀ ਕਰਦੀ, ਮੈਨੂੰ ਕਿਹੜਾ ਗੁੱਸਾ ਨਹੀਂ ਆਇਆ, ਫਿਰ ਮੈਂ ਤਾਂ ਕੁਛ ਕਹਿਣਾ ਹੀ ਸੀ ਇਹਨੂੰ। ਤੈਨੂੰ ਤਾਂ ਗੁੱਸਾ ਆ ਗਿਆ ਤੂੰ ਐਂ ਤਾਂ ਨਹੀਂ ਸੋਚਿਆ ਵੀ ਮੇਰੇ ਇੱਕ ਦਾ ਤਾਂ ਨਹੀਂ ਵੱਸਦਾ, ਮੈਂ ਦੂਜੇ ਦਾ ਪੱਟੀ ਜਾਂਦੀ ਹਾਂ, ਨਾਲੇ ਜੇ ਆਕਾਸ਼ ਘਰੇ ਹੁੰਦਾ ਫਿਰ ਵੀ ਹੋਰ ਗੱਲ ਸੀ, ਤੂੰ ਮਗਰੋਂ ਜਵਾਕੜੀ ਘਰੋਂ ਕੱਢਤੀ ਕਿੱਡੀ ਬਸ਼ਰਮੀ ਵਾਲੀ ਗੱਲ ਹੈ ਇਹ। ਮੇਰੀ ਗੱਲ ਸੁਣ, ਜਿਹੋ ਜਿਹਾ ਤੁਹਾਨੂੰ ਗੁੱਸਾ ਆਇਆ ਓਹੋ ਜਿਹਾ ਇਹਨੂੰ ਆ ਗਿਆ, ਤੂੰ ਤਾਂ ਸਬਰ ਕਰ ਲੈਂਦੀ ਸਿਆਣੀ ਸੀ ਇਹ ਤਾਂ ਚੱਲ ਨਿਆਣੀ ਹੈ। ਚੱਲ ਹਜੇ ਵੀ ਮੈਂ ਤੁਹਾਨੂੰ ਕਹਿਣੀ ਹੈ ਵੀ ਜੇ ਗੱਲ ਸੰਭਲਦੀ ਹੈ ਸੰਭਾਲ ਲਓ, ਮੁੰਡੇ ਨੂੰ ਸੁਧਾਰ ਲਓ, ਜੇ ਕੁੜੀ ਨੇ ਉਹਨੇ ਛੋਟੀ ਨੇ ਹਾਂ ਉੱਤੋਂ ਦੀ ਹੋ ਕੇ ਕਰੀ ਹੈ ਟੱਬਰ ਦੇ, ਉਹ ਤਾਂ ਕਹਿੰਦੇ ਸੀ ਵੀ ਅਸੀਂ ਰਿਸ਼ਤਾ ਕਰਦੇ ਨਹੀਂ, ਉਹ ਕਹਿੰਦੀ ਜੇ ਮੇਰਾ ਨਾ ਕਰਿਆ ਮੇਰੀ ਵੱਡੀ ਭੈਣ ਦਾ ਵੀ ਪੱਟਿਆ ਜਾਊ, ਇਹਦੇ ਵਿੱਚ ਆਕਾਸ਼ ਦਾ ਕੀ ਦੋਸ਼ ਹੈ, ਕਹਿੰਦੀ ਉਹ ਤਾਂ ਸਿਆਣਾ ਸਮਝਦਾਰ ਹੈ, ਕਹਿੰਦੀ ਜੇ ਰਾਜਪਾਲ ਨਸ਼ੇ ਕਰਦਾ ਇਹਦੇ ਤਾਂ ਨਹੀਂ ਕੋਈ ਖਰਾਬੀ, ਵੀ ਮੈਂ ਤੁਹਾਨੂੰ ਤਾਂ ਕਰਕੇ ਕਹਿੰਦੀ ਹਾਂ। ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਹਾਂ, ਹੁਣ ਇਹਨਾਂ ਨੇ ਸਾਨੂੰ ਜਿਵੇਂ ਦੱਸਿਆ ਅਸੀਂ ਉਵੇਂ ਕਰੀ ਜਾਂਦੇ ਹੈਗੇ, ਉਹਨੂੰ ਫੋਨ ਕੀਤਾ ਹੋਇਆ ਰਾਜਪਾਲ ਨੂੰ ਆਜੂਗਾ ਜਾਂ ਅੱਜ ਆਜੂ ਸਵੇਰੇ ਆਜੂਗਾ, ਜਦੋਂ ਵੀ ਆ ਗਿਆ ਸੀ ਉਹਦੇ ਨਾਲ ਸਾਰੇ ਬੈਠ ਕੇ ਗੱਲਬਾਤ ਕਰਾਂਗੇ ਸਮਝਾਵਾਂਗੇ। ਬਸ ਠੀਕ ਹੈ ਹੁਣ ਉੱਥੇ ਗੱਲ ਇਹ ਹੋਈ ਆ ਵੀ ਜਿੰਨਾ ਚਿਰ ਮਨਿੰਦਰ ਨੂੰ ਨਹੀਂ ਪਤਾ ਲੱਗਦਾ ਵੀ ਸਹੀ ਹੈ ਆਪਦਾ ਦਵਾਈ ਬੂਟੀ ਲੈ ਕੇ ਭਾਈ ਨਸ਼ਾ ਪਤਾ ਛੱਡ ਗਿਆ, ਜਦੋਂ ਇਹ ਫੋਨ ਕਰੂਗੀ ਉਸ ਟਾਈਮ ਉਹ ਰਿਸ਼ਤਾ ਦੇਣਗੇ, ਨਾ ਮੇਰੇ ਕਹੇ ਤੋਂ ਦੇਣ ਨਾ ਤੇਰੇ ਕਹੇ ਤੋਂ ਦੇਣ। ਤੇ ਤੁਸੀਂ ਗੱਲਾਂ ਕਰ, ਮੈਂ ਚਾਹ ਬਣਾ ਕੇ ਲਿਆਉਣੀ ਮਾਸੀ। ਚਾਹ ਨੂੰ ਕੀ ਸੀਗਾ ਪਤਾ? ਕੋਈ ਨਾ ਮਾਸੀ ਬਣਾ ਕੇ ਲਿਆਉਣੀ। ਬਣਾ ਥੋੜੀ ਜੀ, ਉਹ ਤਾਂ ਗੱਲ ਮੈਂ ਤੇਰੀ ਸਮਝ ਗਈ ਭੈਣੇ, ਹੁਣ ਅਸੀਂ ਉਵੇਂ ਕੀਤਾ ਗਾ ਜਿਵੇਂ ਇਹਨਾਂ ਨੇ ਸਾਨੂੰ ਆ ਕੇ ਕਹਿ ਤਿਆ, ਫੋਨ ਕੀਤਾ ਸੀ ਮੁੰਡੇ ਨੂੰ ਅਸੀਂ ਤੇ ਉਹ ਕਹਿੰਦਾ ਸੀ ਮੈਂ ਕਿ ਸਵੇਰੇ ਆ ਜਾਊਂਗਾ, ਜਦੋਂ ਉਹ ਆ ਗਿਆ ਮੈਂ ਤੇ ਕਾਲਾ ਨੂੰ ਬੈਠ ਕੇ ਸਮਝਾਵਾਂਗੇ। ਆਹੋ ਬਹਿ ਕੇ ਸਮਝਾਇਓ ਭਾਈ, ਨਹੀਂ ਇਲਜਾ ਭੈੜਾ ਪੈ ਜੂਗਾ, ਮੈਂ ਤੈਨੂੰ ਦੱਸਾਂ ਹੁਣ ਮੁੜ ਕੇ ਇਹਦੀ ਨਹੀਂ ਤੁਹਾਡੇ ਨਾਲ ਬਣਨੀ ਜੇ ਉੱਧਰ ਕਲੇਸ਼ ਪੈ ਗਿਆ। ਇਹ ਤਾਂ ਗੱਲ ਤੇਰੀ ਠੀਕ ਹੈ ਭੈਣੇ, ਉਹ ਤਾਂ ਇੱਕੇ ਪਾਸੇ ਆ ਸਾਰਾ ਟੱਬਰ, ਉਹ ਕੱਲੀ ਕੁੜੀ ਨੇ ਆਖਿਆ ਉਹ ਵੀ ਲਾਡੀ ਦੇ ਮੂੰਹ ਨੂੰ, ਉਹ ਕਹਿੰਦੀ ਬਾਈ ਜੇ ਗੱਲ ਸੰਭਲਦੀ ਹੈ ਤਾਂ ਮੇਰੀ ਹਾਂ, ਕਹਿੰਦੀ ਤੁਸੀਂ ਸਮਝਾ ਕੇ ਦੇਖ ਲਓ। ਉਹ ਤਾਂ ਮੈਨੂੰ ਦੱਸੀ ਸੀ ਲਾਡੀ ਨੇ ਗੱਲ ਸਾਰੀ, ਮੁੜ ਕੇ ਉਹਨਾਂ ਨੇ ਗੱਲ ਨਹੀਂ ਸੁਣਨੀ, ਉਹ ਮੇਰੀ ਵੀ ਨਹੀਂ ਸੁਣਦੇ, ਹੁਣ ਉਹ ਆਪਦੀ ਕੁੜੀ ਦੀ ਗੱਲ ਸੁਣਨਗੇ। ਉਹ ਤਾਂ ਮੈਨੂੰ ਅੱਗੇ ਕਹਿੰਦੇ ਆ ਕਿ ਵੀ ਤੂੰ ਰਿਸ਼ਤਾ ਕਰਾਇਆ ਤੈਨੂੰ ਪਤਾ ਸੀ ਪਹਿਲਾਂ, ਹੁਣ ਮੈਨੂੰ ਕੀ ਪਤਾ ਸੀਗਾ ਭਾਈ ਮੈਂ ਤਾਂ ਦੋਨੇ ਮੁੰਡੇ ਪਹਿਲਾਂ ਕਿਹੜਾ ਕੁਛ ਖਾਂਦਾ ਪੀਂਦਾ ਸੀ, ਜਦੋਂ ਰਿਸ਼ਤਾ ਕੀਤਾ ਉਦੋਂ ਕਿਹੜਾ ਕੁਛ ਖਾਂਦਾ ਪੀਂਦਾ ਸੀਗਾ, ਆ ਤਾਂ ਹੁਣ ਹੀ ਪਤਾ ਨਹੀਂ ਕਿਵੇਂ ਲੱਗ ਗਿਆ ਇਹ। ਬਸ ਭਾਈ ਇਹਨੂੰ ਸੁਧਾਰੋ, ਹੁਣ ਜੇ ਸੁਧਰਦਾ ਤਾਂ ਘਰ ਬਾਜੂ ਜਵਾਕ ਦਾ ਮੈਂ ਤੁਹਾਨੂੰ ਦੱਸਾਂ, ਨਾਲੇ ਰਿਸ਼ਤੇਦਾਰੀ ਬਚ ਜੂਗੀ, ਜੇ ਆ ਪੁੱਤ ਤੇਰੇ ਤੋਂ ਪਾਸੇ ਹੋ ਗਿਆ ਫਿਰ ਕੀ ਕਰੇਂਗੀ, ਉਹ ਨਸ਼ੇ ਕਰਦਾ ਫਿਰ ਇਕੱਲੀ ਬੈਠੀ ਰਹੀ, ਉਹ ਵੱਡਾ ਵਿਚਾਰਾ ਤੁਹਾਡਾ ਕਰਦਾ ਸਾਰੇ ਟੱਬਰ ਦਾ ਮਰ ਜੂਗਾ, ਕੀ ਕਰੂਗਾ ਉਹਨੇ ਤਾਂ ਆਪ ਜਵਾਕ ਨੇ ਆਪਦੀ ਜ਼ਿੰਦਗੀ ਸਾਰੀ ਇਹਨਾਂ ਦੇ ਮਾਰੇ ਨੇ, ਉਹਨੇ ਨਹੀਂ ਕਰਾਇਆ, ਜੋ ਉਹਦਾ ਕਰਾਇਆ ਹੁੰਦਾ ਤਾਂ ਆਪੇ ਕੀ ਲੋੜ ਸੀਗੀ। ਸਹੀ ਗੱਲ ਆ ਤੁਹਾਡੀ, ਹਾਂ ਨਾ ਕੋਈ ਨਹੀਂ ਮੈਂ ਤੁਹਾਡੀ ਗੱਲ ਤੇ ਗੌਰ ਕਰੂੰਗੀ, ਤੁਹਾਨੂੰ ਹੁਣ ਜਮਾਂ ਲਾਂਭਾ ਨਹੀਂ ਆਉਣ ਦਿੰਦੇ ਕਿਸੇ ਗੱਲ ਦਾ ਵੀ ਅਸੀਂ। ਬਸ ਠੀਕ ਹੈ, ਆਪਦਾ ਭਾਈ ਆਪਦਾ ਘਰ ਬਚਾਓ, ਮੈਂ ਤੁਹਾਨੂੰ ਦੱਸਾਂ ਦੋ ਤਿੰਨ ਰਿਸ਼ਤੇ ਖਰਾਬ ਹੋ ਜਾਣਗੇ ਜੇ ਗੱਲ ਵਿਗੜ ਗਈ। ਕੋਈ ਨਹੀਂ ਤੁਸੀਂ ਬੇਫਿਕਰੋ ਮਾਸੀ, ਤੁਸੀਂ ਅੰਦਰ ਆ ਜਾਓ, ਨਾਲ ਤੁਹਾਨੂੰ ਕੋਈ ਗੱਲ ਕਰਨੀ ਸੀ, ਨਾਲ ਚਾਹ ਪੀ ਲਓ। ਚੱਲ ਪੁੱਤ ਆਉਂਦੀ ਆ, ਚੱਲ ਕੋਈ ਨਹੀਂ ਪੀ ਲਓ ਚਾਹ, ਮੈਂ ਤਾਂ ਹੀ ਆਈ ਸੀ, ਮੈਂ ਕਿਹਾ ਚੱਲ ਮੈਂ ਗੇੜਾ ਮਾਰਿਆ ਵਾਂ। ਹੁਣ ਇਹ ਪਤਾ ਨਹੀਂ ਕੀ ਗੱਲ ਕਰੂਗੀ, ਕੀ ਕਹਿਣਾ ਇਹਨੇ, ਗੱਲ ਤਾਂ ਉਹੀ ਹੈ ਇਹਨੂੰ ਬਰਿਆ ਕੇ ਰੱਖਾਂਗੇ ਤਾਂ ਫੇਰ ਹੀ ਕੋਈ ਮਸਲਾ ਹੱਲ ਹੋਣਾ ਗਾ।
ਚੱਲ ਆਉਣ ਦੇ ਜਵਾਕਾਂ ਨੂੰ ਖਰੇ ਫਿਰ ਕਰਦੀ ਆ ਮੈਂ ਗੱਲ। ਮਾਸੀ ਤੁਸੀਂ ਕਿਵੇਂ ਆ ਗਏ, ਦੱਸਿਆ ਵੀ ਨਹੀਂ ਸਾਨੂੰ ਕੁਛ। ਮੈਂ ਤਾਂ ਪੁੱਤ ਤੇਰੀ ਮੰਮੀ ਨੇ ਮੈਨੂੰ ਫੋਨ ਕਰਿਆ ਸੀ, ਕਹਿੰਦੀ ਮਾੜਾ ਜਿਹਾ ਜਾ ਕੇ ਆ ਉੱਧਰ, ਤਾਂ ਆਈ ਆ। ਮੈਂ ਕਿਹਾ ਕੀ ਆ ਭਾਈ ਤੇਰੇ ਨਾਲ ਗਈ ਨਾ ਲੜੇ ਬੋਲੇ ਹੋਣ, ਮੈਂ ਕਿਹਾ ਚੱਲ ਮੈਂ ਭਾਈ ਵਿੜਕ ਲੈ ਕੇ ਦੱਸਦੀ ਹਾਂ। ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਹੁਣ ਟੈਨਸ਼ਨ ਹੋਈ ਪਈ ਆ, ਉਹਨਾਂ ਨੂੰ ਅੱਡ ਫਿਕਰਾਂ ਪੈ ਗਈਆਂ ਹੁਣ। ਉਹ ਹੁਣ ਆਏ ਆਦੀ ਸੀ, ਕਹਿੰਦੀ ਜੀ ਅਸੀਂ ਮੰਗਰੀ ਜਾਂਦੇ ਹਾਂ, ਤਾਂ ਫਿਰ ਅਗਲਾ ਆਇਆ ਆਖੂ ਲਾ ਮੰਗਰੀ ਆ ਗਏ, ਕਹਿੰਦੀ ਜਾਂਦੇ ਵੀ ਨਹੀਂ ਚੰਗੇ ਲੱਗਦੇ, ਹਜੇ ਕੱਲ੍ਹ ਗਈ ਆ ਕੁੜੀ, ਅਤੇ ਤਾਂ ਕਰਕੇ ਫਿਰ ਕਹਿੰਦੀ ਚੱਲ ਤੂੰ ਜਾ। ਇਹ ਤਾਂ ਹੈ ਮਾਸੀ, ਹੁਣ ਤੈਨੂੰ ਕੀ ਕਹਿੰਦੀ ਸੀ ਮੇਰੀ ਸੱਸ? ਉਹ ਤਾਂ ਭਾਈ ਐਂ ਕਹਿੰਦੀ ਸੀ, ਕਹਿੰਦੀ ਅਸੀਂ ਰਾਜਪਾਲ ਨੂੰ ਸਮਝਾਵਾਂਗੇ, ਜੇ ਚੱਲ ਮਨਿੰਦਰ ਸੁਧਰਦਾ ਤਾਂ ਠੀਕ ਹੈ, ਨਹੀਂ ਭਾਈ ਜਿਵੇਂ ਫਿਰ ਤੈਨੂੰ ਠੀਕ ਲੱਗਿਆ ਉਵੇਂ ਕਰ ਲਿਓ। ਮਾਸੀ ਮੇਰੀ ਗੱਲ ਸੁਣ ਲਾ, ਜੇ ਸੂਪ ਭਾਵੇਂ ਸੁਧਰ ਵੀ ਜਾਵੇ ਪਰ ਉਹ ਗੱਲ ਤਾਂ ਨਹੀਂ ਬਣਦੀ ਹੈਗੀ, ਜੇ ਮੰਨ ਕੇ ਚੱਲ ਮੇਰੇ ਸਾਹਮਣੇ ਸੁਧਰ ਗਿਆ, ਵਿਆਹ ਤੋਂ ਬਾਅਦ ਫਿਰ ਨਸ਼ੇ ਕਰਨ ਲੱਗ ਗਿਆ, ਫਿਰ ਉਹਦੀ ਕੀ ਗਰੰਟੀ ਹੈ ਮਾਸੀ? ਫਿਰ ਹੁਣ ਉਹਦੀ ਗਰੰਟੀ ਤਾਂ ਪੁੱਤ ਕੋਈ ਹੈ ਨਹੀਂ, ਫਿਰ ਗਾਹਾਂ ਹਰਪ੍ਰੀਤ ਵੀ ਮੰਨਦੀ ਨਹੀਂ ਇਸ ਗੱਲ ਨੂੰ। ਮੈਨੂੰ ਪੱਕਾ ਪਤਾ ਹਰਪ੍ਰੀਤ ਨੇ ਤਾਂ ਮੇਰੇ ਕਰਕੇ ਹਾਂ ਕੀਤੀ ਹੈ, ਨਹੀਂ ਉਹ ਜਵਾਬੜੀ ਕਿਉਂ ਆਪਦੇ ਆਪ ਡੁੱਬੂਗੀ। ਐਂ ਤਾਂ ਗੱਲ ਤੇਰੀ ਸਿਆਣੀ ਆ, ਚਲੋ ਭਾਈ ਕੋਈ ਪਤਾ ਵੀ ਨਹੀਂ ਕਰਮਾਂ ਦਾ, ਕੋਈ ਕਰਮ ਸਾਥ ਦੇ ਜਾਣ ਤਾਂ ਛੱਡ ਵੀ ਸਕਦਾ ਆਪਦੇ ਘਰ ਨੂੰ, ਜੇ ਉਹਨੂੰ ਲਾਲਚ ਹੋਇਆ ਆਪਦਾ ਘਰ ਬੰਨਣ ਦਾ। ਹੁਣ ਪਤਾ ਮਾਸੀ, ਮੇਰੀ ਸੱਸ ਨਾ ਮੈਨੂੰ ਜਾਣ ਕੇ ਮਿੱਠੀਆਂ ਮਾਰਦੀ ਆ ਵੀ ਇਹਨੂੰ ਬਰਾਵਾਂ ਵੀ ਆਪੇ ਰਿਸ਼ਤਾ ਲੈ ਕੇ ਆਊਗੀ, ਪਰ ਮੇਰਾ ਤਾਂ ਹੁਣ ਕਾਹ ਤੋਂ ਮਨ ਨਹੀਂ ਮਿਲਦਾ ਮਾਸੀ, ਜਮੀ ਨਹੀਂ ਮਨ ਮਿਲਦਾ ਮੇਰਾ। ਚੱਲ ਕੋਈ ਨਹੀਂ, ਤੂੰ ਐਂ ਕਰ, ਰੁੜ ਵੀ ਨਾ ਪਿਆ ਹਜੇ, ਤੂੰ ਦੇਖ ਕੀ ਰੰਗ ਢੰਗ ਹੈ, ਜੇ ਛੱਡ ਗਿਆ ਨਸ਼ਾ ਉਹਦੀ ਹਾਲਤ ਠੀਕ ਲੱਗੀ ਵੀ ਮਗਰ ਲੱਗਦਾ ਤੁਹਾਡੇ, ਫਿਰ ਤਾਂ ਠੀਕ ਹੈ। ਜੇ ਉਹਨੂੰ ਚੱਜ ਹੋਊਗਾ ਨਾ, ਉਹ ਬੇਸ਼ਰਮੀ ਮੰਨੂਗਾ ਵੀ ਜੇ ਮੈਂ ਨਸ਼ੇ ਕਰਨ ਨੂੰ ਨਾ ਹਟਿਆ ਮੈਨੂੰ ਰਿਸ਼ਤਾ ਨਹੀਂ ਦੇਣਾ, ਅਤੇ ਲੋਕ ਕੀ ਕਹਿਣਗੇ, ਜੇ ਲੋਕਾਂ ਦੀ ਸ਼ਰਮ ਉਹਨੇ ਮੰਨ ਲਈ ਫਿਰ ਨਸ਼ਾ ਛੱਡੂਗਾ ਉਹ। ਮਾਸੀ ਮੇਰੀ ਗੱਲ ਸੁਣ, ਨਸ਼ਾ ਤਾਂ ਹੀ ਛੱਡੂਗਾ ਜੇ ਘਰੇ ਵੜੂਗਾ, ਜਿੱਦੇ ਦੇ ਮੈਨੂੰ ਇਹਨੇ ਮਾਂ ਨੇ ਘਰੋਂ ਕੱਢਿਆ ਨਾ, ਉਦੇ ਦਾ ਘਰੇ ਨਹੀਂ ਆਇਆ, ਤੂੰ ਆਪ ਦੇਖ ਲਾ ਹੁਣ। ਕਿਹੜੀ ਗੱਲ ਸੀ ਕਿ ਫੋਨ ਕਰਿਆ ਸੀ? ਕੀ ਪਤਾ ਹੁਣ ਫੋਨ ਕੀਤਾ ਕਿ ਨਹੀਂ, ਮੇਰੇ ਸਾਹਮਣੇ ਤਾਂ ਕੋਈ ਫੋਨ ਨਹੀਂ ਕੀਤਾ। ਚੱਲ ਤੂੰ ਲਾਡੀ ਨੇ ਗੱਲ ਕਰਕੇ ਦੇਖ ਲਈ, ਉਹਨੂੰ ਕਹੀਂ ਫੋਨ ਪਾਣ ਲਾ ਭਲਾ ਕੀ ਕਹਿੰਦਾ ਗਾ। ਲਾਡੀ ਤਾਂ ਆਪ ਇੰਨਾ ਮਗਰ ਲੱਗਿਆ ਹੋਇਆ, ਉਹ ਤਾਂ ਆਪ ਨਹੀਂ ਹੁਣ ਮੇਰੀ ਗੱਲ ਸੁਣਦਾ, ਬਸ ਐਂ ਕਰੀ ਜਾਂਦਾ ਵੀ ਮੇਰਾ ਭਰਾ ਕੁਛ ਕਰ ਜੂਗਾ, ਮੇਰਾ ਭਰਾ ਏ, ਮੇਰੀ ਭੈਣ ਦੀ ਤਾਂ ਕਿਸੇ ਨੂੰ ਵੀ ਨਹੀਂ ਹੈਗੀ। ਚੱਲ ਭਾਈ ਮੇਰੀ ਗੱਲ ਸੁਣ ਮਨਿੰਦਰ, ਜੇ ਗੱਲ ਸੁਲਝਦੀ ਆ ਨਸ਼ਾ ਛੱਡਦਾ ਭਾਈ ਹੁੰਦਾ ਤਾਂ ਤੁਹਾਡਾ ਦੋਨਾਂ ਪਰਿਵਾਰਾਂ ਦਾ ਹੀ ਭਲਾ ਗਾ। ਆਪਾਂ ਤਾਂ ਇਹੀ ਅਰਦਾਸ ਕਰਦੇ ਹਾਂ ਵੀ ਛੱਡ ਕੇ ਨਸ਼ਾ ਆਪਦਾ ਘਰ ਵਸਾ ਦੇ, ਦੋਨੇ ਭੈਣਾਂ ਤੁਸੀਂ ਸੌਖੀਆਂ ਰਹੋ। ਉਹੀ ਤਾਂ ਗੱਲ ਆ ਨਾ ਮਾਸੀ ਵੀ ਦੋਨੇ ਸੁੱਖ ਮਰ ਗਏ, ਪਰ ਮੈਨੂੰ ਲੱਗਦਾ ਨਹੀਂ ਅਸੀਂ ਰਵਾਂਗਾ, ਮੇਰਾ ਤਾਂ ਫਿਰ ਵੀ ਕੋਈ ਨਹੀਂ, ਮੈਨੂੰ ਤਾਂ ਆਪਦੀ ਭੈਣ ਦਾ ਹੋਈ ਜਾਂਦਾ ਵਿਚਾਰੀ ਦਾ, ਉਹਨੂੰ ਐਵੇਂ ਨਾ ਫਸਾ ਦੇ ਗਿਆ ਆਪਾਂ ਇੱਥੇ। ਉਹ ਫਿਕਰ ਤਾਂ ਪੁੱਤ ਹੁੰਦਾ ਹੀ ਆ, ਫਿਰ ਕਿਹੜਾ ਇਹ ਛੋਟੀ ਘਣੀ ਗੱਲ ਹੈਗੀ, ਚੱਲ ਜੇ ਕੋਈ ਜ਼ਮੀਨ ਘੱਟ ਹੋਵੇ, ਕੋਈ ਘਰ ਬਾਰ 'ਚ ਕਮੀ ਹੋਵੇ, ਫਿਰ ਵੀ ਬੰਦਾ ਬਰਦਾਸ਼ਤ ਕਰ ਲੈਂਦਾ, ਆਹ ਨਸ਼ੇ ਵਾਲੇ ਚੱਕਰ ਤੋਂ ਤਾਂ ਹਰੇਕ ਡਰਦਾ ਗਾ। ਹੋਰ ਹੁਣ ਤਾਂ ਬਾਹਲੇ ਫਸ ਗਏ ਅਸੀਂ, ਹੁਣ ਕੀ ਕਰੇ ਫਿਰ ਭਾਈ, ਤੇਰਾ ਵੀ ਨਹੀਂ ਉੱਥੇ ਬੈਠੇ ਸਰਦਾ, ਹੁਣ ਤੁਹਾਨੂੰ ਦੋਨਾਂ ਨੂੰ ਕਿਵੇਂ ਬਿਠਾ ਲੈਣ ਬਾਹਰ 'ਚ, ਨਾਲੇ ਜੇ ਕੋਈ ਕਾਸ਼ 'ਚ ਗਲਤੀ ਹੋਵੇ ਨਾ ਫਿਰ ਆਪਾਂ ਕਹਿ ਦਈਏ, ਫਿਰ ਤਾਂ ਤੂੰ ਵੀ ਬਹਿੰਦੀ ਸੋਹਣੀ ਲੱਗੇ ਜਦੋਂ ਇਹਦੇ 'ਚ ਕੋਈ ਗਲਤੀ ਨਹੀਂ। ਇਹ ਤਾਂ ਬਥੇਰਾ ਸਮਝਾਉਂਦਾ ਮਾਸੀ, ਇਹ ਤਾਂ ਬਥੇਰਾ ਉਹਨੂੰ, ਉਹਦੇ ਵੀ ਜਦੋਂ ਮੈਨੂੰ ਪਤਾ ਲੱਗਿਆ ਉਹਦੇ ਵੀ ਇੰਨਾ ਮੱਥਾ ਮਾਰ ਰਿਹਾ ਸੀ ਨਾ ਰਾਜਪਾਲ ਨਾਲ ਵੀ ਨਸ਼ੇ ਛੱਡਦੇ, ਇਹ ਮੱਥਾ ਤਾਂ ਬਥੇਰਾ ਮਾਰਦਾ, ਉਹ ਸੁਣਦਾ ਹੀ ਨਹੀਂ, ਗੱਲ ਹੀ ਨਹੀਂ ਸੁਣਦਾ ਉਹ ਕਿਸੇ ਦੀ। ਫਿਰ ਭਾਈ ਨਾ ਸੁਣੂਗਾ, ਇਹਦੇ ਵੀ ਕਰਮ ਲੈ ਕੇ ਡੁੱਬ ਜੂਗਾ ਉਹ। ਉਹੀ ਤਾਂ ਗੱਲ, ਇਹ ਵੀ ਬੇਅਕਲਾ, ਇਹ ਵੀ ਨਹੀਂ ਸਮਝਦਾ ਹੈਗਾ ਕਿ ਕਿਸੇ ਪਿੱਛੇ ਮੇਰਾ ਘਰ ਪੱਟਿਆ ਜਾਊਗਾ। ਇਸੇ ਗੱਲ ਦੀ ਤਾਂ ਕਲਪਨਾ ਗੀ ਵੀ ਇੱਕ ਬੱਸ ਦੀ ਆ, ਉਹਦਾ ਵੀ ਨਾ ਉੱਜੜ ਜੇ, ਚੱਲ ਦੂਜੀ ਦਾ ਤਾਂ ਹਜੇ ਦੇਖੀ ਜਾਊ, ਨਾ ਕਰਨਗੇ ਤਾਂ ਵੀ ਸਰਜੂ। ਚੱਲ ਮਾਸੀ ਤੂੰ ਨਾ ਮੇਰੀ ਮਾਂ ਨੂੰ ਹੌਸਲਾ ਦੇ, ਮੈਨੂੰ ਪਤਾ ਉਹ ਫਿਕਰ ਕਰਦੀ ਹੋਊਗੀ। ਨਾ ਨਾ ਕੋਈ ਨਹੀਂ, ਮੈਂ ਜਾ ਕੇ ਸਾਰੀ ਗੱਲਬਾਤ ਦੱਸਦੀ ਹਾਂ ਭਾਈ, ਸੁੱਖ ਸਾਂਦ ਹੈ, ਬਸ ਉਹੀ ਗੱਲ ਤੇ ਪੱਕੇ ਆ, ਉਹ ਜੇ ਰਾਜਪਾਲ ਛੱਡ ਗਿਆ ਨਾ ਸਾ, ਮਨਿੰਦਰ ਫੋਨ ਕਰੂਗੀ ਫੇਰ ਆਪਣੀ ਹਾਂ ਹੋਊਗੀ। ਤੁਸੀਂ ਦੱਸਿਓ ਨਾ ਕਿ ਮਨਿੰਦਰ ਐਂ ਫਿਕਰ ਕਰਦੀ ਸੀ, ਤੁਸੀਂ ਕਹਿ ਦਿਓ ਵਧੀਆ ਖੁਸ਼ ਸੀਗੀ। ਨਾ ਨਾ ਕੋਈ ਨਹੀਂ, ਮੈਂ ਕੋਈ ਗੱਲ ਨਹੀਂ ਕਰਦੀ, ਉਹ ਤਾਂ ਬਾਹਲਾ ਫਿਕਰ ਕਰਦੀ ਸੀ, ਕਹਿੰਦੀ ਹੁਣ ਮੈਂ ਜਾ ਨਹੀਂ ਸਕਦੀ, ਕਹਿੰਦੀ ਆ ਕਿ ਹਰਪ੍ਰੀਤ, ਫਿਰ ਮੈਨੂੰ ਕਹਿੰਦੀ ਨਹੀਂ ਜਾਣਾ ਹਜੇ ਮਗਰ, ਕੋਈ ਨਹੀਂ ਕੁਛ ਨਹੀਂ ਹੁੰਦਾ, ਹੋ ਜੂ ਠੀਕ, ਕਹਿੰਦੀ ਸਭ ਕੁਛ। ਚੱਲ ਦੇਖਦੀ ਹਾਂ, ਮੈਂ ਮੰਮੀ ਨਾਲ ਵੀ ਗੱਲ ਕਰੂੰਗੀ ਫੋਨ ਲਾ ਕੇ, ਮੈਂ ਕੱਲ੍ਹ ਤਾਂ ਮੰਮੀ ਨੂੰ ਫੋਨ ਵੀ ਨਹੀਂ ਕੀਤਾ ਹੈਗਾ। ਕੋਈ ਨਹੀਂ, ਕਰ ਲਈ ਪੁੱਤ ਗੱਲ, ਤੇ ਤੂੰ ਬਾਹਲਾ ਫਿਕਰ ਜਾ ਨਾ ਕਰੀ, ਚੱਲੀ ਕੋਈ ਨਹੀਂ, ਪਰਮਾਤਮਾ ਸਾਰਾ ਕੁਛ ਠੀਕ ਕਰੂਗਾ। ਚੱਲ ਦੇਖਦੇ ਹਾਂ ਮਾਸੀ ਕੀ ਬਣਦਾ। ਆਹੋ ਚੰਗਾ ਪੁੱਤ, ਫਿਰ ਮੈਂ ਜਾਂਦੀ ਹਾਂ। ਠੀਕ ਹੈ ਮਾਸੀ। ਹਾਂ ਮੰਮੀ ਨੂੰ ਫੋਨ ਲਾਉਣੀ ਆ, ਪੁੱਛਦੀ ਹਾਂ ਵੀ ਹਰਪ੍ਰੀਤ ਕੁਛ ਬੋਲੀ ਤਾਂ ਨਹੀਂ, ਕੁਛ ਤੁਹਾਨੂੰ ਵੀ ਨਾ ਲੱਗੇ। ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਕਿਵੇਂ ਆ? ਮੈਂ ਤਾਂ ਠੀਕ ਹੈ ਮੰਮੀ, ਤੁਸੀਂ ਦੱਸੋ ਘਰੇ ਕਿਵੇਂ ਆ ਸਾਰੇ? ਠੀਕ ਹੈ ਪੁੱਤ, ਘਰੇ ਮੈਂ ਤਾਂ ਤੇਰਾ ਇੰਨਾ ਫਿਕਰ ਲੱਗਿਆ ਰਿਹਾ, ਤਾਂ ਹੀ ਤਾਂ ਮੈਂ ਵਿਚੋਲਣ ਨੂੰ ਭੇਜੀ ਸੀ, ਮੈਂ ਕਿਹਾ ਪਤਾ ਸਤਾ ਲੈ ਕੇ ਆ। ਹਾਂ, ਕੁੜੀ ਨੂੰ ਕੁਛ ਕਹਿੰਦੇ ਤਾਂ ਨਹੀਂ? ਦੱਸਦੀ ਸੀ ਮਾਸੀ, ਕਹਿੰਦੇ ਮਾਂ ਫਿਕਰ ਕਰੀ ਜਾਂਦੀ ਸੀ, ਉਹਨੇ ਭੇਜਿਆ ਮੈਨੂੰ ਤਾਂ। ਹਾਂ
ਕਹਿੰਦੀ ਅਕੇਲਾ ਜਦੋਂ ਮੇਰੀ ਭੈਣ ਕਹਿੰਦੀ ਸਾਰਾ ਕੁਝ ਛੱਡ ਕੇ ਮੇਰੇ ਵਾਸਤੇ ਇੱਥੇ ਆ ਸਕਦੀ ਹੈ ਫਿਰ ਮੈਂ ਨਹੀਂ ਮੇਰੀ ਭੈਣ ਵਾਸਤੇ ਕੁਝ ਕਰ ਸਕਦੀ ਕਹਿੰਦੀ ਮੇਰੀ ਭੈਣ ਦਾ ਤਾਂ ਘਰ ਵਸਾਉਣਾ ਹੀ ਹੈ ਕਹਿੰਦੀ ਮੈਂ ਮੈਨੂੰ ਪਤਾ ਹੀ ਸੀ ਮੰਮੀ ਉਹਨੇ ਮੇਰੇ ਕਰਕੇ ਹਾਂ ਕੀਤੀ ਆ ਨਸ਼ੇੜੀ ਦੇ ਵਿਆਹ ਇਹ ਛੱਡੇ ਚਾਹੇ ਨਾ ਛੱਡੇ ਨਸ਼ੇ ਮੈਂ ਤੈਨੂੰ ਇੱਕ ਰਾਏ ਦਿੰਦੀ ਸੀ ਮੈਂ ਕਹਿੰਦੀ ਸੀ ਤੂੰ ਨਾ ਹਰਪ੍ਰੀਤ ਨੂੰ ਆਈਲੈਟਸ ਕਰਨ ਲਾ ਦੇ ਠੀਕ ਹੈ ਪੁੱਤ ਤੇ ਆਪਾਂ ਨਾ ਜਦੋਂ ਇਹਨੇ ਆਈਲੈਟਸ ਕਲੀਅਰ ਕਰ ਲਿਆ ਆਪਾਂ ਇਹਨੂੰ ਪੈਸੇ ਲਾ ਕੇ ਇਹਨੂੰ ਬਾਹਰ ਭੇਜ ਦਾਂਗੇ ਆਪਾਂ ਕਿਹੜਾ ਇਹਨਾਂ ਨੂੰ ਦੱਸਣਾ ਹੈਗਾ ਫਿਰ ਪਿੱਛੋਂ ਇਹ ਕੀ ਕਰ ਦੇਣਗੇ ਠੀਕ ਹੈ ਪੁੱਤ ਇਹ ਤਾਂ ਤੇਰੀ ਗੱਲ ਸਹੀ ਹੈ ਆਈ ਕਰਦੀ ਆ ਮੇਰਾ ਵੀ ਇਰਾਦਾ ਹੈ ਨੀ ਨਾ ਤੇਰੇ ਭਰਾ ਦਾ ਇਰਾਦਾ ਵੀ ਉੱਥੇ ਵਿਆਹ ਕਰੀਏ ਪਹਾੜ ਭਰੀਦ ਦਾ ਆਪਣਾ ਤਾਂ ਜਵਾਬ ਹੀ ਹੈ ਗੱਲ ਕਰ ਇਹ ਧੱਕੇ ਨਾਲ ਕਹੀ ਜਾਂਦੇ ਆ ਬਸ ਮੰਮੀ ਤੈਨੂੰ ਆਹੀ ਕਹਿੰਦੀ ਆ ਬਸ ਇਹਨੂੰ ਲਾ ਦੇ ਆਈਲੈਟਸ ਕਰਨਾ ਤੈਨੂੰ ਕਿਹਾ ਚੰਗੀ ਤਰ੍ਹਾਂ ਪੜ੍ਹ ਕੇ ਆਈਲੈਟਸ ਕਲੀਅਰ ਕਰ ਲਏ ਤਾਂ ਆਪਾਂ ਇਹਨੂੰ ਬਾਹਰ ਤੋਰ ਦਾਂਗੇ ਹੌਲੀ ਕਿ ਦਿਨੀ ਮੈਨੂੰ ਵੀ ਦੱਸ ਦੇ ਬਸ ਜਿਹੜੀ ਗੱਲ ਕਹੀ ਆ ਉਹ ਕਰ ਦੇ ਬਸ ਇੱਥੇ ਆਪਾਂ ਵਿਆਹ ਕਰਨਾ ਹੀ ਨੀ ਹੈਗਾ ਠੀਕ ਹੈ ਮੰਮੀ ਠੀਕ ਹੈ ਨਾ ਕਾਲੇ ਮੇਰੀ ਗੱਲ ਸੁਣੋ ਫਿਰ ਤੁਸੀਂ ਨਾ ਮੈਨੂੰ ਮਾੜੀ ਕਹਿ ਦਿੰਦੇ ਹੋਗੇ ਤੇ ਤੁਸੀਂ ਵੀ ਕਹਿੰਦੇ ਸੀ ਵੀ ਇਹਨੂੰ ਕੁਛ ਬੋਲੀ ਨਾ ਕੁਛ ਕਹੀ ਨਾ ਹੈ ਵੀ ਘਰੋਂ ਕਿਉਂ ਕੱਢਤੀ ਆਹ ਵੇਖ ਲਾ ਦੀ ਮਾਂ ਨੂੰ ਫੋਨ ਕਰੀ ਜਾਂਦੀ ਹੈਗੀ ਹੁਣ ਕਹਿੰਦੀ ਹੈ ਕਿ ਉਹਨੂੰ ਕੁੜੀ ਨੂੰ ਕੈਲਸ ਕਰਾ ਕੇ ਤੇ ਆਪਾਂ ਦੁਪਹਿਰ ਭੇਜਾਂਗੇ ਚੱਲ ਕੋਈ ਨੀ ਕੋਈ ਗੱਲ ਟਿਕਾਣਾ ਕਰ ਲਿਆ ਕਰ ਤੂੰ ਵੀ ਪੱਖੀ ਪਖਾਈ ਆਉਣੀ ਆ ਨਾ ਕੀ ਗੱਲ ਟਿਕਾਣਾ ਕਰ ਲਿਆ ਸੁਣ ਇਹਨੂੰ ਹੁਣ ਬੋਲਣ ਦੀ ਲੋੜ ਨੀ ਆਪਣੀ ਗੱਲ ਵਿਚੋਲਣ ਨਾ ਹੋਈ ਆ ਉਹਨੇ ਜ਼ਿੰਮੇਵਾਰੀ ਲਈ ਆ ਰਾਜਪਾਲ ਨੂੰ ਆ ਜਾਂਦੇ ਜਦੋਂ ਆ ਗਿਆ ਉਹਦੇ ਨਾਲ ਗੱਲ ਕਰ ਲਾਂਗੇ ਭਾਈ ਆਹ ਸ਼ਰਤ ਰੱਖਦੇ ਆ ਉਹ ਜੇ ਉਹ ਸਹਿਮਤ ਹੋਇਆ ਤਾਂ ਬਸ ਆਪਾਂ ਠੀਕ ਆ ਵਿਚੋਲਣ ਨਾਲ ਗੱਲ ਹੋਈ ਆ ਇਹਨੂੰ ਤਾਂ ਪੁੱਛਣ ਦੀ ਲੋੜ ਹੀ ਨਹੀਂ ਬੇ ਇਹਨੂੰ ਤਾਂ ਮੈਂ ਨਹੀਂ ਪੁੱਛਦੀ ਗੀ ਪਰ ਬੰਦੇ ਨੂੰ ਆਪ ਨੂੰ ਵੀ ਸੋਚਣਾ ਚਾਹੀਦਾ ਗਾ ਜਦੋਂ ਆਪਾਂ ਨੂੰ ਡੇਢ ਮਹੀਨੇ ਦਾ ਟਾਈਮ ਦਿੱਤਾ ਫਿਰ ਇਹਨੂੰ ਵੀ ਚੁੱਪ ਕਰਨਾ ਚਾਹੀਦਾ ਇਹ ਕਲੂਤੀਆਂ ਉਹਨੂੰ ਲਾਈ ਜਾਂਦੇ ਗਾਂ ਦੀ ਗਾ ਉਹ ਚੱਲ ਹੁੰਦਾ ਹੀ ਆ ਭੈਣ ਭਰਾ ਦਾ ਤੁਸੀਂ ਵੀ ਨਾ ਇੰਨਾ ਰੌਲਾ ਪਾਇਆ ਕਰੋ ਸ਼ਾਂਤ ਰਿਹਾ ਕਰੋ ਮਾੜਾ ਜਾ ਆਹੋ ਮੈਂ ਸ਼ਾਂਤ ਰਿਹਾ ਕਰਾਂ ਕੋਈ ਨਹੀਂ ਆ ਜਾਂਦੇ ਉਹਦੇ ਨਾਲ ਕਰਕੇ ਗੱਲ ਲਾਡੀ ਨੂੰ ਕਹਿ ਦਿਆਂਗੇ ਉਹ ਆਪੇ ਸਮਝਾ ਦੂਗਾ ਇਹਨੂੰ ਬਹਿ ਕੇ ਫਿਰ ਐਵੇਂ ਝੱਜੂ ਪਾਵਾਂਗੇ ਫਿਰ ਲੋਕ ਹੱਸਣਗੇ ਇਹ ਫਿਰ ਜਾੜੂ ਫਿਰ ਇਹ ਵੀ ਨਹੀਂ ਤੋਰਨੀ ਫਿਰ ਇੱਥੇ ਆਪ ਹੱਥ ਮਚਾਈ ਜਾਏਗੀ ਚੱਲ ਚੰਗਾ ਭਾਈ ਮੈਂ ਹੀ ਬੁਰੀ ਲੱਗਦੀ ਹਾਂ ਸਾਰਿਆਂ ਨੂੰ ਮੈਂ ਜਿਹੜਾ ਕੁਛ ਕਹਿ ਦਿੰਦੀ ਹੈਗੀ ਮੇਰੇ ਤਾਂ ਉਹੀ ਨਹੀਂ ਸੁਣਦੇ ਤੁਸੀਂ ਉਹ ਬੇਬੇ ਸੁਣਨ ਵਾਲੀ ਕੀ ਗੱਲ ਆ ਫਿਰ ਝੱਜੂ ਪਾ ਕੇ ਤਾਂ ਨਹੀਂ ਹਰੇਕ ਗੱਲ ਦਾ ਹੱਲ ਹੁੰਦਾ ਹੁੰਦਾ ਕੋਈ ਮਾੜਾ ਮੋਟਾ ਟਕਾਈ ਵੀ ਜ਼ਰੂਰੀ ਹੁੰਦੀ ਆ ਜਦੋਂ ਹੁਣ ਉਹਨੇ ਜ਼ਿੰਮੇਵਾਰੀ ਲਈ ਆ ਵਿਚੋਲਣ ਨੇ ਉਹ ਆਪੇ ਹੱਲ ਤਾਂ ਕਰਾਊਗੀ ਫਿਰ ਮੈਂ ਉਹੀ ਤਾਂ ਮੈਂ ਤੁਹਾਨੂੰ ਪਿੱਟੀ ਜਾਂਦੀ ਹਾਂ ਵੀ ਜਦੋਂ ਜ਼ਿੰਮੇਵਾਰੀ ਲਈ ਆ ਡੇਢ ਮਹੀਨੇ ਦੀ ਗੱਲ ਕੀਤੀ ਆ ਫਿਰ ਟਿਕ ਜੇ ਉਹ ਡੇਢ ਮਹੀਨੇ ਦੀ ਮੇਰੀ ਗੱਲ ਸੁਣ ਨਾ ਤਾਂ ਉਹ ਤੋਂ ਆਈਲੈਟਸ ਹੋਵੇ ਡੇਢ ਮਹੀਨੇ 'ਚ ਠੀਕ ਆ ਨਾ ਉਹਨੂੰ ਵਿਆਹ ਕੇ ਤੋਰਨ ਜੇ ਕਰਾ ਵੀ ਦੇਣਗੇ ਨਾ ਉਹਨਾਂ ਕੋਲ ਪੈਸੇ ਆ ਵੀ ਇੰਨੇ ਲਾ ਕੇ ਤੋਰ ਦੇਣਗੇ ਕਿਤੋਂ ਨਾ ਕਿਤੋਂ ਤਾਂ ਹੱਲ ਕਰਨਗੇ ਉਹ ਆਪਾਂ ਲਾ ਦਿਆਂਗੇ ਰੁਪਈਏ ਅਗਲੇ ਨੂੰ ਲਾਲਚ ਵੀ ਤਾਂ ਹੋਜੂ ਉਦੋਂ ਕਿਰਾ ਹੁਣ ਤਾਂ ਟਿਕ ਜਾਓ ਚੱਲ ਦੇਖ ਲਓ ਭਾਈ ਜਿਵੇਂ ਤੁਹਾਨੂੰ ਠੀਕ ਲੱਗਦਾ ਗਾ ਮੈਂ ਤਾਂ ਕੀ ਕਹਿੰਦੀ ਹਾਂ ਨਾਲੇ ਉਹਨੂੰ ਕਰਿਆ ਫੋਨ 'ਚ ਕੀ ਕਹਿੰਦਾ ਗਾ ਉਹ ਕਹਿੰਦਾ ਸੀ ਕਹਿੰਦਾ ਆ ਜਾਊਂਗਾ ਅੱਜ ਮੈਂ ਕੀ ਆ ਹੀ ਜਾਵੇ ਪੁੱਛ ਲਾ ਉਹਨੂੰ ਦੁਬਾਰੇ ਫੋਨ ਕਰਕੇ ਪੁੱਛ ਲਾ ਨਹੀਂ ਤਾਂ ਨਾ ਨਾ ਕਿਹੋ ਜਿਹੀ ਸੀ ਉਹਦੇ ਨਾਲ ਗੱਲ ਕਹਿੰਦਾ ਹੀ ਆਈ ਜਾਂਦਾ ਮੈਂ ਵਾਪਸ ਲਾਡੀ ਕਿੱਧਰ ਨੂੰ ਗਿਆ ਉਹ ਲਾਡੀ ਉੱਧਰ ਗਿਆ ਹੋਊਗਾ ਬਾੜੇ 'ਚ ਹੋਰ ਲਾਡੀ ਨੇ ਜਾਣਾ ਚੱਲ ਚੰਗਾ ਭਾਈ ਮੈਨੂੰ ਤਾਂ ਇਸ ਗੱਲ ਦੀ ਨਾ ਟੈਨਸ਼ਨ ਆ ਦਿਮਾਗ 'ਤੇ ਵੀ ਉਹ ਉੱਧਰ ਗੱਲਾਂ ਜਾਂ ਕਰੀ ਜਾਂਦੀ ਹੈਗੀ ਕੱਲ੍ਹ ਨੂੰ ਫਿਰ ਮੁਕਰਾ ਤਾਂ ਫਿਰ ਉਹੀ ਜੱਬ ਕਲੇਸ਼ ਫਿਰ ਖੜਾ ਹੋ ਜਾਊ ਕਰਦੇ ਕੋਈ ਨਹੀਂ ਰਿਸ਼ਤੇਦਾਰੀ ਆ ਹੁਣ ਇਹ ਕਿਹੜਾ ਕੋਈ ਨਿੱਕੀ ਮੋਟੀ ਗੱਲ ਆ ਜੇ ਤਾਂ ਕੋਈ ਪਾਸਲੀ ਗੱਲ ਹੋਵੇ ਫਿਰ ਤਾਂ ਅਗਲਾ ਮੁੱਕਰੇ ਹੈ ਹੁਣ ਅਗਲੇ ਨੂੰ ਐਂ ਵੀ ਦਿੰਦਾ ਵੀ ਸਾਡੀ ਇੱਕ ਕੁੜੀ ਸੀ ਤਾਂ ਉੱਥੇ ਬੈਠੀ ਮੈਂ ਵੀ ਤਾਂ ਹੀ ਤਰਲੇ ਮਾਰਦੇ ਆ ਵੀ ਰਿਸ਼ਤੇਦਾਰੀ ਹੈ ਜੇ ਕੋਈ ਹੋਰ ਹੁੰਦਾ ਬੰਦੇ ਨੂੰ ਉਹ ਜਿਹਾ ਜਵਾਬ ਦਿੱਤਾ ਜਾਂਦਾ ਆਪਣਾ ਕੋਈ ਨਹੀਂ ਤੂੰ ਜੇ ਬਾਹਲਾ ਕਰਦੀ ਹੈ ਨਾ ਇੱਕ ਵਾਰੀ ਵਿਚੋਲਰ ਨੂੰ ਕਰ ਲਈ ਫੋਨ ਉਹਨੂੰ ਕਹਿ ਭਾਈ ਆਹ ਗੱਲ ਆ ਉਹਨੂੰ ਦੱਸ ਦੀ ਜਿਵੇਂ ਉਹ ਕਹੂਗੀ ਫਿਰ ਆਪਾਂ ਉਵੇਂ ਕਰ ਲਾਂਗੇ ਸਹੀ ਗੱਲ ਹੈ ਚੱਲ ਮੈਂ ਉਹਦੇ ਨਾਲ ਕਰਦੀ ਹਾਂ ਗੱਲ ਉਹਨੂੰ ਕਹਿ ਭਾਈ ਇਹ ਤਾਂ ਐਂ ਕਹਿੰਦੀ ਆ ਮਨਿੰਦਰ ਵੀ ਆਪਦੀ ਮਾਂ ਨੂੰ ਫੋਨ ਲਾ ਕੇ ਵੀ ਅਸੀਂ ਤਾਂ ਤੇਰੇ ਤੇ ਗੱਲ ਸਿੱਟੀ ਆ ਤੇਰੇ ਮੂੰਹ ਨੂੰ ਰਿਸ਼ਤਾ ਕਲਿਆ ਸੀ ਇਸ ਤਾਂ ਵੀ ਹੁਣ ਤੂੰ ਆ ਤੇਰੀ ਜ਼ਿੰਮੇਵਾਰੀ ਤੇ ਆ ਸਾਰੀ ਗੱਲ ਜੇ ਹੁਣ ਗੱਲ ਹੱਲ ਗਈ ਕਿਆ ਫਿਰ ਅਸੀਂ ਇਹਦਾ ਵੀ ਸਮਾਨ ਚੁਕਾ ਦੇਵਾਂਗੇ ਫਿਰ ਕੋਈ ਤਾਂ ਗੱਲ ਕਰਨੀ ਪਊਗੀ ਹਾਂ ਉਹੀ ਤਾਂ ਗੱਲ ਆ ਹੁਣ ਨਾਲੇ ਮੇਰੀ ਗੱਲ ਸੁਣ ਅੱਗੇ ਤੂੰ ਇਹਨੂੰ ਮਾਰ ਕੇ ਧੱਕੇ ਇੱਥੋਂ ਘਰੋਂ ਕੱਢਤਾ ਮਨਿੰਦਰ ਨੂੰ ਨਾਲੇ ਤਾਂ ਲਾਡੀ ਸਭ ਸਭ ਬੋਲਦਾ ਸੀ ਹੈ ਗਲਤੀ ਤਾਂ ਉਹਨੇ ਆਪਦੇ ਆਪਣੇ 'ਚ ਹੀ ਕੱਢੀ ਆ ਲੈ ਆਪਣੇ 'ਚ ਗਲਤੀ ਕੱਢੀ ਚਲੋ ਤਾਂ ਮੈਂ ਚੁੱਪ ਕਰ ਗਈ ਕੋਈ ਗੱਲ ਨਹੀਂ ਹੈ ਵੀ ਚਲ ਉਹਦਾ ਘਰ ਨਾ ਪੱਟਿਆ ਜਾਵੇ ਫਿਰ ਉਹਨੇ ਕਸਰ ਤਾਂ ਕੋਈ ਨਹੀਂ ਛੱਡੀ ਨਾ ਉਹ ਫਿਰ ਗੱਲ ਤਾਂ ਉਹੀ ਆ ਜੇ ਹੁਣ ਸਵੇਰ ਨੂੰ ਗੱਲ ਹੋਊ ਫਿਰ ਲਾਡੀ ਦੇ ਵੀ ਕੰਨ ਹੋ ਜਾਣਗੇ ਉਹਨੂੰ ਵੀ ਤਾਂ ਪਤਾ ਲੱਗੂ ਵੀ ਗਲਤੀ ਕਿਹਦੇ 'ਚ ਆ ਉਹਦੇ ਤਾਂ ਉਹਨੇ ਕਹਿ ਤਾ ਵੀ ਤੁਸੀਂ ਐਂ ਕਰਿਆ ਤੁਸੀਂ ਐਂ ਕਰਿਆ
ਚੱਲ ਭਾਈ ਜੇ ਤੁਹਾਨੂੰ ਠੀਕ ਲੱਗਦਾ ਕਰ ਲਓ ਚੱਲ ਚੰਗਾ ਮੈਂ ਤਾਂ ਕੰਮ ਕਰਦੀ ਹਾਂ ਰੋਟੀ ਰੋਟੀ ਲਿਆ ਦੇ ਮੈਨੂੰ ਭੁੱਖ ਲੱਗੀ ਪਈ ਆ ਫੇਰ ਲਿਆ ਦਿੰਨੀ ਆ ਲੈ ਮੈਂ ਪਹਿਲਾਂ ਬਚੋਲੋ ਨੂੰ ਫੋਨ ਲਾ ਹੀ ਲਵਾਂ ਉਹਨੂੰ ਦੱਸ ਹੀ ਦੇਵਾਂ हेलो हाँ ठीक है पांजी सस्तीकार दुखता है कि ये फोन लाया हाँ जी सोखी है कि फोन तो मैं थोड़ा नया लाया सी का मगर तुसी वो तो साड़ी ना सारी काल की थी सी कि है ना तुसी आप क्या सी भी डेढ़ महीने तक पे टाइम दे दो हाँ ठीक है असी तो हूँ आपकी गल तो सही है गे राजपाल आजूगा असी गलबात करके तो थोनू सारा दस देंगे पूरी कोशिश करांगे असी उन्हें हटाने की है ना ਤੇ ਅਮਨਿੰਦਰ ਹੁਣਾਂ ਦੀ ਮਾਂ ਨੂੰ ਫੋਨ ਲਾ ਲਾ ਕੇ ਗੱਲਾਂ ਕਰਦੀ ਹੈਗੀ ਕੀ ਗੱਲ ਕਰਦੀ ਹੈ ਇਹ ਆਦੀ ਮਾਂ ਨੂੰ ਫੋਨ ਲਾ ਕੇ ਕਹੀ ਜਾਂਦੀ ਹੈਗੀ ਆ ਕਿ ਆਪਾਂ ਇੱਥੇ ਰਿਸ਼ਤਾ ਨਹੀਂ ਕਰਨਾ ਗਾ ਤੇ ਆਪਾਂ ਤਾਂ ਕੁੜੀ ਨੂੰ ਪੜ੍ਹਾ ਕੇ ਤੇ ਆਈਲੈਟਸ ਕਰਾ ਕੇ ਤੇ ਬਾਹਰ ਤੋਰਨਾ ਗਾ ਮੇਰੀ ਗੱਲ ਸੁਣ ਭੈਣੇ ਹਾਂ ਨਾ ਤਾਂ ਇੱਦਾਂ ਛੇਤੀ ਆਈਲੈਟਸ ਹੋਵੇ ਠੀਕ ਹੈ ਨਾ ਹਜੇ ਕੋਈ ਸਾਲ ਤਿਆਰੀ ਹੁੰਦੀ ਹੈ ਬੰਦੇ ਦੀ ਸਾਲ ਚ ਤਿਆਰੀ ਹੁੰਦੀ ਹੈ ਇਹਦੀ ਪੁੱਤ ਨੂੰ ਬਾਹਰ ਵੀ ਭੇਜਣਾ ਗਾ ਅੱਛਾ ਪੈਸਿਆਂ ਦੀ ਕਿਹੜਾ ਢੇਰੀ ਲੱਗੀ ਪਈ ਆ ਵੀ ਜਾ ਕੇ ਲਾ ਦੇਣਗੇ ਦੂਜੀ ਗੱਲ चुप करके आपदे मुंडे नूं सुधारो मनिंदर जो मर्जी कही जांदी है ठीक है राजपाल तो बस आजूगा अज करेगा फोन काले ने कहना सी अज आजूगा चल कोई नी गल थोड़ी ठीक है पर जो राजपाल आ गया फिर तेन दसा गे असि ते तुसी भी आज फिर ना ना कोई नी मैनू सत दे आपां समां बैठ के गल कर लांगे मुंडे नाल भी हां तेन फोन ला लिया तू आज ही चंगा फिर राजपाल आजूगा अज कोई नी कोई तू फिकर ना कर आप बस मुंडे नु सुधार के आप आपदे कन्नो सही कोई लांबा नहीं देना भी भाई हां तुहाडा मुंडा सुधरिया नहीं चाहे आए है आप सही दिखाउणा उधरों ठीक है ठीक है उधरों आपां नूं फिर कोई जवाब नहीं मिलता भावे कुड़ी पढ़े भावे कुड़ी बाहर तक करे बाहर तक कर लूगी आपां भाई जिला के भेज देंगे हाँ हाँ ना वो तो चल अपने ना गल करन फिर पुलिस साहब ना गल कर लांगे हाँ बस वो चीज दा तू फिकर ना कर ना भड़को टकाई ना गल कर लो सारी जे सुलझदा मसला तां वधिया गल है ठीक है चल ठीक है भाने फिर तू आ जी चंगा कोई नहीं मैं दसदी फिर फोन करदी फिर आऊंगा कोई नहीं फोन कर दूंगी अमरिंदर धर ली चाह के साग धरिया इन्ना टाइम थोड़ी हुंदा यार मैं काम करन भी जाना गा कमाल करी जानी तू जल जल करी जानी किन्ना टाइम हो गया तेनू मेरी गल सुन यार ना तू बाग इतो मूह चाक के तेन कोई चढ़ी लथी दी है शर्म करो जिहड़ी गल करनी खुल के बोलो यार शर्म कर ला माड़ी मोटी लख रुपया तू खा के आ गया
बैठे करता हूं सर कोई नी ए मेरी बोली दा हुंदा सारी गल बाद च कर लांगे आपां की बाद च कर लांगे बेबे हुण जड़ी गल इना करनी काले वास्ते बुलाया इनू 5 दिन ता ए पहला लेट आ इनू पता तेनु पता इस गल दा कदा केड़ी गल दा पानी पी पी तू पानी दा ठीक है इस भाई तुसी मैं ता पहाड़ा च जावड़िया सीगा बाबे ना बह गया उत्थे जाके आ देख लो हुण किवें बोलदा सीधे मुंह भी नहीं बोलदा हैगा सीधी गल दा सीधा जवाब नहीं दिंदा फिर तुसी मेनू माड़ी कहंदे हो सारे जणे ओ कोई ना फिर असी बैठे आ पुछण वाले तू क्या पूछी नहीं है सारी गल तेन मैं आपे दस दूंगा जा जाके चाह बना लिया किन्ना टाइम हो गया पता नहीं की करी इन अंदर की नहीं करती आहो क्यों मेनू भी पता होना चाहिए सारी गल मेरी भैन की हो रही है ओदी जिंदगी की गल है मेनू पता होनी चाहिए है सारी गल यार सुनो डेढ़ महीने का टाइम कहना सी डेढ़ महीने दे विच सारी गल कर लांगे मेनू आपदे भरा नाल गल कर लैंदे चल अंदर कोई ना जा वड़ूंगी मम्मी मेरी गल सुन लो जदों वड्डा वीर आ गया ना सारे जने बैठ के इना गल करांगे आपां कोई नहीं चराद रख माड़ी मोटी मैं तेरी मासी नू भी सद्यागा वो भी आ जाऊगी फिर बैठ के गल करदे आ तू रोटी पानी बना ला उन्हें जा ठीक है ए गल करूगी ए तो गल करा लांगे आपां रहण दिंदे आ मैं तेनू जदों कही जानी आ तू चुप कर जा ओ इहदी मासी आऊगी आपां उहदे नू बैठ के गल कर लांगे तू जरा एडा मुद्दा केड़ी गल दा बनाई रखा है तू गल सुन मेरी तू हरप्रीत नाल ब्याह करावणा कि नहीं करावणा ब्याह तां करावणा ही आ तां ही तां आयांगा करावणा ना ठीक है उहनां ने दित्ता आपां नू डेढ़ महीने दा टाइम ठीक है डेढ़ महीने दे विच विच आ जिहड़ी तू अग सवा खाना जे छड देगा तां तेरा फायदा तेरा ब्याह हो जाऊगा नहीं उह तां कहिंदे भाई असीं कुड़ी नूं बाहर भेजांगे कि मर्जी भेजदी नहीं किसे होर नाल ब्याह करांगे हुण तूं दस किहड़ी गल ते खरे उतरदा नहीं मैं किहड़ा धतूरा पी लिया यार बे राजपाल चुप कर जा आ की अग सवा दे नां लई आ नां तूं नहीं जो तुहानूं ना ही नहीं पता भी ना की आ तुसीं एमएल जाम लाई इहनूं नशे करदा तूं किहड़े नशे कर ले यार फिर गल तां गल दी है ना जिहड़ा भी कुछ खाना पीना उह छड दे तेरे चंगे वास्ते कहिंदे आ असीं चंगा बेबे कर दे गल कर ला गल बाई ना मैं बुढ़िया मार लगे फिर दारे ना आ गया भैन दे खा मैं चौरिया शर्म आउंदी नहीं तेनू निकल गया तू घरों तेनू आए नहीं पता भी मगर ठिठ हुंदे फिरदे आ ओह कड़ी रिश्तेदारी इत्थे तेनू नहीं पालिया शर्म आउंदी होवे तां कानू जावे ए कानू ओ दुनिया ही फिरदी आ बाहर निकल के तां देखो ओ दुनिया तां फिरदी आ कोई गलबात भी हुंदी आ लड़के तू भज गया सानू सांसा होया पिया भी की पता किधर निकल गया कोई बंदा फोन चक ले कोई मर जे गल जे दस दे थोड़ा बिक गए दो दो किले फिर कर लो ऐसा तुरे फिर ना ना तू कर लेगा सारा कुछ चल मन तेन इना पता तीन भरा गए एक ने तेरी खातर ब्याह नहीं कराया तेन गल करने सद्या गल ए तू हरप्रीत नाल ब्याह करा के नहीं करा ब्याह तो करा ही ताही आया यार ना जी ब्याह करा तो सीधी सीधी गल दस देने जवाब दे देने क्यों एवं मेरा घर पट्टा यार तू तेरा घर कहना पट्टा वो छी महीने हो गए तू ना मंगना हो भैया पकई जाना मैं कुत्ते आंगू तू बुरी ना लगे फिर यार मैं की पकई जाना तू मैं ए दस मेरे हाथ पास है कुछ उन्होंने तेन सीधी सीधी गल कह दी भी थोड़ा मुंडा नशे करता ए तो नशा छड़ा दो बई समझा ना लक्षण तो यार ये आपके माड़े आ दो दूजे की धी का वो नशा यार किहड़ा करता मैं तुम्हें दस के तटा भी नहीं बई मेरी गल सुन ला ये जिहड़ा हुंदा ना ये नशा हो गया चोरी जारी हो गई ये जिन्ना चिर पड़दे च चली जावे ना उन्ना चिर ही चलता हुंदा ये जदों हुण जगो जार हो गया हुण तां बई पड़दा पाए ते फायदा जे महीना दो महीने टिक जाएगा तो कोई रोटी सिरे हो जाएगा कोई ब्याह शादी कर देंगे नहीं इत्थे बजाउंदा फिर डोरू ब्याह तां यार मैं उठ ही कराउणागा कराऊं भी लाए मी ब्याह कराउणा ना मेरी साली नाल गल सुन ला मेरी साली नाल ब्याह कराउणा ना इक तां नशे छड दे इक आ जड़ी तू कहना ऐश फरस्ती जिवें तू आ हुण लख रुपया पट्टया ये काम नहीं चलना ये छड दे
ਵਿਆਹ ਕਰਨ ਬਾਅਦ ਦੋ ਗੱਲਾਂ ਮੰਨ ਲਾ, ਵਿਆਹ ਹੋ ਜਾਊਗਾ ਤੇ ਚੱਲਣਾ ਪੂ ਸਾਡੇ ਹਿਸਾਬ ਨਾਲ। ਉਹ ਲੱਖ ਰੁਪਈਆ ਦਾ ਪੱਟ ਕੀ ਆਉਣਾ ਇਹਨੇ? ਲੈਣ ਥੱਲੇ ਆਉਣ ਨੀ ਦਿੱਤਾ। ਤੇਰੀ ਸਾਲੀ ਨੇ ਮੋਹ ਵਾਲਾ ਕਰਦੀ ਆ, ਕਿੱਥੇ ਮਰਨ ਦਿੰਦੀ ਆ ਪੋਲੇ ਪਰੀ ਉਹ? ਆਹੋ ਮੋਹ ਕਰਦੀ ਆ ਇਹਦਾ ਧੀਦੋ ਦਾ, ਪੁੰਨੂ ਤੇ ਮੜੰਗਾ ਪੈਂਦਾ ਨਾ ਤੇਰਾ, ਕਰਦੀ ਆ ਮੋਹ। ਚੰਨ ਖੜਦਾ ਬਾਈ, ਚੱਲ ਚੰਨ ਤਾਂ ਖੜਦਾ ਤੇਰੀ, ਮੈਂ ਗੱਲ ਤੇਰੀ ਸਮਝ ਗਿਆ ਹੈ। ਜੇ ਤੈਨੂੰ ਇੰਨੇ ਉਹਦਾ ਮੋਹ ਆਉਂਦਾ, ਉਹ ਤੇਰੇ ਇੰਨਾ ਮੋਹ ਕਰਦੀ ਆ ਤਾਂ ਛੱਡਣਾ ਉਹਦੇ ਹੱਥ ਨਸ਼ਾ ਜਾ। ਜਿਹੜੀ ਗੱਲ ਆ ਮੇਨ ਮੁੱਦੇ ਦੀ ਉਹ ਕਰੋ, ਐਵੇਂ ਇੱਥੇ ਲਿਆ ਕੇ ਯਾਰ ਤੁਸੀਂ ਡਸਟ ਚ ਬਹਾਤਾ ਮੈਨੂੰ, ਮੈਂ ਇਨਵਾਇਰਮੈਂਟ ਪਤਾ ਕਿੱਡੇ ਤਕੜੇ ਚੋਂ ਆ। ਕੋਈ ਕੰਮ ਨੀ ਕਰਨਾ ਤੇ ਰਾਜਪਾਲ ਦੀ ਨਿਗਾਹ ਰੱਖਣੀ ਹੈ, ਉਹ ਤੇਰੀ ਹਰ ਇੱਕ ਕਾਰਸਥਾਨੀ ਤੇ ਨਿਗਾਹ ਰੱਖੂਗੀ, ਤੂੰ ਕੀ ਕਰਦਾ ਤੇ ਕੀ ਨਹੀਂ ਕਰਦਾ, ਠੀਕ ਹੈ? ਚਾਹੇ ਭੁੱਕੀ ਖਾਣਾ ਚਾਹੇ ਦਾਰੂ ਪੀਣਾ, ਜਿੱਥੇ ਜਿੱਥੇ ਖਾਏਗਾ, ਜਿੱਥੇ ਇਹਨਾਂ ਨੂੰ ਪਤਾ ਲੱਗੀ ਗਿਆ ਤੇਰਾ ਰੰਗ ਤੋਂ ਪਤਾ ਲੱਗ ਗਿਆ, ਅੱਖਾਂ ਤੋਂ ਪਤਾ ਲੱਗ ਗਿਆ, ਉਹਦੇ ਉਹਦੇ ਉਹਨਾਂ ਨੇ ਦੱਸੀ ਜਾਣਾ ਬਚੋਲਨ ਨੂੰ, ਠੀਕ ਹੈ? ਤੇ ਬਚੋਲਨ ਨੇ ਤੇਰਾ ਵਿਆਹ ਹੋਣ ਨਹੀਂ ਦੇਣਾ, ਹੁਣ ਤੂੰ ਆਪ ਹਿਸਾਬ ਲਾ ਲਾ, ਠੀਕ ਹੈ? ਲੁਕ ਛੁਪ ਕੇ ਖਾ ਲਿਆ ਕਰੇਗਾ ਤਾਂ ਬਾਜੂ ਤੇਰਾ ਰਿਸ਼ਤਾ, ਤੇ ਜੇ ਤੂੰ ਆਈ ਹੁਣ ਸਾਹਮਣੇ ਸਾਹਮਣੇ ਹੋਈ ਗਿਆ ਕੰਮ, ਫਿਰ ਨਹੀਂ ਬਚਦਾ, ਫਿਰ ਔਖਾ ਗਾ। ਵਿਆਹ ਤਾਂ ਉੱਥੇ ਹੀ ਕਰਾਉਣਾ ਯਾਰ ਮੈਂ, ਗੱਲ ਨਸ਼ੇ ਦੀ ਆ, ਚੱਲ ਨਸ਼ਾ ਮੈਂ ਹੌਲੀ ਹੌਲੀ ਕਰਕੇ ਦੇਊਂ ਘਟਾ, ਇੱਕਦਮ ਨਹੀਂ ਛੱਡਦਾ। ਯਾਰ ਇਹੀ ਤਾਂ ਤੈਨੂੰ ਮੈਂ ਗੱਲ ਕਹੀ ਹੈ ਨਾ ਵੀ ਘਟਾ ਦੇ, ਉਹਦੀ ਤੇਰੇ 'ਤੇ ਨਿਗਾਹ ਗਈ, ਕਿਉਂ ਵੱਡੇ ਬਾਈ? ਜੇ ਘਟਾ ਦੇਗਾ ਤਾਂ ਚੰਗਾ ਰਹੇਗਾ, ਮੈਂ ਤਾਂ ਕਹਿੰਦਾ ਛੱਡ ਦੇ ਤਾਂ ਬਾਹਲੀ ਸੋਹਣੀ ਗੱਲ ਆ, ਮੇਰੀ ਗੱਲ ਸੁਣ ਲਾ, ਆਹ ਤੁਹਾਡੀ ਜ਼ਮੀਨ ਤੁਹਾਡੇ ਕੋਲ ਰਹਿ ਜੂ, ਆਪਦੇ ਹਿੱਸੇ ਦੀ ਮੈਂ ਵੇਚ ਕੇ ਚਾਰ ਕਨਾਲਾਂ ਤੁਹਾਡੇ ਦੋਨੇ ਜੀਆਂ 'ਤੇ ਲਾ ਦੂੰ, ਬਾਹਰ ਟੱਪ ਜਾਓ, ਨਾਲੇ ਤਾਂ ਤੁਸੀਂ ਰੋਟੀ ਪੈ ਜਾਓਗੇ, ਨਾਲੇ ਕੋਈ ਇਹਨਾਂ ਦਾ ਜਵਾਕ ਜੇ ਲੜਾ ਹੋਇਆ ਉਹਨਾਂ ਨੂੰ ਉਹਨੂੰ ਲੈ ਜਾਓਗੇ, ਕੁਛ ਨਹੀਂ ਨਿਕਲਣਾ ਇਹ ਗੱਲਾਂ 'ਚੋਂ, ਨਸ਼ੇ ਪੱਤੇ 'ਚੋਂ ਤੇ ਨਾ ਤਾਂ ਮੱਥਾ ਮਾਰਦੇ। ਗੱਲ ਤਾਂ ਸਿਆਣੀ ਆ ਤੇਰੀ, ਟਾਈਮ ਦਾ ਫਰਕ ਪਾਲੂ ਮਾੜਾ ਮੋਟਾ, ਇੱਕਦਮ ਨਹੀਂ ਛੱਡਿਆ ਜਾਂਦਾ। ਇੱਕਦਮ ਤਾਂ ਤੈਨੂੰ ਛੱਡਣ ਨੂੰ ਕਹਿੰਦੇ ਵੀ ਨਹੀਂ, ਤਾਂ ਹੀ ਤੈਨੂੰ ਪਰਦੇ ਨਾਲ ਇੱਧਰ ਲੈ ਕੇ ਆਇਆ, ਤੂੰ ਕਹਿੰਦੇ ਉੱਧਰ ਗੱਲ ਕਰ ਲਓ, ਰੌਲਾ ਪਾਈ ਜਾਂਦਾ ਸੀ ਗੱਲ ਦਾ, ਮੈਨੂੰ ਪਤਾ ਉਹ ਕੰਧ ਨਾਲ ਖੜ ਖੜ ਕੇ ਸਾਰੀਆਂ ਗੱਲਾਂ ਸੁਣਦੀ ਹੋਊਗੀ। ਯਾਰ ਬਾਈ ਉਹਦੀ ਵੀ ਭੈਣ ਦਾ, ਅਗਲੀ ਦੀ ਜ਼ਿੰਦਗੀ ਦਾ ਸਵਾਲ, ਉਹਦੀ ਵੀ ਭੈਣ ਆ ਉਹ, ਠੀਕ ਆ? ਐਂ ਤਾਂ ਨਹੀਂ ਹੁੰਦਾ, ਉਹ ਨਹੀਂ ਸ਼ੋਅ ਹੋਣ ਦਿੰਦਾ, ਨਹੀਂ ਸ਼ੋਅ ਹੋਣ ਦਿੰਦਾ ਬਾਈ, ਨਹੀਂ ਸ਼ੋਅ ਹੋਣ ਦਿੰਦਾ ਉਹਨੂੰ। ਬਸ ਠੀਕ ਆ ਫਿਰ, ਜੇ ਨਹੀਂ ਸ਼ੋਅ ਹੁੰਦਾ ਬਸ ਚੰਗਾ ਰਹੇਗਾ। ਤੂੰ ਐਂ ਦੇਖਾ ਸੀ, ਤੇਰੇ ਵਾਸਤੇ ਕਿੱਡੀ ਲੰਬੀ ਸੋਚ ਸੋਚੀ ਇਹਨੇ ਵੀ ਤੇਰਾ ਵਿਆਹ ਹੋ ਜਾਊਗਾ, ਘਰ ਵਸ ਜਾਊਗਾ, ਘਰ ਵਸ ਗਿਆ ਦੋਨੇ ਜੀ ਬਾਹਰ ਜਾ ਵੜੋਗੇ, ਤੇਰੇ ਬਾਰੇ ਸੋਚਦੇ ਆ, ਭਰਾਈ ਭਰਾ ਦੇ ਕੰਮ ਆਉਂਦਾ ਫਿਰ, ਕਰਾ ਦੇ ਤੂੰ ਇਹ, ਤੂੰ ਘਰ ਪੱਟਣ ਵਾਲੀਆਂ ਗੱਲਾਂ ਕਰੀ ਜਾਂਦਾ ਕਿ ਮੈਂ ਲੱਖ ਰੁਪਇਆ ਇੱਧਰ ਲਾਇਆ ਆਊਗਾ, ਇੱਧਰ ਨਿਕਲ ਜੂੰਗਾ, ਐਂ ਕਰ ਲੂੰਗਾ, ਇਹ ਕਿਹੜੀਆਂ ਗੱਲਾਂ ਹੁੰਦੀਆਂ ਨੇ ਘਰ ਬਣਾਉਣ ਵਾਲੀਆਂ ਗੱਲਾਂ ਕਰੀ ਜਾਂਦੀਆਂ, ਕੁੜੀਆਂ ਤਾਂ ਹੁਸ਼ਿਆਰ ਅੱਜ ਕੱਲ੍ਹ ਦੀਆਂ, ਵਧੀਆ ਕਰ ਲੂਗੀ ਉਹ, ਕੀ ਕਹਿੰਦੇ ਆਈ ਲੈਟਸ ਤੇ ਜਾ ਵੜੋਗੇ ਦੋਨੇ ਜੀ, ਰੋਟੀ ਪੈ ਜਾਓਗੇ, ਜ਼ਿੰਦਗੀ ਬਣ ਜੂਗੀ, ਕੁਛ ਨੀ ਇੱਥੇ ਆ ਕੇ ਕਾਕਾ ਆ ਲਫੰਡਰਾਂ ਨੇ ਕੁਛ ਨਹੀਂ ਦੇਣਾ ਬਾਈ, ਉਹ ਤਾਂ ਉਹਨਾਂ ਦੇ ਕਹਿਣ ਦੀ ਗੱਲ ਹੈ, ਆਈਲੈਟਸ ਅਗਲੀ ਤੋਂ ਭਾਵੇਂ ਨਿਕਲੇ ਚਾਹੇ ਨਾ ਨਿਕਲੇ, ਆਪਾਂ ਦਾ ਵਿਆਹ ਤੱਕ ਦਾ ਮਤਲਬ ਆ, ਡੂਢ ਮਹੀਨਾ ਤੂੰ ਕਿਹੜਾ ਕੱਢ ਲਾ ਯਾਰ, ਠੀਕ ਹੈ? ਕਹਿ ਦਾਂਗੇ ਭਾਈ ਮੁੰਡਾ ਨਸ਼ੇ ਛੱਡ ਗਿਆ, ਇੱਕ ਦੋ ਵਾਰੀ ਆਪਾਂ ਤੇਰਾ ਟੈਸਟ ਕਰਾ ਦਾਂਗੇ, 3 ਦਿਨ ਨਾ ਖਾਈ ਟੈਸਟ ਕਰਾ ਲਾਂਗੇ, ਉਹਦੇ ਵਿੱਚ ਆਉਂਦਾ ਨਹੀਂ ਸਮਾਨ ਇਹ ਸਾਰਾ, ਤੈਨੂੰ ਮੈਂ ਦੱਸੀ ਦਾ ਜਾਂਦਾ ਯਾਰ ਸਾਰਾ ਕੁਛ, ਆਪੇ ਮੈਂ ਮੂਹਰੇ ਲੱਗ ਕੇ ਕਰਾਊਂਗਾ, ਜਦੋਂ ਤੇਰਾ ਵਿਆਹ ਹੋ ਗਿਆ ਫਿਰ ਭਾਵੇਂ ਉਹ ਕਰੇ ਚਾਹੇ ਨਾ ਕਰੇ, ਫਿਰ ਭਾਵੇਂ ਇੱਥੇ ਰੱਖ ਲਈ, ਮੈਂ ਠੀਕ ਆ ਕਰਾ, ਜਿਹੜਾ ਕਿਹੜਾ ਆਪਾਂ ਵਿਆਹ ਕਰਾ ਕੇ ਤੇਰੇ ਟੈਸਟ ਕਰਾਉਣੇ, ਕਹਿਣ ਦਾ ਮਤਲਬ ਕਿਹੜਾ ਆਪਾਂ ਧੋਖੇ 'ਚ ਰੱਖਾਂ ਉਹਨਾਂ ਨੂੰ, ਠੀਕ ਆ? ਧੋਖੇ 'ਚੋਂ ਤਾਂ ਰਹਿਣਗੇ ਜੇ ਤੂੰ ਸਾਡਾ ਸਾਥ ਦੇਗਾ, ਮੈਂ ਤੁਹਾਡੇ ਨਾਲ ਆਵਾਂ, ਠੀਕ ਹੈ ਨਾ? ਓਕੇ ਬਸ ਠੀਕ ਆ, ਕਰਦੇ ਹਾਂ ਕਿਤੇ ਤੇਰਾ ਬੰਦੇ ਬੰਦੇ ਇਹਦਾ ਵੀ ਨਾ ਪੱਟ ਕੇ ਬਹਿ ਜਗੇ, ਨਾਲੇ ਲੋਕ ਹੱਸਣਗੇ, ਤਾਂ ਤੇ ਇੰਨਾ ਟੱਕਰਾ ਮਾਰਦੇ ਆ, ਤੈਨੂੰ ਪਤਾ ਨਹੀਂ ਜੇ ਤੂੰ ਤੈਨੂੰ ਤਾਂ ਚੜੀ ਲੱਥੀ ਰਹੀ, ਨਹੀਂ ਉਹ ਤਾਂ ਐ ਤਾਂ ਹੁਣ ਪਤਾ ਹੀ ਆ, ਹੁਣ ਤੇਰਾ ਤਾਂ ਨਹੀਂ ਖਰਾਬ ਕਰਨਾ ਯਾਰ, ਤੂੰ ਉਧਰੋਂ ਭੱਜ ਰਿਹਾ, ਉਧਰੋਂ ਬੇਬੇ ਨੇ ਇਹਨੂੰ ਕੱਢਦਾ ਘਰੋਂ ਯਾਰ ਮੇਰੇ ਵਾਲੀ ਨੂੰ, ਮੈਂ ਦੱਸ ਕੀ ਕਰਦਾ, ਮਸਾਂ ਮਨਾ ਕੇ ਲੈ ਕੇ ਆਉਂਦੀ ਆ ਮੈਂ, ਉਹ ਗੱਲਾਂ ਹੀ ਇਹੋ ਜਿਹੀਆਂ ਕਰਦੇ ਸੀ ਫਿਰ ਤੁਸੀਂ ਘਰੋਂ ਨਿਕਲਣ ਵਾਲੀਆਂ ਧੱਕੀ ਪਾਈ ਦਿੰਦੇ ਆ, ਉਹ ਤੇਰੀ ਖਾਤਰ ਮੇਰੇ ਸਾਲੇ ਨੇ ਮੈਨੂੰ ਪਤਾ ਕਿੰਨਾ ਕੁਛ ਬੋਲਿਆ, ਕਿੰਨਾ ਕੁਛ ਨਹੀਂ ਬੋਲਿਆ, ਉਹ ਇਹਦਾ ਸੁਣਨਾ ਹੀ ਪੈਂਦਾ ਸਾਰਾ ਕੁਛ, ਮੈਨੂੰ ਕੀ ਪਤਾ ਕੀ ਕੁਛ ਸੁਣਨਾ ਪਿਆ, ਮੈਂ ਚੁੱਪ ਕਰਕੇ ਤੁਰ ਹੀ ਗਿਆ, ਤੁਰ ਗਿਆ ਨਾਲੇ ਨਾ, ਬਸ ਜਿਵੇਂ ਮੈਂ ਤੈਨੂੰ ਕਹਿੰਦਾ ਹੁਣ ਉਵੇਂ ਕਰ ਲਈ, ਠੀਕ ਹੈ ਨਾ? ਗਲਤੀਆਂ ਛਪਾਉਂਦਾ ਮਾਰਾ ਦੂਜੇ ਤੇ ਨਾ ਭਾਰੀ ਪਿਆ ਕਰ, ਜਿਹੜੀ ਗਲਤੀ ਹੁੰਦੀ ਆ ਉਹ ਮੰਨ ਲਿਆ ਕਰ, ਉਹ ਕਹੀ ਤਾਂ ਜਾਂਦਾ ਬਾਈ ਯਾਰ, ਤੇ ਤੈਨੂੰ ਤਾਂ ਬੋਲੇ ਸੀ ਤਾਂ ਇੱਥੋਂ ਤੱਕ ਗੱਲ ਪਹੁੰਚੀ ਆ, ਠੀਕ ਆ? ਤੇ ਹੁਣ ਆਹਦਾ ਬੰਦਿਆਂ ਨੂੰ ਜਿਵੇਂ ਕਹਿੰਦਾ ਉਵੇਂ ਕਰ ਲਾ,
अज तो बाद तेरी गड्डी दे विचों तेरा समान बाहर नहीं निकलना चाहिए, कमरे तक आना नहीं चाहिए। आदा जो गड्डी बाहर लेके जाना, गेड़ा गुड़ा लाने जाना, उदो माड़ा मोटा खा आया घरे यार, बस 1% उनू पता ही ना लगे। नहीं फिर मैं करता 24 घंटे गड्डी दे रहे नू घोड़ी ना गेड़ा आंदा। तू ठंड रख, कोई नी मैं गल कर दी। मासी फिर किड्डी गल है, चार दिन घूमन फिर नहीं गया सी, तैनूं दस्या तां है मैं सारा कुछ, ओ यारां दोस्तां नाल जा वड़िया तां कुछ नहीं हुंदा। चल कोई नी मैं गल कर दी। गल सुन राजपाल पुत, उन्होंने शर्त रखी है भाई, मैं भी उत्थे सी जिद्दे मनिंदर नूं लाडी लैके आया, उन्होंने ये शर्त रखी है भी 1.5 महीने दे विच विच जे तां तू सुधर गया, नशा छड्ड गया, फिर तो भाई वह कुड़ी दे नंद देणगे, नहीं उन्हों का चिट्टा जवाब है। तो मैं तैनूं यह गल कहनी आ भी तू साडी नीवी ना पवा दी, मैं तेरे नाल ताइयों रुखी गल करदी आं भी सवेर नूं फिर ना गल देनी आ जे, हुण तां गल संभल जू। देख मैं तेरी हामी तां ही भरी सी जदों लाडी नूं रिश्ता कराया ना, भी भाई दूजे नूं भी कर दिओ, चल मुंडा सियाणा गा। तो चल जिहड़ी तेथों गलती हो गई हवा गई, इदू बाद तू शिकायत का मौका ना देई, ये दो घर पट्टे जाणगे पुत। नहीं नहीं जी, तुहानूं नहीं लांभा आउंदा, जिहड़ी गल हो गई कही थी तुसीं, बस ओके आ, पूरे कागज़ का हो जूंगा 15 दिन। मासी देख ला, कहना 15 दिन छड़ जू ना, जो बंदा इन टाइम नशा करता हो 15 दिन छड़ जू, है नहीं लक्षण छड़न वाले इन्हां दे। नहीं जे बंदा धार ले सब कुछ कर सकता हुंदा, हुण इह कड़ा न्याणा इहनूं पता नहीं भी जे अज मैं इत्थों तिलक गया मेरा सारी उम्र घर नहीं बजना, किने रिश्ता करना मुड़ के। जदों नाले पण कही जांदा ठीक है कि मैं छड़ दूंगा, ते तू क्यों बार बार उही गल बार बार कहणी। गल पता की हैगी भी, इक वारी बंदे नूं मौका भी देना चाहीदा, ताही तो गल करते हैं, ताही तो मैं हामी भरी है, उत्थे नहीं मैनू की लोड़ सी। इनू मैं यही समझाई है ने भी कोई नहीं छड़ जूगा, आपां जदों सारे उहदे मगर पावांगे कहांगे छड़ जूगा। कर ली गल, मासी कल असीं सारी गल कर लईए नाल भी, बाई ने ते मैं दोनों ने इहनूं समझाता चंगी तरह। बाई कहिंदा भी जिवें इह हुण तुसीं आपां इहनूं समझाता उवें इहने ना कीता तां ठीक है, बस असीं इहनूं घरों बाहर कढ दांगे। सच हां, वड्डे बाई नूं वी सद्दो इत्थे। ओह बाई नाल सारी गल होईए, बाई कहिंदा जिवें हुण तुसीं जा के आपदा फैसला सुणा दो उहनां नूं ठीक है, कहिंदा मैं तां इह तों गुस्से आं। एक गल रटन लाई बैठा, तुहानू कहता भी रल मिल के यारां दोस्तां नाल इक अद्धी वारी फंक्शन करदा, इहदा डेली नहीं करदा। ਤੇਰਾ ਫੰਕਸ਼ਨ ਨਾ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰ ਦੂਗਾ, ਉਹ ਜਵਾਬ ਦੀ ਵਿਚਾਰੀ ਰੁੱਲ ਜੂਗੀ। ਪਰ ਚੁੱਪ ਕਰ ਜਾ, ਸਾਨੂੰ ਵੀ ਗੱਲ ਕਰ ਲੈਂਦੇ, ਆ ਵੱਡੇ ਕਾਹਦੇ ਵਾਸਤੇ ਬੁਲਾਇਆ ਇੱਥੇ, ਗੱਲ ਕਰਨ ਨੂੰ ਬੁਲਾਇਆ ਗੇ, ਐਵੇਂ ਬੋਲੀ ਜਾਂਦੀ ਆ ਵਿੱਚ, ਜਦੋਂ ਉਹ ਕਹੀ ਜਾਂਦਾ ਮੈਂ ਨਹੀਂ ਕਰਦਾ ਨਹੀਂ ਕਰਦਾ, ਬਾਰ ਬਾਰ ਇੱਕੋ ਗੱਲ ਕਰੀ ਜਾਂਦੀ ਆ ਤੂੰ। ਉਹ ਹੁਣ ਤੁਸੀਂ ਚੁੱਪ ਕਰ ਜਾਓ, ਤੁਸੀਂ ਆਪਦਾ ਰੰਡੀ ਰੋਣਾ ਪਾ ਕੇ ਪੈ ਜਾਂਦੇ ਹੋਗੇ, ਜਿਹੜੀ ਗੱਲ ਕਰਨੀ ਉਹ ਤਾਂ ਤੁਸੀਂ ਕਰ ਨਹੀਂ ਦਿੰਦੇਗੇ। ਚੱਲ ਤੁਸੀਂ ਕਾਹਤੋਂ ਭੈਣੇ ਘਰੇ ਰੌਲਾ ਪਾਇਆ, ਨਾਲ ਇਹ ਕਿਹੜਾ ਜਵਾਕ ਹੈ, ਸਾਰੀ ਸਮਝ ਹੈ ਇਹਨੂੰ, ਜੇ ਇਹਨੇ ਆਪਦਾ ਘਰ ਬੰਨਣਾ ਇਹਨੂੰ ਵੀ ਦੀਂਦਾ ਹੈਗਾ। ਵੇਖ ਭੈਣੇ, ਜਿਹੜੀ ਤੂੰ ਗੱਲ ਕਹੀ ਸਾਨੂੰ ਮਨਜ਼ੂਰ ਹੈ, ਅਸੀਂ ਉਵੇਂ ਹੀ ਚੱਲਾਂਗੇ, ਪਰ ਇਹਨਾਂ ਨਾਲ ਵੀ ਗੱਲ ਠੋਕਰ ਲੈ ਵੀ, ਕੱਲ੍ਹ ਨੂੰ ਜਵਾਕ ਨੂੰ ਅਸੀਂ ਸਾਰਾ ਕੁਛ ਕਹਿ ਕੇ ਇਹਨੂੰ ਛਡਾ ਦਈਏ, ਨਸ਼ਾ ਵੀ ਛਡਾ ਦਈਏ, ਇਹ ਤਾਂ ਸੁਧਰ ਜੇ ਅਤੇ ਇਹ ਜਵਾਬ ਦੇ ਜਾਣ। ਇਹ ਤਾਂ ਮੈਂ ਤੈਨੂੰ ਫੋਨ 'ਤੇ ਵੀ ਗੱਲ ਕਹੀ ਸੀ ਵੀ ਆਪਣੇ ਕੰਨੋਂ ਲਾਂਭਾ ਨਾ ਆਵੇ, ਉੱਧਰੋਂ ਤਾਂ ਮੈਂ ਬੈਠੀ ਹਾਂ, ਮੈਂ ਆਪੇ ਨੰਦ ਦਵਾ ਕੇ ਲਿਆਊਂ, ਮੈਂ ਮਨਿੰਦਰ ਨੂੰ ਵੀ ਨਹੀਂ ਪੁੱਛਣਾ ਜੇ ਮੁੰਡਾ ਸੁਧਰ ਗਿਆ, ਪਰ ਤੁਸੀਂ ਬੋਲਣ ਦਾ ਮੌਕਾ ਨਾ ਦਿਓ ਉਹਨਾਂ ਨੂੰ। ਬਸ ਠੀਕ ਹੈ ਰਾਜਪਾਲ, ਤੂੰ ਕਹਿ ਯਾਰ ਇੱਕ ਗੱਲ ਨੂੰ ਸਿੱਧੀ ਨਿਬੇੜ ਦੇ, ਆ ਬੈਠੀ ਆਹ ਵੀ ਮਨਿੰਦਰ ਮੇਰੀ ਗੱਲ ਸੁਣ ਪੁੱਤ, ਜੇ ਤੈਨੂੰ ਕਹਿੰਦੇ ਆ ਵੀ ਘਰੇ ਰਹਿ, ਤੂੰ ਘਰੇ ਰਹਿ, ਜਿਹੜਾ ਕੰਮ ਧੰਦਾ ਕਰਨਾ ਉਹ ਆਪਦੇ ਭਰਾਵਾਂ ਦੇ ਨਾਲ ਕਰ, ਤੂੰ ਇਹਨਾਂ ਨੂੰ ਸਬੂਤ ਦੇ ਵੀ ਹਾਂ ਮੈਂ ਸਹੀ ਆ, ਤੇਰਾ ਘਰ ਵਸਦਾ ਹੋ ਜੂ ਪੁੱਤ, ਦੋ ਤੇਰਾ ਵੱਜ ਜਾਣੀ ਆ ਫਰਕ ਪੈਣ ਕੰਨੋਂ। ਸਹੀ ਕਹਿਤਾ ਦਿੱਤਾ, ਹੁਣ ਵੀ ਕੁਝ ਲਾਂਭਾ ਨਹੀਂ ਉਹਦਾ ਤੁਹਾਨੂੰ ਕਿਸੇ ਗੱਲ ਦਾ, ਬਸ ਠੀਕ ਹੈ। ਚੱਲ ਕੋਈ ਨੀ ਪੁੱਤ, ਮੇਰੀ ਗੱਲ ਸੁਣ, ਹਜੇ ਉਹ ਮੇਰੀ ਗੱਲ ਸੁਣ ਲਾ ਤੂੰ, ਹਜੇ ਉਹ ਤੂੰ ਮੰਨ ਲਾ ਵੀ ਨਸ਼ਾ ਉਹ ਕਰਕੇ ਆਇਆ, 4 ਦਿਨ ਹੋ ਗਏ ਨਸ਼ੇ ਪੱਤੇ ਚ, ਹੁਣ ਜਦੋਂ ਘਰੇ ਰਹਿਣ ਲੱਗਿਆ ਉਦੋਂ ਬਾਅਦ ਇਹਦੇ ਚ ਬਦਲਾ ਦੇਖਿਓ ਵੀ ਕੀ ਬਦਲਾ ਆਉਂਦਾ, ਫਿਰ ਤੂੰ ਯਕੀਨ ਮੰਨੀ। ਉਹ ਨਹੀਂ ਮਾਸੀ, ਪਤਾ ਕੀ ਹੈ
ਵੀ ਹੁਣ ਉਹ ਸਫ਼ਰ ਕਰਕੇ ਆਇਆ, ਤਿੰਨ ਚਾਰ ਦਿਨ ਸੁੱਤਾ ਨਹੀਂ ਗਾ, ਤਾਂ ਅੱਖਾਂ ਲਾਲ ਹੋ ਗਈਆਂ। ਹਰੇਕ ਗੱਲ ਤਾਂ ਨੀ ਬੰਦਾ ਨਸ਼ੇ ਤੇ ਲੈ ਕੇ ਜਾਂਦਾ, ਹਰੇਕ ਗੱਲ। ਤੂੰ ਵੀ ਮਾੜਾ ਮੋਟਾ ਟਕਾ ਰੱਖ ਮਨਿੰਦਰ। ਕੋਈ ਨਾ ਮਾਸੀ, ਡੇਢ ਮਹੀਨਾ ਆਏ ਲੈ ਨਾ ਲੱਗ ਜੂ ਪਤਾ ਇਹਨਾਂ ਦਾ ਵੀ। ਉਹ ਚੱਲ ਚੰਗਾ ਫਿਰ ਹੁਣ ਕੰਮ ਦੀ ਗੱਲ ਕਰ, ਚਾਹ ਪਾਣੀ ਤੇ ਲਿਆ ਦੇ ਬਣਾ ਕੇ। ਉਹਦਾ ਕਿੰਨਾ ਟਾਈਮ ਹੋਇਆ ਮਾਸੀ ਨੂੰ ਅੱਗੇ ਬੈਠਣ ਪੁੱਛਿਆ, ਆਏ ਦਾ ਇਹ ਕੰਮ 'ਚ ਤਾਜ਼ਾ ਧਿਆਨ ਨਹੀਂ ਗਾ। ਚਾਰ ਦਿਨ ਹੋ ਗਏ ਬਸ, ਇਹਦਾ ਆਈ ਧਿਆਨ ਆ ਵੀ ਕਿਸੇ ਖੂੰਜੇ ਦੇ ਵਿੱਚ ਕੋਈ ਨਸ਼ਾ ਥਿਆ ਜੇ, ਆਏ ਹੋ ਜੇ, ਇਹ ਹੋ ਜੇ, ਵੋ ਹੋ ਜੇ। ਆਏ ਮਹਿੰਗੇ ਭਾਅ ਦਾ ਨਸ਼ਾ ਪੁੱਤ, ਆਏ ਕਿ ਧਰਿਆ ਪਿਆ ਕਿਤੇ। ਮੈਨੂੰ ਵੀ ਟੈਨਸ਼ਨ ਆਉਂਦੀ ਭੈਣ ਦੀ, ਫਿਕਰ ਹੁੰਦੀ ਆ ਮੈਨੂੰ, ਨੇ ਮੇਰਾ ਨਹੀਂ ਚਿੱਤ ਲੱਗਦਾ, ਮੇਰੀਆਂ ਸਾਰੀਆਂ ਗੱਲਾਂ ਉੱਥੇ ਘੁੰਮੀ ਆਉਂਦੀਆਂ। ਮਨਿੰਦਰ ਸੋਤੇ ਦੀ ਚ ਰਹਿੰਦੀ ਆ। ਫਿਕਰ ਤਾਂ ਪੁੱਤ ਸਾਨੂੰ ਵੀ ਆ, ਸਾਨੂੰ ਕਿਹੜਾ ਨਹੀਂ, ਮੈਨੂੰ ਕਿਹੜਾ ਨਹੀਂ ਵੀ ਮੈਂ ਤੁਹਾਡੀ ਵਿਚੋਲਣਾ, ਮੈਨੂੰ ਨਹੀਂ ਅਗਲਾ ਕਹੂਗਾ। ਇੱਕ ਤਾਂ ਚੰਗੇ ਮੁੰਡੇ ਨਾਲ ਵਿਆਹ ਤੇ, ਦੂਜੀ ਨਸ਼ੇੜੀ ਨਾਲ ਵਿਆਹ ਤੀ, ਮੈਨੂੰ ਨਹੀਂ ਲਾਂਭਾ ਇਸ ਗੱਲ ਦਾ, ਮੈਂ ਵੀ ਵਰਤਣਾ ਤੇਰੇ ਮਾਂ ਪਿਓ ਨਾਲ। ਸਾਡੇ ਤੇ ਤੈਨੂੰ ਨਹੀਂ ਯਕੀਨ ਹੈਗਾ, ਤੈਨੂੰ ਤੇਰੀ ਮਾਸੀ ਦੇ ਯਕੀਨ ਤਾਂ ਹੈਗਾਗਾ, ਇਹ ਤਾਂ ਜ਼ਿੰਮੇਵਾਰੀ ਲਈ ਜਾਂਦੀ ਆ ਹੁਣ। ਐਨੇ ਰਿਸ਼ਤੇ ਕਰਾਉਣੀ ਆ, ਮੈਂ ਮੁੜ ਕੇ ਮੈਨੂੰ ਕਿਸੇ ਨੇ ਦਿਲ ਤੇ ਨਹੀਂ ਚੜਨ ਦੇਣਾ, ਅਗਲਾ ਕਹੂ ਠੱਗੀਆਂ ਕਰਵਾਉਂਦੀ ਆ ਇਹ। ਤਾਂ ਭਾਬੀ ਗੱਲੀ ਡਰੱਗ ਇੰਸਪੈਕਟਰ ਬਣੀ ਬੈਠੀ ਆ। ਬਣਾ ਨਾ ਬਣੂਗੀ ਮੈਂ ਤਾਂ, ਮੇਰੀ ਭੈਣ ਦੀ ਜ਼ਿੰਦਗੀ ਦਾ ਸਵਾਲ ਆ, ਉਹਨੇ ਵਿਚਾਰੀ ਇੱਥੇ ਆ ਕੇ ਸਾਰੀ ਉਮਰ ਰਹਿਣਾ ਤੇਰੇ ਨਾਲ। ਕਮਾਲ ਆ ਯਾਰ, ਉਹ ਤੂੰ ਕਹਿ ਦੇ ਯਾਰ ਬਸ ਮੈਂ ਨਹੀਂ ਕਰਦਾ ਤੇ ਬਸ। ਮੈਂ ਤੇਰੀ ਕਹੀ ਤਾਂ ਜਾਂਦਾ ਪਰ ਮੈਨੂੰ ਯਕੀਨ ਨਹੀਂ ਆਉਂਦਾ ਹੈਗਾ ਵੀ ਇਹ ਛੱਡ ਦੂਗਾ ਨਸ਼ੇ। ਭਾਬੀ ਮੇਰੀ ਵੀ ਅੜੀ ਆ, ਸਾਰਾ ਕੁਝ ਛੱਡੂਗਾ, ਨਸ਼ਾ ਪੱਤਾ ਛੱਡ ਕੇ, ਭੈਣ ਵੀ ਤੇਰੀ ਬਹਿ ਕੇ ਲਿਆਉਣੀ ਆ, ਗਰਾਰੀ ਆ ਮੇਰੀ ਇਹ, ਮੈਨੂੰ ਰਾਜਪਾਲ ਐਵੇਂ ਨਹੀਂ ਕਹਦੇ। ਬੇਬੇ ਓ ਬੇਬੇ, ਪਤਾ ਨਹੀਂ ਕਿੱਥੇ ਜਾ ਵੜੇ, ਟਾਈਮ ਜਾ ਵੀ ਬੜਾ ਲੱਗ ਗਿਆ। ਬੇਬੇ ਕਿੱਥੇ ਆ? ਬੇਬੇ ਤਾਂ ਨਾ ਸਵੇਰੇ ਉਹਨਾਂ ਨੂੰ ਫੋਨ ਆ ਗਿਆ ਸੀ ਨਾਨਕਿਓਂ, ਉਹਨਾਂ ਦੇ ਇੱਕ ਚੱਚ ਦਾ ਕਿਸੇ ਦੀ ਡੈਥ ਹੋ ਗਈ, ਉਹ ਤਾਂ ਉੱਥੇ ਗਏ ਆ ਵੀਰੇ ਨੂੰ ਲੈ ਕੇ। ਕਿਹਦੀ ਡੈਥ ਹੋ ਗਈ? ਮੈਨੂੰ ਤਾਂ ਆਪ ਨਹੀਂ ਪਤਾ, ਕਾਹਲੀ ਕਾਹਲੀ 'ਚ ਹੀ ਗਏ ਆ, ਕੱਲ੍ਹ ਨੂੰ ਕਹਿੰਦੇ ਆ ਵੀ ਆਉਣਗੇ। ਚੱਲ ਹੋਇਆ ਤਾਂ ਮਾੜਾ ਹੀ, ਮੈਂ ਤਾਂ ਯਾਰ ਬੇਬੇ ਨਾਲ ਗੱਲ ਕਰਨੀ ਸੀਗੀ। ਅੱਛਾ ਕੀ ਗੱਲ ਕਰਨੀ ਸੀ? ਗੱਲ ਕੀ ਕਰਨੀ ਸੀ, ਗੱਲ ਤਾਂ ਇਹ ਸੀ, ਤੈਨੂੰ ਵੀ ਦੱਸ ਦਿੰਦਾ, ਮੈਂ ਤਾਂ ਐਂ ਕਹਿੰਦਾ ਸੀ ਬੇਬੇ ਤੇ ਤੂੰ ਦੋਵੇਂ ਜਾਣੀਆਂ ਨਾ ਬਾਜ਼ਾਰ ਜਾ ਕੇ ਆਪਦੇ ਸੂਟ ਲਿਆਉਂਦੀਆਂ ਵਧੀਆ ਵਧੀਆ, ਜਾਗੋ ਤੇ ਪਾਉਣ ਵਾਲਾ ਤੇ ਵਿਆਹ ਤੇ ਪਾਉਣ ਵਾਲਾ, ਤੂੰ ਵੀ ਲਿਆ ਕੋਈ ਚੱਕ ਮੇਜੇ ਸੂਟ ਵਧੀਆ, ਇਧਰੋਂ ਮੈਂ ਪੈਂਟ ਕੋਟ ਸਵਾ ਲੈਂਦਾ ਤੇ ਕੁੜਤਾ ਆਇਆ ਮੈਂ ਸਵਾ ਲੈਂਦਾ। ਇੰਨੀਆਂ ਪਲੈਨਿੰਗਾਂ ਕਾਹਦੇ ਲਈ ਕਰੀ ਨੂੰ, ਕਿਹਦਾ ਵਿਆਹ ਆ ਗਿਆ? ਲੈ ਦੱਸ ਕਿ ਕਿਹਦਾ ਵਿਆਹ ਆ ਗਿਆ, ਤੈਨੂੰ ਪਤਾ ਨਹੀਂ ਵਿਆਹ ਆ ਗਿਆ ਮੇਰੇ ਭਰਾ ਦਾ ਰਾਜਪਾਲ ਦਾ, ਹੋਰ ਕਿਹਦਾ, ਤੇਰੀ ਭੈਣ ਨਾਲ ਹਰਪ੍ਰੀਤ ਨਾਲ, ਕਮਾਲ ਕਰਦੀਆਂ, 6 ਦਿਨ ਹੋ ਗਏ ਉਹਨੂੰ ਨਸ਼ਾ ਛੱਡੇ ਨੂੰ। ਕੋਈ ਗੱਲ ਨਹੀਂ, 6 ਦਿਨ ਹੀ ਹੋਇਆ, ਪੂਰਾ ਮਹੀਨਾ ਤਾਂ ਨਹੀਂ ਹੋਇਆ, ਹਜੇ ਤਾਂ ਹੋਰ ਦਿਨ ਟੱਪਣ ਤੋਂ ਫਿਰ ਪਤਾ ਲੱਗੂਗਾ, ਪਹਿਲਾਂ ਨਾ ਪਲੈਨਿੰਗਾਂ ਬਣਾਓ ਯਾਰ। ਮਹੀਨੇ 'ਚ ਕੀ ਰਹਿ ਗਿਆ? ਮਹੀਨਾ ਤਾਂ ਐਂ ਲੰਘ ਜੂਗਾ ਮਿੰਟਾਂ ਦੇ ਵਿੱਚ, ਹੁਣ ਅੰਦਰ ਕਿਹੋ ਜਿਹੀਆਂ ਗੱਲਾਂ ਕਰੀ ਨੇ ਤੂੰ, ਮੈਨੂੰ ਦੱਸ ਤਾਂ ਨਾ। ਫਿਰ ਇਹ ਤਾਂ ਨਹੀਂ ਹੈਗਾ ਨਾ, ਜੇ ਮਹੀਨਾ ਵੀ ਲੰਘ ਗਿਆ ਤਾਂ ਨਾਲ ਜਿਨ੍ਹਾਂ ਨੇ ਵਿਆਹ ਕਰ ਦੇਣਾ, ਹਜੇ ਕੋਈ ਨਾ ਸਾਹ ਰੁਕਾਂਗੇ ਫਿਰ ਕਰਾਂਗੇ। ਗੱਲ 1.5 ਮਹੀਨੇ ਦੀ ਹੋਈ ਆ, ਠੀਕ ਹੈ, 1.5 ਮਹੀਨੇ ਤੋਂ 1 ਦਿਨ ਉੱਤੇ ਨਹੀਂ ਟੱਪਣ ਦਿੰਦਾ ਮੈਂ, ਤੈਨੂੰ ਸਹੀ ਗੱਲ ਦੱਸਤੀ, ਮੇਰੇ ਭਰਾ ਨੇ 6 ਦਿਨ ਹੋ ਗਏ ਨਸ਼ਾ ਛੱਡਤਾ ਨਾ, ਤੇਰੇ ਉੱਥੋਂ ਰੋਟੀ ਪਾਣੀ ਖਾ ਲੈਂਦਾ, ਅੱਗੇ ਕਦੇ ਖਾਂਦਾ ਸੀਗਾ ਉਹ ਟਾਈਮ ਸਿਰ? ਮੇਰੀ ਗੱਲ ਸੁਣ ਲਾ, ਕੋਈ ਗੱਲ ਨਹੀਂ, ਚੱਲ 1.5 ਮਹੀਨੇ ਦਾ ਤੁਹਾਨੂੰ ਕਿਹਾ ਸੀਗਾ ਵੀ ਨਸ਼ਾ ਛੱਡ ਦੇ, ਪਰ ਅਸੀਂ ਐਂ ਤਾਂ ਨਹੀਂ ਕਿਹਾ ਨਾ ਵਿਆਹ 1.5 ਮਹੀਨੇ ਬਾਅਦ ਹੀ ਦੇਵਾਂਗੇ, ਅਸੀਂ ਨਸ਼ਾ ਛੱਡਣ ਦੀ ਗੱਲ ਕੀਤੀ ਸੀਗੀ, ਕੋਈ ਗੱਲ ਨਹੀਂ 6-7 ਮਹੀਨੇ ਰੁੱਕ ਕੇ ਫੇਰ ਕਰਾਂਗੇ, ਇੰਨੀ ਛੇਤੀ ਨਹੀਂ ਕਰਦੇ ਹੈਗੇ। ਛੱਡ ਹੀ ਦਿੱਤਾ, ਜਦੋਂ ਨਸ਼ਾ ਛੱਡਣ ਵਾਲਾ ਬੰਦਾ ਰਹਿੰਦਾ ਹੁੰਦਾ 1 ਦਿਨ ਨਹੀਂ ਰਹਿੰਦਾ ਹੁੰਦਾ, ਉਹਨੂੰ 6 ਦਿਨ ਹੋ ਗਏ, ਕੱਲ੍ਹ ਨੂੰ ਹਫ਼ਤਾ ਹੋ ਜਾਊਗਾ, ਆ ਕੱਲ੍ਹ ਨੂੰ ਹੱਥ ਮਾਰ ਮਾੜਾ ਜਿਹਾ। ਕੋਈ ਨਹੀਂ ਮੈਂ ਬੇਬੇ ਨਾਲ ਕਰੂੰਗਾ ਗੱਲ, ਹੁਣ ਤੁਸੀਂ ਆਪਦੀ ਜਵਾਨ ਤੋਂ ਮੁੱਕਰਦੇ ਹੋ। ਜਵਾਨ ਤੋਂ ਮੁੱਕਰਦੀ ਨਹੀਂ ਹੈਗੀ, ਮੈਂ ਤਾਂ ਐਂ ਕਿਹਾ ਵੀ ਅਸੀਂ 1.5 ਮਹੀਨੇ ਦਾ ਐਂ ਕਿਹਾ ਸੀ ਨਸ਼ਾ ਛੜਾ ਦਿਓ, ਵੀ ਨਸ਼ਾ ਛੱਡਦਾ ਕਿ ਨਹੀਂ ਛੱਡਦਾ, ਚੱਲ ਜੇ ਛੱਡਦਾ ਤਾਂ ਬਹੁਤ ਵਧੀਆ ਗੱਲ ਆ, ਕੋਈ ਗੱਲ ਨਹੀਂ, ਪਰ ਫਿਰ ਵੀ 6-7 ਮਹੀਨੇ ਤਾਂ ਰੁਕਾਂਗੇ ਅਸੀਂ। ਇੰਨਾ ਟਾਈਮ ਨਹੀਂ, 6-7 ਮਹੀਨੇ ਕਮਾਲ ਕਰੀ ਜਾਂਦੀ ਆ ਤੂੰ। ਚੱਲ ਕੋਈ ਨਾ, ਮੈਂ ਆਪੇ ਕਰ ਲੂੰਗਾ ਵਿਚੋਲਣਾ, ਗੱਲ ਵਿੱਚ ਪਈ ਸੀ ਨਾ ਵਿਚੋਲਣ, ਉਦੋਂ 1.5 ਮਹੀਨੇ ਦਾ ਕਿਹਾ ਉਹਨਾਂ ਨੇ। ਮਰ ਗਿਆ ਜਿੱਦਾਂ ਜਮਾਂ, ਕੋਹ ਕੋਹ ਤੇ ਫਿਰਦੇ ਆ ਪੁਰਜੇ। ਭਾਬੀ! ਹਾਂ ਵੀਰੇ। ਚਾਹ ਬਣਾ ਦੇ ਘੁੱਟ। ਚਾਹ ਤਾਂ ਬਣਾ ਦੇਣੇ, ਕੀ ਗੱਲ ਹੋ ਗਈ? ਚੀਸਾਂ ਹੀ ਪਈ ਜਾਂਦੀਆਂ ਹੱਡਾਂ 'ਚ, ਪਤਾ ਨਹੀਂ ਕੀ ਹੋ ਗਿਆ। ਜਾਂ ਦਵਾਈ ਲਿਆ ਫਿਰ ਜਾ ਕੇ। ਡਾਕਟਰ ਕੋਲ ਹੀ ਚੱਲਿਆ ਸੀ, ਜੇ ਚਾਹ ਪੀ ਦਿੰਦਾ ਪਹਿਲਾਂ ਵਧੀਆ ਸੀ। ਹਾਂ ਬਣਾ ਦਿੰਦੇ ਚਾਹ ਤਾਂ। ਜਲਦੀ ਬਣਾ ਦੇ, ਮੈਨੂੰ ਲੱਗਦਾ ਮਰਾਂਗੇ ਅੱਜ। ਆਨੇ ਜਾ ਔਖਾ ਹੋਈ ਜਾਂਦਾ ਸਰੀਰ, ਓਏ ਆਹ ਪਿਆ ਦੇਖ ਲਾ, ਉਹ ਲੱਡੂਆ ਚੜਾਓ ਆਏ ਪਿਆ। ਕੁਛ ਨਹੀਂ ਯਾਰ, ਖੇਤੋਂ ਆਇਆ ਸੀ। ਜਮਾਂ ਬਹਿ ਗਿਆ ਜੜਾਂ 'ਚ ਮੇਰੀਆਂ ਅੱਜ ਤਾਂ ਤੂੰ। ਕਿਆ ਕੀ ਗੱਲ ਹੋ ਗਈ? ਚੀਸਾ ਕੋਹ ਕੋਹ 'ਚ ਫਿਰਦਾ ਪੁਰ ਜਾ ਸਰੀਰ ਦਾ, ਇਕੱਲਾ ਇਕੱਲਾ। ਫਿਰ ਕਿੱਡੀ ਗੱਲ ਆ, ਚੰਗੀ ਗੱਲ ਆ ਜੇ ਨਸ਼ਾ ਛੱਡ ਦੇਗਾ ਯਾਰ। ਮੈਂ ਤਾਂ ਆਪ ਦੇਣੀਆਂ ਸਿਫਤਾਂ ਕਰਕੇ ਹਟਿਆ। ਲੱਤਾਂ ਘੁੱਟ ਫਿਰ। ਉਹ ਮੈਂ ਤੇਰੀਆਂ ਸਿਫਤਾਂ ਕਰਕੇ ਹਟਿਆ, ਤੇਰੀ ਭਰਜਾਈ ਕੋਲ ਚੜ੍ਹ ਗਈ ਓਏ। ਮੈਂ ਉਦੋਂ ਘੱਟ ਖਾ ਲਿਆ ਕਰਦਾ, ਹੁਣ ਤੇਰੇ ਖੱਲੀਆਂ ਪੈਣ ਲੱਗ ਗਈਆਂ ਵੱਡੇ ਮਿਰਜੇ ਦੇ। ਉਹ ਕਰ ਭਰਾਵਾ, ਮੇਰਾ ਤਾਂ ਕੋਈ ਨਾ ਕੋਈ ਹੱਲ, ਤੇਰੇ ਮਗਰ ਲੱਗ ਕੇ ਤਾਂ ਮਰ ਜੂੰ ਯਾਰ ਮੈਂ। ਸਮਾਨ ਸਮੂਨ ਦਾ ਹੱਲ ਕਰਕੇ ਦੇ ਕਿਸੇ ਪਾਸੋਂ। ਟੁੱਟ ਗਿਆ ਓਏ, ਛੱਡ ਦੇ ਲੱਤ ਤੇ ਯਾਰ। ਕਮਾਲ ਕਰਦਾ, ਨਾਲੇ ਹੌਲੀ ਬੋਲ,
ਹੁਣ ਕਿਹੜੇ ਹਿਸਾਬ ਨਾਲ ਨਿਕਲੀ ਕਰ ਯਾਰ ਕਿਸੇ ਤੋਂ ਤੂੰ ਕੀ ਲੈਣਾ ਤੂੰ ਭਰਾ ਦੀ ਜਾਨ ਬਚਾਉਣੀ ਆ ਕਿ ਮਰਦਾ ਦੇਖਣਾ ਚੱਲ ਕੋਈ ਨਹੀਂ ਲਾਉਣਾ ਬਹਾਨਾ ਮੈਂ ਮਨਿੰਦਰ ਓ ਮਨਿੰਦਰ ਹਾਂਜੀ ਹਾਂਜੀ ਆਉਣੀ ਆ ਆ ਗਈ ਓਏ ਸਿੱਧਾ ਹੋ ਕੇ ਬਹਿ ਜਾ ਹੁਣ ਨਾ ਵੀ ਲੱਛਣ ਕਰ ਹਾਂਜੀ ਕੀ ਹੋ ਗਿਆ ਓ ਮੈਂ ਤੈਨੂੰ ਐਂ ਕਹਿੰਦਾ ਸੀ ਬੇਬੇ ਵੀ ਹੈ ਨਹੀਂ ਗੀ ਤੇ ਨਾ ਬਾਈ ਆ ਘਰੇ ਦੇ ਬਾਈ ਹੁੰਦਾ ਤਾਂ ਮੈਂ ਉਹਨੂੰ ਉੱਧਰ ਲੈ ਜਾਂਦਾ ਸਬਜ਼ੀ ਲਾਉਣੀ ਸੀ ਅੱਜ ਤੈਨੂੰ ਪਤਾ ਤਾਂ ਹੈਗਾ ਗਾ ਹੈ ਤੇ ਮੈਂ ਉਹਨੂੰ ਨਾਲ ਲੈ ਕੇ ਆਉਣਾ ਸੀ ਦੋਨੇ ਨੇ ਸਬਜ਼ੀ ਲਾਉਣੇ ਆ ਤੇ ਚਾਹ ਤੂੰ ਅਗਰ ਚਾਹ ਬਣਾ ਕੇ ਦੇ ਸੀ ਚਾਹ ਨਾਲ ਹੀ ਲੈ ਜਾਵਾਂਗੇ ਨਾਲੇ ਮਿੱਠਾ ਵੱਧ ਪਾਲੀ ਘੱਟ ਪਾਉਣੀ ਹੁੰਦੀ ਆ ਨਾ ਇਹਨੂੰ ਕਾਹ ਤੋਂ ਲੈ ਕੇ ਜਾਣਾ ਇਹਨੂੰ ਘਰੇ ਰਹਿਣ ਦਿਓ ਤੁਸੀਂ ਇਕੱਲੇ ਲਾਇਓ ਜਾਓ ਉਹ ਦੱਸ ਮੈਂ ਇਕੱਲਾ ਮੱਥਾ ਮਾਰੀ ਜਾਵਾਂ ਨਾਲ ਕੰਮ ਕਰਾ ਦੂਗਾ ਤੂੰ ਚਾਚੇ ਦੇ ਮੁੰਡੇ ਨੂੰ ਲੈ ਜਾਓ ਨਾਲ ਉਹ ਕਰਾ ਦੂਗਾ ਕਮਾਲ ਹੋ ਗਈ ਤੇਰੀ ਇਹ ਬੰਦਾ ਨਹੀਂ ਗਾ ਕੰਮ ਕਰਾ ਦੂਗਾ ਨਾਲ ਇਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮੈਂ ਇਹਨੂੰ ਡੇਢ ਮਹੀਨਾ ਘਰੋਂ ਬਾਹਰ ਨਹੀਂ ਜਾਣ ਦੇਣਾ ਮੈਂ ਨਹੀਂ ਇਹਨੂੰ ਜਾਣ ਦਿੰਦੀ ਭਾਬੀ ਤੁਸੀਂ ਤਾਂ ਕਾਲੇ ਪਾਣੀ ਤੋਂ ਵੀ ਭੈੜੀ ਸਜ਼ਾ ਦੇਈ ਜਾਂਦੇ ਹੋ ਬਾਹਰ ਅੰਦਰ ਤਾਂ ਹੁਣ ਮੈਂ ਜਾਣਾ ਹੀ ਆ ਐਂ ਤਾਂ ਨਹੀਂ ਤੁਰਿਆ ਫਿਰਦਾ ਵੀ ਹਰ ਵਕਤ ਗਲਤੀ ਆ ਦੇਖ ਲਾ ਮੇਰਾ ਭਾਈ ਸਹੀ ਕਹਿੰਦਾ ਕਿਉਂ ਜਾ ਨਹੀਂ ਸਕਦਾ ਬਾਹਰ ਇਹ ਕਮਾਲ ਕਰਦੇ ਮੇਰੇ ਨਾਲ ਹੀ ਜਾਂਦਾ ਇਹ ਕਿਸੇ ਹੋਰ ਨਾਲ ਤਾਂ ਨਹੀਂ ਜਾਂਦਾ ਇਹਨਾਂ ਦਾ ਕਮਲਾ ਮੈਂ ਵੀ ਨਹੀਂ ਮੈਨੂੰ ਕਿਸੇ ਨਾਲ ਹੋਰ ਨਾਲ ਭੇਜ ਦੂੰਗਾ ਵੀ ਨਸ਼ਾ ਪੱਤਾ ਕਰਿਆ ਆਊਗਾ ਨਿਗਾਹ ਰੱਖਦਾ ਇਹਦੀ ਮੈਂ ਚਲੋ ਠੀਕ ਹੈ ਫਿਰ ਲੈ ਜਾਓ ਪਰ ਤੁਹਾਡੇ ਜ਼ਿੰਮੇਵਾਰੀ ਤੇ ਭੇਜ ਰਹੀ ਹਾਂ ਉਹ ਉਹੀ ਗੱਲ ਨਾ ਕਰ ਦਿਓ ਕੀ ਗੱਲ ਕਰਨੀ ਹੈ ਜਾਂ ਚਾਹ ਲੈ ਕੇ ਆ ਕੋਈ ਨਹੀਂ ਚਾਹ ਪੀ ਕੇ ਜਾਂਦੇ ਹਾਂ ਅਸੀਂ ਠੀਕ ਹੈ ਮਿੱਠਾ ਪਾਣੀ ਨਾਲੇ ਵਿੱਚ ਹੁਣ ਮਗਰ ਨੀ ਲੱਗਦਾ ਤੇਰੇ ਕਰਕੇ ਤੁਰਿਆ ਫਿਰਦਾ ਵੀ ਤੇਰਾ ਵਿਆਹ ਹੋਜੂਗਾ ਤੇਰਾ ਘਰ ਬਸ ਜੂਗਾ ਉਹ ਖਾਤੇ ਚ ਵੱਜੇ ਤੇਰਾ ਠੋਲਾ ਯਾਰ ਮਰਨਾ ਮੈਂ ਤੇਰੇ ਮਗਰ ਲੱਗ ਕੇ ਯਾਰ ਤੂੰ ਤਾਂ ਸਮਝਦਾ ਤਾਂ ਹੈ ਨੀ ਜਵਾਕਾਂ ਵਾਲੀ ਗੱਲ ਤੇਰੀ ਚੱਲ ਕੇ ਬਾਣੇ ਚ ਉਹ ਚੱਲਦੇ ਆ ਫਿਰ ਹੁਣ ਗੁਰੂਆ ਚਾਹ ਲੈ ਜਾਈਏ ਫੇਰ ਹੀ ਤੇਰਾ ਕੋਈ ਅਸਰ ਹੋਊਗਾ ਉਹ ਮਨਿੰਦਰ ਲਿਆ ਚਾਹ ਕਿਹੜੀ ਮੱਝ ਸਾਰਾ ਦਿਨ ਲੰਘ ਗਿਆ ਚੱਲ ਬਹਾਨੇ ਨਾਲ ਕੁੜੀ ਕੋਲੇ ਜਾ ਆਵਾਂਗੇ ਨਾਲੇ ਇਹਦਾ ਹਾਲ ਚਾਲ ਪੁੱਛ ਲਾਂਗੇ ਵਿਚਾਰੀ ਦਾ ਗੇਟ ਲਾਈ ਬੈਠੇ ਆ ਦੁਪਹਿਰੀ ਕਿਵੇਂ ਮਨਿੰਦਰ ਹਾਜ਼ਰ ਹਾਜ਼ਰ ਵੀਰੇ ਇੱਥੇ ਲਾ ਦਿੰਦੇ ਆ ਚੱਲ ਮੁੰਡਾ ਦਾ ਹੈਗਾ ਨਾ ਤੂੰ ਦੱਸੇ ਨਹੀਂ ਵੀਰੇ ਵੀ ਆਉਣਾ ਸੀ ਉਹ ਮੈਂ ਤਾਂ ਇੱਥੇ ਨਾਲ ਦੇ ਪਿੰਡ ਮੱਝ ਲੈਣ ਆਇਆ ਸੀ ਹੋ ਠੀਕ ਆ ਹਾਂ ਹਾਂ ਮੈਂ ਤਾਂ ਠੀਕ ਆ ਵਧੀਆ ਤੇ ਉਹ ਰੇਟ ਨਹੀਂ ਜੱਜਾ ਸਾਡਾ ਤੇ ਚੱਲ ਮੈਂ ਕਿਹਾ ਨਾਲੇ ਚਾਹ ਪੀ ਆਉਂਗਾ ਨਾਲੇ ਕੁੜੀ ਦਾ ਪਤਾ ਲੈ ਆਉਣਾ ਹਾਂ ਚਾਹ ਲਈ ਕਿਹੜੀ ਗੱਲ ਆ ਜਾ ਤੈਨੂੰ ਚਾਹ ਬਣਾ ਕੇ ਪਿਆਵਾਂ ਬੜੀ ਗਰਮੀ ਆ ਲੈ ਵੀਰੇ ਪਾਣੀ ਲੈ ਅੱਜ ਤਾਂ ਗਰਮੀ ਨੇ ਬੰਬ ਕੱਢੀ ਪਈ ਆ ਨਾ ਤੇ ਹੋਰ ਆ ਦੋ ਦਿਨ ਮੀਂਹ ਪਿਆ ਰਿਹਾ ਨਾ ਤਾਂ ਕਰਕੇ ਹੁਣ ਨਾ ਗਰਮੈਸ਼ ਜੀ ਹੋ ਗਈ ਤੇ ਦਿਨੇ ਬਾਹਰ ਦੇ ਲਾਈ ਬੈਠੋ ਕੀ ਚੱਕਰ ਆ ਘਰੇ ਨਹੀਂ ਹੈਗਾ ਕੋਈ ਕਿੱਧਰ ਗਏ ਆ ਮੰਮੀ ਤੇ ਵੱਡਾ ਵੀਰੇ ਤਾਂ ਨਾ ਇਸ ਤਰ੍ਹਾਂ ਚ ਕਿਸੇ ਦੀ ਡੈਥ ਹੋ ਗਈ ਸੀ ਉੱਥੇ ਗਏ ਦੋਨਿਆਂ ਨੇ ਅੱਛਾ ਆਕਾਸ਼ ਤੇ ਰਾਜਪਾਲ ਅੱਜ ਬਾੜੇ ਚ ਗਏ ਆ ਸਬਜ਼ੀ ਜੀ ਬੀਜਣ ਅੱਛਾ ਹੋਰ ਸੁੱਖ ਸ਼ਾਂਤੀ ਆ ਬਸ ਠੀਕ ਹੈ ਵੀਰੇ ਤੂੰ ਸੁਣਾ ਰਾ ਹਰਪ੍ਰੀਤ ਵਰਗੇ ਕਿਵੇਂ ਘਰੇ ਉਹ ਤਾਂ ਵਧੀਆ ਸਾਰੇ ਅੱਛਾ ਕੀ ਗੱਲ ਹੋਇਆ ਮੱਝ ਪਸੰਦ ਨਹੀਂ ਆਈ ਰੇਟ ਹੀ ਬੜਾ ਤੇਜ਼ ਆ ਇੰਨੇ ਰੇਟ ਦੀ ਲੈਣੀ ਨਹੀਂ ਸੀ ਆਪਾਂ ਅੱਛਾ ਚੱਲ ਕੋਈ ਤੇ ਉਹ ਰਾਜਪਾਲ ਦਾ ਕੀ ਬਣਦਾ ਹੁਣ ਹੋ ਗਏ ਬਈ 7-8 ਦਿਨ ਕਿਹੜਾ ਤਾਂ ਵੀ ਨਹੀਂ ਗਿਆ ਘਰੋਂ ਬਾਹਰ ਤੇ ਨਸ਼ਾ ਨਹੀਂ ਕੀਤਾ ਹੈਗਾ ਅੱਜ ਗਏ ਆ ਬਾਹਰ ਮੈਂ ਤਾਂ ਅੱਜ ਵੀ ਨਹੀਂ ਜਾਣ ਦਿੰਦੀ ਸੀਗੀ ਫਿਰ ਇਹ ਬਾਹਲਾ ਕਰਨ ਲੱਗ ਗਏ ਕਹਿੰਦੇ ਵੱਡਾ ਵੀਰਾ ਨਹੀਂ ਹੈਗਾ ਮੈਂ ਇਕੱਲਾ ਕਿਵੇਂ ਲਾਊਂਗਾ ਸਬਜ਼ੀ ਫਿਰ ਮੈਂ ਭੇਜਤਾ ਚੱਲ ਕੋਈ ਨਾ ਮੈਂ ਕਿਹਾ ਪਰ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਦਿਲ ਜਿਹਾ ਹੀ ਨਹੀਂ ਮੰਨਦਾ ਹੈਗਾ ਦਿਲ ਜਿਹਾ ਫਿਰ ਡਰ ਪਿਆ ਹੋਇਆ ਨਾ ਤੇਰੇ ਪਹਿਲਾਂ ਤੋਂ ਤੈਨੂੰ ਆਇਆ ਵੀ ਕਿਤੇ ਜਵਾਕੜੀ ਦੀ ਜ਼ਿੰਦਗੀ ਖਰਾਬ ਹੋ ਜੇ ਇੱਕ ਗੱਲ ਹੋਰ ਆਕਾਸ਼ ਤਾਂ ਐਂ ਕਹੀ ਜਾਂਦਾ ਕਹਿੰਦਾ ਡੇਢ ਮਹੀਨੇ ਬਾਅਦ ਹੀ ਇਸ ਦਾ ਵਿਆਹ ਲੈ ਲਾਂਗੇ ਮੈਂ ਤੈਨੂੰ ਫਿਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਸੀ ਮੈਂ ਕਿਹਾ ਇਸ ਤਾਂ 6-7 ਮਹੀਨੇ ਬਾਅਦ ਵਿਆਹ ਦੇਵਾਂਗੇ ਮੈਨੂੰ ਐਂ ਸੀਗਾ ਉਦੋਂ ਹਰਪ੍ਰੀਤ ਆਈਲੈਟਸ ਕਰ ਲੈਂਦੀ ਆਪਾਂ ਕਿਵੇਂ ਚੋਰੀਆਂ ਚੋਰੀਆਂ ਨੂੰ ਬਾਹਰ ਭੇਜ ਦਿੰਦੇ ਮੇਰਾ ਨਹੀਂ ਮਨ ਹੈਗਾ ਕਿ ਮੈਂ ਇੱਥੇ ਦਾ ਵਿਆਹ ਕਰਾਂ ਬਸ ਮੈਂ ਤਾਂ ਇੱਕ ਫਸੀ ਹੋਈ ਹਾਂ ਉਹ ਚੱਲ ਕੋਈ ਨਹੀਂ ਤੂੰ ਕੇਰਾ ਇਹਨਾਂ ਨੂੰ ਗੱਲਾਂ 'ਚ ਹੀ ਰੱਖ ਮਿੱਠੀ ਪਿਆਰੀ ਰਹੇ ਜੇ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ ਫਿਰ ਤੈਨੂੰ ਭੇਜ ਦੇਣਗੇ ਇੱਥੋਂ ਇਹ ਅਤੇ ਆਪਾਂ ਬਾਅਦ 'ਚ ਲਾਰਾ ਲੂਰਾ ਲਾ ਕੇ ਦੇਖਾਂਗੇ ਜੇ ਬੰਦਾ ਬਣ ਗਿਆ ਤਾਂ ਫਿਰ ਤਾਂ ਇਹਦੇ ਵਰਗਾ ਕੋਈ ਨਹੀਂ ਜੇ ਨਾ ਸੁਧਰਿਆ ਫਿਰ ਆਪਾਂ ਆਪਦਾ ਪਾਸਾ ਕਰਾਂਗੇ ਕਰਾਂਗੇ ਮਾੜਾ ਜਿਹਾ ਦਿਮਾਗ ਦੇ ਨਾਲ ਲੜਕੇ ਨਹੀਂ ਕੋਈ ਮਸਲਾ ਹੱਲ ਹੁੰਦਾ ਗੱਲ ਤੂੰ ਜਮਾਂ ਸਹੀ ਕਹਿਣਾ ਵੀਰੇ ਪਰ ਫਿਰ ਵੀ ਮੈਨੂੰ ਡਰ ਜਿਹਾ ਲੱਗਿਆ ਰਹਿੰਦਾ ਇਹ ਤਾਂ ਬਾਲੀ ਕਾਲੀ ਕਰੀ ਜਾਂਦੇ ਆ ਉਹ ਕਾਲੀ ਤਾਂ ਕਰਨਗੇ ਹੀ ਫਿਰ ਇਹਨਾਂ 'ਚ ਨੁਕਸ ਚੱਜ ਦੋ ਅਤੇ ਹੋਰ ਉਹੀ ਤਾਂ ਗੱਲ ਅੱਜ ਮੈਨੂੰ ਕਹੀ ਜਾਂਦਾ ਸੀ ਰਾਜਪਾਲ ਕਹਿੰਦਾ ਮੇਰੇ ਤਾਂ ਅੱਜ ਬਾਹਲਾ ਸਰੀਰ ਜਿਹਾ ਉੱਟੀ ਜਾਂਦਾ ਕਹਿੰਦਾ ਮੈਂ ਤਾਂ ਹੱਡ ਪੈਰ ਦੁਖੀ ਜਾਂਦੇ ਆ ਮੈਨੂੰ ਅੱਜ ਕੁੜੀ ਕਿਵੇਂ ਜ਼ਿੰਦਗੀ ਕੱਢੂਗੀ ਇਹਦੇ ਨਾਲ ਇਹ ਤਾਂ ਹੈ ਹੱਡ ਪੈਰ ਤਾਂ ਹੁਣ ਫਿਰ ਤੋੜ ਲੱਗ ਜੀ ਹੁਣ ਨਸ਼ਾ ਛੱਡਣਾ ਕਿਹੜਾ ਸੌਖੀ ਗੱਲ ਆ ਅਤੇ ਹੋਰ ਮੈਂ ਤਾਂ ਘਰੋਂ ਜਾਣਾ ਦਿੰਦੀ ਨਹੀਂ ਮੈਂ ਤਾਂ ਘਰੋਂ ਜਾਣਾ ਅੱਜ ਵੀ ਧੱਕਾ ਬਾਹਲਾ ਕਰਨ ਲੱਗੇ ਕਹਿੰਦੇ ਵੀ ਅਸੀਂ ਕੰਮ ਕਰਨ ਵਾਲਾ ਹੈ ਨਹੀਂ ਕੋਈ ਉਹ ਐਂ ਫਿਰ ਉਹਨੂੰ ਅੰਦਰ ਪਾ ਕੇ ਕਿੰਨਾ ਚਿਰ ਰੱਖਾਂਗੇ ਇਹ ਵੀ ਆ ਚੱਲ ਕੋਈ ਨਾ ਮੈਂ ਨਾ ਆਕਾਸ਼ ਨੂੰ ਫੋਨ ਕਰਦੇ ਨੇ ਉਹ ਵੀ ਆਜੂਗਾ ਹਨਾ ਤੁਸੀਂ ਮਾੜੀ ਗੱਲਬਾਤ ਕਰ ਲਿਓ ਉਹਦੇ ਨਾਲ ਤੁਸੀਂ ਬੈਠੋ ਮੈਂ ਚਾਹ ਲੈ ਜਾਈ ਵੜਦਾ ਕੋਈ ਨਹੀਂ ਨਾ ਬੈਠੋ ਤੁਸੀਂ ਮੈਂ ਤੁਹਾਡੇ ਤੋਂ ਚਾਹ ਲੈ ਕੇ ਆਉਣੀ ਆ ਚੱਲ ਚਾਹ ਲਿਆ ਘੁੱਟ ਉਹ ਚੱਲ ਜਰ ਲੱਡੀ
सख्त मना किया बाहर नहीं जान देना तू इत तेन आपे लिया दूंगा यार नहीं लिया के देना तू मैं पता मैं मरी जाना मैं यार एक मिनट जिड़ी चीज मेन मिल गई बस मैं तेन लिया दूंगा इतने खाली मंजे ते टुट गया ठलिया पेंदगा मर गया एक दिन वाले हो गए लाए की यार किह जा टाइम आया पे नशे पत्ते भी देख ला लोगों के घर घर जाने इन्नी क मिली है 100 रुपये की देख पाया कि मैं करी जाना ओए आ गया ओए आ जा दूजी यार जान मिलया जमाए तो की ले ओए पुक्की मिली है मैं तो इन्नी की दीती है 100 रुपये की ए पाना पट्ठा ला दू मैनू कोई ना यार खा ला हुण जड़ी मैनू मिलनी सी हुण मिल गई इहदा मुंह च ही रहू यार मसा लब्भी आ 4-5 बंदे तो मैनू जवाब ही दे गए कहिंदे खांदा नहीं करदा नहीं आईने पता फड़ाई देवे ਆ ਦੇਖੀ ਚੂਰ ਲਿਆਂਦਾ ਹੁੰਦਾ ਜਿਵੇਂ ਜਵਾਕਾਂ ਨੂੰ ਯਾਰ ਖਾਲਾ ਹੁਣ ਕਿਹੜਾ ਹੱਲ ਹੋ ਜਾਊਗਾ ਤੇਰਾ ਬਈ ਹੁਣ ਮੈਂ ਦੱਸ ਕੀ ਕਰਾਂ ਯਾਰ ਮੈਂ ਕਿਹੜਾ ਪੱਕਾ ਨਸ਼ੜੀਆਂ ਵੀ ਮੈਨੂੰ ਟਿਕਾਣਿਆਂ ਦਾ ਪਤਾ ਜਿਹੜੀ ਚੀਜ਼ ਮਿਲ ਗਈ ਮੈਂ ਤੈਨੂੰ ਲਿਆਤੀ ਯਾਰ ਇੱਕ ਤਾਂ ਖਾਣੀ ਹਫ਼ਤੇ ਬਾਅਦ ਆ ਜਮਾ ਭੋਰਤੀ ਜਮਾ ਮਾਰਤੇ ਹੋਏ ਤੂੰ ਬਾਬਾ ਮੁੜਾਇਆ ਯਾਰ ਜਮਾ ਮਾਰਤੇ ਵਾਲੀ ਕਿਹੜੀ ਗੱਲ ਰਾਜਪਾਲ ਯਾਰ ਤੇਰੇ ਕਰਕੇ ਤਾਂ ਮੈਂ ਤੁਰਦਾ ਫਿਰਦਾ ਸਾਰੇ ਪਿੰਡ ਦੇ ਵਿੱਚ ਗੇੜਾ ਮਾਰ ਕੇ ਆਏਗਾ ਠੀਕ ਹੈ ਆਹ ਜਿਹੜੀ ਮਿਲ ਗਈ ਹੁਣ ਤੂੰ ਖਾ ਲਾ ਯਾਰ ਤੂੰ ਤਾਂ ਇਹਨੂੰ ਵੀ ਨਹੀਂ ਖਾਂਦਾ ਯਾਰ ਇਹਨੂੰ ਤਾਂ ਮੈਂ ਖਾ ਲੈਣਾ ਗਾ ਗੱਲ ਤਾਂ ਐ ਆ ਵੀ ਹਿਸਾਬ ਚ ਨਹੀਂ ਆਉਣੀ ਗੱਲ ਖੜਨਾ ਹੀ ਨਹੀਂ ਸਰੀਰ ਇਹਦੇ ਨਾ ਯਾਰ ਜਿੰਨਾ ਖੜਦਾ ਕਿਰਾ ਉਹਨਾਂ ਤਾਂ ਖੜਾਲਾ ਬਾਅਦ ਚ ਮੈਂ ਕੋਈ ਨਹੀਂ ਹੋਰ ਹੱਲ ਕਰ ਦੂੰਗਾ ਪੁੱਛ ਲੈਣਾ ਕਿਸੇ ਬੰਦੇ ਨੂੰ ਹਾਲ ਤੈਨੂੰ ਪਤਾ ਕਿਹੋ ਜਿਹਾ ਹੋਇਆ ਪਿਆ ਮੇਰਾ ਮੈਨੂੰ ਆਪ ਨੂੰ ਪਤਾ ਕੀ ਬੀਤੀ ਜਾਂਦੀ ਹੈ ਮੇਰੇ ਤੇ ਇਹਨੂੰ ਤੂੰ ਖਾ ਲਾ ਠੀਕ ਹੈ ਮਾੜਿਆ ਸਬਜ਼ੀ ਦੇਖ ਲਾ ਯਾਰ ਇਹ ਵੀ ਉਹ ਵਿਚਾਲੇ ਪਈ ਹੈਗੀ ਜਾ ਮੈਨੂੰ ਨਾਲ ਪਾਣੀ ਲੈ ਕੇ ਆ ਯਾਰ ਖਾਣੀ ਆ ਮੈਂ ਦੇਖਾਂ ਕੀ ਕਰੂੰ ਚਾਹ ਨਾਲ ਨਹੀਂ ਖਾ ਸਕਦਾ ਚਾਹ ਨਾਲ ਯਾਰ ਮਰਨਾ ਮੈਂ ਹੱਥੂ ਲੈ ਕੇ ਗਰਮ ਚਾਹ ਹੈਗੀ ਚੱਲ ਮੈਂ ਲਿਆਉਣਾ ਪਾਣੀ ਤੇ ਖਾ ਕੇ ਹੁਣ ਨਾ ਆਪਦਾ ਬਾਈ ਬਣ ਕੇ ਮਾੜਿਆ ਮੇਰਾ ਕੰਮ ਕਰਾ ਦੇ ਕੰਮ ਤਾਂ ਮੈਂ ਮਰਨ ਨੂੰ ਤੱਕ ਤਾਂ ਦੇਖ ਲਾ ਲੈ ਕੰਮ ਕਰਾ ਦੇ ਇਹਦੇ ਨਾਲ ਚੱਲ ਓਏ ਗੱਲ ਬਣ ਗਈ ਤੇ ਮੈਂ ਖੜਾਤੀ ਅੱਖ ਨਾਗ ਨਹੀਂ ਸੀ ਸੀਗਾ ਯਾਰ ਦੇਸੀ ਤੋਂ ਲੈ ਕੇ ਆਇਆ ਸੀ ਬੜੀ ਚੰਗੀ ਭੁੱਖੀ ਸੀਗੀ ਬੜਾ ਚੰਦਰਾ ਸੀ ਮਾਲ ਖੜ ਗਿਆ ਬਾਈ ਬਣ ਕੇ ਨਾ ਗੋਲਾ ਜਾ ਬਣ ਗਿਆ ਸੁਣ ਲੈ ਮੇਰੀ ਹੁਣ ਇਹ ਕਮਲ ਮਰੀ ਨਾ ਇੱਥੇ ਨਾ ਮਾਰਨ ਲੱਗੇ ਜੀ ਕਮਲ ਚੰਗੀ ਭੁੱਖੀ ਆ ਚੰਗਾ ਖਾਦਾ ਹੁਣ ਤੇਰਾ ਸਰੀਰ ਬਣਿਆ ਚੁੱਪ ਚਾਪ ਬਹਿ ਜਾ ਹੁਣ ਤਾਂ 2 ਵਾਰ ਗਾਵਾਂ ਹੈਨਾ ਤੇਰੇ ਵਿਆਹ ਦੀ ਗੱਲ ਆ ਯਾਰ ਮੈਂ ਦੱਸ ਵਿੱਚੋਂ ਕੀ ਲੈਣਾ ਤੇਰਾ ਵਿਆਹ ਕਰਵਾਉਂਗਾ ਆਪੇ ਤੇ ਪਤਾ ਨਾ ਲੱਗਣ ਦੀ ਹੁਣ ਚੰਗਾ ਰੋਟੀ ਖਾਦਾ ਚੁੱਪ ਚਾਪ ਫੇਰ ਦੁਬਾਰੇ ਫੇਰ ਚੱਲਾਂਗੇ ਉਧਰ ਹੋ ਗਿਆ ਫੇਰ ਬੋਲੇ ਰੋਟੀ ਖਾ ਕੇ ਆਪਾਂ ਦੁਬਾਰੇ ਫੇਰ ਚੱਲਾਂਗੇ ਉਧਰ ਜੇ ਕਿਤੇ ਕੱਚ ਹੋਈ ਮਾੜੀ ਮੋਟੀ ਉਹ ਵੀ ਪੂਰੀ ਕਰਾ ਲਿਆਉਂਗਾ ਪਰ ਉਸ ਤੋਂ ਬਾਅਦ ਫਿਰ ਤੂੰ ਸ਼ਾਮ ਨੂੰ ਘਰੇ ਆਉਣਾ ਹੱਥ ਨੇ ਜਦੋਂ ਮੰਮੀ ਆ ਗਈ ਹਫ਼ਤੇ ਬਾਅਦ ਫਿਰ ਅੱਜ ਕਰਾਉਣੀ ਪੂਜਾ ਚੁੱਪ ਕਰ ਮਨਿੰਦਰ ਪਾਣੀ ਲੈ ਕੇ ਆਉਣਾ ਸੀ ਯਾਰ ਪਾਣੀ ਤਾਂ ਲਿਆਉਣੀ ਆ ਵੀਰਾ ਆਇਆ ਹੋਇਆ ਅੱਛਾ ਹਾਂ ਅੰਦਰ ਬੈਠਾ ਅੰਦਰ ਆ ਜਾ ਤੁਸੀਂ ਵੀ ਉਹ ਯਾਰ ਬਾਹਰ ਹੀ ਲਿਆ ਕੋਈ ਗੱਲ ਨਹੀਂ ਉਹਨੂੰ ਬਾਹਰ ਬੁਲਾ ਲੈ ਇੱਥੇ ਕਹਿ ਆ ਇੱਥੇ ਬਹਿ ਕੇ ਗੱਲਾਂ ਕਰਦੇ ਠੰਡਾ ਮੌਸਮ ਅੱਜ ਰਾਜਪਾਲ ਕਿਦਾਂ ਮੂੰਹ ਐਂ ਜੇ ਕਦ ਹੋਇਆ ਪਿਆ ਉਹ ਨਹੀਂ ਨਹੀਂ ਮਨਿੰਦਰ ਉਹ ਕੰਮ ਕਰਕੇ ਥੱਕ ਗਿਆ ਉਧਰ ਦੱਸ ਕੰਮ ਸੌਖਾ ਗਾ ਸਬਜ਼ੀ ਲੈ ਕੇ ਆਇਆ ਮੇਰੇ ਨਾਲ ਇਹ ਤਲੀ ਨਿਕਲ ਗਈ ਇਹਦੀ ਅੱਖਾਂ ਵੀ ਲਾਲ ਜਿਹੀਆਂ ਲੱਗਦੀਆਂ ਕੁਛ ਖਾਧਾ ਇਹਨੇ ਉਹ ਨਹੀਂ ਖਾਣਾ ਕੀ ਆ ਇਹਨੇ ਉਧਰ ਰੋਟੀ ਖਾਣ ਤਾਂ ਹੁਣ ਘਰੇ ਆਇਆ ਕਮਾਲ ਕਰਦੀਆਂ ਤੂੰ ਪਾਣੀ ਦੀ ਇਨਫੈਕਸ਼ਨ ਆ ਮੈਨੂੰ ਅੱਖਾਂ ਨਾ ਕੀ ਲਾਲ ਬਾਕੀ ਉਹ ਰੇਤਾ ਮਿੱਟੀ ਉੱਡੀ ਗਿਆ ਹਵਾ ਚੱਲਦੀ ਆ ਮੌਸਮ ਠੰਡਾ ਗਾ ਉਹ ਪੈ ਗਿਆ ਉਹ ਕਾਣੇ ਦੇ ਅੱਖ 'ਚ ਚਲ ਮੈਂ ਵੀਰੇ ਨੂੰ ਬਾਹਰ ਭੇਜਦੀ ਹਾਂ ਮੇਰੀ ਚੱਲ ਪੀ ਨਾ ਪਹਿਲਾਂ ਭੇਜ ਦੇ ਉਰੇ ਵੀਰੇ ਮੈਂ ਕਹੀ ਜਾਣਾ ਯਾਰ ਆ ਬਾਹਰ ਹੀ ਆ ਜਾ ਓਏ ਆ ਗਏ ਅੱਖਾਂ ਵਾਲਾ ਮੂੰਹ ਨਹੀਂ ਚਾ ਕੀ ਨਾ ਅੱਖਾਂ ਦੇਖਦੀ ਆ ਤੈਨੂੰ ਪਤਾ ਨਹੀਂ ਨਹੀਂ ਪੜਾਂਗਾ ਬਸ ਨੀਵੀਂ ਵੀ ਨਾ ਪਾ ਆ ਜੀ ਕੀ ਕਰ ਗਏ ਹੋ ਬਸ ਠੀਕ ਹੈ ਹਾਂ ਕਿਵੇਂ ਆ ਵਧੀਆ ਵਧੀਆ ਹਾਲਾ ਬਾਈ ਬਾਈ ਯਾ ਮਨਿੰਦਰ ਚਾਹ ਬਣਾ ਕੇ ਲੈ ਗਿਆ ਤੂੰ ਕਦੋਂ ਆ ਗਿਆ ਚਾਹ ਤਾਂ ਬਣਾਉਣੀ ਮੈਂ ਤਾਂ ਖਾਸਾ ਟਾਈਮ ਹੋ ਗਿਆ ਮੈਨੂੰ ਤੁਸੀਂ ਤਾਂ ਹੈ ਨਹੀਂ ਸੀ ਕਰ ਅਸੀਂ ਫਿਰ ਉਧਰ ਬਾੜੇ 'ਚ ਸੀ ਉਧਰ ਹੀ ਆ ਜਾਣਾ ਤੂੰ ਬਈ ਯਾਰ ਉਹ ਮਹਾ ਚੱਲ ਕੀ ਜਾਣਾ ਐਵੇਂ ਕੰਮ ਦੇ ਵਿੱਚ ਕੰਮ ਤਾਂ ਨੂੰ ਛਡਾਉਣਾ ਹਾਂ ਚੱਲ ਕੰਮ ਤਾਂ ਹੁਣ ਸਾਡਾ ਨਿਬੜਿਆ ਆ ਥੋੜਾ ਜਿਹਾ ਪਾਣੀ ਲਾਉਣਾ ਰਹਿ ਗਿਆ ਸਬਜ਼ੀ ਨੂੰ ਵੀ ਐ ਸਬਜ਼ੀ ਆ ਇੱਥੇ ਦੇਤੀ ਲਾਤੀ ਠੀਕ ਹੈ ਚੱਲ ਵਧੀਆ ਹੋ ਜੂਗੀ ਘਰ ਦੀ ਸਬਜ਼ੀ ਅਰਗੀ ਧਰੀ ਸੀ ਹੋਰ ਕਹਿਣ ਕੇ ਖਾਣੇ ਆ ਅਸੀਂ ਹਾਂ ਤੇ ਉਹ ਆ ਬਈ ਹੋਰ ਘਰੇ ਠੀਕ ਹੀ ਸਾਰੇ ਵਧੀਆ ਵਧੀਆ ਤੁਸੀਂ ਦੱਸੋ ਹਾਂ ਰਾਜਪਾਲ ਕਿਵੇਂ ਆ ਮੈਂ ਤਾਂ ਘੋੜੇ ਵਰਗਾ ਦੇਖ ਤੈਨੂੰ ਸਿਹਤ ਨਹੀਂ ਦੱਸਦੀ ਹੁਣ ਸਾਨੂੰ ਸੜਤਾ ਸਾਰਾ ਕੁਝ
ਵਧੀਆ ਰਹੂ ਜੇ ਛੱਡ ਦੂ ਤਾਂ ਜਾਨ ਬਚਾ ਲੂਗਾ। ਹਾਂ ਹਾਂ ਬਈ ਹੁਣ ਤਾਂ ਹੋ ਗਏ 6-7 ਦਿਨ ਇਹਨੂੰ ਛੱਡੇ ਨੂੰ। ਵਧੀਆ ਯਾਰ ਮੈਂ ਤਾਂ ਐਂ ਕਹਿਣਾ ਆਈ ਰਵੇ ਠੀਕ ਆ ਕਾਹਨੂੰ ਹੋਣ ਵਾਲੇ ਵਿਆਹ ਹੋ ਜੂਗਾ ਇਹਦਾ। ਮੈਂ ਤਾਂ ਐਂ ਕਹਿੰਦਾ ਨਸ਼ੇ ਵਾਲੇ ਬੰਦੇ ਦੀ ਜ਼ਿੰਦਗੀ ਨਹੀਂ ਕੋਈ ਹੋਰ ਕੋਈ ਫਾਇਦਾ ਨਹੀਂ ਬਾਈ ਵਧੀਆ ਰਹੇਗਾ ਜੇ ਛੱਡਤਾ ਤਾਂ ਮੂੰਹ ਜਿਹਾ ਬਾਹਲਾ ਬੱਗਾ ਜਿਹਾ ਹੋਇਆ ਪਿਆ ਤੇਰਾ। ਆਈ ਨਸ਼ਾ ਛੱਡਿਆ ਕਰਕੇ ਪਸੀਨਾ ਜਿਹਾ ਨਿਕਲ ਗਿਆ ਸਾਫ਼ ਹੋ ਜਾਂਦਾ ਬਾਬਾ ਕੀ ਆਇਆ ਨਾ ਹੁਣ ਕੰਮ ਤੇ ਲਾਇਆ ਸੀ ਦਮ ਪੱਟਿਆ ਗਿਆ ਇਹਦਾ ਤਾਂ ਹਰ ਕੇ ਐਵੇਂ ਆਉਂਦਾ ਬਾਕੀ ਰੇਤਾ ਮਿੱਟੀ ਕਿ ਨਹੀਂ ਛੱਡ ਲਿਆ ਫਰਕ ਤਾਂ ਪੈਂਦਾ। ਹਾਂ ਇਹ ਤਾਂ ਠੀਕ ਆ ਇਹ ਤਾਂ ਦੱਸ ਦਈਏ ਸਿਹਤ ਹੁਣ ਮੁੰਡੇ ਦੀ। ਬਾਕੀ ਬਾ ਮੈਂ ਤੇਰੇ ਨਾਲ ਹੀ ਗੱਲ ਕਰਨੀ ਸੀ ਬਈ ਮੈਂ ਮਨਿੰਦਰ ਨਾਲ ਵੀ ਕਰੀ ਸੀ ਸਵੇਰੇ ਇਹ ਤਾਂ ਐਵੇਂ ਕੌਲੀਆਂ ਜਿਹੀਆਂ ਮਾਰ ਦਿੰਦੀ ਆ ਕਿ 6 ਮਹੀਨੇ ਖੜਾਂਗੇ ਜੇ ਕਿੰਨਾ ਟਾਈਮ ਖੜਾਂਗੇ। ਅੱਛਾ 6 ਮਹੀਨੇ ਨਹੀਂ 1.5 ਮਹੀਨੇ ਦੀ ਗੱਲ ਹੋਈ ਆਪਣੀਆਂ ਦੇ ਵਿਚੋਲਾਂ ਦੇ ਸਾਹਮਣੇ। ਕੋਈ ਨਹੀਂ ਤਾਂ ਆਪਾਂ ਸਾਰੀ ਗੱਲ ਕਰਾਂਗੇ ਅਜੇ ਹਫ਼ਤਾ ਹੀ ਹੋਇਆ ਕੋਈ ਨਹੀਂ 1.5 ਮਹੀਨਾ ਤਾਂ ਹੋਣ ਦੇ। ਨਹੀਂ ਨਹੀਂ ਵਿਸ਼ਵਾਸ ਆ ਮੈਨੂੰ ਮੇਰੇ ਭਾਈ ਤੇ ਕੁਛ ਨਹੀਂ ਕਰਦਾ ਬਈ ਇਹ ਵਿਸ਼ਵਾਸ ਆ ਤੁਹਾਡੇ ਸਾਰਿਆਂ ਦੀ ਵਿਸ਼ਵਾਸ ਆ ਬਸ ਪਹਿਲਾਂ ਵੀ ਵਿਸ਼ਵਾਸ ਹੀ ਕੀਤਾ ਸੀ ਆਪਾਂ ਤੁਹਾਡੇ ਤੇ ਉਦੋਂ ਫਿਰ ਗੱਲ ਆਏ ਸੀ ਨਾ ਹੋਸ਼ ਪੁਣੇ ਚ ਲੱਗ ਗਿਆ ਇਹ ਜਵਾਕਾਂ ਮਗਰ ਲੱਗ ਗਿਆ ਹੋਰਾਂ ਦੇ ਕਰਦੇ ਤਾਂ ਉਦੋਂ ਵੀ ਕਦੇ ਨਾ ਕਦੇ ਸੁਣੀ ਗੱਲ ਗਿੱਦੜਾਂ ਦੇ ਸਿੰਘੀ ਚੜ੍ਹ ਗਈ ਹੈ ਵੀਰੇ ਮੈਨੂੰ ਤਾਂ ਅੱਜ ਵੀ ਐਂ ਲੱਗਦਾ ਕੁਛ ਕੀਤਾ ਹੁੰਦਾ ਰਾਜਪਾਲ ਦਾ ਇਹ ਮੰਨੇ ਨਾ ਮੰਨੇ ਰੋਟੀ ਲਾ ਲਾ ਇਹ ਬੰਦਿਆਂ ਚ ਤੇਰਾ ਖੜਨ ਦਾ ਕੀ ਕੰਮ ਅਸੀਂ ਗੱਲ ਕਰੀ ਜਾਂਦੇ ਜਦੋਂ ਚੱਲ ਕੋਈ ਨਾ ਪ੍ਰਾਹੁਣਿਆਂ ਗੱਲ ਕੋਈ ਨਾ ਬਈ ਮੇਰੀ ਜ਼ਿੰਮੇਵਾਰੀ ਆ ਜਦੋਂ ਮੈਂ ਸਾਰੀ ਗੱਲ ਆਪ ਹੀ ਚੱਕ ਲਈ ਯਾਰ ਉੱਥੇ ਤੁਹਾਡੇ ਮੈਂ ਘਰੇ ਜਾ ਕੇ ਵੀ ਕਹਿ ਕੇ ਆਇਆ ਬਜੁੱਲਣ ਨਾਲ ਵੀ ਗੱਲ ਹੋ ਗਈ ਬਾਕੀ ਮੇਰੀ ਮੰਮੀ ਹੁਣ ਘਰੇ ਹੈ ਨਹੀਂ ਤਾਂ ਤੈਨੂੰ ਸਾਰੀ ਗੱਲ ਮੇਰੀ ਮੰਮੀ ਦੱਸ ਦਿੰਦੀ ਅੱਜ ਕੱਲ੍ਹ ਤਾਂ ਮੁੰਡਾ ਪੂਰਾ ਸ਼ਰੀਫ ਆ ਹੁਣ ਤਾਂ ਚਾਹ ਵੀ ਨਸ਼ਾ ਕਰਨ ਲੱਗ ਗਈ ਦੇਖ ਲੈ ਪ੍ਰਾਹੁਣਿਆਂ ਗੱਲ ਪਤਾ ਕੀ ਆ ਹੁਣ ਕੁੜੀ ਵੀ ਐਵੇਂ ਨਹੀਂ ਕਹਿੰਦੀ ਬਿਨ ਸ਼ੱਕ ਤੋਂ ਜੇ ਉਹਨੇ ਕੋਈ ਮਾੜੀ ਮੋਟੀ ਉਹਨੂੰ ਸੂਹ ਮਿਲੀ ਆ ਤਾਂ ਹੀ ਕਹਿੰਦੀ ਆ ਉਹ ਨਹੀਂ ਨਹੀਂ ਸੂਹ ਵਾਲੀ ਗੱਲ ਨਹੀਂ ਪਤਾ ਕੀ ਸਿਸਟਮ ਆ ਗੱਲ ਤਾਂ ਐਂ ਵੀ ਜਦੋਂ ਬੰਦੇ ਦੇ ਅੰਦਰ ਸ਼ੱਕ ਵੜ ਜੇ ਠੀਕ ਹੈ ਉਹ ਆਪਾਂ ਕੱਢ ਨਹੀਂ ਸਕਦੇ ਕਹਿੰਦੇ ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ ਇਹਦੇ ਵਹਿਮ ਕਰਦੀ ਆ ਹਰੇਕ ਗੱਲ ਦਾ ਉਹ ਵਹਿਮ ਨਹੀਂ ਕਰਦੀ ਪ੍ਰਾਹੁਣਿਆਂ ਤੂੰ ਆਪਦੇ ਭਰਾ ਦੀ ਆਮੀ ਉੱਟੀ ਜਾਂਦਾ ਉਹਦੀ ਵੀ ਭੈਣ ਅਕਸਰ ਨੂੰ ਮੇਰੀ ਵੀ ਭੈਣ ਆ ਉਹ ਅਸੀਂ ਐਂ ਬਿਨ ਯਕੀਨ ਤੋਂ ਕਿਵੇਂ ਕਰਦੇ ਰਿਸ਼ਤਾ ਐਂ ਵੀ ਦੇਖ ਤੂੰ ਹੁਣ ਜਦੋਂ ਤੈਨੂੰ ਆਪਦੇ ਪ੍ਰਾਹੁਣੇ 'ਤੇ ਨਹੀਂ ਯਕੀਨ ਬਈ ਠੀਕ ਹੈ ਫਿਰ ਤਾਂ ਉਹ ਤੁਸੀਂ ਕਾਹਦੇ ਯਕੀਨ ਕਰੋਗੇ ਉਹ ਯਕੀਨ ਕਰਕੇ ਤਾਂ ਬੈਠੀ ਇੱਥੇ ਤੇਰੇ ਕੋਲ ਬਿਨ ਯਕੀਨ ਤੋਂ ਤਾਂ ਆਉਂਦੀ ਨਹੀਂ ਸੀ ਅਸੀਂ ਪਰ ਜਿਹੜੀ ਗੱਲ ਆ ਜੇ ਉਹਦਾ ਜਿੰਨਾ ਉਹਨੂੰ ਡਾਊਟ ਆ ਪਹਿਲਾਂ ਉਹਦਾ ਡਾਊਟ ਕਲੀਅਰ ਕਰੋ ਫਿਰ ਜਾ ਕੇ ਆਪਾਂ ਗੱਲ ਕਰਾਂਗੇ ਅੱਗੇ ਰਾਜਪਾਲ ਤੂੰ ਵੀ ਗੌਰ ਰੱਖਿਆ ਕਰ ਬਾਈ ਮਾੜੀ ਜੀ ਗੱਲ ਦੀ ਮੈਂ ਤਾਂ ਜਮਾ ਯਾਰ ਦੱਸੀ ਤਾਂ ਜਾਣਾ ਤੁਹਾਨੂੰ ਹੁਣ ਵੀ ਰਾਜਪਾਲ ਤੂੰ ਗੱਲ ਸੁਣ ਮੇਰੀ 7 ਦਿਨ ਆਏ ਤਾਂ ਨਹੀਂ ਬਾਲੀ ਸਿਹਤ ਬਣਦੀ ਹੁੰਦੀ ਐ ਦਾ ਪਤਾ ਬਾਈ ਆਪਾਂ ਨੂੰ ਉਹ ਤਾਂ ਮੈਂ ਤੈਨੂੰ ਸਾਰੀ ਗੱਲ ਦੱਸ ਦਿੰਦਾ ਹੁਣ ਜਦੋਂ ਆਪਾਂ ਗੱਲ ਕਰਕੇ ਆਏ ਆ ਆਪਾਂ ਤਾਂ ਇਹਨਾਂ ਤੋਂ ਟਾਈਮ ਨਹੀਂ ਮੰਗਿਆ ਵੀ ਸਾਨੂੰ 1.5 ਮਹੀਨੇ ਦਾ ਟਾਈਮ ਦਿਆ 2 ਮਹੀਨੇ ਉੱਥੇ ਇਹ 6 ਮਹੀਨੇ ਕਹਿ ਦਿੰਦੇ ਉੱਥੇ ਇਹਨਾਂ ਨੇ 1.5 ਮਹੀਨਾ ਕਿਹਾ ਮੈਂ ਤੈਨੂੰ ਬੁਲਾਇਆ ਠੀਕ ਹੈ ਜਦੋਂ ਉੱਥੇ ਸਾਰੀ ਗੱਲ ਕਲੀਅਰ ਹੋ ਗਈ ਹੁਣ ਤੁਸੀਂ 6 ਮਹੀਨੇ 7 ਮਹੀਨੇ 8 ਮਹੀਨੇ ਦੇ ਗੱਲ ਛੱਡਦੇ ਹੋ ਤੁਹਾਡੇ ਵਾਸਤੇ ਮਾੜੀ ਗੱਲ ਜਵਾਬ ਤੋਂ ਮੁੱਕਰਦੇ ਨਹੀਂ ਮੁੱਕਰਦੇ ਜਵਾਬ ਤੋਂ ਆਏ ਨਹੀਂ ਗੱਲ ਸਾਰੀ ਪਿਆਰ ਨਾਲ ਹੋਊਗੀ ਸਾਰੇ ਬੰਦਿਆਂ ਦੇ ਵਿੱਚ ਬਹਿ ਕੇ ਹੋਊਗੀ ਇਹ ਕਾਲੀ ਅੱਗੇ ਟੋਏ ਹੁੰਦੇ ਆ ਬਾਲਾ ਸੈਣਾ ਕਾਂ ਹੁੰਦਾ ਚੱਲ ਐਂ ਤਾਂ ਤੁਸੀਂ ਕੋਈ ਨਹੀਂ ਕਰ ਲਓ ਜਿੰਨੀ ਕਰਨੀ ਆ ਹੋਰ ਪੈਰਵਾਈ ਕਰ ਲਓ ਜਿਵੇਂ ਮੈਂ ਬੈਠਾ ਹਾਂ ਵੀ ਇਹ ਬੈਠਾ ਤੈਨੂੰ ਆਹ ਦਾ ਫਿਰ ਤੁਹਾਨੂੰ ਮੈਂ ਵੀ ਨਸ਼ੇੜੀ ਲੱਗਦਾ ਹਾਂ ਉਹ ਨਹੀਂ ਨਹੀਂ ਜਿਹੜੀ ਗੱਲ ਹੁੰਦੀ ਆ ਉਹ ਐਂ ਰੌਲਾ ਪਾ ਕੇ ਗੱਲ ਸੱਚਾ ਨਹੀਂ ਬਣਾਇਆ ਜਾਂਦਾ ਹੁੰਦਾ ਜਿਹੜੀ ਗੱਲ ਆ ਹੈਗੀ ਆ ਉਹ ਹੈਗੀ ਜਿਹੜੀ ਹੈ ਨਹੀਂ ਉਹ ਹੈ ਨਹੀਂ ਬਾ ਪਰ ਹਜੇ ਤੱਕ ਤਾਂ ਮੇਰੇ ਭਰਾ ਨੇ ਕੋਈ ਨਸ਼ਾ ਕੀਤਾ ਨਹੀਂ ਜਿੱਦੇ ਇਹਨੇ ਨਸ਼ਾ ਕਰ ਲਿਆ ਤੇ ਮੈਂ ਵੀ ਇਹਦਾ ਸਾਥ ਛੱਡ ਦੂੰਗਾ ਠੀਕ ਹੈ ਜਿੰਨਾ ਚਿਰ ਨਸ਼ਾ ਕਰਦਾ ਨੇ ਉਹਨੇ ਦਿੱਤਾ ਬਈ ਇਹਦੇ ਨਾਲ ਖੜੂੰਗਾ ਮੈਂ ਹੱਕ ਬਣਦਾ ਬਾਈ ਤੇਰਾ ਹੱਕ ਬਣਦਾ ਉਹਨਾਂ ਚਿਰ ਤਾਂ ਨਾਲ ਨਸ਼ਾ ਕਰ ਲਿਆ ਤਾਂ ਮੈਂ ਹੀ ਛੱਡ ਦੂੰਗਾ ਆਪਦਾ ਸਾਥ ਬਸ ਕੋਈ ਨਹੀਂ ਆਪਾਂ ਟਕਿਆਈ ਨਾਲ ਗੱਲ ਕਰਦੇ ਹਾਂ ਮਾਂ ਨਾ ਕਰੂੰਗਾ ਜਾ ਕੇ ਗੱਲ ਵੀ ਗੱਲ ਠੀਕ ਆ ਵੀ ਹੁਣ ਗੱਲ ਦੀ ਸਿਰੇ ਲੱਗਣ ਯੋਗ ਹੈਗੀ ਆ ਬਸ ਤੁਸੀਂ ਉਹ ਕੁੜੀ ਨਾਲ ਵੀ ਗੱਲ ਕਰ ਲਿਓ ਵੀ ਕਿਵੇਂ ਕਹਿੰਦੀ ਆ ਉਹ ਠੀਕ ਆ ਮੈਂ ਗੱਲ ਸੁਣੀ ਸੀ ਕਿ ਬਾਹਰ ਜਾਣਾ ਐਂ ਕਰਨਾ ਕਰ ਕਹਿੰਦੇ ਸੀਗੇ ਅਸੀਂ ਬਾਹਰ ਦਾ ਵੀ ਕਰਾ ਲਾਂਗੇ ਸਾਰਾ ਕੁਛ ਠੀਕ ਆ ਵੀ ਐਂ ਤਾਂ ਹੈ ਨਹੀਂ ਵੀ ਆਪਾਂ ਕੁਛ ਕਰ ਨਹੀਂ ਸਕਦੇ ਜਿਹੜਾ ਮੇਰਾ ਭਰਾ ਜਿੰਮਾ ਲਾ ਬੈਠਾ ਗਾ ਜਿਹਨੂੰ ਬਾਹਰ ਲੈ ਜੂਗੀ ਤਾਂ ਆਪਾਂ ਉਹਦੇ 4 ਪੈਸੇ ਲਾ ਕੇ ਵੀ ਬਾਹਰ ਭੇਜਾਂਗੇ ਬਾਹਰ ਪਹਿਲਾਂ ਵਿਆਹ ਕਰਾਵਾਂਗੇ ਬਾਈ ਅਸੀਂ ਉਹ ਤਾਂ ਸਾਰਾ ਕੁਛ ਹੀ ਹੋਊ ਫਿਰ ਜਦੋਂ ਆਪਾਂ ਗੱਲ ਆਪਣਾ ਮਾਰਾਂਗੇ ਆਪ ਹੀ ਕਾਲੀ ਅੱਗੇ ਆਪੇ 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 ਛੱਡ ਕੇ ਆਇਆ ਕਰੂਗਾ ਆਪੇ ਸੈਂਟਰ ਤੋਂ ਲੈ ਕੇ ਆਇਆ ਕਰੂਗਾ ਸਾਰਾ ਕੁਛ ਠੀਕ ਹੈ ਜਿਵੇਂ ਮੰਨ ਲਾ ਵੀ ਜਿਹੜੀ ਵੀ ਚੀਜ਼ ਚਾਹੀਦੀ ਹੋਊਗੀ ਉਹਨੂੰ ਲੋੜ ਵਾਲੀ ਚੀਜ਼ ਮਿਲੂਗੀ ਪਰ ਇਹ ਗੱਲ ਨਹੀਂ ਹੈਗੀ ਵੀ ਹਾਂ ਵੀ ਹੁਣ ਇਹਨੇ ਨਸ਼ਾ ਛੱਡਤਾ ਤੇ ਆਪਾਂ ਉਹੀ ਤੌਮਤਾ ਲਾਈ ਜਾਈਏ ਬੰਦੇ ਤੇ ਉਹ ਪ੍ਰਾਹੁਣਿਆਂ ਚੀਜ਼ਾਂ ਨਾਲ ਥੋੜੀ ਜ਼ਿੰਦਗੀ ਲੰਘਦੀ ਹੁੰਦੀ ਆ ਇਕੱਲੀਆਂ ਚੀਜ਼ਾਂ ਕੀ ਕਰਨਗੀਆਂ ਇਹ ਨਸ਼ਾ ਪੱਤਾ ਕਰਕੇ ਡਿੱਗਿਆ ਪਿਆ ਹੋਵੇ ਤੇ ਮੇਰੀ ਭੈਣ ਨੂੰ ਕੋਈ ਦਵਾਈ ਦਵਾਉਣ ਨਾ ਜਾਵੇ ਐਂ ਥੋੜੀ ਜ਼ਿੰਦਗੀ ਲੰਘ ਜੂਗੀ ਉਹਦੀ ਇਹ ਗੱਲ ਤੋਂ ਡਰਦੇ ਹਾਂ ਅਸੀਂ ਇਕੱਲਾ ਪੈਸਾ ਹਥੇਲੀ ਚੀਜ਼ਾਂ ਨਾਲ ਨਹੀਂ ਜ਼ਿੰਦਗੀ ਲੰਘਦੀ ਹੁੰਦੀ ਉਹ ਪ੍ਰਾਹੁਣਿਆਂ ਜੇ ਬੰਦਾ ਦੁੱਖ ਸੌਖੀ ਨਾ ਸੁਣੇ ਫਿਰ ਉਹ ਜਿਹੇ ਬੰਦੇ ਤੋਂ ਕੀ ਕਰਾਉਣਾ ਮੈਨੂੰ ਤੂੰ ਐਂ ਦੱਸ ਕੁੜੀ ਵਾਲਿਆਂ ਦੇ ਕੰਨ ਕੱਚੇ ਹੁੰਦੇ ਆ ਧੀ ਦੇ ਨਹੀਂ
ਇਹਨੇ ਨਸ਼ਾ ਛੱਡਤਾ ਉਹ ਤਾਂ ਤੁਸੀਂ ਕਿਸੇ ਨਿਰਣੇ ਤੇ ਉਤਰੂਗੇ ਹੀ ਉਹ ਤਾਂ ਫੈਸਲਾ ਲਾਉਂਗੇ ਕੋਈ ਨਾ ਕੋਈ ਜਦੋਂ ਅਸੀਂ ਤੈਨੂੰ ਕਹੀ ਜਾਂਦੇ ਆ ਵੀ ਤੇਰੀ ਗੱਲ ਅਸੀਂ ਮੋੜਦੇ ਨਹੀਂ ਪਰ ਅਸੀਂ ਆਪਦੀ ਤਸੱਲੀ ਤੇ ਕਰਾਂਗੇ ਸਾਰਾ ਕੁਝ ਇਹ ਗੱਲ ਤਾਂ ਤੁਸੀਂ ਸਮਝਦੇ ਹੋ ਨਾ ਤਸੱਲੀ ਹੈ ਬਸ ਤਸੱਲੀ ਅੱਜ ਕਰ ਲਓ ਜੇ ਤੁਹਾਨੂੰ ਐਂ ਲੱਗਦਾ ਵੀ ਇਹਨੇ ਨਸ਼ਾ ਖਾਧਾ ਜਦੋਂ ਤੁਹਾਨੂੰ ਮੈਂ ਕਹੀ ਜਾਂਦਾ ਵੀ ਅਸੀਂ ਉਧਰੋਂ ਕੰਮ ਕਰਕੇ ਆਏ ਹਾਂ ਧੂੜ ਮਿੱਟੀ ਅੱਖ ਦੇ ਵਿੱਚ ਪਏਗੀ ਪਰ ਉਹ ਮੰਨਦੀ ਨਹੀਂ ਠੀਕ ਹੈ ਉਹਦੇ ਮਨ ਦੇ ਵਿੱਚ ਹਜੇ ਵੀ ਇਹੀ ਵਹਿਮ ਆ ਕਿ ਇਹ ਨਸ਼ਾ ਕਰਕੇ ਆਇਆ ਬਾਹਰੋਂ ਨਾ ਮੈਂ ਇਹਦਾ ਭਰਾ ਮੈਨੂੰ ਨਾਲ ਲਿਜਾ ਕੇ ਕਿਵੇਂ ਨਸ਼ਾ ਕਰਵਾ ਲਿਆਊਂਗਾ ਤੁਸੀਂ ਇਸ ਗੱਲ ਨੂੰ ਸਮਝੋ ਜੇ ਇਸ ਹਜੇ ਵੀ ਤੁਹਾਡਾ ਸ਼ੱਕ ਆ ਇਸ ਗੱਲ ਦੇ ਵਿੱਚ ਇਹਨੂੰ ਨਾਲ ਲੈ ਜਾਓ ਠੀਕ ਹੈ ਡੋਪ ਟੈਸਟ ਕਰਾ ਲਓ ਜੇ ਵਿੱਚ ਨਸ਼ਾ ਆ ਗਿਆ ਆਹ ਚੱਪਲ ਅਤੇ ਆਹ ਇਹਦਾ ਸਿਰਾ ਸਿਰੀ ਸਿਰ ਕੁੱਟਿਓ ਉਹ ਨਹੀਂ ਬਾਈ ਇਹ ਗੱਲ ਨਹੀਂ ਯਾਰ ਸੱਤ ਦਿਨਾਂ 'ਚ ਕਿਹੜਾ ਡੋਪ ਟੈਸਟ ਉਹਨਾਂ ਦਾ ਤੂੰ ਜਵਾਕਾਂ ਵਾਲੀਆਂ ਗੱਲਾਂ ਕਰਦਾ ਯਾਰ ਸੱਤ ਦਿਨਾਂ 'ਚ ਕੀ ਪਤਾ ਲੱਗੂਗਾ ਗੱਲ ਸੁਣ ਸਾਊਗਾ ਥਰੱਸਾ ਸਿਰੇ 'ਤੇ ਗੰਧ ਵਹਿਮ ਦਾ ਇਲਾਜ ਨਹੀਂ ਕੋਈ ਠੀਕ ਆ ਕਿਸੇ ਸਾਇੰਟਿਸਟ ਕੋਲ ਇਹਦਾ ਹੱਲ ਨਹੀਂ ਹੈਗਾ ਭਾਈ ਅਸੀਂ ਤਾਂ ਕੀ ਦੇਖਣਾ ਰਾਜਪਾਲ ਅਸੀਂ ਤਾਂ ਤੇਰੇ ਚੰਗੇ ਨੂੰ ਹੀ ਭਜਦੇ ਹਾਂ ਸਾਰੇ ਜਣੇ ਤੂੰ ਗੱਲ ਤੂੰ ਵੀ ਦਿਮਾਗ 'ਚ ਪਾਲਾ ਇਹ ਚੀਜ਼ਾਂ 'ਚ ਕੁਛ ਨਹੀਂ ਰੱਖਿਆ ਅਸੀਂ ਵੀ ਫਿਰ ਉਹੋ ਜਿਹੀ ਕਰਾਂਗੇ ਜਿਹੋ ਜਿਹੀ ਤੁਸੀਂ ਕਰੋਗੇ ਮੁੜ ਕੇ ਮੂਹਰੋਂ ਫਿਰ ਕਰੋਗੇ ਗੁੱਸਾ ਤੁਸੀਂ ਅਸੀਂ ਤਾਂ ਹੁਣ ਪ੍ਰਾਹੁਣੇ ਦੇ ਮੂੰਹ ਨੂੰ ਨਹੀਂ ਬੋਲਦੇ ਕਿਸੇ ਗੱਲ 'ਤੇ ਯਾਰ ਤੁਹਾਨੂੰ ਯਾਰ ਸ਼ਿਕਾਇਤ ਨਹੀਂ ਆਉਂਦੀ ਕੋਈ ਫਿਰ ਬੋਲ ਸਕਦੇ ਤੁਸੀਂ ਉਹਨਾਂ ਟਾਈਮ ਨਹੀਂ ਐਂ ਤਾਂ ਕੋਈ ਚੱਕਰ ਨਹੀਂ ਯਾਰ ਐਂ ਤਾਂ ਸਾਰਾ ਕੁਛ ਆਪਾਂ ਰਲ ਮਿਲ ਕੇ ਗੱਲਾਂ ਹੋਣਗੀਆਂ ਪਰਿਵਾਰ ਆਪਣਾ ਯਾਰ ਐਂ ਤਾਂ ਕੋਈ ਆਪਾਂ ਕਿਹੜਾ ਪਹਿਲਾ ਰਿਸ਼ਤਾ ਆਪਣਾ ਦੂਜਾ ਰਿਸ਼ਤਾ ਆਉਣਾ ਇੱਥੇ ਯਾਰ ਬਾਬਾ ਕੋਈ ਨਹੀਂ ਆ ਜਾਣ ਦੋ ਮੰਮੀ ਨੂੰ ਆ ਜਾਣ ਦੋ ਤੇ ਵੱਡੇ ਬਾਈ ਨੂੰ ਆ ਜਾਣ ਦੋ ਅਸੀਂ ਵੀ ਕਰਦੇ ਹਾਂ ਗੱਲ ਠੀਕ ਹੈ ਸੱਤ ਦਿਨ ਤਾਂ ਹੋ ਹੀ ਗਏ ਦਿਨ ਕੀ ਰਹਿ ਗਏ ਪਿੱਛੇ ਮਹੀਨਾ ਆਇਆ ਤਾਂ ਮਿੰਟਾਂ 'ਚ ਲੰਘ ਜਾਂਦਾ ਇਹ ਤਾਂ ਫਿਰ ਬੈਠ ਕੇ ਕਰਦੇ ਹਾਂ ਗੱਲ ਸਾਰਿਆਂ ਨੇ ਹਾਂ ਹਾਂ ਉਦੋਂ ਆਪਾਂ ਬਸ ਪੂਰੀ ਤਸੱਲੀ ਤੇ ਕਰਾਂਗੇ ਬਾਕੀ ਜੇ ਤੁਹਾਨੂੰ ਲਾਡੀ ਤੇ ਨਹੀਂ ਤਸੱਲੀ ਹੈਗੀ ਫਿਰ ਬਸ਼ੱਕ ਦੇਖ ਲਓ ਜਿਵੇਂ ਮਰਜ਼ੀ ਕਰ ਨਹੀਂ ਨਹੀਂ ਕਾਸ਼ 'ਚ ਤਾਂ ਤਸੱਲੀ ਆ ਸਾਨੂੰ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਫਿਰ ਠੀਕ ਚੱਲ ਮੈਂ ਵੀ ਫਿਰ ਮਨਿੰਦਰ ਕੋਲੇ ਜਾ ਉਹਨਾਂ ਦੇ ਜਾਣਾ ਮੈਂ ਵੀ ਘਰੇ ਯਾਰ ਫਿਰ ਨੀਰੇ ਚਾਰੇ ਦਾ ਟਾਈਮ ਹੋ ਆਉਂਦੇ ਬੇ ਆ ਗਏ ਹਾਂ ਪਤਾ ਆ ਗਏ ਦਿਨ ਦੇ ਵਾਲੇ ਲਾ ਜਾਂਦੇ ਤੇ ਕੀ ਚੱਲੀ ਬਸ ਲੱਗ ਹੀ ਗਿਆ ਟਾਈਮ ਆ ਚੱਲ ਭੋਤ ਬਾਅਦ ਹੀ ਜਾਵਾਂਗੇ ਬਾਰੀ ਬਾਰੀ ਆਉਣ ਨਾਲ ਮਨਿੰਦਰ ਪਾਣੀ ਲੈ ਕੇ ਆ ਬੇਬੇ ਤੇ ਬਾਈ ਅਰਗੇ ਆ ਗਏ ਨਹੀਂ ਕੀ ਗੱਲ ਹੋ ਗਈ ਸੀਗੀ ਹੋਣਾ ਕੀ ਹੈ ਪੁੱਤ ਨਸ਼ੇ ਕਰਦਾ ਸੀਗਾ ਬਥੇਰਾ ਰੋਕਿਆ ਸਾਰਿਆਂ ਨੇ ਕਿਹਾ ਨਸ਼ੇ ਦਾ ਤਾਂ ਨਹੀਂ ਕਿਸੇ ਦੀ ਗੱਲ ਮਾੜਾ ਹੀ ਆ ਨਤੀਜਾ ਨਸ਼ੇ ਦਾ ਤਾਂ ਤਾਂ ਹੀ ਤਾਂ ਤੇਰੇ ਨਾਲ ਮੱਥਾ ਮਾਰਦੇ ਆ ਕਿਉਂ ਟੱਕਰਾਂ ਮਾਰਦੇ ਆ ਐਡੇ ਐਡੇ ਜਵਾਕ ਆ ਐਡੇ ਐਡੇ ਰੋਂਦੇ ਨਹੀਂ ਦੇਖੇ ਗਏ ਯਾਰ ਮੇਰੇ ਨਾਲ ਕੰਪੇਅਰ ਕਰ ਦਿੰਦੇ ਹਰੇਕ ਨੂੰ ਜੇ ਮਰਜੇ ਕੋਈ ਓਏ ਫਿਰ ਹੁਣ ਤਾਂ ਤੂੰ ਵੀ ਤਾਂ ਉਸੇ ਰਾਹ ਤੇ ਆ ਹੋਰ ਤੈਨੂੰ ਕਿਉਂ ਕਹਿੰਦੇ ਆ ਆ ਲਾਡੀ ਤੋਂ ਤੇਰੇ ਚੰਗੇ ਨੂੰ ਕਹਿੰਦੇ ਆ ਕੋਲੇ ਰਹਿੰਦਾ ਮੇਰੇ ਹਫਤਾ ਹੋ ਗਿਆ ਲਾਡੀ ਤੋਂ ਕੁਛ ਨਹੀਂ ਬਾਈ ਕੁਛ ਨਹੀਂ ਖਾਂਦਾ ਪੀਂਦਾ ਹੁਣ ਇਹ ਜਿੱਦੇ ਦੀ ਨਾ ਗੱਲ ਕਰੀ ਹੈ ਨਾ ਵੀ ਨਸ਼ਾ ਛੱਡ ਦੇ ਫਿਰ ਤੇਰਾ ਵਿਆਹ ਹੋ ਜਾਊਗਾ ਉਦੋਂ ਦਾ ਨੇ ਨਸ਼ੇ ਨੂੰ ਟੱਚ ਵੀ ਨਹੀਂ ਕਰਿਆ ਘਰੇ ਹੀ ਤਾਂ ਰਹਿੰਦਾਗਾ ਆ ਮਨਿੰਦਰ ਨੂੰ ਪੁੱਛ ਲਓ ਮੈਨੂੰ ਕੀ ਪੁੱਛ ਲਓ ਡਰਾਮੇ ਕਰ ਦਿਓ ਮੇਰੇ ਅੱਗੇ ਕਿਉਂ ਛੱਡਿਆ ਵੀਰੇ ਨਸ਼ੇ ਕਰਦੇ ਆ ਆ ਕੱਲ ਲੈ ਕੇ ਗਿਆ ਸੀ ਇਹਨੂੰ ਬਾਹਰ ਤੇ ਜਦੋਂ ਆਇਆ ਨਾ ਨਾ ਤੇ ਤੋਂ ਬੋਲਿਆ ਜਾਂਦਾ ਸੀਗਾ ਤੇ ਅੱਖਾਂ ਵਿੱਚ ਦੇ ਲਾਲ ਲਾਲ ਸਿੰਘ ਆ ਉਹ ਤੈਨੂੰ ਮੈਂ ਇੱਕ ਵਾਰੀ ਤੈਨੂੰ ਮੈਂ 50 ਹੀ ਗੱਲ ਕਹੀਦੀ ਵੀ ਅਸੀਂ ਕੰਮ ਕਰਕੇ ਆਏ ਸੀ ਰੇਤਾ ਮਿੱਟੀ ਪੈ ਗਿਆ ਅੱਖ ਦੇ ਵਿੱਚ ਤੂੰ ਸੁਣ ਲਿਆ ਕਰ ਕਿਉਂ ਰਾਜਪਾਲ ਦੇ ਉਂਗਲ ਚੱਕਦੀਆਂ ਬਾਰ ਬਾਰ ਤੂੰ ਇਹ ਤਾਂ ਯਾਰ ਹਰ ਵਕਤ ਨੈਗੇਟਿਵ ਹੀ ਸੋਚਣਗੇ ਬਸ ਜਿੰਨਾ ਮਰਜ਼ੀ ਸਫਾਈ ਦੇ ਲਾ ਤੂੰ ਉਹੀ ਤਾਂ ਮੈਂ ਕੀ ਨਾ ਮਾਤੀ ਖਿੱਚੀ ਪਿੱਛੇ ਤੇਰੇ ਭਰਾ ਨੂੰ ਵੀ ਯਕੀਨ ਦਵਾਤਾ ਸੀ ਹੁਣ ਤੈਨੂੰ ਵੀ ਨਹੀਂ ਯਕੀਨ ਹੁੰਦਾ ਮੇਰੀ ਗੱਲ ਸੁਣ ਰਾਜਪਾਲ ਤੈਨੂੰ ਬਾਹਰ ਜਾਣ ਦੀ ਕੀ ਲੋੜ ਹੈ ਤੂੰ ਆਦਾ ਚੁੱਪ ਕਰਕੇ ਘਰੇ ਬੈਠਾ ਰਹਿ ਕਰੀ ਬੈਠਾ ਮੈਂ ਬਾਹਰ ਤਾਂ ਬਾੜੇ 'ਚ ਗਏ ਸੀਗੇ ਕੰਮ ਕਰਨ ਵਾਸਤੇ ਸਬਜ਼ੀ ਲਾ ਦਾਂਗੇ ਉਹ ਬੇਬੇ ਇਹ ਤਾਂ ਐਵੇਂ ਮਾਰੀ ਜਾਂਦੀ ਆ ਨਸ਼ਾ ਰਾਜਪਾਲ ਨੇ ਛੱਡਤਾ ਹੁਣ ਸਬਜ਼ੀ ਲਾਈ ਉਧਰ ਸਬਜ਼ੀ ਬਾਈ ਤਾਂ ਤੇਰੇ ਨਾਲ ਜਾ ਵੜਿਆ 7-8 ਦਿਨ ਹੋ ਗਏ ਤੁਹਾਨੂੰ ਉੱਥੇ ਜਾ ਕੇ ਬੈਠਿਆਂ ਨੂੰ ਹੁਣ ਮੈਂ ਤਾਂ ਕੰਮ ਕਰਾਉਣਾ ਸੀ ਇਹ ਤੋਂ ਲੈਣਾ ਸੀ ਕੰਮ ਇੱਥੇ ਘਰੇ ਪਿਆ ਮੈਂ ਤਾਂ ਨਹੀਂ ਚੱਲਿਆ ਗਿਆ ਮੈਂ ਨਾਲ ਲੈ ਗਿਆ ਇੱਕ ਗੱਲ ਦੀ ਰਟਾ ਲਾਈ ਬੈਠਾ ਬਸ ਨਸ਼ਾ ਕਰਦਾ ਨਸ਼ਾ ਕਰਦਾ ਯਾਰ ਕਿਤੇ ਹੋਰ ਵੀ ਗੱਲ ਜਦੋਂ ਇਹ ਨਸ਼ਾ ਕਰਦਾ ਸੀ ਉਹਦੇ ਰੂਸ ਵੀ ਗਏ ਸੀ ਤੇ ਹੁਣ ਦੇਖ ਲਓ ਕਿ ਗੱਲ ਸੁਣ ਮੇਰੀ ਇਹ ਦਾਈਆਂ ਤੋਂ ਢਿੱਡ ਨਹੀਂ ਲੁਕਦੇ ਹੁੰਦੇ ਉਹ ਨਾਈਆਂ ਨੂੰ ਵਾਲ ਮੂਹਰੇ ਡਿੱਗਣਗੇ ਅਸੀਂ ਤਾਂ ਇਸ ਗੱਲਾਂ ਨੂੰ ਰੋਨੇ ਆ ਆ 8 ਦਿਨ ਹੋ ਗਏ ਤੁਹਾਨੂੰ ਦੇਖੀ ਜਾਂਦੇ ਨੂੰ ਉਹ ਜਵਾਕਾਂ ਦਾ ਕੀ ਕਸੂਰ ਸੀ ਮੈਨੂੰ ਐਂ ਤਾਂ ਦੱਸ ਦਿਓ ਨਿੱਕੇ ਨਿੱਕੇ ਜਵਾਕ ਆ ਗਏ ਗਾਹਾਂ ਉਹਦੀ ਵੀ ਕਿੰਨੀ ਕੁ ਉਮਰ ਆ ਵਿਚਾਰੀ ਦੀ ਹੈ ਉਹ ਕਿਵੇਂ ਉਹੀ ਗੱਲ ਉਹਨਾਂ ਨੂੰ ਪਾਲੂਗੀ ਉਹ ਬੇਬੇ ਉਹ ਤਾਂ ਫਿਰ ਉਹ ਨਸ਼ਾ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਸੀ ਜਦੋਂ ਉਹਨੇ ਨਹੀਂ ਸੋਚਿਆ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਇਹਨੂੰ ਸਮਝਾਇਆ ਇਹ ਸਮਝ ਗਿਆ ਹੁਣ ਜਾਂਦਾ ਨਹੀਂ ਉਸ ਰਾਹ ਤੇ ਬਸ ਠੀਕ ਹੈ ਗੱਲ ਉਹ ਵਧੀਆ ਰਹੂਗਾ ਨਾ ਜਾਊਗਾ ਤਾਂ ਹੀ ਟੱਕਰਾਂ ਹੋਰ ਅਸੀਂ ਕੀ ਕਹਿੰਦੇ ਆਹੀਂ ਅਸੀਂ ਸਮਝਾਈ ਜਾਂਦੇ ਆ ਵੀ ਭਾਈ ਚੱਲ ਠੀਕ ਆ ਜਿਹੜਾ ਕੁਝ ਹੋ ਗਿਆ ਗਲਤੀਆਂ ਹੋ ਜਾਂਦੀਆਂ ਹੁਣ ਤਾਂ ਸੁਧਰ ਜਾ ਕੋਈ ਘਰ ਵੱਜ ਜੂਗਾ ਚਾਹ ਵੀ ਘਟਾਤੀ ਯਾਰ ਮੈਂ ਤਾਂ ਹੁਣ ਇਸ ਗੱਲ ਦੇ ਮਾਰੇ ਨੇ ਬੇਬੇ ਚੱਲ ਮੈਨੂੰ ਭੁਲੇਖਾ ਲੱਗ ਗਿਆ ਹੋਊਗਾ ਹੈ ਮੇਰੇ ਭਰਾ ਨੇ ਮੈਨੂੰ ਪਾਸੇ ਹੋ ਕੇ ਗੱਲ ਕਹੀ ਹੈ ਵੀ ਰਾਜਪਾਲ ਨਸ਼ੇ 'ਚ ਲੱਗਦਾ ਮੈਨੂੰ ਦੱਸ ਉਹਨੂੰ ਭੁਲੇਖਾ ਕਿਵੇਂ ਲੱਗ ਸਕਦਾ ਉਹਨੂੰ ਪਰਖੀ ਹੈ ਨਹੀਂ
ਚੱਲ ਕੋਈ ਨੀ ਮਨਿੰਦਰ, ਤੂੰ ਵੀ ਮਾੜੀ ਮੋਟੀ ਜਨਾਜ਼ ਜਨਾਜ਼ ਰੱਖ। ਕੋਈ ਗੱਲ ਨੀ, ਆਪਾਂ ਵੇਖਦੇ ਹਾਂ, ਹਜੇ ਟਾਈਮ ਪਿਆ ਗਾ। ਬਸ ਮੰਮੀ ਆਹੀ ਤਾਂ ਡਰ ਆ ਵੀ ਟਾਈਮ ਪਿਆ, ਥੋੜਾ ਟਾਈਮ ਰਹਿ ਗਿਆ, ਮੈਨੂੰ ਕੀ ਪਤਾ ਲੱਗਦਾ ਹੁਣ ਕੀ ਕਰਦੇ ਕੀ ਨਹੀਂ। 15 ਦਿਨ ਟੱਪ ਗਏ, ਠੀਕ ਹੈ, ਤੇ ਪਿੱਛੇ ਦਿਨ ਰਹਿ ਗਏ ਮਤਲਬ 28-29। ਮੈਂ ਤੁਹਾਨੂੰ ਸਹੀ ਗੱਲ ਦੱਸਦੀ, ਉਦੋਂ ਬਾਅਦ ਵਿੱਚ ਜਦੋਂ ਇਹਨੇ ਕੁਛ ਨਾ ਖਾਧਾ ਤਾਂ ਵਿਆਹ ਕਰਵਾ ਕੇ ਲੈ ਕੇ ਆਵਾਂਗੇ। ਬਾਹਲਾ ਨਾ ਬੋਲੀ, ਤੈਨੂੰ ਮੇਰੇ ਤੇ ਤਾਂ ਯਕੀਨ ਆ ਨਾ, ਐਵੇਂ ਤਾਂ ਨਹੀਂ ਗੱਪ ਮਾਰਦਾ ਮੈਂ। ਆ ਦੇਖ ਲੈ ਬਈ, ਅੱਖਾਂ 'ਚ ਘੱਟਾ ਪਾਉਂਦੇ ਆ, ਇਹਨਾਂ ਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਦਾ, ਸਾਰੀਆਂ ਗੱਲਾਂ ਦਾ ਪਤਾ ਲੱਗਦਾ। ਉਹ ਤੁਸੀਂ ਤਾਂ ਬਈ ਸਾਰੇ ਇੱਕੋ ਜਿਹੇ ਹੋਏ ਪਏ ਹੋ, ਕੰਜਰਾਂ ਵਰਗੇ ਹੋ ਗਏ, ਇਹਨਾਂ ਨਾਲ ਮੱਥਾ ਮਾਰੀ ਚੱਲ, ਇਹ ਨਹੀਂ ਗੱਲ ਸੁਣਦੇ, ਤੂੰ ਲੱਗੇ ਨਹੀਂ ਇਹਨਾਂ ਤੁਹਾਨੂੰ ਕੋਈ ਆਏ ਸੰਗ ਸ਼ਰਮਾ ਵੀ ਬੰਦਾ ਕੋਈ ਦੁੱਖ ਦੇ ਸੁੱਖ ਦੇ ਆਇਆ, ਕੋਈ ਚਾਹ ਨਹੀਂ ਪਾਣੀ ਨਹੀਂ, ਆਉਂਦਿਆਂ ਨੇ ਫਿਰ ਝੱਜੂ ਪਾਲਿਆ। ਅਸੀਂ ਕਿਹੜਾ ਕੋਈ ਗਲਤ ਗੱਲ ਕਰਦੇ ਹਾਂ ਬਈ, ਮੇਰੀ ਗੱਲ ਸੁਣ ਲੈ, ਹੁਣ ਇਹਦੇ ਵਿਆਹ ਦੀ ਗੱਲ ਚੱਲੀ ਜਾਂਦੀ ਹੈ, ਮੈਂ ਵਿਆਹ ਗਿਆ, ਤੇਰਾ ਹੋਇਆ ਨਹੀਂ, ਹੁਣ ਜੇ ਇਹਦਾ ਹੋ ਜਾਊਗਾ ਮੈਂ ਤਾਂ ਇਹਦੇ ਵਾਸਤੇ ਕਹਿੰਦਾ ਕੋਈ ਬਾਅਦ ਉਹ ਹੋ ਜਾਊਗਾ। ਮੇਰੇ ਕੋਲ ਤਾਂ ਗੱਲ ਸਿੱਧੀ ਆ, ਬੇਬੇ ਬੈਠੀ ਆ ਭਾਈ, ਮੈਂ ਤਾਂ ਕਿਸੇ ਦੀ ਧੀ ਡੋਬ ਕੇ ਰਾਜੀ ਨਹੀਂ, ਮੈਂ ਜਿਹੜਾ ਕੋਈ ਦੇਖ ਕੇ ਆਇਆ ਨਾ ਮੈਥੋਂ ਨਹੀਂ ਭਾਈ ਐਵੇਂ ਬਰਦਾਸ਼ਤ ਹੋਣਾ, ਸਵੇਰ ਨੂੰ ਇੱਥੇ ਇਹਦੇ ਰੁਲਦੇ ਫਿਰਨਗੇ, ਜਾਂ ਤਾਂ ਬੰਦਾ ਬਣ ਕੇ ਲੀਹ 'ਤੇ ਆ ਜੇ, ਠੀਕ ਆ, ਅਤੇ ਨਹੀਂ ਆਪਣੇ ਤਾਂ ਹੱਥ ਖੜੇ ਆ, ਆਪਦਾ ਆਪੇ ਦੇਖੋ ਫਿਰ। ਨਹੀਂ ਕਿਵੇਂ ਆਇਆ ਜਾਊਗਾ ਟਰੈਕ 'ਤੇ ਹੁਣ ਫਿਰ ਤੁਸੀਂ ਦੱਸ ਦਿਓ। ਟਰੈਕਾਂ ਟਰੁੱਕਾਂ ਦਾ ਤਾਂ ਮੈਨੂੰ ਪਤਾ ਨਹੀਂ, ਜਿਹੜੀ ਗੱਲ ਬੰਦਿਆਂ ਵਾਲੀ ਆ ਉਹ ਕਰ ਲਾ, ਜੇ ਤਾਂ ਰਾਹ ਪੈਣਾ ਤਾਂ ਦੱਸਦੇ, ਨਹੀਂ ਪੈਣਾ ਭਾਈ ਤੇਰੀ ਮਰਜ਼ੀ ਆ। ਉਹ ਬਾਈ ਯਾਰ ਤੁਸੀਂ ਐਂ ਬੋਲੀ ਜਾਂਦੇ ਹੋ, ਗੱਲ ਤਾਂ ਸੁਣ ਲਓ ਵੀ, ਜਦੋਂ ਤੁਹਾਨੂੰ ਇਹ ਤਾਂ ਨਹੀਂ ਯਕੀਨ ਮੇਰੇ 'ਤੇ ਤਾਂ ਯਕੀਨ ਆ, ਇਹ ਨਸ਼ਾ ਕਰਦਾ ਮੈਂ ਤਾਂ ਨਹੀਂ ਕਰਦਾ, ਮੈਂ ਕਹੀ ਜਾਂਦਾ ਮੈਨੇ ਛੱਡਤਾ। ਇੱਕ ਗੱਲ ਮਗਰੀ ਪਏ ਪਏ ਹੋ ਯਾਰ ਤੁਸੀਂ, ਹੁਣ ਬੰਦਾ ਹੁਣ ਦੱਸੋ ਤੁਹਾਨੂੰ ਕਿਹੜੇ ਰੁੱਟ ਤਸੱਲੀ ਕਿਵੇਂ ਹੋਊਗੀ, ਐਵੇਂ ਬਿਨਾਂ ਗੱਲ ਤੋਂ ਤੁਸੀਂ ਰੋਜ਼ ਇੱਕ ਹੀ ਗੱਲ ਤੁਹਾਡੇ ਕੋਲ ਯਾਰ। ਜਦੋਂ ਤੁਸੀਂ ਵਾਰ ਵਾਰ ਉਹਦੇ ਕੋਲ ਇਹ ਗੱਲਾਂ ਕਰਦੇ ਹੋ ਨਾ, ਤੈਨੂੰ ਮੈਂ 20 ਸਮਝਾਇਆ, ਜਦੋਂ ਉਹ ਛੱਡੀ ਬੈਠਾ ਉਹਦੇ ਕੋਲ ਗੱਲਾਂ ਇਹ ਕਰੀ ਜਾਓਗੇ, ਉਹ ਜਾ ਕੇ ਹੋਰ ਕਰੂਗਾ, ਫਿਰ ਉਹਦੇ ਦਿਮਾਗ 'ਚ ਤਾਂ ਇਹੀ ਹੋਊਗਾ ਵੀ ਇਹਨਾਂ ਤੋਂ ਆਏ ਵੀ ਨਸ਼ਾ ਹੀ ਕਰਦਾ, ਤਾਂ ਹੁਣ ਕਰਕੇ ਹੀ ਦਿਖਾਵਾਂ ਇਹਨਾਂ ਨੂੰ। ਉਹ ਫਿਰ ਉਹਨੂੰ ਛਾਇਆ ਤਾਂ ਨਹੀਂ ਦੇਣੀ, ਛੱਡੀ ਬੈਠਾ ਉਹ ਆਪਦੇ ਬਾਰੇ ਨੇ ਛੱਡਿਆ, ਆਪਣੇ ਬਾਰੇ ਨੇ ਤਾਂ ਨਹੀਂ ਛੱਡਿਆ। ਮੈਂ ਕੱਲ ਬਥੇਰਾ ਕਿਹਾ ਸੀ ਤੂੰ ਨਾ ਇਹਨੂੰ ਬਾਹਰ ਲੈ ਕੇ ਜਾ, ਨਾ ਇਹਨੂੰ ਬਾਹਰ ਲੈ ਕੇ ਜਾ। ਉਹ ਯਾਰ ਬਾਹਰ ਨੂੰ ਮੈਂ ਕਿਹਨੂੰ ਨਸ਼ਾ ਕੇਂਦਰ 'ਚ ਲੈ ਗਿਆ ਜਾ ਕੇ ਕਮਾਲ ਕਰੀ ਨੇ, ਉਧਰ ਬਾੜੇ 'ਚ ਗਿਆ, ਬਾੜੇ 'ਚ ਕਿੰਨਾ ਕੁ ਨਸ਼ਾ ਪਿਆ ਗਾ। ਉਹ ਹੁਣ ਚੁੱਪ ਕਰ ਜਾਓ, ਬਹੁਤ ਕੁਛ ਹੋ ਗਿਆ, ਹੁਣ ਮਾੜਾ ਮੋਟਾ ਐਂ ਤਾਂ ਦੇਖ ਲਓ ਵੀ ਅਸੀਂ ਕਿਹੋ ਜਿਹੀ ਜਗ੍ਹਾ ਤੋਂ ਆਏ ਹਾਂਗੇ, ਆਉਂਦੇ ਸ਼ੁਰੂ ਹੋ ਗਏ ਤੁਸੀਂ ਤਾਂ, ਜਾਂ ਪਿੱਛੇ ਜਾਵੜਾ ਹੁਣ। ਮਤਲਬ ਮੈਂ ਜਾਵੜਾ ਇਹਨੂੰ ਭੇਜਦੇ ਹੁਣ ਪਿੱਛੇ, ਮੈਂ ਕਿਹਾ ਜਾਵੜਾ ਹੁਣ ਇਹ ਤਾਂ ਹੁਣ ਹੀ ਆਇਆ, ਮੈਂ ਫਿਰ ਨਸ਼ਾ ਕਰਵਾ ਲਿਆ ਹੋਣਾ ਉਹਨੂੰ, ਯਕੀਨ ਤਾਂ ਹੈ ਨਹੀਂ ਤੈਨੂੰ। ਮੇਰੇ ਸਾਲਿਓ ਮੇਰੇ ਸੀਰੀ ਰਲੋਗੇ ਤੁਸੀਂ, ਤੁਸੀਂ ਦੇਖ ਹੀ ਜਾਇਓ ਜਿਹੜੇ ਤੁਹਾਡੇ ਲੱਛਣ ਆ ਇਹ, ਭੁੱਖੇ ਮਾਰਦੇ ਲੱਛਣ ਤਾਂ ਤੁਹਾਡੇ ਆਪਦੇ ਆ, ਦੂਜੇ ਦਾ ਨਹੀਂ ਦੋਸ ਕਰੀ ਜਾਂਦੇ ਸਾਰਾ ਕੁਛ ਨਾਲੇ, ਨਾ ਕਰੀ ਜਾਂਦਾ ਇਹ ਜਮਾ ਨਹੀਂ, ਕੋਈ ਚੜੀ ਲੱਛੀ ਦੀ ਨਹੀਂ ਹੈਗੀ ਜਮਾ ਇਹਨਾਂ ਨੂੰ, ਨਾ ਬੰਦੇ ਦਾ ਦੁੱਖ ਦਾ ਸੁੱਖ ਦਾ ਦੇਖਣਾ, ਨਾ ਕੋਈ ਮੂਡ ਦੇਖਣਾ ਵੀ ਕਿਹੋ ਜਿਹਾ ਕੁਛ ਆ, ਉਹ ਵਾਗੇ ਲੈ ਹੁਣ ਇਹਦੇ ਆ ਪਰ ਉਸਣ ਜਾਣਦਾ ਇਹ, ਹੋਰ ਤਾਂ ਕੋਈ ਕਰਤੂਤ ਜਾਣਦਾ ਨਹੀਂ। ਮੈਂ ਭਾਈ ਇਹਨੂੰ ਤਾਂ ਕੁਛ ਨਹੀਂ ਆਉਂਦਾ ਗਾ, ਆਹੀ ਕੁਛ ਕਰਦਾ ਗਾ, ਆਹੀ ਪਹਿਲਾਂ ਉਹਦੇ ਕਿਹਾ ਉਹਦੇ ਭੱਜ ਗਿਆ, ਕਿੰਨੇ ਦਿਨ ਉਹਦੇ ਨਹੀਂ ਆਇਆ ਗਾ। ਉਹ ਮੈਂ ਤਾਂ ਕਹਿੰਦਾ ਰੱਸਾ ਲਾਹੋ ਪਰੇ, ਐਵੇਂ ਕਿਉਂ ਕਿਸੇ ਦਾ ਧੀ ਪੁੱਤ ਡੋਪਣਾ, ਇਹ ਸਾਰੀ ਉਮਰ ਨਹੀਂ ਬੰਦਾ ਬਣਦਾ, ਮੈਨੂੰ ਪਤਾ ਇਹਦਾ। ਸਹੀ ਗੱਲ ਹੈ ਕਾਲੇ, ਮੇਰਾ ਤਾਂ ਆਪ ਆਹ ਦੇਖ ਕੇ ਨਾ ਹੁਣ ਇੰਨੇ ਦਿਨਾਂ ਦਾ ਉੱਥੇ ਤੇ ਐ ਮਨ ਹੋਇਆ ਪਿਆ, ਕਿਉਂ ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਖਰਾਬ ਕਰਨੀ ਹੈਗੀ। ਹਰ ਵਕਤ ਇੱਕੋ ਹੀ ਰਟਣ ਲਈ ਬੈਠਿਆ, ਨਸ਼ਾ ਕਰਦਾ ਨਸ਼ਾ ਕਰਦਾ, ਹੁਣ ਮੈਂ ਛੱਡਦਾ ਵੀ ਹੈਗਾ, ਆਪਦੀ ਪਕਾਉਂਦੇ ਆ ਯਾਰ। ਛੱਡਦਾ ਕਿਉਂ ਨੀ ਰਾਜਪਾਲ ਯਾਰ, ਜਦੋਂ ਤੈਨੂੰ ਮੈਂ ਛੱਡਣ ਨੂੰ ਕਿਹਾ ਸੀ ਤੂੰ ਮਗਰ ਫੇਰ ਆ ਗਿਆ ਯਾਰ, ਕਿਉਂ ਫਿਰ ਗੱਲ ਗੱਲ ਤੇ ਯਾਰ ਤੂੰ ਰੋਸੇ ਦਿਖਾਉਣਾ, ਉਧਰ ਜਿਹੜੇ ਤੂੰ ਰੁੱਸ ਕੇ ਭੱਜ ਗਿਆ, ਜੋ ਤੇਰੀ ਸਾਈਡ ਮੈਂ ਲਈ ਜਾਂਦਾ, ਤੈਨੂੰ ਮੈਂ ਕਹੀ ਜਾਂਦਾ ਵੀ ਕੋਈ ਗੱਲ ਨਹੀਂ ਬਈ ਕੋਈ ਗੱਲ ਨਹੀਂ ਵੀ ਨਹੀਂ ਕਰਦਾ ਨਸ਼ਾ, ਉਹ ਤੈਨੂੰ ਤਾਂ ਕੁਛ ਕਿਹਾ ਹੀ ਨਹੀਂ ਉਹਨਾਂ ਨੇ, ਬੋਲੀ ਤਾਂ ਮੈਨੂੰ ਜਾਂਦੇ ਆ। ਉਹ ਐਂ ਤਾਂ ਨਹੀਂ ਹੁੰਦਾ ਹੁਣ ਯਾਰ ਬੰਦਾ ਵੀ ਹਰ ਵਕਤ ਨਸ਼ਾ ਹੀ ਕਰੀ ਜਾਊਗਾ, ਬੰਦੇ ਹੋਰ ਵੀ ਜ਼ਿੰਦਗੀ ਹੁੰਦੀ ਆ ਦੇਖਣ ਵਾਲੀ। ਉਹ ਫਿਰ ਸਿਸਟਮ ਤਾਂ ਤੈਨੂੰ ਸਮਝਣਾ ਪੁੱਤਰਾ, ਸਰਕਲ ਉਹਨਾਂ ਨੇ ਤਾਂ ਹੀ ਘਟਾਇਆ ਵੀ ਚੱਲ ਆਸੇ ਪਾਸੇ ਨਾ ਜਾਊਗਾ ਬਈ, ਤੇ ਨਾ ਨਸ਼ੇ ਕਰੂਗਾ। ਗੱਲ ਕਿੰਨੀ ਕੁ ਮਹੀਨੇ ਡੇਢ ਮਹੀਨੇ ਦੀ, ਉਹ ਤੇਰਾ ਵਿਆਹ ਹੋ ਗਿਆ ਉਦੋਂ ਜਿੱਥੇ ਮਰਜ਼ੀ ਤੁਰਿਆ ਫਿਰ ਅਸੀਂ ਕੀ ਲੈਣਾ ਦੇਣਾ ਤੇਰੇ ਤੋਂ। ਉਹ ਵਿਆਹ ਤਾਂ ਮੈਂ ਕਰਾਈ ਲਊਂਗਾ ਜੋ 6 ਮਹੀਨੇ ਹੋ ਗਏ ਗੱਲ ਕਰੀ ਜਾਂਦਾ ਫੋਨ ਤੇ। ਉਹ ਫਿਰ ਉਹੀ ਤਾਂ ਤੈਨੂੰ ਮੈਂ ਕਹਿੰਦਾ ਨਾ ਵੀ ਹੁਣ ਆਪਣੇ ਹੱਥ ਵਿੱਚ ਆ, ਇੱਕੋ ਆਪਣੇ ਨਾਲ ਦੇਖ ਲਾ, ਉਹਨੇ ਉਹਨੂੰ ਤਾਂ ਕੀ ਕਹਿਣਾ ਸੀ ਵੀ ਬਈ ਇਹਨੇ ਛੱਡਤਾ, ਉਹ ਤਾਂ ਸਿਆਣਾ ਬਣੀ ਜਾਂਦਾ ਉੱਥੇ ਜਾ ਕੇ ਭੋਗ ਤੇ ਆਇਆ ਜਾਂਦਾ ਤੂੰ। ਪਹਿਲਾਂ ਉਸੇ ਨੂੰ ਪਾਉਣਾ ਪਊਗਾ ਕੈਂਠਾ, ਜੋ ਗੱਲਾਂ ਹੀ ਬੁੜੀਆਂ ਕਰਦਾ ਉਹ ਤਾਂ ਯਾਰ। ਹੁਣ ਕਮਾਲ ਯਾਰ, ਫਿਰ ਉਹਦੀ ਵੀ ਗੱਲ ਠੀਕ ਆ, ਹੁਣ ਉੱਥੇ ਦੇਖ ਕੇ ਆਇਆ ਭੋਗ ਤੇ, ਉਹ ਜਿਹੜਾ ਮੁੰਡਾ ਨਸ਼ੇ ਦੇ ਨਾਲ ਮਰਿਆ ਉਹਦਾ ਪਰਿਵਾਰ ਰੋਲਦਾ ਹੋਊਗਾ, ਉਹ ਤਾਂ ਤੈਨੂੰ ਸਿਆਣੀ ਗੱਲ ਹੀ ਕਹਿੰਦਾ, ਪਰ ਉਹਨੂੰ ਐਂ ਵੀ ਮੰਨਣਾ ਚਾਹੀਦਾ ਵੀ ਮੇਰਾ ਭਰਾ ਹੈਗਾ ਵੀ ਮੈਂ ਕੀ ਗੱਲਾਂ ਕਰੀ ਜਾਂਦਾ, ਅਕੇਲਾ ਛੱਡਦਾ ਨਹੀਂ ਗਾ ਇਸ ਗੱਲਾਂ ਦੇ ਰਾਸਤੇ, ਦੂਰਾ ਕਮਾਲ ਆ ਯਾਰ ਲੈ। ਉਹ ਯਾਰ ਐਂ ਤਾਂ ਹੁਣ ਰੋਜ਼ 2000 ਬੰਦਾ ਮਰ ਜਾਂਦਾ, ਹੁਣ ਦੱਸ ਹੁਣ ਹਰੇਕ ਬੰਦਾ ਐਂ ਤਾਂ ਨਹੀਂ ਵੀ ਨਸ਼ਾ ਕਰਕੇ ਮਰੂਗਾ ਯਾਰ। ਗਲਤ ਨਸ਼ੇ ਕਰਦੇ ਹਾਂ ਤੂੰ, ਗਲਤ ਤਾਂ ਕਰਦਾ ਨਹੀਂ, ਕੋਈ ਭੁੱਕੀ ਖਾਨਾ ਮੈਂ ਤਾਂ ਕੋਈ ਦੇਖਿਆ ਨਹੀਂ ਕਦੇ ਭੁੱਕੀ ਨਾਲ ਕੋਈ ਮਰਦਾ ਯਾਰ।
ਖਜਾਊ ਤਾਂ ਤੈਨਾਂ 'ਚ ਫੇਰ ਮਰਦਾ। ਉਹ ਚੱਲ ਮੇਰੀ ਗੱਲ ਸੁਣੋ, ਆਪਾਂ ਚੱਲਦੇ ਹਾਂ ਜਾ ਕੇ, ਮਾੜਾ ਮੋਟਾ ਤੂੰ ਬੇਬੇ ਨਾਲ ਗੱਲਬਾਤ ਕਰ ਲਾ, ਬੇਬੇ ਨੂੰ ਸਮਝਾ ਦੇ ਸਾਰੀ ਗੱਲ ਯਾਰ, ਵੀ ਆਹ ਚੀਜ਼ ਆ ਬੇਬੇ, ਮੈਂ ਗੱਲ ਕਰਨੀ ਆ, ਮੈਂ ਵਿਆਹ ਕਰਾਊਂਗਾ ਵੀ ਉਹਦੇ ਨਾਲ, ਤੇ ਮੈਂ ਨਸ਼ਾ ਵੀ ਛੱਡੀ ਬੈਠਾ, ਹੁਣ ਤੁਹਾਨੂੰ ਕਿਹੜਾ ਦੀਨਾ ਨਹੀਂ ਯਾਰ, ਤੁਸੀਂ ਕਿਹੜਾ ਅੰਨੇ ਹੋ ਆ ਕੇ ਮੈਨੂੰ ਬੋਲਣ ਲੱਗ ਗਏ ਕਹੇ। ਹੁਣ ਯਾਰ ਮੈਂ ਕਿੰਨੀਆਂ ਸਫਾਈਆਂ ਦੀ ਜਾਵਾਂ ਯਾਰ। ਸਫਾਈ ਦੇਣ ਦੀ ਲੋੜ ਨਹੀਂ ਹੈਗੀ, ਜਦੋਂ ਤੇਰੇ ਨਾਲ ਮੈਂ ਆ, ਸਫਾਈ ਦੇਣ ਨੂੰ ਤਾਂ ਮੈਂ ਹੀ ਹੈਗਾਗਾ, ਤਾਂ ਮੈਂ ਹੀ ਦੇਈ ਜਾਊਂਗਾ ਤੇਰੀਆਂ। ਉਹ ਸੁਣ ਵੀ ਫਿਰ ਗੱਲ, ਉਹ ਤਾਂ ਆਮ ਦੇ ਬੰਦੇ ਆ ਯਾਰ। ਯਾਰ ਅਗਲਾ ਪਤਾ ਹੀ ਕਹਿੰਦਾ ਵੀ ਆਹ ਨਾਲ ਵਾਲਾ ਬੰਦਾ ਬਾਹਲਾ ਬੋਲਦਾ, ਜਿਹੜਾ ਬੰਦਾ ਕਰਦਾ ਨਸ਼ਾ, ਜਿਹੜਾ ਬੰਦਾ ਛੱਡੀ ਵਾ, ਉਹ ਬੋਲਦਾ ਨੀਗਾ, ਤਾਂ ਕਰਕੇ ਉਹਨੂੰ ਐਂ ਲੱਗਦਾ ਵੀ ਇਹ ਬੰਦੇ ਸਫਾਈਆਂ ਦੇ ਜਾਂਦੇ ਨੇ। ਬੋਲੀ ਤਾਂ ਜਾਂਦੇ ਹੁਣ ਨਾਲ ਨਾਲ ਜਿਵੇਂ ਪੁੱਛਦੇ ਆ ਯਾਰ। ਯਾਰ ਪੁੱਛਣ ਨੂੰ ਯਾਰ ਉਹ ਆਪਣੇ ਤੇ ਡੀਸੀ ਲੱਗਿਆ, ਬਸ ਫਿਰ ਤੂੰ ਕੀ ਬੰਦਾ ਮਾਰਦਾ ਕੋਈ ਯਾਰ। ਉਹੀ ਤਾਂ ਗੱਲ ਆ ਯਾਰ, ਗਰਮੀ ਆਉਂਦੀ ਆ ਨਾ ਆਪ ਨੂੰ, ਤਾਂ ਹੀ ਤਾਂ ਘਰ ਛੱਡ ਕੇ ਜਾਣਾ ਪੈਂਦਾ, ਨਹੀਂ ਜੀ ਕਿਹਦਾ ਕਰਦਾ ਘਰ ਛੱਡਣ। ਤੇਰਾ ਯਾਰ ਆਪਦਾ ਘਰ ਆ, ਤੈਨੂੰ ਕੀ ਲੋੜ ਆ, ਮੈਂ ਤਾਂ ਫਿਰ ਆਪਣੇ ਨੂੰ ਕਹੀ ਦਿੱਤਾ, ਮੈਂ ਕਿਹਾ ਵੀ ਜੋ ਤੇਰਾ ਹੋਇਆ ਨਹੀਂ ਹੁਣ ਇਹਦਾ ਤਾਂ ਕਰਨਾ ਹੀ ਆ, ਗਰਮੀ 'ਚ ਗੱਲ ਨਿਕਲ ਜਾਂਦੀ ਆ ਯਾਰ ਹੁਣ। ਉੱਠਦੇ ਬੈਠਦੇ ਨਸ਼ਾ 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 ਨਾ, ਤੇਰਿਆਂ ਨੂੰ ਫਿਰ ਕਿੱਧਰ ਹੁਣ ਤੂੰ ਸਾਡਾ ਆਪਦਾ ਗਾ ਯਾਰ, ਤੇਰੇ ਜਵਾਕ ਨਾਲ ਸਾਂਭਾਂਗੇ, ਹੋਰ ਦੱਸ ਕਿਹਦੇ ਸਾਂਭਾਂਗੇ ਲੈ। ਉਹੀ ਤਾਂ ਗੱਲ ਆ ਯਾਰ, ਕੌਣ ਸਮਝਾਵੇ ਇਹਨਾਂ ਨੂੰ। ਯਾਰ ਚੱਲ ਤੂੰ ਮਾਰ ਗੁੱਸੇ ਨੂੰ, ਆਪਾਂ ਬੂਟ 'ਚ ਚੱਲ ਚੱਲੀ ਉੱਧਰ ਜਾ ਕੇ ਬੇਬੇ ਨਾਲ ਗੱਲਬਾਤ ਕਰ ਲਈ। ਮੈਂ ਨਹੀਂ ਕਰਦਾ ਯਾਰ, ਕਰਤਾ ਸੀ ਇੱਕ ਵਾਰੀ ਮੇਰੇ ਕਹਿਣ ਤੇ ਗੱਲ ਕਰ ਲਾ, ਹੁਣ ਮੈਂ ਤੇਰੇ ਨਾਲ ਆ ਜਦੋਂ ਕੋਈ ਨਾ, ਜੇ ਕੋਈ ਬਾਹਲੀ ਗੱਲ ਅੜਦੀ ਸੀ ਮੈਨੂੰ ਆਵਾਜ਼ ਮਾਰ ਲਈ, ਮੈਂ ਕੋਲੇ ਆ ਜਾਊਂਗਾ। ਓਏ ਮੁੜ ਕੇ ਮੈਂ ਕਾਲੇ ਨਾਲ ਬੋਲਣਾ ਪਊ ਯਾਰ, ਉਹਨੂੰ ਬੋਲਣ ਦੀ ਅਕਲ ਨਹੀਂ। ਉਹਦੇ ਨਾਲ ਗੱਲ ਕਰਨੀ ਨਹੀਂ ਜਦੋਂ ਤੂੰ, ਠੀਕ ਹੈ ਮਨਿੰਦਰ ਨਾਲ ਜਾ ਕੇ ਮੈਂ ਗੱਲ ਕਰਦਾ ਮਾੜੀ ਜੀ, ਵੀ ਤੂੰ ਐਵੇਂ ਬੋਲੀ ਜਾਂਦੀ ਬਿਨਾਂ ਗੱਲ ਤੂੰ ਕੀ ਦੇਖ ਲਿਆ ਇਹ ਜਿਵੇਂ ਬੋਲ। ਆਹੋ ਸਾਰੇ ਇੱਕ ਹੀ ਹੋਏ ਪਏ, ਕੀ ਹੋਊਗੀ ਜੇ ਆਪਾਂ ਕਹਿ ਦਈਏ ਪਰ ਉਸ ਕੇ ਇੱਥੇ ਬਹਿ ਜਾਈਏ, ਠੀਕ ਹੈ ਹੱਥ ਨੇ ਉਹਨਾਂ ਨੇ ਫੇਰ ਡੁੰਡਾ ਚੱਕ ਲੈਣਾ ਵੀ ਹਾਂ ਵੀ ਆ ਗਿਆ, ਹੱਥ ਨੇ ਡੱਕ ਕੇ ਆਇਆ ਹੋਊਗਾ, ਚੱਲ ਆਪਣੀ ਸਿਆਣਪ ਵਾਲੀ ਗੱਲ ਆ ਮਾੜੀ ਮੋਟੀ, ਜਦੋਂ ਮੈਂ ਕਹੀਏ ਨਾ ਜਦੋਂ, ਚੱਲ ਦੇਖ ਲੈਣਾ ਤੇਰੀ ਵੀ ਮੰਨ ਲੈਣਾ ਇੱਕ ਵਾਰੀ, ਹੁਣ ਘਰੇ ਕਾਹਨੂੰ ਗੱਲ ਕੀਤੀ ਅਗਲੇ ਆਪਾਂ ਬਹਿ ਕੇ ਬਹਿ ਕੇ ਗੱਲ ਹੀ ਕਰਨੀ ਆ, ਕੁਛ ਨਹੀਂ ਹੁੰਦਾ, ਤੂੰ ਸਮਝਿਆ ਕਰ ਮਾੜੀ ਮੋਟੀ ਗੱਲ, ਠੀਕ ਹੈ ਉਹ ਚੱਲ ਚੱਲ ਗੱਲ ਆ ਹਰਪ੍ਰੀਤ ਨੂੰ, ਉਹਨਾਂ ਫੋਨ ਤੇ ਗੱਲ ਕਰੀ ਜਾਇਆ ਕਰ, ਘਰੇ ਬੈਠਾ ਤੂੰ ਹੋਰ ਕੀ ਟਾਈਮ ਪਾਸ ਹੀ ਕਰਨਾ, ਟਾਈਮ ਪਾਸ ਉਵੇਂ ਕਰ ਲੈ ਗੱਲਬਾਤ ਕਰ ਲੈ, ਉਹਨਾਂ ਦਾ ਕਰੀ ਜਾਣਾ ਮੈਂ ਜੀ ਨਹੀਂ ਹੋਵੇ, ਉਹਨਾਂ ਦਾ ਕਰੀ ਜਾਣਾ ਯਾਰ, ਇਹਨਾਂ ਨੂੰ ਪਤਾ ਨਹੀਂ ਬਸ ਸ਼ੋਅ ਨਹੀਂ ਕੀਤਾ ਮੈਂ ਵੀ ਗੱਲਬਾਤ ਕਰ ਚੱਲਦੀ ਆ ਮੇਰੀ, ਤੇ ਇਹਦਾ ਬਸ ਤਾਂ ਹੀ ਇਹਨਾਂ ਨੂੰ ਐਵੇਂ ਰਿਸ਼ਤਾ ਨਹੀਂ ਹੋਣਾ। ਜਦੋਂ ਤੈਨੂੰ ਮੈਂ ਕਹਿਤਾ ਵੀ ਰਿਸ਼ਤਾ ਤੇਰਾ ਮੈਂ ਕਰਵਾਊਂਗਾ, ਠੀਕ ਹੈ, ਜਦੋਂ ਮੇਰੀ ਸਾਲੀ ਆ ਉਹਨੂੰ ਮੈਂ ਕਹਿ ਕੇ ਆਇਆਂਗਾ ਵੀ ਠੀਕ ਹੈ ਵੀ ਤੇਰਾ, ਉਹ ਕਹਿੰਦੀ ਹਾਂ ਮੈਂ ਕਰਾਉਣਾ ਰਿਸ਼ਤਾ, ਫਿਰ ਦੱਸ ਕੌਣ ਰੋਕ ਲੂਗਾ ਜਦੋਂ ਉਹ ਰਾਜੀ ਆ। ਇੱਕ ਗੱਲ ਆ ਸਾਡੀ ਤਾਂ ਯਾਰ, ਰਿਸ਼ਤਾ ਤਾਂ ਹੋਊਗਾ ਹੀ ਹੋਊਗਾ। ਹਾਂ ਫਿਰ ਯਾਰ ਕੋਈ ਨਾ, ਮਾੜਾ ਜਿਹਾ ਗੁੱਸਾ ਹੁੰਦਾ, ਉਹਨੇ ਕਹਿ ਗਿਆ ਯਾਰ ਉਹ ਮੇਰਾ ਸਾਲਾ ਜਿਹੜਾ ਆਇਆ ਸੀ ਕਿ ਇਹ ਨਸ਼ੇੜੀ ਲੱਗਦਾ ਮੈਨੂੰ, ਨਸ਼ਾ ਅੱਜ ਵੀ ਤਾਂ ਕੀਤਾ ਲੱਗਦਾ, ਠੀਕ ਹੈ ਰਾਤ ਮੈਂ ਬਥੇਰਾ ਸਮਝਾਇਆ ਵੀ ਨਹੀਂ ਸੀ ਨਹੀਂ ਸੀ ਨਹੀਂ ਸੀ, ਉਹ ਅੱਜ ਫਿਰ ਉਹੀ ਗੱਲ ਚੱਲ ਪਈ ਯਾਰ। ਉਹ ਤਾਂ ਆਪ ਕਾਮਣਾ ਨਾਲ ਡੱਕਿਆ ਫਿਰਦਾ ਸੀ, ਅੱਖਾਂ ਨਹੀਂ ਦੇਖਣਾ ਉਹਦੀਆਂ ਨੂੰ ਯਾਰ, ਪਤਾ ਨਹੀਂ ਕੀ ਕੱਟੇ ਮੱਛੀਆਂ ਲੈਂਦਾ ਫਿਰਦਾ ਸੀਗਾ ਯਾਰ, ਉਹ ਕਮਾਲ ਹੋਈ ਪਈ ਆ ਉਹਨਾਂ ਦੀ ਵੀ, ਤੈਨੂੰ ਕੀ ਲੋੜ ਆ ਹਨਾ ਵੀ ਤੂੰ ਜਾਇਆ ਉਹਦੇ ਜਿਹੜੇ ਕੰਮ ਆਇਆ ਉਹਦਾ ਕੰਮ ਕਰਕੇ ਤੂੰ ਜਾ ਸਕਦਾ, ਉਹ ਅੱਡ ਬੰਦਾ ਜੈਲਾ ਵਪਾਰੀ। ਚੱਲ ਆ ਯਾਰ ਫਿਰ ਚੱਲੀ ਉੱਥੇ ਗੱਲ ਕਰ ਲਈ ਹੁਣ ਜਾ ਕੇ ਜਿਹੜੀ ਕਰਨੀ ਆ, ਚੱਲ ਚੱਲ ਕਰ ਲਾ, ਮੜੀ ਟਿਕਿਆ ਨਾ ਗੱਲ ਕਰੀ ਐਵੇਂ ਯਾਰ, ਗਰਮੀ ਦਵਾਈ ਆ ਨਾ, ਗੱਲ ਤਾਂ ਸੁਣ ਲਾ ਮੜੀ ਟਿਕਿਆ, ਜੇ ਤੈਨੂੰ ਉਹ ਕੋਈ ਉੱਚਾ ਨਹੀਂ ਮੈਂ ਕਹਿ ਵੀ ਦਿੰਦੇ ਆ, ਇਧਰੋਂ ਪਾਈ ਇਧਰੋਂ ਕੱਢਦੀ ਕਹਿ ਬਸ ਠੀਕ ਆ ਯਾਰ, ਤੂੰ ਘਰੋਂ ਭੱਜਣ ਵਾਲੀ ਗੱਲ ਕੀ ਆ, ਕਿੰਨਾ ਚਿਰ ਤੇ ਮਗਰ ਭੱਜਦਾ ਫਿਰੂੰਗਾ ਯਾਰ, ਮੈਂ ਵੀ ਯਾਰ ਮੈਂ ਫਿਰ ਐਨੀ ਵੀ ਪਾ ਕੇ ਛਿੱਤਰ ਖਾਈ ਜਾਵਾਂ ਬੈਠਾ, ਛਿੱਤਰ ਖਾਣ ਨੂੰ ਤਾਂ ਮੈਂ ਕਹਿੰਦਾ ਹੀ ਨਹੀਂ ਤੈਨੂੰ, ਭਿਉਂ ਭਿਉਂ ਤਾਂ ਮਾਰਦੇ ਆ ਯਾਰ, ਉਹ ਯਾਰ ਸੁਣ ਫਿਰ ਆਪਾਂ ਗਲਤ ਆ, ਆਪਾਂ ਨੂੰ ਸੁਣਨੀਆਂ ਪੈਣਗੀਆਂ, ਗਲਤ ਕਿਹੜੇ ਆ ਯਾਰ, ਖਾਂਦੇ ਤਾਂ ਹੈ ਨਹੀਂ ਕੁਛ, ਉਹ ਯਾਰ ਉਹਨਾਂ ਦੇ ਭਾਜ ਨਹੀਂ ਖਾਂਦਾ, ਸਰੀਰ ਤਾਂ ਟੁੱਟਿਆ ਪਿਆ, ਮੈਨੂੰ ਤਾਂ ਪਤਾ ਨਾ ਤੂੰ ਖਾਣਾ, ਉਹ ਯਾਰ ਇੰਨਾ ਤਾਂ ਨਹੀਂ ਖਾਂਦਾ ਹੁਣ ਤੇਰੇ ਸਾਹਮਣੇ, ਤੂੰ ਇੰਨੀ ਲਿਆ ਕੇ ਦਿੱਤੀ ਆ, ਜਾਂ ਤਾਂ ਜਮਾਂ ਹੀ ਕੋਰੇ ਕਾਗਜ਼ ਵਰਗਾ ਹੋ ਜਾ, ਫਿਰ ਤਾਂ ਆਪਾਂ ਉਹਨਾਂ ਨੂੰ ਕਹਿ ਦਾਂਗੇ, ਫਿਰ ਤਾਂ ਮੈਂ ਤੇਰੇ ਨਾਲ ਖੜ ਜਾਣਾ ਡਾਂਗ ਲੈ ਕੇ ਵੀ, ਚੱਲ ਹਾਂ ਦੱਸੋ ਬਈ ਵੀ ਹੁਣ ਸਾਡਾ ਮੁੰਡਾ ਸਹੀ ਆ, ਫਿਰ ਤਾਂ ਆਪਾਂ ਰਿਸ਼ਤਾ ਵੀ ਲੈ ਆਵਾਂਗੇ ਜਾ ਕੇ, ਤੂੰ ਤਾਂ ਯਾਰ ਹੁਣ ਜਮਾਂ ਮਾਰਨ ਨੂੰ ਫਿਰਦਾ ਮੈਨੂੰ ਯਾਰ, ਉਹ ਯਾਰ ਫਿਰ ਮੈਂ ਤੈਨੂੰ ਤਾਂ ਹੀ ਕਹਿੰਦਾ ਵੀ ਆਸੇ ਪਾਸੇ ਹੋ ਕੇ ਮੈਂ ਤੇਰਾ ਨਸ਼ਾ ਪੱਤਾ ਪੂਰਾ ਕਰੀ ਜਾਣਾ, ਘਰੇ ਤੂੰ ਮਾੜਾ ਮੋਟਾ ਮੇਰੀ ਸਪੋਰਟ ਵੀ ਕਰ, ਚੱਲ ਘਰੇ ਕਰ ਗੱਲ ਹੁਣ ਤੂੰ, ਕਰਦੇ ਉਹ ਯਾਰ ਗਰਮੀ ਚੜਾਉਣ ਦਿਆ ਯਾਰ, ਬੋਲਣਾ ਤਾਂ ਪੈਂਦਾ ਫਿਰ ਬੇ। ਰਾਜਪਾਲ ਰਾਜਪਾਲ ਹਾਂ ਬੇਬੇ, ਉਰੇ ਆ, ਕੀ ਹੋ ਗਿਆ, ਉਰੇ ਤਾਂ ਆ ਜਾ, ਮੇਰੀ ਗੱਲ ਸੁਣ, ਮੈਂ ਤੇ ਕਾਲੇ ਨੇ ਕੀਤੀ ਆ ਕਿਰਾਏ। ਅੱਛਾ ਹਾਂ, ਅਸੀਂ ਤਾਂ ਦੋਨਾਂ ਨੇ ਇਹ ਸੋਚਿਆ ਭਾਈ ਵੀ ਆਪਾਂ ਹਰਪ੍ਰੀਤ ਰਿਸ਼ਤਾ ਨਹੀਂ ਲੈਣਾ। ਕਿਉਂ, ਮੈਂ ਜੋ 6 ਮਹੀਨੇ ਹੋ ਗਏ ਗੱਲ ਕਰੀ ਜਾਂਦਾ ਉਹਦੇ ਨਾਲ, ਤੂੰ ਤਾਂ ਪੁੱਤ ਗੱਲ ਕਰੀ ਜਾਣਾ ਸਾਨੂੰ ਪਤਾ ਗਾ, ਮੈਨੂੰ ਇਹ ਵੀ ਪਤਾ ਵੀ ਆਪਾਂ ਸਗਨ ਕੀਤਾ ਹੋਇਆ ਗਾ, ਫਿਰ ਐ ਆ ਪੁੱਤ ਹੁਣ ਜੇ ਤੂੰ ਸੁਧਰੇ ਤਾਂ ਅਸੀਂ ਉਹਦੇ ਨਾਲ ਫੇਰ ਗੱਲ ਕਰੀਏ। ਉਹ ਬੇਬੇ ਮੈਂ ਅੰਦਰ ਤਾਂ ਪਿਆ ਹੁਣ 10 ਦਿਨ ਹੋ ਗਏ ਨੂੜਿਆ, ਹੁਣ ਦੱਸ ਹੋਰ ਮੈਂ ਸੁਧਰੂ ਕਿਵੇਂ। ਕੱਲਾ ਪੁੱਤ ਅੰਦਰ ਪਏ ਦੀ ਗੱਲ ਨਹੀਂ ਹੈਗੀ, ਤੂੰ
ਲੈ ਕੇ ਤੁਸੀਂ ਦੱਸ ਦਿਓ ਤੈਨੂੰ ਕਹੀ ਜਾਂਦੇ ਭਾਈ ਛੱਡ ਦੇ ਜਦੋਂ ਹੁਣ ਤੂੰ ਮਗਰੋਂ ਖਾ ਪੀ ਕੇ ਆਇਆ ਅਗਲੀ ਨੇ ਫੇਰ ਫੋਨ ਕਰਤਾ ਹੋਊਗਾ ਘਰੇ ਉਹ ਮੈਂ ਤਾਂ ਹੁਣ 15-20 ਦਿਨਾਂ ਤੋਂ ਔਖਾ ਹੋਈ ਜਾਂਦਾ ਗਾ ਪੂਰਾ ਸਰੀਰ ਤੰਗ ਆ ਮੇਰਾ ਜੇ ਮੈਨੂੰ ਐਂ ਹੁੰਦਾ ਫਿਰ ਤਾਂ ਮੈਂ ਪਹਿਲੇ ਦਿਨ ਹੀ ਟੱਪ ਜਾਂਦਾ ਰਹਿੰਦੇ ਨਾ ਘਰੇ ਜੇ ਵਿਆਹ ਕਰਾਉਣਾ ਮੈਂ ਤਾਂ ਹੀ ਬੈਠਾ ਘਰੇ ਦੇਖ ਆਪਾਂ ਉਹ ਕੁੜੀ ਦੀ ਜ਼ਿੰਦਗੀ ਬਰਬਾਦ ਨਹੀਂ ਕਰਨੀ ਗੀ ਇੱਕ ਮੈਂ ਇਹ ਨਹੀਂ ਸੋਚ ਸਕਦੀ ਮੈਂ ਇਕੱਲਾ ਤੇਰਾ ਘਰ ਵਸਾਉਣ ਵਾਸਤੇ ਵੀ ਮੈਂ ਉਹਦੀ ਜ਼ਿੰਦਗੀ ਖਰਾਬ ਕਰ ਦਿਆਂ ਨਾਲੇ ਭਾਈ ਜੇ ਕੱਲ ਨੂੰ ਕੋਈ ਗੱਲਬਾਤ ਫੇਰ ਬਾਅਦ 'ਚ ਨਿਕਲਾਈ ਤੇ ਫਿਰ ਇਹਦਾ ਲਾਡੀ ਦਾ ਘਰ ਵੀ ਪੱਟਿਆ ਜਾਊਗਾ ਉਹ ਨਿਕਲਦੀ ਨਹੀਂ ਗੱਲਬਾਤ ਕੋਈ ਇਹ ਤੋਂ ਬਾਅਦ ਕੋਈ ਉਲਾਂਭਾ ਨਹੀਂ ਆਉਂਦਾ ਬਸ ਹੁਣ ਮੈਂ ਕਹਿਤਾ ਨਾ ਜਿਹੜੀ ਗੱਲ ਇੱਕ ਵਾਰੀ ਉਹੀ ਗੱਲਾਂ ਰਿਪੀਟ ਕਰੀ ਜਾਂਦੇ ਹੋ ਤੁਸੀਂ ਵੀ ਅਸੀਂ ਤਾਂ ਕਾਹਦੀਆਂ ਕਰੀ ਜਾਂਦੇ ਹੈਗੇ ਮੈਂ ਤਾਂ ਤੈਨੂੰ ਸਮਝਾਉਣੀ ਹੈਗੀ ਭਾਈ ਵੀ ਸਮਝ ਜਾ ਗੱਲ ਨੂੰ ਬਸ ਆਹੀ ਗੱਲ ਕਰਨੀ ਸੀ ਆਹੋ ਮੈਂ ਤਾਂ ਆਹੀ ਕਹਿਣਾ ਸੀ ਤੈਨੂੰ ਬਸ ਸਮਝਿਆ ਮੈਂ ਆਵਾਂ ਕੋਈ ਚੱਕਰ ਨਹੀਂ ਗਾ ਕਰਾ ਲੂੰਗਾ ਫਿਰ ਮੈਂ ਆਪੇ ਕਰਾ ਲੂੰਗਾ ਜਾਂ ਨਹੀਂ ਕਰਾਉਣਾ ਤੁਸੀਂ ਲੈ ਆਪੇ ਕਰਾ ਲੂੰਗਾ ਮੈਨੂੰ ਤਾਂ ਇਹਦੀ ਨਹੀਂ ਸਮਝ ਲੱਗਦੀ ਗੀ ਵੀ ਜਿਹੜੀ ਗੱਲ ਇਹਨੂੰ ਕਹਿੰਦੇ ਆ ਉਹ ਤਾਂ ਇਹਦੇ ਦਿਮਾਗ 'ਚ ਪੈਂਦੀ ਨਹੀਂ ਗੀ ਹੋਰ ਹੀ ਮਾਰੀ ਜਾਂਦਾ ਗਾ ਤੈਨੂੰ ਪਤਾ ਉਹ ਚਾਰੇ ਚੱਕ ਕੇ ਪੈਂਦਾ ਮੂਹਰੋਂ ਕੀ ਗੱਲ ਕਰਾਂ ਮੈਂ ਦੱਸ ਮੈਂ ਤੈਨੂੰ ਕਿਹਾ ਸੀ ਮੈਂ ਭਾਈ ਇਸ ਤਰ੍ਹਾਂ ਰਾਇ ਕੀਤੀ ਹੈ ਤੇ ਇਸ ਤਰ੍ਹਾਂ ਵੀ ਉਹਨਾਂ ਨੂੰ ਦਿੰਨੇ ਜਵਾਬ ਉਹ ਫਿਰ ਜਵਾਬ ਵਾਲੀ ਗੱਲ ਹੀ ਆ ਹੁਣ ਤੂੰ ਆਪ ਦੇਖੇ ਹੀ ਆਪਾਂ ਮੈਂ ਤਾਂ ਉੱਤੇ ਦਾ ਆਪ ਡਰਿਆ ਬੈਠਾ ਵੀ ਮੁੜ ਕੇ ਇੱਥੇ ਨਾਲੇ ਤਾਂ ਲੋਕਾਂ ਦੀ ਮੂੰਹ ਕਾਸ ਹੋ ਜੂਗੀ ਹੈ ਨਾਲੇ ਉਹਦੀ ਜਵਾਕੜੀ ਦੀ ਜ਼ਿੰਦਗੀ ਖਰਾਬ ਹੋ ਜੂ ਮੁੜ ਕੇ ਵੇਲਾ ਹੱਥ ਨਹੀਂ ਆਉਂਦਾ ਹੁਣ ਤਾਂ ਇੱਕ ਦੁੱਖ ਆ ਵੀ ਇਹ ਵਿਗੜਿਆ ਪਿਆ ਹੈ ਸਵੇਰ ਨੂੰ ਚਾਰ ਦੁੱਖ ਹੋ ਜਾਣਗੇ ਇਹ ਤਾਂ ਗੱਲ ਤੇਰੀ ਸਹੀ ਹੈਗੀ ਹੁਣ ਮੈਂ ਤਾਂ ਕਿਹਾ ਸੀ ਭਾਈ ਜੇ ਇਹੋ ਗੱਲ ਮੈਂ ਰਿਸ਼ਤਾ ਲੈਂਦੇ ਆ ਕਿ ਹੈ ਜੇ ਕੱਲ ਨੂੰ ਤੈਨੂੰ ਕੁਛ ਹੋ ਗਿਆ ਮੁੜ ਕੇ ਫਿਰ ਉਹੀ ਗੱਲ ਲਾਡੀ ਦਾ ਘਰ ਵੀ ਨਾਲ ਪੱਟਿਆ ਜਾਊਗਾ ਮੈਂ ਕੋਈ ਉਹੀ ਤਾਂ ਗੱਲ ਆ ਹੁਣ ਤਾਂ ਇੱਕ ਗੱਲ ਦਾ ਗੁੱਸਾ ਆਊਗਾ ਕਿ ਭਾਈ ਅਗਲੇ ਨੂੰ ਜਵਾਬ ਦੇਤਾ ਜਾਂ ਅਗਲੇ ਨੇ ਕਰਿਆ ਨਹੀਂ ਹੈ ਇਹਦਾ ਤਾਂ ਚੱਲ ਵੱਜਿਆ ਪਿਆ ਮੈਂ ਤਾਂ ਹੁਣ ਕਹਿ ਕੇ ਦੇਖ ਲਿਆ ਉਹ ਤਾਂ ਕਹਿੰਦਾ ਮਾਂ ਹੁਣ ਤੁਹਾਨੂੰ ਯਕੀਨ ਨਹੀਂ ਆਉਂਦਾ ਮੈਂ ਤਾਂ ਇੰਨੇ ਦਿਨਾਂ ਦਾ ਘਰੇ ਬੈਠਾਂਗਾ ਹੈ ਸਾਰਾ ਕੁਛ ਛੱਡੀ ਬੈਠਾਂਗਾ ਤੁਸੀਂ ਨਹੀਂ ਮੇਰੇ ਤੇ ਯਕੀਨ ਕਰ ਦੇਗੇ ਉਹ ਘਰੇ ਬੈਠਾ ਨਾ ਤਾਂ ਨਹੀਂ ਨਸ਼ੇ ਛੁੱਟ ਜਾਂਦੇ ਹੁੰਦੇ ਆ ਹੁਣ ਤਾਂ ਇਹ ਚੱਲ ਸੱਚਾ ਬਣ ਕੇ ਦਿਖਾਈ ਜਾਂਦਾ ਜਾਂ ਵਿਆਹ ਤੋਂ ਬਾਅਦ ਉਸੇ ਲੱਛਣਾਂ ਤੇ ਆ ਗਿਆ ਵਿਗੜ ਗਿਆ ਫੇਰ ਕੀ ਕਰੇਂਗੀ ਮੈਂ ਤਾਂ ਤੈਨੂੰ ਗਾਲੇ ਐਂ ਕਹਿੰਦੀ ਸੀਗੀ ਮੈਨੂੰ ਕਹਿੰਦਾ ਮੈਂ ਤਾਂ ਇੱਥੋਂ ਭੱਜ ਜਾਣਾ ਫਿਰ ਕਹਿੰਦਾ ਕਿਤੇ ਹੋਰ ਆਪਦੀ ਮਰਜ਼ੀ ਨਾਲ ਕਰਾ ਲੂੰਗਾ ਜਾਂ ਕਿਵੇਂ ਕਰਾ ਲੂੰਗਾ ਫੇਰ ਕੋਈ ਨਾ ਕੋਈ ਬੰਝ ਘੜ ਦੂਗਾ ਇਹ ਤਾਂ ਇਹ ਤਾਂ ਮੈਨੂੰ ਲੱਗਦਾ ਤੁਰੀਆਂ ਹੀ ਫਿਰਦੀਆਂ ਨਾ ਵੀ ਇਸੇ ਖਾਤਰ ਹੀ ਫਿਰਦੀਆਂ ਗੀਆਂ ਮੈਂ ਤੈਨੂੰ ਇਹ ਕਹਿੰਦੀ ਸੀਗੀ ਵੀ ਆਪਾਂ ਇਹਨੂੰ ਹਜੇ ਟਾਈਮ ਪਿਆ ਹੈਗਾ 10-15 ਦਿਨ ਪਏ ਨੇ ਹਜੇ ਤੇ ਆਪਾਂ ਇੱਕ ਵਾਰੀ ਇਹਨੂੰ ਦੇਖ ਲਈਏ ਉਹ ਦੇਖੀ ਜਾਂਦੇ ਆ ਮਹੀਨਾ ਤਾਂ ਹੋ ਗਿਆ ਇਹਦੇ ਮੂੰਹ ਬੰਨੀ ਦਾ ਝਾਕੀ ਜਾਂਦੇ ਆ ਝਾਕੀ ਤੇ ਜਾਂਦੇ ਮੂੰਹ ਕੰਨੀ ਕਈ ਵਾਰੀ ਐਂ ਹੁੰਦਾ ਵੀ ਆਪਾਂ ਵੀ ਨਾ ਬਾਲੀ ਚੇਤ ਫੜ ਗਏ ਜੇ ਕੀ ਇਹ ਛੱਡ ਜੇ ਹੁਣ ਕਰੀ ਤਾਂ ਜਾਂਦਾ ਕਹਿੰਦਾ ਮੈਂ ਤਾਂ ਹੁਣ ਛੱਡਤਾ ਸਾਰਾ ਕੁਛ ਘਰੇ ਬੈਠਾਂਗਾ ਉਹ ਫਿਰ ਆਪਾਂ ਵੀ ਤਾਂ ਚੰਗੇ ਨੂੰ ਫਿਰਦੇ ਆ ਇਹਦੇ ਆਪਾਂ ਕਿਹੜਾ ਇਹਦਾ ਕੋਈ ਮਾੜਾ ਕਰਦੇ ਆ ਚੰਗੇ ਨੂੰ ਆਪਾਂ ਪਿੱਟੀ ਜਾਂਦੇ ਭਾਈ ਹਟ ਜਾ ਵੀ ਮਾੜਾ ਤਾਂ ਨਹੀਂ ਆਪਾਂ ਕਰਦੇ ਗੇ ਪਰ ਮੈਂ ਤੈਨੂੰ ਇਹ ਕਹਿੰਦੀ ਵੀ ਇੱਕ ਵਾਰੀ ਆਪਾਂ ਨਾ ਗੱਲ ਢਕੀ ਰਹਿਣ ਦਿੰਦੇ ਬਸ ਜਵਾਬ ਨਹੀਂ ਦਿੰਦੇ ਹਜੇ ਆਪਾਂ ਵੇਖ ਲਈਏ 10-15 ਦਿਨ ਹੋਰ ਇਹਦੇ ਮੂੰਹ ਕੰਨੀ ਚੱਲ ਤੁਹਾਡੀ ਮਰਜ਼ੀ ਆ ਮੈਂ ਤਾਂ ਬਸ ਜਿਹੜੀ ਗੱਲ ਤੋਂ ਡਰਦਾ ਉਹ ਨਾ ਮੂਹਰੇ ਆ ਜੇ ਹੋਰ ਤਾਂ ਕਰਨ ਨੂੰ ਤਾਂ ਕਰਨਾ ਹੀ ਆ ਅੱਗੇ ਛੋਟੇ ਦਾ ਕਿਹੜਾ ਕਰਿਆ ਨਹੀਂ ਕਰਿਆ ਤਾਂ ਆਪਾਂ ਚੰਗੇ ਨੂੰ ਸੀ ਇਹਦਾ ਵੀ ਚੱਲ ਘਰ ਇਹਦਾ ਵੀ ਨਾਲ ਵੱਜ ਜੂਗਾ ਕਰਿਆ ਤਾਂ ਚੰਗੇ ਨੂੰ ਸੀਗਾ ਚੱਲ ਇੱਕ ਵਾਰੀ ਆਪਾਂ ਦੇਖ ਲੈਂਦੇ ਹਾਂ ਕਿਤੇ ਇਹ ਨਾ ਹੋਵੇ ਆਪਾਂ ਜਵਾਬ ਦੇ ਦਈਏ ਤੇ ਇਹ ਵੀ ਨਸ਼ੇ ਛੱਡ ਕੇ ਬਹਿ ਜੇ ਜਾਂ ਆਪਣੇ ਜਵਾਬ ਦਿੱਤਿਆਂ ਕਿਤੇ ਇਹ ਜ਼ਿਆਦਾ ਲੱਗ ਜੇ ਸਾਰਾ ਕੁਛ ਕਰਨੇ ਉਹ ਚੱਲ ਦੇਖ ਲਓ ਜਿਵੇਂ ਲੋਟ ਲਾਦਾ ਫਿਰ ਵੇਖਣਾ ਤਾਂ ਕੀ ਹੈ ਭਾਈ ਮੈਂ ਤਾਂ ਹੁਣ ਆਏ ਨਾ ਚਿੰਤਾ ਜੀ 'ਚ ਹੋਈ ਪਈ ਨਾ ਤਾਂ ਮੈਨੂੰ ਐਂ ਪਤਾ ਲੱਗਦਾ ਵੀ ਮੈਂ ਕੀ ਕਰਾਂ ਵੀ ਉਹਨਾਂ ਨੂੰ ਮੈਂ ਜਵਾਬ ਦੇਵਾਂ ਜਾਂ ਮੈਂ ਇਹਦੀ ਗੱਲ ਸੁਣਾ ਮੈਂ ਤਾਂ ਸਮਝ ਨਹੀਂ ਲੱਗਦੀ ਪਈਗੀ ਉਹ ਬਾਕੀ ਲਾਡੀ ਨਾਲ ਤੇ ਉਹਦੇ ਨਾਲ ਕਰ ਲਈ ਤੂੰ ਗੱਲ ਮਨਿੰਦਰ ਨਾਲ ਕੀ ਕਹਿੰਦੇ ਆ ਉਹਨਾਂ ਦੀ ਵੀ ਰਾਏ ਤਾਂ ਫਿਰ ਜ਼ਰੂਰੀ ਆ ਹੁਣ ਮਨਿੰਦਰ ਨੂੰ ਪੁੱਛੀ ਭਾਈ ਤੇਰਾ ਦਿਲ ਕੀ ਕਹਿੰਦਾ ਹੈ ਬਾ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਕਿਸੇ ਗੱਲ 'ਚ ਧੱਕਾ ਨਾ ਕਰੀ ਜਿਹੜੀ ਗੱਲ ਸਵੇਰ ਨੂੰ ਦੇਣੀ ਆਵੇ ਉਹਦੀ ਆਪ ਨਾ ਗੁਨਾਹਗਾਰ ਬਣੀ ਤੂੰ ਇਹ ਤਾਂ ਗੱਲ ਤੇਰੀ ਠੀਕ ਹੈਗੀ ਹੁਣ ਜੇ ਮਨਿੰਦਰ ਨੂੰ ਕੁਛ ਕਹਿਣੀ ਆ ਮਨਿੰਦਰ ਤਾਂ ਇੱਕੇ ਗੱਲ 'ਤੇ ਹੈ ਵੀ ਇਹ ਤਾਂ ਨਸ਼ੇ ਛੱਡਦਾ ਨਹੀਂ ਗਾ ਇਹ ਨਹੀਂ ਛੱਡਦਾ ਨਸ਼ੇ ਉਹ ਤਾਂ ਆਪਦੀ ਗੱਲ 'ਤੇ ਚਲਦੀ ਹੈ ਬਸ ਉਹ ਫਿਰ ਅਗਲੇ ਨੂੰ ਹੁੰਦਾ ਹੀ ਯਾਦ ਹੈ ਭੈਣ ਭਰਾ ਦਾ ਹੁਣ ਉਹਨੂੰ ਵੀ ਆਇਆ ਵੀ ਮੇਰੀ ਭੈਣ ਦਾ ਡੁੱਬ ਜੇ ਇੱਥੇ ਜ਼ਿੰਦਗੀ ਖਰਾਬ ਹੋ ਜੂਗੀ ਉਹਦੀ ਵੀ ਇਹ ਤਾਂ ਗੱਲ ਤੇਰੀ ਸਹੀ ਹੈਗੀ ਚੱਲ ਕੋਈ ਨਹੀਂ ਵੇਖਦੀ ਹਾਂ ਕਰਾਂ ਹਜੇ ਆਪਾਂ ਦੇਖਦੇ ਹਾਂ 10-15 ਦਿਨ ਹੋਰ ਇਹਨੂੰ ਕੀ ਆ ਕੋਈ ਗੱਲ ਰਾਹ ਪੈ ਹੀ ਜਾਵੇ ਆਪਣੀ ਆਹੋ ਐਂ ਤਾਂ ਹੈਗਾ ਚੱਲ ਜੇ ਸਾਡੇ ਜੇ ਵਧੀਆ ਸਮਾਂ ਆਪਾਂ ਤਾਂ ਕਰਨ ਨੂੰ ਫਿਰਦਿਆਂ ਕਰ ਦਿਆਂਗੇ ਆਪਦਾ ਘਰ ਬਸ ਜੂ ਇਹਦਾ ਵੀ ਸਵੇਰ ਨੂੰ ਕਹਿਣ ਜੋਗਾ ਨਾ ਰਹੂ ਮੇਰਾ ਕੋਈ ਕਰਿਆ ਨਹੀਂ ਤੁਸੀਂ ਸਹੀ ਗੱਲ ਹੈ ਜਿਦੇ ਆ ਗਿਆ ਡਾਂਗ ਥੱਲੇ ਉਦੇ ਪਤਾ ਲੱਗੂ ਆ ਪਿਆ ਹਾਏ ਇਹਨੂੰ ਕਿਸੇ ਦਾ ਜਾਂਦੇ ਮਰਦੇ ਦਾ ਉਹ ਲਾਡੀ
ਸੰਗ ਸ਼ਰਮ ਮੰਨ ਲਾ ਵੀਰ ਬਣ ਕੇ ਥੋੜੀ ਬਹੁਤ ਯਾਰ ਕਾਹ ਤੋਂ ਇਹੋ ਜਿਹੀਆਂ ਗੱਲਾਂ ਕਰੀਆਂ ਨਾ ਯਾਰ ਛੱਡ ਦੇ ਯਾਰ ਹੁਣ ਭੁੱਖੀ ਮਰੀ ਸੀ ਤੈਨੂੰ ਮੈਂ ਮਾੜੀ ਮੋਟੀ ਖਵਾ ਦੀ ਉਹਨੇ ਯਾਰ ਇੰਨਾ ਹੁਣ ਮੈਂ ਇੱਥੋਂ ਨਹੀਂ ਹੱਲ ਹੁੰਦਾ ਯਾਰ ਮੇਰੇ ਵੀ ਤੂੰ ਪੂੜੇ ਕਟਾਏਗਾ ਇੱਥੇ ਮੈਂ ਸੰਗ ਸ਼ਰਮ 'ਚ ਹੀ ਮਰ ਜੂੰਗਾ ਯਾਰ ਯਾਰ ਸੰਗ ਸ਼ਰਮ ਨੂੰ ਬਈ ਯਾਰ ਤੂੰ ਮਾੜਾ ਮੋਟਾ ਸੋਚ ਕੇ ਅੰਦਰ ਗੱਲ ਕਰਿਆ ਕਰਨਾ ਯਾਰ ਇੱਥੇ ਉਹ ਤੁਰੇ ਫਿਰਦੇ ਹੋਣਗੇ ਕਮਾਲ ਕਰੀ ਜਾਂਦਾ ਤੈਨੂੰ ਮੈਂ ਨਸ਼ਾ ਲੈਦਾ ਤੂੰ ਐਂ ਮੇਰੀ ਵੀ ਜਮਾਂ ਪੱਟੀ ਮਿਸ ਕਰੇਗਾ ਕੱਲ੍ਹ ਨੂੰ ਉਹ ਘਰ ਛੱਡ ਕੇ ਵਗ ਜੂਗੀ ਫਿਰ ਦੱਸ ਕੀ ਕਰਾਂਗੇ ਉਹ ਤੇਰਾ ਘਰ ਬਸਾਉਂਦੇ ਬਸਾਉਂਦੇ ਯਾਰ ਮੈਂ ਜਾਣ ਦੇ ਦਿਆਂ ਫਿਰ ਬਈ ਮੈਂ ਵੀ ਤੇਰੇ ਘਰ ਦੇ ਮਾਰੇ ਤੁਰਿਆ ਫਿਰਦਾ ਮੈਨੂੰ ਐਂ ਤੇਰਾ ਘਰ ਬਸ ਜੂਗਾ ਕਮਾਲ ਕਰੀ ਜਾਂਦਾ ਯਾਰ ਤੂੰ ਵੀ ਯਾਰ ਯਾਰ ਮੇਰਾ ਤਾਂ ਬਸੇ ਨਾ ਬਸੇ ਹੁਣ ਤੂੰ ਪਹਿਲਾਂ ਹੀ ਜੇ ਲੱਕੜਾਂ 'ਚ ਦੇਤਾ ਫਿਰ ਕਿਹੜਾ ਘਰ ਬਸਾਊਂ ਮੈਂ ਯਾਰ ਸਮਝਦਾ ਨਹੀਂ ਇੱਕ ਤਾਂ ਤੂੰ ਗੱਲ ਕਿੱਥੋਂ ਚਲਾ ਮੈਂ ਨਸ਼ਾ ਪੂਰਾ ਕਰਾਂ ਕੀ ਕਰਾਂ ਖੰਡਾਂ ਚੜੀ ਜਾਂਦੀਆਂ ਪਿੰਡ ਵਾਲੇ ਕਹਿਣਗੇ ਵੀ ਭਰਾ ਨੇ ਭਰਾ ਵਿਗਾੜਤਾ ਤੂੰ ਮਾੜੀ ਮੋਟੀ ਸਮਝ ਗੱਲ ਨੂੰ ਇਸ ਨੂੰ ਉਹ ਯਾਰ ਐਂ ਕਿਧਰੇ ਨਹੀਂ ਕੁਛ ਹੁੰਦਾ ਤੈਨੂੰ ਕਹੀ ਜਾਂਦਾ ਪੜਦੇ ਨਾ ਸੀਸੀ ਜੀ ਲਿਆ ਦੇ ਖੰਘ ਵਾਲੀ ਲੱਗੂ ਉਹਦਾ ਨਾਲ ਉਹ ਕਰੋ ਕੀ ਕਹਿ ਕੇ ਨਿਕਲਾਂਗੇ ਪਤੰਦਰਾ ਜਾਣ ਨੇ ਦਿੰਦੀਆਂ ਉਹ ਬੈਠੀਆਂ ਬਾਹਰ ਦੋਨੇ ਜਾਣੀਆਂ ਔਰ ਬਾਹਰੋਂ ਮਗਾਲਾ ਕਿਸੇ ਨੂੰ ਫੋਨ ਫਾਨ ਕਰਦੇ ਯਾਰ ਯਾਰ ਦੋਸਤ ਨੂੰ ਅੱਛਾ ਹੁਣ ਸਾਰਿਆਂ ਕੋਲੇ ਪੜਦੇ ਚੱਕ ਦੀਏ ਯਾਰ ਕਮਾਲ ਹੋਈ ਪਈ ਜਦੋਂ ਯਾਰ ਬੰਦਾ ਮਰਦਾ ਬਚਾਉਣਾ ਹੋਵੇ ਕਰਨਾ ਹੀ ਪੈਂਦਾ ਆਉਂਦਾ ਜੇ ਲੋਕਾਂ ਤੋਂ ਚੀ ਪੀ ਕੇ ਫੇਰ ਨਹੀਂ ਬਚਦੇ ਤੂੰ ਜਮਾਂ ਮਰਦਾ ਹੀ ਹੋਣਾ ਮੇਰੇ ਕੋਲ ਸੌਣ ਵੀ ਨਹੀਂ ਦਿੰਦਾ ਯਾਰ ਕਿਰਾ ਉਹ ਤੈਨੂੰ ਯਾਰ ਨੀਂਦ ਪਿਆਰੀ ਹੈ ਕਿ ਭਰਾ ਘਰੇ ਤਾਂ ਨਹੀਂ ਬਈ ਤੇਰਾ ਹੱਲ ਹੁੰਦਾ ਕੋਈ ਜੇ ਮੈਂ ਤੈਨੂੰ ਕਹਾਂ ਮੈਂ ਘਰੋਂ ਬਾਹਰੋਂ ਮੰਗਾ ਲੂੰਗਾ ਜਾਂ ਕਰ ਲੂੰਗਾ ਜਾਂ ਲੈ ਆਊਂਗਾ ਮੈਂ ਘਰੇ ਆ ਕੇ ਤੈਨੂੰ ਪਿਆ ਦੂੰਗਾ ਉਹ ਹੱਲ ਨਹੀਂ ਹੁੰਦਾ ਘਰੇ ਤਾਂ ਇੱਕ ਮਿੰਟ 'ਚ ਹੀ ਫੜੇ ਜਾਵਾਂਗੇ ਤਾਂ ਬਾਹਰ ਪੀ ਹੋਣਿਆ ਪਰ ਬਾੜੇ 'ਚ ਲੈ ਚੱਲੇ ਜਾਂਦੇ ਬਹਾਨੇ ਜਾਣ ਨਹੀਂ ਦਿੰਦੇ ਤੈਨੂੰ ਕਰਦੇ ਨਹੀਂ ਗੇ ਚੱਲ ਆ ਜਾ ਮਾੜਾ ਜਾ ਜਿਵੇਂ ਮੈਂ ਕਿਹਾ ਉਵੇਂ ਕਰੀ ਚੱਲੀ ਹੁਣ ਬੋਲੀ ਨਾ ਆਹ ਲੱਛਣ ਜੇ ਘੱਟ ਕਰੀ ਤੇਰਾ ਤਾਂ ਪਿੰਡਾਂ ਜਾ ਮਿਲੀ ਜਾਵੇਂ ਤੂੰ ਹੀ ਰੱਬ ਬਣਦਾ ਮੇਰੇ ਵਾਸਤੇ ਤਾਂ ਦੂਜੇ ਤਾਂ ਬੈਰੀ ਬਣ ਗਏ ਸਾਰੇ ਓਏ ਉਹ ਬੇਬੇ ਪਈ ਆ ਮਾੜਾ ਜਿਹਾ ਹਿਸਾਬ ਨਾਲ ਨਹੀਂ ਪਤਾ ਲਗਾ ਨਹੀਂ ਲੱਗਦਾ ਪਤਾ ਆ ਜਾ ਮੈਂ ਕਹਿੰਦਾ ਲੰਘ ਚੱਲ ਓ ਬੇਬੇ ਬਹਿ ਜਾ ਮੈਂ ਕਹਿੰਦਾ ਸੀਗਾ ਉਧਰ ਜਾਂਦੇ ਆਂਗੇ ਸਬਜ਼ੀ ਨੂੰ ਮੜਿਆ ਪਾਣੀ ਜਿਹਾ ਲਾ ਆਈਏ ਤੇ ਤੂੰ ਇਕੱਲਾ ਵਗ ਜਾ ਇਹ ਤਾਂ ਦੱਸ ਕੀ ਕਰਾਉਣਾ ਨਾਲ ਤੂੰ ਉਹ ਮੇਰੇ ਹੱਥ ਦੀ ਵਾਲੀ ਹੁੰਦੀ ਆ ਜਾਣਾ ਬੇਬੇ ਲੈ ਜਾਂਦੇ ਮੈਨੂੰ ਇਹਨੂੰ ਹਾਂ ਜੇ ਉਹ ਠੀਕ ਹੁੰਦਾ ਤਾਂ ਮੈਂ ਬਾਈ ਨੂੰ ਲੈ ਜਾਂਦਾ ਜਦੋਂ ਠੀਕ ਨਹੀਂ ਗਾ ਹੁਣ ਇਹਨੂੰ ਲੈ ਕੇ ਜਾਊਂਗਾ ਵੀ ਉੱਠ ਖੜੂਗਾ ਇੰਨਾ ਕਿੰਨਾ ਕੋਲ ਬੁਖਾਰ ਹੀ ਚੜਿਆ ਹੈਗਾ ਕੋਈ ਨੂੰ ਉਹਨੂੰ ਲੈ ਜਾਣਾ ਉਹ ਫਿਰ ਬੋਲਣ ਲੱਗ ਜੂ ਕਿ ਜੇ ਭੱਗ ਗਿਆ ਉਹ ਫਿਰ ਉਹਦੇ ਡਰ ਦੇ ਮਾਰੇ ਹੁਣ ਕੰਮ ਛੱਡ ਦਈਏ ਮੰਮੀ ਬੋਲੀ ਜਾਂਦੇ ਕੋਈ ਨਹੀਂ ਦੇਖ ਲਾਂਗੇ ਫਿਰ ਉਹੇ ਜਾ ਚੱਲ ਦੇਖ ਲੈ ਭਈ ਮਰਜ਼ੀ ਹੈ ਤੁਹਾਡੀ ਭੱਗ ਜੋ ਆਪ ਤਾਂ ਉਹਨੇ ਨਹੀਂ ਕੰਮ ਕਰਨਾ ਨਾ ਸਾਨੂੰ ਕਰਨ ਦੇਵੇ ਜੇ ਮੰਨ ਲਾ ਹੁਣ ਇਹਨੇ ਨਸ਼ਾ ਛੱਡਤਾ ਤਾਂ ਕੱਲ੍ਹ ਨੂੰ ਵੀ ਕੋਈ ਨਾ ਕੋਈ ਹੋਰ ਕੰਮ ਕਰੂਗਾ ਹੀ ਇਹ ਸਿੱਖੂਗਾ ਹੀ ਮਾੜਾ ਮੋਟਾ ਇਹਦੇ ਗੱਲ ਦਿਮਾਗ 'ਚ ਪਊਗੀ ਆਪਾਂ ਇੱਥੇ ਕੋਈ ਦੁੱਖ ਕਰ ਸਕਦੇ ਜੱਗ ਜਿੱਤ ਸਕਦੇ ਚੱਲ ਠੀਕ ਹੈ ਕੋਈ ਨਹੀਂ ਬਾਗ ਜੋ ਧਿਆਨ ਰੱਖੀ ਤੂੰ ਧਿਆਨ ਹੀ ਆ ਧਿਆਨ ਲੈ ਬਸ ਨਿਕਲ ਜੇ ਓਹੋ ਲੈ ਦੱਸ ਚੱਲ ਆ ਚੱਲੀਏ ਬਸ ਅਸੀਂ ਆ ਗਏ 15-20 ਮਿੰਟਾਂ ਤੱਕ ਹੀ ਪਾਣੀ ਲਾਉਣਾ ਛੱਡ ਕੇ ਮੁੜੇ ਆਉਣੇ ਆ ਚੰਗਾ ਜਵਾਕਾਂ ਨੂੰ ਭੜੀ ਹੋਈ ਪਈ ਆ ਜ਼ਿੰਦਗੀ ਯਾਰ ਚੱਲ ਬਸ ਠੀਕ ਆ ਹੁਣ ਬਚ ਗਏ ਚੱਲ ਕਿੱਥੇ ਲੈ ਕੇ ਜਾਂਦਾ ਇਹਨੂੰ ਅੱਜ ਤਾਂ ਦੇਖਣਾ ਹੀ ਪਊਗਾ ਉੱਪਰ ਜਾਂਦੀ ਹੈ ਨਾਲੇ ਪਤਾ ਲੱਗ ਜੂਗਾ ਵੀ ਕੀ ਕਰਦੇ ਕੀ ਨਹੀਂ ਕਰਦੇ ਮੰਮੀ ਨੂੰ ਕੀ ਭਾਣਾ ਲਾ ਕੇ ਜਾਂਦੀ ਹੈ ਮੰਮੀ ਆਕਾਸ਼ ਹੋਰੇ ਕਿੱਧਰ ਗਏ ਆ ਕੁਛ ਨਹੀਂ ਉਹ ਤਾਂ ਉੱਧਰ ਬਾੜੇ 'ਚ ਗਏ ਹੈਗੇ ਮਾੜਾ ਜਿਹਾ ਅੱਛਾ ਉਹ ਨਾ ਆਕਾਸ਼ ਐਂ ਕਹਿ ਕੇ ਗਿਆ ਸੀ ਕਹਿੰਦਾ ਚਾਹ ਲੈ ਆਈ ਸਾਡੇ ਪਿੱਛੇ ਹਾਂ ਅਤੇ ਮੈਂ ਚਾਹ ਲੈ ਕੇ ਜਾਵੜਾ ਫਿਰ ਮੈਂ ਜੇ ਬਣ ਗਈ ਤਾਂ ਮੈਨੂੰ ਫੜਾ ਦੇ ਮੈਂ ਲੈ ਜਾਂਦੀ ਹਾਂ ਕੋਈ ਨਹੀਂ ਓਹ ਮੰਮੀ ਤੂੰ ਤਾਂ ਥੱਕੀ ਆਈ ਆ ਕੋਈ ਗੱਲ ਨਹੀਂ ਮੈਂ ਚਲੀ ਜਾਂਦੀ ਹਾਂ ਤੂੰ ਕਿੱਧਰ ਜਾਏਂਗੀ ਚੱਲ ਕੋਈ ਨਹੀਂ ਮੈਂ ਫੜਾ ਆਉਣੀ ਹੈਗੀ ਓਹ ਮੰਮੀ ਮੈਂ ਨਾਲੇ ਜਾ ਬਣੂੰਗੀ ਨਾਲੇ ਸਬਜ਼ੀ ਤੋੜ ਲਿਆਉਂਗੀ ਕੋਈ ਤੂੰ ਆਰਾਮ ਕਰ ਲਾ ਚੱਲ ਚੰਗਾ ਜਾਇਆ ਚੰਗਾ ਮੰਮੀ ਠੀਕ ਹੈ ਮਸਾਂ ਮੰਮੀ ਨੂੰ ਮਨਾਇਆ ਤਾਂ ਚਾਹ ਦਾ ਤਾਂ ਬਹਾਨਾ ਹੀ ਸੀਗਾ ਅੱਜ ਦੇਖਦੀ ਹਾਂ ਇਹਨਾਂ ਨੂੰ ਵੀ ਕੀ ਕਰਦੇ ਕੀ ਨਹੀਂ ਕਰਦੇ ਇੱਕ ਪਾਸਾ ਕਰ ਹੀ ਦੇਣਾ ਅੱਜ ਤਾਂ ਮੈਂ ਆ ਜਾ ਯਾਰ ਮਸਾਂ ਹੱਲ ਹੋਇਆ ਸ਼ੀਸ਼ੀ ਜੀ ਮਿਲੀ ਇੱਕ ਹੋ ਗਿਆ ਲੰਘਾ ਛੇਤੀ ਅੰਦਰ ਗੇਟ ਬੰਦ ਕਰ ਦੇਣਾ ਉਹ ਗੇਟ ਨੂੰ ਕੀ ਆ ਯਾਰ ਜਾਣ ਤਾਂ ਟੁੱਟੀ ਜਾਂਦੀ ਆ ਯਾਰ ਆ ਤੇਰਾ ਪਹਿਲਾਂ ਜੰਪ ਕਰਦਾ ਉੱਥੇ ਬਹਿ ਜਾ ਪੈਰ ਗਈਆਂ ਨੇ ਨਾ ਓਏ ਆਹੋ ਹੈਗਾ ਸਾਰਾ ਕੁਝ ਹੈਗਾ ਲੈ ਕੇ ਆਇਆ ਕੀ ਆ ਸਾਰਾ ਕੁਝ ਆ ਜਿਹੜੀਆਂ ਗੋਲੀਆਂ ਜਾਂ ਕਹੀ ਜਾਂ ਇਹ ਵੀ ਲੈ ਕੇ ਆਇਆ ਨਾਲੇ ਮੇਰੀ ਗੱਲ ਸੁਣਾੜੀ ਅੱਜ ਤੋਂ ਬਾਅਦ ਮੈਨੂੰ ਵਿਗਾੜ ਜੀ ਨਾ ਪਾਈ ਮੈਂ ਨਹੀਂ ਜਾਂਦਾ ਕਿਸੇ ਅੱਗੇ ਨਸ਼ਾ ਮੰਗਣ ਐਂ ਕੀ ਹੁੰਦਾ ਹੁੰਦਾ ਇੱਕ ਅੱਧੀ ਵਾਰੀ ਯਾਰ ਬੇਇੱਜ਼ਤੀ ਹੁੰਦੀ ਆ ਬਈ ਪਿੰਡ ਦੇ ਵਿੱਚ ਅਗਲਾ ਕਹਿੰਦਾ ਯਾਰ ਤੂੰ ਵੀ ਲੱਗ ਗਿਆ ਆਹੀ ਕੰਮਾਂ ਤੇ ਬੇਇੱਜ਼ਤੀ ਨੂੰ ਤਾਂ ਢੋਲ ਮਰਾ ਕੇ ਲੈ ਕੇ ਆਉਣਾ ਕਮਾਲ ਆ ਯਾਰ ਤੈਨੂੰ ਸੰਗ ਨਹੀਂ ਕੋਈ ਸ਼ਰਮ ਨਹੀਂ ਹੈਗੀ ਨਾਲੇ ਗੱਲ ਸੁਣ ਲਾੜੀ ਠੀਕ ਹੈ ਅੱਜ ਤੋਂ ਬਾਅਦ ਕਦੇ ਵਾਸਤੇ ਵੀ ਆਹ ਨਸ਼ੇ ਵਾਲੀ ਵਿਗਾੜ ਤਾਂ ਮੈਨੂੰ ਪਾਉਣੀ ਪਾਉਣੀ ਨਹੀਂ ਕਿਉਂਕਿ ਮੈਂ ਆਪਦਾ ਘਰ ਨਹੀਂ ਖਰਾਬ ਕਰਨਾ ਤੈਨੂੰ ਪਤਾ ਨਾ ਇਸ ਗੱਲ ਦਾ ਉਹ ਤਾਂ ਮੈਨੂੰ ਪਤਾ ਐ ਨਹੀਂ ਕੁਛ ਹੁੰਦਾ ਹੁੰਦਾ ਯਾਰ ਕਿਉਂ ਨਹੀਂ ਪਤਾ ਯਾਰ ਉਹ ਕਰੇ ਪਤਾ ਲੱਗ ਗਿਆ ਇੱਕ ਵਾਰੀ ਫਿਰ ਸਾਰਾ ਕੰਮ ਹੋ ਜੂ ਕਹਿਣਗੇ ਇਹ ਖਰਾਬ ਕਰਦਾ ਗਾ ਛੱਡਣਾ ਦਾ ਕੀ ਹੈ ਗੱਲ ਤਾਂ ਛੱਡਣ ਦੀ ਹੋਈ ਹੈ ਨਸ਼ਾ ਪੜਦੇ ਛੱਡ ਦੇਣਾ ਇੱਕ ਅੱਧੀ ਯਾਰ ਕੁਛ ਨਹੀਂ ਹੁੰਦਾ ਹੁੰਦਾ ਪੜਦਾ ਕਾਹਦਾ ਗਾ ਇਹ ਮੈਨੂੰ ਤਾਂ ਟੈਨਸ਼ਨ
ਆ ਦੋ ਚਾਰ ਗੋਲੀਆਂ ਜੀ ਆਈਆਂ ਆ ਪੀ ਲਾ ਉਦੋਂ ਬਾਅਦ ਖਵਾ ਦੂੰਗਾ ਆਕਾਸ਼ ਵਾਹ ਆਕਾਸ਼ ਤੂੰ ਵੀ ਐਂ ਕਰੇਂਗਾ ਤੇਰੇ ਤੋਂ ਇਹ ਉਮੀਦ ਨਹੀਂ ਸੀਗੀ ਹੁਣ ਲੁਕਾਉਣ ਦਾ ਕੀ ਫਾਇਦਾ ਪਤਾ ਤਾਂ ਲੱਗ ਹੀ ਗਿਆ ਮੈਨੂੰ ਕਿਹਾ ਸੀ ਨਾ ਤੈਨੂੰ ਫਸਾ ਦੇਂਗਾ ਉਹੀ ਗੱਲ ਹੋ ਗਈ ਨਾ ਸ਼ਰਮ ਕਰ ਲੋ ਸ਼ਰਮ ਤੂੰ ਆਪ ਲਵਾਈ ਇਹਨਾਂ ਨੂੰ ਹਟਾਉਣਾ ਤਾਂ ਕੀ ਸੀਗਾ ਓ ਮਨਿੰਦਰ ਗੱਲ ਸੁਣ ਲੈ ਮੇਰੀ ਮੈਂ ਕੋਈ ਗੱਲ ਨਹੀਂ ਸੁਣਨੀ ਹੈਗੀ ਬਹੁਤ ਸੁਣ ਲਿਆ ਮੈਂ ਤੇਰੇ ਤੇ ਯਕੀਨ ਕੀਤਾ ਸੀ ਤਾਂ ਹੀ ਇਸ ਘਰੇ ਰਹੀ ਸੀਗੀ ਤੈਨੂੰ ਵੀ ਪਤਾ ਮੈਂ ਮੁੜ ਕੇ ਨਹੀਂ ਆਉਣਾ ਸੀਗਾ ਓ ਇੱਕ ਮਿੰਟ ਗੱਲ ਤਾਂ ਸੁਣ ਲਾ ਡਾਕਟਰ ਕੋਲੇ ਗਏ ਸੀ ਡਾਕਟਰ ਤੋਂ ਦਵਾਈ ਲੈ ਕੇ ਦਿੱਤੀ ਹੈ ਖੰਘ ਹੋਈ ਪਈ ਸੀ ਇਹਨੂੰ ਯਾਰ ਝੂਠ ਇੰਨੇ ਝੂਠ ਹਜੇ ਵੀ ਝੂਠ ਮਾਰੀ ਨਾ ਕਿੰਨਾ ਕੁ ਟਾਈਮ ਆ ਝੂਠ ਮਾਰ ਕੇ ਆਪਦਾ ਰਿਸ਼ਤਾ ਬਚਾਏਗਾ ਨਾਲੇ ਇਹਦਾ ਬਚਾਏਗਾ ਓ ਮਨਿੰਦਰ ਝੂਠ ਨਹੀਂ ਯਾਰ ਤੂੰ ਤਾਂ ਗਲਤ ਸਮਝੀ ਗੱਲ ਤਾਂ ਸੁਣ ਲੈ ਮੇਰੀ ਓਏ ਉਹਨੂੰ ਖੰਘ ਲੱਗੀ ਪਈ ਸੀ ਜੇ ਮੈਂ ਦਵਾਈ ਦਵਾ ਦੀ ਫੇਰ ਦੱਸ ਮੈਂ ਕੀ ਗੁਨਾਹ ਕਰਤਾ ਇੱਧਰ ਆਇਆ ਸੀ ਸਬਜ਼ੀ ਕਢਾਉਣ ਵਾਸਤੇ ਉਹ ਕਹਿੰਦਾ ਮੈਨੂੰ ਖੰਘ ਲੱਗੀ ਆਹ ਦੇਖ ਲੈ ਕਿਵੇਂ ਖੰਘੀ ਜਾਂਦਾਗਾ ਮੂਰਖ ਕਦ ਬਣਾਉਣਿਆ ਪਹਿਲਾਂ ਤੈਨੂੰ ਖੰਘ ਲੱਗੀ ਨਹੀਂ ਸੀ ਓ ਭਾਬੀ ਕਾਹਦੀ ਮੂਰਖਾਲੀ ਕੀ ਗੱਲ ਹੈ ਖੰਘ ਤੇਰੇ ਸਾਹਮਣੇ ਤਾਂ ਹੁਣ ਆਈ ਪਹਿਲਾਂ ਲੱਤਾਂ ਤੇ ਸਹੀ ਤਰ੍ਹਾਂ ਖੜਾ ਹੋ ਜਾ ਫੇਰ ਖੰਘ ਲਈ ਚਾਹ ਲੈ ਕੇ ਆਈ ਆ ਸ਼ਰਮ ਕਰ ਲਾ ਕੋਈ ਚਾਹ ਨਹੀਂ ਲੈ ਗਈ ਮੈਂ ਤੁਹਾਡੇ ਪਿੱਛੇ ਆਈ ਸੀ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਦੇਖ ਲੈ ਮੈਂ ਤੇਰੇ ਪਰਿਵਾਰ ਨੂੰ ਆਪਦਾ ਪਰਿਵਾਰ ਸਮਝਿਆ ਪਰ ਤੂੰ ਮੇਰੇ ਪਰਿਵਾਰ ਨੂੰ ਆਪਦਾ ਪਰਿਵਾਰ ਨਹੀਂ ਸਮਝਿਆ ਤਾਂ ਹੀ ਤੈਨੂੰ ਮੇਰੀ ਭੈਣ ਤੱਕ ਕੋਈ ਮਤਲਬ ਨਹੀਂ ਹੈਗਾ ਯਾਰ ਮਤਲਬ ਕਿਉਂ ਨਹੀਂ ਗਿਆ ਕਮਾਲ ਕਰੀ ਜਾਂਦੀ ਹੈ ਤੂੰ ਮੈਂ ਤਾਂ ਇਹਦਾ ਨਸ਼ਾ ਛੜਾਈ ਜਾਂਦਾ ਤੂੰ ਮੇਰੇ ਤੇ ਇਲਜ਼ਾਮ ਕੀ ਛੜਾਇਆ ਕੀ ਛੜਾਇਆ ਮੇਰੇ ਸਾਹਮਣੇ ਤਾਂ ਪਿਆਈ ਜਾਂਦਾ ਮੈਂ ਸਾਰੀਆਂ ਗੱਲਾਂ ਸੁਣੀਆਂ ਉਹ ਦਵਾਈ ਆ ਦਵਾਈ ਮਨਿੰਦਰ ਉਹ ਯਾਰ ਹੁਣ ਮੇਰਾ ਭਰਾ ਬਿਮਾਰ ਆ ਮੈਂ ਇਹਨੂੰ ਦਵਾਈ ਵੀ ਨਾ ਦਵਾਵਾਂ ਅੱਛਾ ਦਵਾਈ ਆ ਤੇ ਆ ਦਵਾਈ ਘਰੇ ਵੀ ਦੇ ਸਕਦਾ ਸੀਗਾ ਘਰੇ ਤੈਨੂੰ ਖੰਘ ਲੱਗੀ ਨਹੀਂ ਸੀ ਇੱਥੇ ਕਿ ਕਿਵੇਂ ਖੰਘ ਲੱਗੀ ਦਵਾਈ ਘਰੇ ਵੀ ਲੈ ਸਕਦਾ ਸੀ ਇੱਥੇ ਕੋਈ ਜਾ ਦੇਣ ਲਈ ਜਾਂਦੀ ਦਵਾਈ ਉਹ ਨਸ਼ਾ ਛੱਡਿਆ ਕਰਕੇ ਖਾਰਸ਼ ਜੀ ਹੁੰਦੀ ਰਹਿੰਦੀ ਆ ਗੱਲ ਚ ਉਹਦਾ ਕਰਕੇ ਖੰਘ ਆ ਹੁਣ ਘਰੇ ਤੈਨੂੰ ਕੀ ਪਤਾ ਲੱਗਦਾ ਵੀ ਖੰਘ ਦਾਵਾਂ ਕਿ ਨਾ ਉਹੀ ਤਾਂ ਗੱਲ ਹੈ ਐਵੇਂ ਮਾਰੀ ਜਾਂਦੀ ਆ ਯਾਰ ਇਹ ਤਾਂ ਯਾਰ ਇਹਨੂੰ ਤਾਂ ਬਸ ਇਹੀ ਸ਼ੱਕ ਰਹਿੰਦਾ ਤੈਨੂੰ ਕਹੀ ਤਾਂ ਜਾਂਦਾ ਵਹਿਮ ਦਾ ਇਲਾਜ ਨਹੀਂ ਹੈਗਾ ਕੋਈ ਮਗਰ ਆ ਗਈ ਇੱਥੇ ਮਗਰ ਕੀ ਕਰਨ ਆਈ ਆ ਲੈ ਤੂੰ ਅੱਛਾ ਮੈਂ ਸ਼ੱਕ ਕਰਦੀ ਹਾਂ ਤੂੰ ਇਹਨੂੰ ਕਹੀ ਜਾਂਦੇ ਸੀ ਗੋਲੀਆਂ ਵੀ ਆ ਦਿਖਾਈ ਮੈਨੂੰ ਯਾਰ ਕਿਹੜੀਆਂ ਗੋਲੀਆਂ ਕੋਈ ਗੋਲੀਆਂ ਨਹੀਂ ਡਾਕਟਰ ਨੇ ਦਿੱਤੀਆਂ ਕਿਹੜੇ ਆ ਸਿਗਨੇਚਰ ਇਹਦੇ ਕੋਲੇ ਪਤਾ ਨਾ ਦਿਖਾਈ ਆ ਕੀ ਆ ਉਹ ਇਹਦਾ ਗੋਲੀਆਂ ਆ ਨਸ਼ਾ ਛੱਡਣ ਵਾਲੀਆਂ ਸੌਖਾ ਰਹਿੰਦਾ ਸਰੀਰ ਇਹਦੇ ਨਾਲ ਥੋੜਾ ਜਿਹਾ ਰੇਲਾ ਰਹਿ ਜਾਊਗਾ ਹੋਰ ਯਾਰ ਮਨਿੰਦਰ ਹਰ ਵੇਲੇ ਥੋੜੀ ਅਸੀਂ ਗਲਤ ਤੁਰੇ ਫਿਰਦੇ ਆਂ ਤੈਨੂੰ ਦੱਸੀ ਤਾਂ ਜਾਂਦੇ ਇੱਧਰ ਸਬਜ਼ੀ ਗੁੱਡਣਾ ਆ ਤੂੰ ਐਵੇਂ ਬੋਲੀ ਜਾਂਦੀ ਆ ਦਵਾਈ ਆ ਚੈੱਕ ਕਰਾ ਲਾ ਕਿਸੇ ਤੋਂ ਮਰਜ਼ੀ ਕੋਈ ਨਾ ਚੈੱਕ ਤਾਂ ਕਰਵਾਉਂਗੀ ਬਿਨਾਂ ਚੈੱਕ ਕਰਾਏ ਤਾਂ ਹਟਦੀ ਨਹੀਂ ਮੈਂ ਵੀ ਉਹ ਚੱਲ ਤੂੰ ਫੜਾ ਉਹਰੇ ਮੈਂ ਦੇਖਦਾ ਕੀ ਆ ਕਿਹੜਾ ਗੋਲੀਆਂ ਚੈੱਕ ਕਰ ਲੈਣਾ ਕੋਈ ਨਾ ਮੈਂ ਆਪੇ ਰਾਜਪਾਲ ਮੈਨੂੰ ਫੜਾ ਦੇ ਓਏ ਯਾਰ ਕਿਵੇਂ ਫੜਾ ਦਵਾਈ ਆ ਮੇਰੀ ਡਾਕਟਰ ਕੋਲੇ ਲੈ ਜਾਣਾ ਬਾਹਲਾ ਤੰਗਾ ਦਾ ਬਾਹਲਾ ਤੈਨੂੰ ਪਤਾ ਲੱਗ ਉਹ ਤੁਹਾਡੇ ਵਰਗਾ ਡਾਕਟਰ ਹੋਊਗਾ ਸਿਖਾ ਕੇ ਆਉਂਗੇ ਪੈਸੇ ਦੇ ਕੇ ਆਏ ਹੋਗੇ ਚਾਰ ਨੂੰ ਆ ਕਿੱਥੇ ਆ ਪੈਸੇ ਇੱਥੋਂ ਪੈਸੇ ਲੈ ਕੇ ਗਿਆ ਮੈਂ ਸਾਰੇ ਪੈਸੇ ਤਾਂ ਤੇਰੇ ਕੋਲੇ ਆ ਆਕਾਸ਼ ਝੂਠ ਨਾ ਮਾਰ ਤੂੰ ਬਹੁਤ ਧੋਖਾ ਦੇਤਾ ਇਹਦਾ ਧੋਖੇ 'ਚ ਰੱਖੀ ਜਾਂਦਾ ਸੀ ਮੇਰੇ ਭੈਣ ਨੂੰ ਪਰ ਤੂੰ ਵੀ ਮੈਨੂੰ ਧੋਖੇ 'ਚ ਰੱਖ ਰਿਹਾ ਮੈਨੂੰ ਬੇਬੇ ਨੇ ਨਹੀਂ ਦੱਸਿਆ ਬੇਬੇ ਨੂੰ ਸਾਰਾ ਕੁਝ ਦੱਸ ਕੇ ਤਾਂ ਆਇਆ ਵੀ ਕੀ ਦੱਸ ਕੇ ਆਇਆ ਓਏ ਵੀ ਖੰਘ ਹੋਈ ਵੀ ਐ ਇਹਨੂੰ ਐ ਕੋਈ ਆਕਾਸ਼ ਝੂਠ ਨਾ ਮਾਰ ਕੋਈ ਖੰਘ ਨਹੀਂ ਮੈਂ ਸਾਰੀਆਂ ਗੱਲਾਂ ਸੁਣਨੀਆਂ ਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਾ ਰਹਿੰਦੀ ਮੈਂ ਵੀ ਨਹੀਂ ਮੈਂ ਤਾਂ ਆਪ ਜਾਊਂਗੀ ਤਲਾਕ ਹੀ ਦੇਊਂਗੀ ਤੈਨੂੰ ਕਿੱਥੇ ਜਾਏਂਗੀ ਮਨਿੰਦਰ ਤੂੰ ਕਿਉਂ ਐਵੇਂ ਕਾਲ ਮਾਰਦੀ ਹੁੰਨੀ ਆ ਮੈਂ ਵੀ ਆਪਦੇ ਪਿੰਡ ਜਾਊਂਗੀ ਬਹੁਤ ਸੁਣ ਲਿਆ ਯਾਰ ਬਹੁਤ ਧੋਖੇ ਸਹਿ ਲੇ ਮੈਂ ਤੈਨੂੰ ਦੱਸ ਕੀ ਕਹਿਤਾ ਕੀ ਤੈਨੂੰ ਧੋਖਾ ਦਿੱਤਾ ਕਿਹਦੇ ਨਾਲ ਤੂੰ ਮੈਨੂੰ ਫੜ ਲਿਆ ਉਹ ਪੜ੍ਹੀ ਲਿਖੀ ਹੈਗੀ ਆ ਤੂੰ ਤੈਨੂੰ ਇਹਨਾਂ ਨਹੀਂ ਪਤਾ ਲੱਗਦਾ ਵੀ ਦਵਾਈ ਆ ਕਿ ਨਸ਼ਾ ਹੈ ਹਾਂ ਪਤਾ ਲੱਗਦਾ ਤਾਂ ਹੀ ਲੜ ਰਹੀ ਆ ਮੈਂ ਬੇਵਕੂਫ ਨਹੀਂ ਹੈਗੀ ਚੱਲ ਠੀਕ ਆ ਫਿਰ ਤੂੰ ਨਹੀਂ ਬੇਵਕੂਫ ਨਾ ਤੂੰ ਮੈਨੂੰ ਐ ਦੱਸ ਨਸ਼ਾ ਖਾਦਾ ਇਹਨੇ ਤੈਨੂੰ ਲੱਗਦਾ ਦੇਖਣ ਤੋਂ ਲੱਗਦਾ ਨਸ਼ਾ ਖਾਦਾ ਹਜੇ ਕਿ ਖੜਿਆ ਤਾਂ ਚੱਜ ਨਾਲ ਜਾਂਦਾ ਨਹੀਂ ਸੀ ਉਹ ਤੋਂ ਉਹ ਖੜਨ ਨੂੰ ਮੈਨੂੰ ਕੀ ਹੋਇਆ ਦੱਸ ਖਲੋੜੀਆਂ ਤੇ ਖੜਾ ਮੈਂ ਕੀ ਫੇਰ ਕਿੱਡੀ ਗੱਲ ਆ ਜੇ ਖਾਲੇ 15 ਦਿਨਾਂ ਬਾਅਦ ਕੁਛ ਨਾ ਕੁਛ ਤਾਂ ਚੱਲਦਾ ਰਹਿੰਦਾ ਸਰੀਰ ਮੜਾ ਜਾ ਸੌਖਾ ਰਹੂੰਗਾ ਐ ਤਾਂ ਤਰੰਗ ਹੋ ਜਾਊਗਾ ਮੈਨੂੰ ਸ਼ਰਮ ਕਰ ਲੈ ਸ਼ਰਮ ਤੂੰ ਤਾਂ ਐ ਨਹੀਂ ਸ਼ਰਮ ਆਉਂਦੀ ਵੀ ਸ਼ਰਿਆ ਮੈਂ ਨਸ਼ਾ ਲਾਈ ਨਾ ਹਜੇ ਕਹਿੰਦਾ ਮੈਂ ਸਰੀਰ ਖੜਾਉਣ ਵਾਸਤੇ ਨਸ਼ਾ ਲਾਉਣਾ ਉਹ ਲੱਡੀ ਨੂੰ ਚੁੱਪ ਕਰਾ ਯਾਰ ਪਹਿਲਾਂ ਨਹੀਂ ਸਰੀਰ ਸੈੱਟ ਹੈਗਾ ਮੈਂ ਬਿਨਾਂ ਗੱਲ ਤੋਂ ਕੱਲੀ ਕੋਠੀ ਚੜਾਈ ਜਾਂਦੀ ਹੈ ਗੱਲ ਰੋਹਿਤ ਤਾਂ ਤੈਨੂੰ ਮੈਂ ਕਹੀ ਨਾ ਲੋਕ ਖੜੇ ਦੇਂਦੇ ਆ ਕਿਉਂ ਜਲੂਸ ਕੱਢਦੀ ਹੁੰਨੀ ਆ ਆਪਦੇ ਘਰ ਦੇ ਪਰਦੇ ਤੂੰ ਆਪ ਹੀ ਕਿਉਂ ਚੱਕਦੀ ਆ ਜਲੂਸ ਨਹੀਂ ਲੱਗਦਾ ਨਾ ਕੋਈ ਗੱਲ ਨਹੀਂ ਇਹ ਜਲੂਸ ਨਿਕਲਦਾ ਹੀ ਨਹੀਂ ਕਦੇ ਮੈਂ ਤਾਂ ਆਪਦੇ ਪੇਕੇ ਚੱਲੀ ਆ ਕੋਈ ਗੱਲ ਨਹੀਂ ਨਾ ਤੇ ਮੇਰੀ ਭੈਣ ਦਾ ਡੋਲਾ ਮਿਲੇ ਤੈਨੂੰ ਤੇ ਨਾ ਮੈਂ ਆਵਾਂ ਮੁੜ ਕੇ ਘਰੇ ਹੁਣ ਕਿਉਂ ਤੂੰ ਕਿਉਂ ਆਪਦਾ ਘਰ ਪੜਦੀ ਆ ਤੈਨੂੰ ਕਿਸੇ ਨੇ ਕਿਹਾ ਕੁਛ ਤੈਨੂੰ ਕਿਸੇ ਨੇ ਕੀ ਕਹਿਤਾ ਤੂੰ ਨਹੀਂ ਕਿਹਾ ਪਰ ਤੂੰ ਨਸ਼ਾ ਤਾਂ ਲਵਾ ਰਿਹਾ ਆਪਦੇ ਭਰਾ ਨੂੰ ਤੈਨੂੰ ਮੇਰੀ ਭੈਣ ਤਾਂ ਕੋਈ ਮਤਲਬ ਨਹੀਂ ਹੈਗਾ ਆਕਾਸ਼ ਵੀ ਉਹਦਾ ਘਰ ਪੱਟੇ ਤੇਰੀ ਭੈਣ ਕਿਹੜਾ ਫਿਰ ਇੱਥੇ ਆਈ ਖੜੀ ਆ ਹਾਂ ਤੇ ਆਊਗੀ ਤੇ ਉਹਦੇ ਪਿੱਛੇ ਇਹ ਸਭ ਕੁਝ ਕਰੀ ਜਾਂਦੇ ਹੋ ਉਹ ਤਾਂ ਮੈਂ ਆਪਦੇ ਜ਼ੋਰ ਨਾਲ ਲੈ ਕੇ ਆਉਂਗਾ ਨਾ ਜਦੋਂ ਮੇਰੀ ਗੱਲ ਹਾਂ ਤੂੰ ਲੈ ਕੇ ਲਿਆ ਕੇ ਦਿਖਾ ਦੇ ਫਿਰ ਤੂੰ ਦਿਖਾਉਂਗਾ ਤੁਹਾਡੇ ਹਾਂ ਕੋਈ ਗੱਲ ਨਹੀਂ ਫਿਰ ਤੂੰ ਲਿਆ ਕੇ ਦਿਖਾ ਦੇ ਅਰੇ ਆਉਂਦੀ ਨਹੀਂ ਹੁਣ ਉਹ ਵਾਸਤੇ ਪਾਉਣਾ ਹੁਣ ਕੋਈ ਨਾ ਰਾਜਪਾਲ ਯਾਰ ਇਹ ਤਾਂ ਇਹ ਤੈਨੂੰ ਅਸੀਂ ਇਹਨਾਂ
ਕੀ ਗੱਲ ਆ ਯਾਰ ਰਾਜਪਾਲ ਰਹਿਣ ਦੇ ਬਸ ਕਿਉਂ ਕਰਾਉਣੀ ਆ ਤੂੰ ਨਾ ਕਹੀ ਜਾਂਦਾ ਜਾਣ ਦੇ ਯਾਰ ਪਰ ਦਫਾ ਕਰ ਯਾਰ ਆ ਦੇਖ ਲੈ ਹੁਣ ਵੀ ਕਹਿ ਦੇ ਕੱਲੀ ਦਵਾਈ ਨਹੀਂ ਹੋਰ ਬਹੁਤ ਕੁਝ ਨਿਕਲਿਆ ਆ ਉਹ ਇਹਦਾ ਚਚੜਾਂ ਵਾਲੀ ਦਵਾਈ ਆ ਪਸ਼ੂਆਂ ਦੀ ਆ ਗਈ ਵਿੱਚ ਲੈ ਪਾ ਦੇ ਕਰ ਲੈ ਮੈਨੂੰ ਕਿ ਪਤਾ ਨਹੀਂ ਲੱਗਦਾ ਮੈਂ ਜਾਣਦੀ ਨਹੀਂ ਕੋਈ ਚੀਜ਼ਾਂ ਨੂੰ ਤੈਨੂੰ ਮੈਂ ਕਹੀ ਇਹ ਨਾ ਕਿ ਤੈਨੂੰ ਲੋੜ ਕੀ ਆ ਫੜਾਉਂਦੀ ਆ ਹਾਂ ਲੋੜ ਕੀ ਆ ਜਾਣ ਦੇ ਪਰ ਯਾਰ ਦਵਾਈ ਨੂੰ ਦਵਾਈ ਨੂੰ ਮੇਰੀ ਗੱਲ ਸੁਣ ਲੈ ਮੈਂ ਵੀ ਜਾ ਰਹੀ ਜੀ ਰੋਕਣ ਦੀ ਕੋਸ਼ਿਸ਼ ਕੀਤੀ ਹਿਸਾਬ ਨਾਲ ਇਹਨਾਂ ਮੈਂ ਵੀਰੇ ਨੂੰ ਦੱਸ ਕਿਉਂ ਸਾਰਾ ਕੁਝ ਯਾਰ ਦੱਸ ਦੇ ਯਾਰ ਜਿਹਨੂੰ ਦੱਸਣਾ ਫਿਰ ਹੁਣ ਜਦੋਂ ਬਸ ਠੀਕ ਹੈ ਦਮਣ ਕਿ ਆਹੀਂ ਵੀ ਨਾ ਪਿੱਛੇ ਲੈਣ ਉਹ ਜਾਣ ਦੇ ਪਰ ਦਵਾਈ ਨੇ ਉੱਤੇ ਡੋਲੇ ਹੋ ਗਏ ਯਾਰ ਦਫਾ ਹੁਣ ਦੇ ਤੂੰ ਵੀ ਬਿਨਾਂ ਗੱਲ ਤੋਂ ਯਾਰ ਲੱਡੀ ਕੀ ਆ ਤੈਨੂੰ ਕੀ ਲੋੜ ਸੀ ਮਸਾ ਤਾਂ 100 ਜਣਿਆਂ ਦੀਆਂ ਮਿਹਨਤਾਂ ਕਰਕੇ ਤੈਨੂੰ ਮੈਂ ਲਿਆ ਕੇ ਦਿੱਤਾ ਸੀ ਹੁਣ ਕੀ ਕਰੇਂਗਾ ਫਿਰ ਹੁਣ ਸਾਰ ਲੇਗਾ ਉੱਤੀ ਆ ਗਈ ਤੇਰੀ ਕੋਲ ਲੱਗਦੀ ਤੇਰੇ ਤੇ ਯਕੀਨ ਤਾਂ ਹੈ ਨਹੀਂ 1% ਵੀ ਉਹ ਫਿਰ ਤੇਰੀ ਜੇਲ੍ਹ 'ਚ ਤੇਰੀ ਹੱਥ ਮਾਰਦੀ ਸੀ ਯਾਰ ਤੂੰ ਆਪਦਾ ਲੁਕੋ ਲੈਂਦਾ ਭੱਜ ਜਾਂਦਾ ਇੱਥੋਂ ਯਾਰ ਮੇਰੇ ਘਰ ਵਾਲੀ ਹੁੰਦੀ ਇੱਥੇ ਦੀ ਥਾਂ ਤੇ ਜੇ ਨਾ ਸੋਟੇ ਥੱਲੇ ਕਰੀ ਹੁੰਦੀ ਫਿਰ ਯਾਰ ਗੱਲ ਤਾਂ ਗੱਲ ਸਮਝ ਲੈ ਤੂੰ ਮੇਰਾ ਘਰ ਵੀ ਪੱਟਦਾ ਬਸ ਨਾਲ ਜਿਹੜੀ ਗੱਲ ਕਰਨੀ ਜਿਹੜੀ ਗੱਲ ਤੋਂ ਮੈਂ ਡਰੀ ਜਾਂਦਾ ਸੀ ਬਸ ਤੂੰ ਗੱਲ ਕਰਤੀ ਹੁਣ ਪੱਟਿਆ ਜਾਂਦਾ ਪਤਾ ਨਹੀਂ ਘਰੇ ਜਾ ਕੇ ਉਹਨੂੰ ਕੀ ਕਹੂਗੀ ਉਧਰੋਂ ਵੱਡੇ ਨੂੰ ਨਹੀਂ ਬੋਲਣ ਦੀ ਅਕਲ ਯਾਰ ਉਹ ਯਾਰ ਕੁਝ ਮਰਜ਼ੀ ਹੋਈ ਜਾਵੇ ਹੁਣ ਮਰਨਾ ਤਾਂ ਨਹੀਂ ਹੁਣ ਤੇਰੇ ਸਾਹਮਣੇ ਮਰਨਾ ਕੋਈ ਮੇਰੇ ਨਾਲ ਚੱਲ ਯਾਰ ਮੈਂ ਹੁਣ ਇਕੱਲਾ ਨਹੀਂ ਹੁੰਦਾ ਇਹ ਸਾਹਮਣੇ ਹੁੰਦਾ ਉਹ ਪਤਾ ਨਹੀਂ ਕੀ ਗੱਲਾਂ ਬਣਾ ਕੇ ਦੱਸੂ ਨਾ ਦੱਸੂ ਸਾਹਮਣੇ ਤਾਂ ਮੈਂ ਇਕੱਲੇ ਹੀ ਹੋ ਜਾਣਾ ਚੱਲ ਤੈਨੂੰ ਨਾ ਪੂਰੇ ਹੁੰਦੇ ਆ ਨਾਲ ਚੱਲ ਹੁਣ ਉਹੀ ਸਾਹਮਣੇ ਫਿਰ ਪਤਾ ਲੱਗੂਗਾ ਚੱਲ ਕਰਦੇ ਆਂ ਗੱਲ ਘਰੇ ਜਾ ਕਰਤਾ ਉਹੀ ਕੰਮ ਬਾਈ ਮੰਮੀ ਕਿੱਥੇ ਆ ਉਹ ਤਾਂ ਇੱਥੇ ਪਿੰਡ 'ਚ ਹੀ ਗਈ ਹੋਈ ਸੀ ਪਤਾ ਨਹੀਂ ਕਿਹਦੇ ਮਰਗ ਹੋ ਗਈ ਉਹਨੂੰ ਬੁੜੀਆਂ ਹੀ ਆ ਨਾ ਵੱਗ ਗਈ ਇੱਥੋਂ ਹੁਣੀ ਗਈ ਆ ਦੱਸ ਕਮੇਟੀ ਹੋਇਆ ਕੀ ਗੱਲ ਹੋ ਗਈ ਗੱਲ ਲੈ ਆਪੀ ਦੇਖ ਲਾ ਆਕਾਸ਼ ਲਵਾਈ ਜਾਂਦਾ ਸੀ ਰਾਜਪਾਲ ਨੂੰ ਮੈਂ ਤਾਂ ਬਹਾਨੇ ਨਾਲ ਪਿੱਛੇ ਗਈ ਸੀ ਮੈਨੂੰ ਪਤਾ ਹੀ ਸੀਗਾ ਵੀ ਇਹ ਲਵਾਉਂਦਾ ਲਵਾਉਂਦਾ ਕੁਛ ਇਹਨੂੰ ਮੈਂ ਤੈਨੂੰ ਉਦੋਂ ਵੀ ਦੱਸਿਆ ਸੀ ਨਾ ਵੀ ਲੈ ਕੇ ਗਿਆ ਤੈਨੂੰ ਕੁਛ ਖਵਾ ਕੇ ਲਿਆ ਆਹ ਦੇਖ ਲਾ ਸਬੂਤ ਆ ਉਹਨੂੰ ਉਹ ਬਾਈ ਸ਼ਰਮ ਲਾ ਰੱਖੀ ਆ ਇਹਨਾਂ ਨੇ ਤਾਂ ਮੈਂ ਤਾਂ ਉਦੋਂ ਵੀ ਆ ਕੇ ਤਾਂ ਹੀ ਰੁੱਖਾ ਹੋਇਆ ਸੀ ਇਹਨਾਂ ਨਾਲ ਮੈਂ ਤਾਂ ਦੀਂਦਾ ਸੀ ਵੀ ਕਿਹੜਾ ਇਹਨੇ ਨਸ਼ਾ ਛੱਡਣਾ ਗਾ ਆ ਮਾਂ ਗਈ ਉਹ ਲੱਗ ਜਾਂਦੀ ਆ ਜਾਂ ਉਹ ਲਾਡੀ ਆ ਉਹ ਫਿਰਦਾ ਰਹਿੰਦਾ ਇਹਦੇ ਮਗਰ ਮੂਹਰੇ ਮੇਰੀ ਗੱਲ ਸੁਣ ਲੈ ਬਾਈ ਮੈਨੂੰ ਆਕਾਸ਼ ਤੋਂ ਇਹ ਉਮੀਦ ਨਹੀਂ ਸੀ ਮੇਰਾ ਕੀ ਫਾਇਦਾ ਹੈਗਾ ਹੁਣ ਇੱਥੇ ਰਹਿਣ ਦਾ ਜਦੋਂ ਉਹੀ ਧੋਖਾ ਦੇਈ ਜਾਂਦਾ ਮੈਨੂੰ ਮੈਂ ਤਾਂ ਆਪ ਰਹਿੰਦੀ ਮੈਂ ਤਾਂ ਪੇਕੇ ਜਾਊਂਗੀ ਹੁਣ ਮੈਂ ਵੀ ਉਹ ਜਾ ਕੋਈ ਨਹੀਂ ਬਾਈ ਆਪਾਂ ਕਰਦੇ ਆਂ ਗੱਲ ਆਉਂਦੇ ਕਿੱਥੇ ਆਉਣ ਉਹ ਮੈਨੂੰ ਨਹੀਂ ਪਤਾ ਕਿੱਥੇ ਆ ਆਉਣਗੇ ਕਿ ਨਹੀਂ ਆਉਂਦੇ ਉੱਥੇ ਖੜੀ ਸੀ ਸ਼ਰਮਾਂਗੂ ਅੱਗੋਂ ਮੈਨੂੰ ਰਾਜਪਾਲ ਕਹਿੰਦਾ ਵਗ ਜਾ ਮੈਨੂੰ ਕਹਿੰਦਾ ਉਹ ਕੁੱਤਿਆਂ ਨੂੰ ਭੌਂਕਣ ਜਾਂਦੇ ਆ ਐਂ ਤਾਂ ਇਹਨਾਂ ਨੂੰ ਅਕਲ ਨਹੀਂ ਵੀ ਘਰ ਮਸਾਂ ਵੱਜਦਾ ਹੁੰਦਾ ਇਹਦਾ ਇਹਨਾਂ ਨੂੰ ਆਏ ਆ ਵੀ ਪਤਾ ਨਹੀਂ ਗੁੱਡੇ ਗੁੱਡੀਆਂ ਦਾ ਖੇਡ ਆ ਅਸੀਂ ਆਹੀ ਤੁਰੇ ਫਿਰਾਂਗੇ ਆਏ ਉਮਰ ਨਹੀਂ ਲੰਘਦੀ ਹੁੰਦੀ ਬਸ ਬਈ ਬਹੁਤ ਹੋ ਗਿਆ ਬਸ ਮੈਂ ਵੀ ਰਹਿੰਦੀ ਇਹਨੂੰ ਵੀ ਅਕਲ ਤਾਂ ਹੀ ਆਊਗੀ ਮੈਂ ਤਾਂ ਆਪ ਜਾਊਂਗੀ ਉਹ ਬਈ ਤੂੰ ਕਾਹਨੂੰ ਆਦਾ ਘਰ ਪੜਦੀਆਂ ਹੈ ਤੂੰ ਤਾਂ ਸਿਆਣੀ ਆ ਜੇ ਇਹ ਜੇ ਤਾਂ ਕੋਈ ਨਹੀਂ ਆਪਾਂ ਕਰ ਲਾਂਗੇ ਹੱਲ ਕੋਈ ਮਸਲੇ ਚਲ ਬਈ ਮੈਂ ਤਾਂ ਸਿਆਣੀ ਆ ਮੈਂ ਆਕਾਸ਼ ਤੇ ਕਿੰਨਾ ਯਕੀਨ ਕੀਤਾ ਸੀ ਜੇ ਹਰਪ੍ਰੀਤ ਦਾ ਰਿਸ਼ਤਾ ਕਰਵਾਇਆ ਸੀ ਤਾਂ ਵੀ ਆਕਾਸ਼ ਦੇ ਕਹਿਣ ਤੇ ਕਰਾਇਆ ਸੀ ਜਦੋਂ ਘਰੋਂ ਵਾਗੀ ਸੀ ਤਾਂ ਵੀ ਆਕਾਸ਼ ਦੇ ਕਹਿਣ ਤੇ ਆਈ ਸੀ ਵੀ ਚਲ ਮੈਨੂੰ ਇੱਥੇ ਯਕੀਨ ਸੀ ਪਰ ਇਹਨੇ ਵੀ ਯਕੀਨ ਤੋੜਤਾ ਮੇਰਾ ਪਰ ਜੇ ਇੰਨੀ ਅਕਲ ਹੋਵੇ ਐਂ ਤਾਂ ਅਕਲ ਨੂੰ ਹੱਥ ਮਾਰ ਲੈ ਵੀ ਮੇਰਾ ਘਰ ਪੱਟਿਆ ਜਾਊਗਾ ਉਹਦਾ ਤਾਂ ਜਦੋਂ ਬਸੂਗਾ ਦੇਖੀ ਜਾਊ ਮੈਨੂੰ ਤਾਂ ਐਂ ਲੱਗਦਾ ਵੀ ਇਹ ਆਪਦਾ ਹੀ ਪੱਟ ਕੇ ਬਹਿ ਜਾਊਗਾ ਉਹਦੇ ਪਿੱਛੇ ਮੈਨੂੰ ਤਾਂ ਐਂ ਸਮਝ ਆਉਂਦੀ ਬਈ ਚਾ ਰਾਜਪਾਲ ਤਾਂ ਨਿਆਣਾ ਹੈਗਾ ਉਹਨੂੰ ਤਾਂ ਕਰਨੀ ਕਰਨੇ ਜਦੋਂ ਘਰ ਦੇ ਆਪ ਹੀ ਲਵਾਈ ਜਾਂਦੇ ਉਹਦੇ ਘਰ ਦੇ ਆਪਦਾ ਘਰ ਪੱਟੀ ਜਾਂਦੇ ਆ ਉਹ ਫਿਰ ਉਹ ਅਕਲ ਦੇ ਘੱਟ ਹੀ ਆ ਹੋਰ ਕੀ ਆ ਅਕਲ ਬਿਨਾਂ ਹੀ ਖੂਹ ਖਾਲੀ ਹੁੰਦੇ ਆ ਇਹਨਾਂ ਨੇ ਉਹ ਦਿਨ ਦੇਖੇ ਨਹੀਂ ਉੱਥੇ ਅਸੀਂ 8 ਦਿਨ ਲਾ ਕੇ ਤਾਂ ਆਏ ਆ ਸਾਨੂੰ ਪਤਾ ਉਹ ਜਵਾਕ ਐਡੇ ਐਡੇ ਉਹਨਾਂ ਦਾ ਕੀ ਕਸੂਰ ਸੀ ਲਾ ਦੱਸ ਸ਼ੁਕਰ ਆ ਬਾਈ ਹਜੇ ਪਤਾ ਲੱਗ ਗਿਆ ਆ 1.5 ਮਹੀਨੇ ਤਾਂ ਹੋਇਆ ਵੀ ਨਹੀਂ ਅੱਗੋਂ ਕਹਿੰਦੇ ਮੈਂ ਤਾਂ ਲਾਉਂਗਾ ਮੇਰੇ ਤਾਂ ਸਰੀਰ ਟੁੱਟਦਾ ਕੋਈ ਨਹੀਂ ਆਉਣ ਦੇ ਮੈਂ ਬਣਾਉਣਾ ਅੱਜ ਮੋਰ ਇਹਨਾਂ ਦਾ ਬਸ ਆਉਣ ਜਾਂ ਨਾ ਆਉਣ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਜਾਊਂਗੀ ਉਹ ਕੋਈ ਨਹੀਂ ਭਾਈ ਆਪਾਂ ਬੇਬੇ ਨੂੰ ਆ ਜਾਂਦੇ ਕੋਈ ਨਹੀਂ ਕਰਦੇ ਆ ਠੰਡੇ ਮਤੇ ਨਾਲ ਬੇਬੇ ਦਾ ਕੀ ਪਤਾ ਬੇਬੇ ਦਾ ਕੀ ਪਤਾ ਕਦੋਂ ਆਊ ਕਦੋਂ ਨਹੀਂ ਉਹ ਤਾਂ ਇੰਨਿਆਂ ਦੀ ਸਾਈਡ ਲੋਗੀ ਉਹ ਕਿਹੜਾ ਸਾਡੀ ਸਾਈਡ ਲਊਗੀ ਉਹ ਕੋਈ ਨਹੀਂ ਆ ਜਾਊਗੀ ਬੇਬੇ ਪਿੰਡ 'ਚ ਹੀ ਗਈ ਆ ਬੇਬੇ ਕਿਹੜਾ ਕਿਤੇ ਹੋਰ ਗਈ ਆ ਬਸ ਨਹੀਂ ਬਾਈ ਮੈਂ ਤਾਂ ਜਾਣੀ ਆ ਆ ਸਮਾਨ ਪੈਕ ਕਰਕੇ ਇਹਨਾਂ ਨੂੰ ਸਮਝਾ ਦੀ ਬਾਅਦ 'ਚ ਜਿਹੜਾ ਕੁਝ ਕਰਨਾ ਆਪਦਾ ਉਹ ਕਮਲੀ ਨਾ ਬਣ ਕੁੜਗੇ ਮੇਰੀ ਗੱਲ ਸੁਣ ਆਏ ਨਹੀਂ ਕਰਦੇ ਹੁੰਦੇ ਬਸ ਬਾਈ ਮੈਂ ਨਹੀਂ ਰਹਿੰਦੀ ਲਾ ਦੇਖ ਲਾ ਆ ਰਹਿ ਗਈਆਂ ਸੀ ਕਸਰਾਂ ਆ ਰਹਿ ਗਈਆਂ ਸੀਸੀਆਂ ਗੋਲੀਆਂ ਜਰਦੇ ਚੱਕ ਲੈ ਹੋਰ ਤਾਂ ਕਰ ਲਈਆਂ ਕਮਾਂਗ ਇਹਨਾਂ ਨੇ ਆ ਕੱਲ੍ਹ ਨੂੰ ਜਮਾਂ ਨਹੀਂ ਹੱਥ ਮਾਰਦੇ ਵੀ ਅਸੀਂ ਆਪਦਾ ਘਰ ਬੰਨ ਲਈਏ ਕੋਈ ਜਵਾਕਾਂ ਚੱਲਿਆਂ ਵਾਲੇ ਹੋ ਜਾਈਏ ਆ ਰਹਿ ਗਿਆ ਕਲੇਸ਼ ਨੂੰ ਥਾਂ ਹੋਰ ਕਰਤਾ ਸਾਰੇ ਰਿਸ਼ਤੇ ਧੋਖੇ ਦੇ ਇੱਥੇ ਸਾਰੇ ਮਤਲਬ ਹੀ ਆ ਸਭ ਨੂੰ ਆਪਦੀ ਆਪਦੀ ਪਈ ਆ ਇਹਨਾਂ ਨੂੰ ਆਪਦੀ ਭਰਾ ਦੀ ਖੁਸ਼ੀ ਤਾਂ ਦਿਸ ਗਈ ਪਰ ਮੇਰੀ ਭੈਣ ਨਹੀਂ ਦੀ ਸੀ ਵੀ ਜਿਹਦੀ ਇੱਥੇ ਲਿਆ ਕੇ ਜ਼ਿੰਦਗੀ ਖਰਾਬ ਕਰਨ ਨੂੰ ਫਿਰਦੇ ਸੀ ਵੀ ਉਹ ਵੀ ਕਿਸ ਦੀ ਭੈਣ ਆ ਕਿਸ ਦੀ ਧੀ ਆ ਉਹਦੀ ਕੋਈ ਜ਼ਿੰਦਗੀ ਨਹੀਂ ਵਿਚਾਰੀ ਦੀ ਉੱਤੋਂ ਨੂੰ ਜਾ ਆਪ ਲਵਾਉਂਦਾ ਨਸ਼ੇ ਹਟਾਉਣਾ ਤਾਂ ਕੀ ਸੀ ਮੈਨੂੰ ਆਕਾਸ਼ ਤੇ ਰੱਬ ਜਿੰਨਾ ਯਕੀਨ ਸੀ ਉਹਨੇ ਸਾਰਾ ਯਕੀਨ ਤੋੜਤਾ ਮੈਂ ਉਹਦੇ ਕਦੀ ਕੋਈ ਗੱਲ ਨਹੀਂ ਮੂੜੀ ਹੈਗੀ
ਲਿਆਵਾਂਗੇ ਤੈਨੂੰ ਤਾਂ ਜਾਵਾਂ ਚੜੀ ਲੱਗੀ ਤੈਨੂੰ ਐ ਨਹੀਂ ਪਤਾ ਵੀ ਮੈਂ ਕੀ ਗੱਲ ਕਰੀ ਆ ਤੇ ਮੈਂ ਹੁਣ ਕੀ ਕਰਦਾ ਫਿਰਦਾ ਬਾਈ ਕਿਹਾ ਕੀ ਆ ਯਾਰ ਤੈਨੂੰ ਕਿਸੇ ਨੇ ਤੈਨੂੰ ਤਾਂ ਕਿਸੇ ਨੇ ਕੁਝ ਕਿਹਾ ਹੀ ਨਹੀਂ ਖੰਘ ਹੋਈ ਸੀ ਇਹਨੂੰ ਜੇ ਖੰਘ ਵਾਲੀ ਦਵਾਈ ਦਵਾਇਆ ਅਸੀਂ ਸਾਰੇ ਜਾਣਦੇ ਆ ਖੰਘ ਵਾਲੀਆਂ ਕਿਹੜੀਆਂ ਹੁੰਦੀਆਂ ਤੇ ਨਸ਼ੇ ਵਾਲੀਆਂ ਕਿਹੜੀਆਂ ਹੁੰਦੀਆਂ ਐਵੇਂ ਤੂੰ ਫੁੱਦੂ ਬਣਾਉਂ ਤੇ ਲੱਕ ਬੰਨ ਰੱਖਿਆ ਹੈ ਪਰਖੀ ਹੈ ਨਹੀਂ ਨਸ਼ੇ ਦੀ ਖੰਘ ਵਾਲੀ ਦਵਾਈ ਸੀ ਉਹ ਤੂੰ ਪਹਿ ਜਾ ਮੈਂ ਦੰਦ ਕੱਢ ਦੂੰ ਮਾਰ ਕੇ ਸਾਲਾ ਬਣਿਆ ਦਵਾਈ ਦਾ ਨਾਲੇ ਉਹ ਯਾਰ ਤੂੰ ਵੱਡਾ ਮੈਂ ਤਾਂ ਰਿਸਪੈਕਟ ਕਰੀ ਜਾਂਦਾ ਦਵਾਈ ਸੀ ਮੇਰੀ ਖੰਘ ਲੱਗੀ ਹੋਈ ਆ ਕੀ ਕਰਦੇ ਹੋ ਉਹ ਬਾਈ ਕਿਉਂ ਮਾਰੀਆ ਨਾ ਯਾਰ ਕੀ ਗੱਲ ਹੋ ਗਈ ਫਰੇਡੀ ਕਿੱਡੀ ਗੱਲ ਹੈ ਜਿਹਨੇ 15 ਦਿਨਾਂ ਬਾਅਦ ਇੱਕ ਦਿਨ ਮਾੜਾ ਮੋਟਾ ਕੁਝ ਖਾ ਲਿਆ ਯਾਰ ਕੋਈ ਗੁਨਾਹ ਕਰਤਾ ਉਹਨੇ ਆ ਦੇਖ ਲੈ ਬਾਈ ਅਜੇ ਵੀ ਸ਼ਰਮ ਨਹੀਂ ਕਰਦਾ ਕਹਿਣ ਲੱਗਿਆ ਮੈਂ 15 ਦਿਨਾਂ ਬਾਅਦ ਇਹਨੇ ਘਿਓ ਖਾ ਲਿਆ ਵੀ 15 ਦਿਨ ਹੋ ਗਏ ਸੀ ਇਹ ਮਰਦਾ ਸੀ ਉਹ ਬਾਈ ਤੈਨੂੰ ਪਤਾ ਤਾਂ ਹੈ ਨਸ਼ੇ ਵਾਲੇ ਬੰਦੇ ਦਾ ਔਖਾ ਹੁੰਦਾ ਹਜੇ ਮਰਿਆ ਨਹੀਂ ਹਜੇ ਮਰਦਾ ਤਾਂ ਫੇਰ ਕੀ ਕਰ ਲੈਂਦੇ ਜੇ ਇਹ ਖਾਂਦਾ ਪੀਂਦਾ ਮਰਦਾ ਨਾ ਤਾਂ ਮਰ ਜੇ ਆ ਨਸ਼ੇ ਪੱਤੇ ਨਇਹਦਾ ਮਰ ਜੂ ਊਂ ਨਹੀਂ ਮਰਦਾ ਇਹ ਉਹ ਮੇਕਾ ਜੋ ਮਰਦਾ ਦੇਖਿਆ ਦਾ ਭਰਾ ਦਾ ਮੇਰਾ ਇਹ ਭਰਾ ਦਾ ਪੱਟ ਕੇ ਵਜਾ ਹੈਗਾ ਭਰਾ ਤਾਂ ਮੇਰਾ ਵੀ ਆ ਮੈਂ ਕੀ ਦੁਸ਼ਮਣ ਆ ਤੁਹਾਡਾ ਪੱਟਣ ਨੂੰ ਇਹਨੂੰ ਕੀ ਕਹਿੰਦਾ ਉਹ ਤਾਂ ਅਗਲੀ ਜਾਂਦੀ ਆ ਭਰੀ ਖੜੀ ਆ ਬੈਗ ਹਾਂ ਕੋਲੇ ਤੰਕੋਲੇ ਦਾ ਭਰਦੀ ਤਾਂ ਫਿਰ ਚੰਗੀ ਭਲੀ ਜਾਂਦੀ ਆ ਜਾਵੇ ਫਿਰ ਆਪਾਂ ਹੀ ਕਰਨਾ ਤਾਂ ਬਸ ਫਿਰ ਮੁੜ ਕੇ ਤੁਸੀਂ ਲੈਣ ਨਹੀਂ ਮੈਂ ਦੱਸ ਤੈਨੂੰ ਰਹਿੰਦੀ ਮੈਂ ਵੀ ਨਹੀਂ ਤੇ ਸ਼ਰਮ ਨਹੀਂ ਹਜੇ ਵੀ ਸ਼ਰਮ ਨਾ ਹਜੇ ਤੇ ਸ਼ਰਮ ਕਰ ਲਾ ਤੂੰ ਨਹੀਂ ਸ਼ਰਮ ਕਰਦੀ ਸਾਡੇ ਘਰ ਚ ਕਲੇਸ਼ ਪਵਾਤਾ ਫਿਰ ਕਿੱਡੀ ਗੱਲ ਸੀ ਸਾਡੇ ਘਰ ਕਦੇ ਆਪਦੀ ਮੰਨੇ ਨਹੀਂ ਉਹ ਮੇਰੀ ਗੱਲ ਸੁਣਾ ਸ਼ਰਮ ਮੰਨ ਗਲਦੀ ਉੱਥੇ ਜਵਾਨ ਤੂੰ ਕਰਕੇ ਆਇਆ ਸੀ ਮੈਂ ਨਹੀਂ ਕਰਕੇ ਆਇਆ ਨਹੀਂ ਕਰਕੇ ਆਈ ਮਾਂ ਨਹੀਂ ਕਰਕੇ ਆਈ ਸੀ ਨਾ ਆ ਗਿਆ ਸੀ ਚੌਰਾ ਇਹਦਾ ਦੋਨੇ ਹੋਣਗੇ ਦੇਖੀ ਭੈਣਾ ਦੋਸਤ ਹਾਂ ਗਰੰਟੀ ਆ ਕਾ ਘੁੱਟ ਦੂੰ ਤੇਰਾ ਤਾਂ ਮੈਂ ਤੇਰੇ ਪੈਰੋਂ ਪੱਟਿਆ ਜਾਂਦਾ ਜਿਹਦਾ ਵੀ ਨਹੀਂ ਪੱਟੀ ਦਾ ਨਾ ਦੋਨੇ ਕਿਵੇਂ ਆਉਣਗੀਆਂ ਦੋਨੇ ਨਹੀਂ ਆਉਂਦੀਆਂ ਤੂੰ ਲਿਆ ਕੇ ਦਿਖਾ ਦੀ ਉਹ ਫਿਰ ਰਹਿ ਲਓ ਵੀ ਉੱਥੇ ਹੈ ਨਹੀਂ ਤੂੰ ਆ ਜਾ ਰਹਿ ਲਓ ਵੀ ਉੱਥੇ ਕਿੰਨਾ ਚਿਰ ਰੱਖ ਲੂਗਾ ਉਹ ਤੁਹਾਨੂੰ ਬਹੁਤ ਟਾਈਮ ਰੱਖ ਲੂਗਾ ਮੇਰੀ ਗੱਲ ਸੁਣ ਲਾ ਆਦੀ ਗਲਤੀ ਮੰਨ ਲਓ ਗਲਤੀ ਮੰਨ ਲਓ ਤੁਸੀਂ ਪਛਤਾਓਗੇ ਰੱਖਾਂ ਨੂੰ ਅਗਲਾ ਮਾਂ ਪਿਓ ਨੇ ਸਿੱਟੀਆਂ ਨਹੀਂ ਹੁੰਦੀਆਂ 25-25 30-30 ਸਾਲਾਂ ਦੀਆਂ ਕਰਕੇ ਤੋਰਦਾ ਅਗਲਾ ਉਹ ਬਾਈ ਤੂੰ ਐਂ ਤਾਂ ਦੱਸ ਅਸੀਂ ਕਰ ਕੀ ਮੈਂ ਕੀ ਕਰਦਾ ਨਹੀਂ ਉੱਥੇ ਉੱਥੇ ਕਿਉਂ ਗਿਆ ਸੀ ਤੇ ਪੈਰੀ ਹੱਥ ਲਾਉਣ ਉਹ ਹੀ ਜਵਾਨ ਕਰਕੇ ਆਇਆ ਸੀ ਇਹਦੇ ਮਾਰੇ ਗਿਆ ਇਹਦੇ ਮਾਰੇ ਗਿਆ ਸੀ ਤੇ ਸਵੇਰ ਨੂੰ ਪਤਾ ਲੱਗੂ ਅਗਲਾ ਉਹ ਤਾਂ ਲਿਜਾਉ ਲਿਜਾਉ ਫੇਰ ਵੀ ਇਹਨੂੰ ਲਿਜਾਉ ਫੇਰ ਲੋਕਾਂ ਨੂੰ ਕਿਹੜਾ ਮੂੰਹ ਦਿਖਾਏਗਾ ਮੇਰੀ ਤਾਂ ਸੁਣ ਲੈ ਤੀਰੀਆਂ ਮਾਰ ਲਾ ਕੇ ਮਰ ਜੀ ਗਏ ਹੋ ਜਦ ਫਿਰ ਅਜੇ 15 ਦਿਨਾਂ ਚ ਇੱਕ ਦਿਨ ਕਰ ਲੈ ਮੈਂ ਠੀਕ ਕਰ ਲਿਆ ਮੈਂ ਕਿਹਾ ਸੀ ਮੈਂ ਤੈਨੂੰ ਕੀ ਨਹੀਂ ਕਿਹਾ ਸੀ ਵੀ ਰਿਸ਼ਤਾ ਲੈ ਹੈ ਤੂੰ ਮੈਂ ਰਿਸ਼ਤਾ ਹੀ ਉੱਥੇ ਕਰਾਉਣਾ ਭੱਜ ਗਿਆ ਸੀ ਘਰੋਂ ਉਦੋਂ ਤੱਕ ਯਾਰ ਇਹਨੂੰ ਬਈ ਅਕਲ ਤਾਂ ਹੈ ਨਹੀਂ ਕਿ ਹੁਣ ਕਿਵੇਂ ਬੋਲੀ ਜਾਂਦੀ ਹੈ ਜੇ ਲਾਪ ਨੇ ਸਾਨੂੰ ਉਹ ਬਈ ਅਗਲੀ ਸੱਚੀ ਆ ਅਗਲੀ ਸੱਚੀ ਆ ਤੁਹਾਨੂੰ ਉੱਤੋਂ ਫੜਿਆ ਨੇ ਉਹ ਪਿਆ ਨਸ਼ਾ ਖਾਲੀ ਪੂੜੇ ਤੋਂ ਸ਼ਰਮ ਲਾਹੀ ਆ ਤੂੰ ਵੀ ਲਾਤੀ ਨਾਲ ਇਹਦੇ ਪਤਾ ਤਾਂ ਤੈਨੂੰ ਫੇਰ ਲੱਗੂਗਾ ਰੋਟੀਆਂ ਬਿਨਾਂ ਝਾਕਿਆ ਅੱਜ ਤੈਨੂੰ ਬਾਹਲਾ ਮੋਹ ਆਉਂਦਾ ਭਾਈ ਦਾ ਮੇਰਾ ਤਾਂ ਦੁਸ਼ਮਣ ਆ ਨਾ ਉਹ ਨਾਲੇ ਤੂੰ ਦੁਸ਼ਮਣ ਹੋਏਗਾ ਕੱਦੂ ਜਿਹਾ ਲੱਗਣੋਂ ਹਟ ਗਏ ਕੀ ਰੀਜ਼ਨ ਬਣ ਗਿਆ ਪੱਕ ਗਏ ਜਿਹੜੇ ਲੱਗੇ ਸੀ ਇੱਕ ਦੋ ਆ ਕੁੜੀ ਜੀ ਕਿੱਧਰ ਆਉਂਦੀ ਆ ਰੋਂਦੀ ਇਹਨੂੰ ਦੇਖਾਂ ਕੀ ਹੋ ਗਿਆ ਕਿਵੇਂ ਮਨਿੰਦਰ ਕੀ ਹੋ ਗਿਆ ਬਹੁਤ ਕੁਛ ਹੋ ਗਿਆ ਕਿਉਂ ਕਿਵੇਂ ਝੋਲਾ ਚੱਕ ਲਈ ਮੰਮੀ ਕਿੱਥੇ ਆ ਉਹ ਮੰਮੀ ਤਾਂ ਹਰਪ੍ਰੀਤ ਨੂੰ ਦਵਾਈ ਦਵਾਉਣ ਗਈ ਆ ਉਹਦਾ ਸਿਰਜਾ ਬੜਾ ਦੁਖੀ ਜਾਂਦਾ ਸੀ ਤੂੰ ਦੱਸ ਕਿਵੇਂ ਰੋਂਦੀ ਜੀ ਆਈ ਆ ਇਧਰੋਂ ਬਾਹਲੀ ਤੇਜ਼ੀ 'ਚ ਮੈਂ ਤਾਂ ਘਰ ਛੱਡ ਕੇ ਆ ਗਈ ਬਸ ਵੀਰੇ ਹੁਣ ਮੈਂ ਨਹੀਂ ਉੱਥੇ ਰਹਿਣਾ ਬਸ ਮੈਂ ਤਾਂ ਆਕਾਸ਼ ਨੂੰ ਤਲਾਕ ਦੇਣਾ ਹੁਣ ਤਲਾਕ ਮੈਨੂੰ ਤੂੰ ਸਾਰੀ ਗੱਲ ਦੱਸ ਵੀ ਇਹ ਗੱਲ ਕੀ ਹੋ ਗਈ ਗੱਲ ਕੀ ਹੋਣੀ ਬਈ ਉਹ ਜੇ ਤੂੰ ਆਇਆ ਸੀ ਨਾ ਆਪਾਂ ਦੇਖਿਆ ਸਵੇਰ ਲੱਗਦਾ ਸੀ ਨਸ਼ਾ ਖਾਧਾ ਹੋਇਆ ਉਹ ਦਿਨ ਨੂੰ ਆਕਾਸ਼ ਲਵਾ ਕੇ ਲਿਆ ਨਸ਼ਾ ਤੇ ਅੱਜ ਹੀ ਮੈਂ ਉੱਤੋਂ ਫੜ ਲਿਆ ਆਕਾਸ਼ ਨਸ਼ਾ ਲਵਾਈ ਜਾਂਦਾ ਸੀ ਉਹਨੂੰ ਚਲੋ ਉਹ ਬਾਰੇ 'ਚ ਬੈਠਾ ਉਹ ਤਾਂ ਧੋਖਾ ਦਿੰਦਾ ਹੀ ਦਿੰਦਾ ਸੀ ਆਕਾਸ਼ ਵੀ ਆਪਾਂ ਨੂੰ ਧੋਖਾ ਦੇ ਹੀ ਜਾਂਦਾ ਆਪ ਤਾਂ ਨਹੀਂ ਖਾਂਦਾ ਖੁੰਦਾ ਕਿਤੇ ਇਹ ਕੀ ਪਤਾ ਬਾਈ ਜੇ ਉਹਨੂੰ ਕਰਾਉਂਦਾ ਆਪ ਕਿਹੜਾ ਨਾ ਖਾਂਦਾ ਹੋਊਗਾ ਤਾਂ ਹੀ ਵੀਰੇ ਮੈਂ ਤਾਂ ਬੈਗ ਚੱਕ ਕੇ ਇੱਧਰ ਆ ਗਈ ਵੀ ਮੈਂ ਨਹੀਂ ਬਸ ਉੱਥੇ ਨੂੰ ਰਹਿਣਾ ਤੇ ਤੈਨੂੰ ਰੋਕਿਆ ਨਹੀਂ ਉਹਨਾਂ ਨੇ ਰੋਕਿਆ ਕਿਸੇ ਨੇ ਰੋਕਿਆ ਅੱਗੋਂ ਮੈਨੂੰ ਕਹਿੰਦੇ ਹਾਂ ਹਾਂ ਵਗ ਜਾ ਮੈਨੂੰ ਆਕਾਸ਼ ਕਹਿੰਦਾ ਵੱਡੇ ਵੀਰੇ ਨੇ ਤਾਂ ਦੋਨੇ ਬਥੇਰੇ ਕੁੱਟੇ ਸੀਗੇ ਪਰ ਫਿਰ ਵੀ ਮਾਫੀ ਨਹੀਂ ਮੰਗੀ ਵੀਰੇ ਅੱਗੋਂ ਮੈਨੂੰ ਆਕਾਸ਼ ਵੀ ਕਹਿੰਦਾ ਰਾਜਪਾਲ ਵੀ ਕਹਿੰਦਾ ਕਹਿੰਦਾ ਜਾਵੜਾ ਜਾਵੜਾ ਕੋਈ ਨਾ ਤੈਨੂੰ ਵੀ ਲਿਆਵਾਂਗੇ ਤੇਰੀ ਭੈਣ ਨੂੰ ਇੱਥੇ ਲੈ ਕੇ ਆਵਾਂਗੇ ਆਹੋ ਤੂੰ ਹੂੰ ਆ ਗਿਆ ਰਾਮ ਮਹਾਰਾਜਾ ਪਟਿਆਲਾ ਕਹੇ ਵੀ ਤੇਰੀ ਤੋਰਾਂਗੇ ਅਸੀਂ ਬਾਂਦਰ ਵਾਲਾ ਕਹਿੰਦਾ ਮੂੰਹ ਹੈ ਮੇਰੇ ਸਾਲੇ ਦਾ ਨਸ਼ਾ ਕਰ ਹੋਇਆ ਪਿਆਗਾ ਹਿੱਕਾਂ ਥਾਪੜ ਦੱਸ ਕੇ ਵੀਰੇ ਕਹਿੰਦਾ ਲੈ ਕੇ ਆਉਂ ਦੋਨਾਂ ਨੂੰ ਲੈ ਕੇ ਆਉਂ ਕਹਿੰਦਾ ਕੋਈ ਨਹੀਂ ਕੋਈ ਨਹੀਂ ਇੱਥੇ ਹੀ ਆਉਣਗੇ ਹਿੱਕਾਂ ਥਾਪੜ ਕੇ ਹੋਰ ਤਾਂ ਨਹੀਂ ਕਿਤੇ ਜਾਣਗੇ ਆਕਾਸ਼ ਨੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਤੂੰ ਰੁਕ ਜਾ ਵੀ ਨਹੀਂ ਜਾਣਾ ਵੀ ਮੇਰੇ ਤੋਂ ਗਲਤੀ ਹੋ ਗਈ ਅੱਗੋਂ ਮੈਨੂੰ ਕਹਿੰਦਾ ਕੋਈ ਗੱਲ ਨਹੀਂ ਜਾ ਜਾ ਮੈਨੂੰ ਕਹਿੰਦਾ ਤੇ ਉਦੋਂ ਤੱਕ ਆਕਾਸ਼ ਇੱਥੇ ਮੇਰੇ ਪੈਰੀਆਂ ਹੱਥ ਲਾਉਂਦਾ ਸੀ ਵੀ ਤੋੜ ਦੇ ਕੁੜੀ ਨੂੰ ਹੁਣ ਇਹਨਾਂ ਨੂੰ ਆਏ ਨਾ ਵੀ ਇਹ ਕਿਹੜਾ ਰੱਖ ਲੈਣਗੇ ਆਕਾਸ਼ ਨੇ ਤਾਂ ਮੂੰਹ ਤੇ ਵੀ ਕਹਿਤਾ ਸੀ ਵੀ ਜਾਵੜਾ ਦੇਖਦਾ ਭਰਾ ਤੈਨੂੰ ਕਿੰਨਾ ਕੁ ਟਾਈਮ ਰੋਟੀਆਂ ਖਵਾਉਂਦਾ ਜਿੰਨਾ ਕਿ ਤੁਸੀਂ ਖਵਾਤੀਆਂ ਉਦੋਂ ਪਹਿਲਾਂ ਤਾਂ 25 ਸਾਲ ਕਿਹਾ ਮੇਰੇ ਘਰ
ਚੱਲ ਕੋਈ ਨਹੀਂ ਹੁਣ ਆਪਾਂ ਕੱਚੀ ਗੱਲ ਨਹੀਂ ਛੱਡਦੇ ਜੇ ਕੋਈ ਇੱਥੇ ਆਇਆ ਵੱਧ ਘੱਟ ਬੋਲਿਆ ਉਹਦਾ ਮੂੰਹ ਮੈਂ ਕੁੱਟੂ ਤੂੰ ਦੇਖ ਲਈ ਫਿਰ ਬਸ ਭਾਵੇਂ ਕਾਸ਼ ਹੋਵੇ ਭਾਵੇਂ ਰਾਜਪਾਲ ਹੋਵੇ ਕੋਈ ਗੱਲ ਨਹੀਂ ਵੀਰੇ ਮੈਂ ਤਾਂ ਆਪ ਕਹਿੰਦੀ ਹਾਂ ਇਹਨਾਂ ਦੇ ਨਾ ਪੈਣੀਆਂ ਚਾਹੀਦੀਆਂ ਫੇਰ ਹੀ ਅਕਲ ਆਊਗੀ ਇਹਨਾਂ ਨੂੰ ਚੱਲ ਕੋਈ ਨਹੀਂ ਮੈਂ ਮਾੜੀ ਸਰਪੰਚ ਦੇ ਮੈਂਬਰ ਨਾਲ ਗੱਲ ਕਰਾਵਾਂ ਤੇ ਆਪਾਂ ਹੁਣ ਉਹਨਾਂ ਨੂੰ ਕਹਿੰਦਾ ਵੀ ਗੱਲ ਜਮਾਂ ਕੱਚੀ ਨਹੀਂ ਛੱਡਣੀ ਤੇ ਨਾਲੇ ਮਾਤਾ ਨੂੰ ਆ ਜਾਣਦੇ ਉਹਦੇ ਨਾਲ ਆਪਾਂ ਗੱਲ ਕਰਦੇ ਹਾਂ ਬਸ ਵੀਰੇ ਮੈਂ ਤਾਂ ਆਪਾਂ ਹੀ ਕਹਿੰਦੀ ਹਾਂ ਤੇ ਮੈਂ ਮਾੜਾ ਜਿਹਾ ਜਾਇਆ ਬਾਹਰ ਨੂੰ ਗੱਲ ਕਰਾਵਾਂ ਤੇ ਤੂੰ ਪੈ ਜਾ ਨਾਲੇ ਰੱਖ ਲੈ ਸਮਾਨ ਆਪਦਾ ਅੰਦਰ ਐਵੇਂ ਨਾ ਬਾਹਲੀ ਟੈਨਸ਼ਨ ਲਿਆ ਕਰ ਕੋਈ ਨਹੀਂ ਇੱਥੇ ਹੀ ਭੌਂਕਣਗੇ ਕੁੱਤੇ ਵਾਂਗੂ ਦੇਖ ਲਾਵਾਂ ਵੀ ਇਹਨਾਂ ਨੇ ਕੀ ਕੀਤੀ ਹੈ ਮੈਨੂੰ ਤਾਂ ਕਾਸ਼ ਤੋਂ ਇਹ ਉਮੀਦ ਨਹੀਂ ਸੀ ਵੀ ਇਹ ਵੀ ਐਂ ਕਰੂਗਾ ਆਪ ਨਸ਼ਾ ਲਵਾਈ ਜਾਂਦਾ ਲੈ ਦੱਸ ਉਹਨੂੰ ਨਹੀਂ ਮੇਰੀ ਗੱਲ ਸੁਣ ਕਾਸ਼ ਇੱਥੇ ਆ ਕੇ ਮਿੱਠੀਆਂ ਪੋਚੇ ਮਾਰਦਾ ਹੈ ਵੀ ਇਹਨੇ ਨਸ਼ਾ ਛੱਡਤਾ ਐਂ ਕਰਤਾ ਜਾਣ ਕੇ ਰਿਸ਼ਤਾ ਲਿਜਾਣ ਦੇ ਮਾਰੇ ਨੇ ਸਭ ਇਹਨਾਂ ਦੀ ਗਿੱਦੜ ਵਗੈੜਾਂ ਦੀ ਇੱਕੋ ਹੀ ਰਹਿ ਹੈ ਹਾਂ ਤੇ ਡੇਢ ਮਹੀਨਾ ਲੈ ਗਿਆ ਕੀ ਕੀਤਾ ਡੇਢ ਮਹੀਨਾ ਆਪ ਜਾ ਕੇ ਨਸ਼ਾ ਲਵਾਉਣ ਲੱਗ ਗਿਆ ਉਹਨੂੰ ਹੈ ਨਹੀਂ ਨਹੀਂ ਭੈਣੇ ਮੇਰੇ ਕੋਲ ਰਾਜਪਾਲ ਦਾ ਫੋਨ ਆਉਂਦਾ ਹੁੰਦਾ ਮੇਰੀ ਗੱਲ ਹੀ ਹੁੰਦੀ ਕਹਿੰਦਾ ਹੁਣ ਤਾਂ ਮੈਂ ਛੱਡਤਾ ਨਸ਼ਾ ਲੈ ਬਹਿ ਜਾ ਤੂੰ ਚੁੱਪ ਕਰਕੇ ਤੈਨੂੰ ਜ਼ਿਆਦਾ ਪਤਾ ਜਿਹੜੀ ਕੋਲੇ ਰਹਿੰਦੀ ਹੈ ਉਹਦਾ ਤਾਂ ਤੂੰ ਝੂਠ ਮੰਨਦੀ ਆ ਫੋਨ ਤੇ ਤੂੰ ਸੱਚ ਸੁਣ ਲਿਆ ਹਰਪ੍ਰੀਤ ਫੋਨ ਤੇ ਸੱਚ ਨਹੀਂ ਹੁੰਦਾ ਬੰਦਾ ਦੱਸਦਾ ਕਿਤੇ ਆ ਤੇ ਹੁੰਦਾ ਕਿਤੇ ਆ ਹੁਣ ਮੈਂ ਵੀ ਤਾਂ ਘਰ ਛੱਡ ਕੇ ਆਈ ਹਾਂ ਕਿਹਦੇ ਮਾਰੀ ਤੇਰੇ ਮਾਰੀ ਵੀ ਤੈਨੂੰ ਧੋਖਾ ਮਿਲ ਰਿਹਾ ਹਾਂ ਪੁੱਤ ਸਹੀ ਕਹਿੰਦੀ ਆ ਮਨਿੰਦਰ ਤੇਰੇ ਮਾਰੀ ਘਰ ਛੱਡ ਕੇ ਆਈ ਹੈ ਮਾਂ ਦੇਖ ਲਾ ਵੀਰਾ ਗਿਆ ਹੁਣ ਸਰਪੰਚ ਨੂੰ ਸੱਦਣ ਹੈ ਨਾ ਅਤੇ ਆਪਾਂ ਸਾਰੇ ਉੱਥੇ ਜਾਵਾਂਗੇ ਅਤੇ ਉਹ ਵੀ ਆਉਂਦੇ ਆ ਅਤੇ ਮੇਰੀ ਗੱਲ ਸੁਣ ਹੁਣ ਨਾ ਗੋਲ ਮੋਲ ਗੱਲ ਜੀ ਕਰਿਓ ਕੋਈ ਲੋੜ ਨਹੀਂ ਇਹਨਾਂ ਨੂੰ ਟਾਈਮ ਦੇਣ ਦੀ ਹੋਰ ਤੂੰ ਤੇਰੇ ਵੀਰੇ ਨੂੰ ਵੀ ਮੈਂ ਕਹਿ ਤਾ ਵਧੀਆ ਆਪਾਂ ਠੋਕ ਕੇ ਗੱਲ ਕਰਾਂਗੇ ਆਪਾਂ ਕਿਹੜਾ ਕੁਛ ਲੈ ਰੱਖਿਆ ਉਹਨਾਂ ਤੋਂ ਵੀ ਆਪਾਂ ਉਹਨਾਂ ਦੇ ਕਾਣੇ ਆ ਮੈਂ ਤਾਂ ਆਪ ਨਹੀਂ ਜਾਂਦੀ ਮਾਂ ਕੋਈ ਗੱਲ ਨਹੀਂ ਮੈਂ ਤਾਂ ਆਪਦੀ ਆਪ ਕਮਾ ਕੇ ਰੋਟੀ ਖਾ ਲੂੰਗੀ ਪਰ ਮੈਂ ਤਾਂ ਆਪਣੀ ਇਸਦੇ ਇਹੋ ਜਿਹੇ ਘਰੇ ਜਾਂਦੀ ਜਿੱਥੇ ਧੋਖਾ ਮਿਲਦਾ ਹੋਵੇ ਬਸ ਠੀਕ ਕੁੜੀਏ ਮੇਰੀ ਗੱਲ ਸੁਣ ਜੇ ਤੈਨੂੰ ਕਹਿਣ ਨਾ ਵੀ ਤੂੰ ਦੱਸ ਤੂੰ ਕਹਦੀ ਭਾਈ ਆ ਬੈਠੇ ਮੇਰੇ ਮਾਂ ਪਿਓ ਜਿਵੇਂ ਇਹ ਕਰਨਗੇ ਮੈਂ ਤਾਂ ਉਵੇਂ ਕਰੂੰਗੀ ਉਹ ਤਾਂ ਮੈਂ ਕਹਿ ਦੂੰਗੀ ਮੰਮੀ ਪਰ ਕਿਉਂ ਦੀ ਤੂੰ ਮੇਰੇ ਪਿੱਛੇ ਆਪਦਾ ਘਰ ਖਰਾਬ ਕਰੀ ਜਾਂਦੀ ਆ ਮੈਂ ਹੁਣ ਤੇਰੇ ਪਿੱਛੇ ਨਹੀਂ ਹੁਣ ਤਾਂ ਮੈਂ ਆਪਦੇ ਪਿੱਛੇ ਕਰੀ ਜਾਂਦੀ ਆ ਜਦੋਂ ਆਪ ਹੀ ਆਕਾਸ਼ ਹੀ ਧੋਖਾ ਦੇਈ ਜਾਂਦਾ ਮੈਨੂੰ ਤਾਂ ਰਾਜਪਾਲ ਨੇ ਤਾਂ ਦੇਣਾ ਹੀ ਦੇਣਾ ਸੀ ਅੱਛਾ ਜੇ ਉਹ ਆਪਦੇ ਭਰਾ ਦੀ ਮੇਰ ਕਰਦਾ ਤਾਂ ਮੈਂ ਨਾ ਆਪਦੀ ਭੈਣ ਦੀ ਮੇਰ ਕਰੂੰਗੀ ਮੇਰੀ ਗੱਲ ਸੁਣ ਹਰਪ੍ਰੀਤ ਜੇ ਹੁਣ ਰਾਜਪਾਲ ਦਾ ਫੋਨ ਆਇਆ ਨਾ ਤੂੰ ਚੱਕਣਾ ਨਹੀਂ ਕੋਈ ਲੋੜ ਨਹੀਂ ਉਹਦੇ ਨਾਲ ਗੱਲ ਕਰਨ ਦੀ ਉਹ ਸਾਰਾ ਕੁਝ ਤੇਰੇ ਕੋਲੇ ਝੂਠ ਬੋਲ ਰਿਹਾ ਨਾਲ ਤੂੰ ਬਲੌਕ ਕਰਕੇ ਉਹਨੂੰ ਪਰੇ ਕਰ ਕੋਈ ਲੋੜ ਨਹੀਂ ਗੱਲ ਕਰਨ ਦੀ ਨਾਲੇ ਮੇਰੀ ਗੱਲ ਸੁਣ ਹੁਣ ਸਰਪੰਚ ਆਊਗਾ ਆਪਾਂ ਸਾਰੀ ਗੱਲ ਕਰ ਲਾਂਗੇ ਸਰਪੰਚ ਮੂਹਰੇ ਬਸ ਉਹੀ ਨਿਬੇੜਾ ਕਰੂਗਾ ਹੁਣ ਤਾਂ ਜਿਵੇਂ ਕਹੂਗਾ ਆਪਾਂ ਉਵੇਂ ਕਰ ਲਾਂਗੇ ਬਸ ਚਾਚੂ ਨੂੰ ਚਾਚੂ ਨਾਲ ਸਮਝਾ ਦੇਣਾ ਸੀ ਉਹ ਮਿੱਠੀਆਂ ਜੀਆਂ ਮਾਰਨਗੇ ਆ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਆਪਾਂ ਮਿੱਠੀਆਂ ਨੂੰ ਆਪਾਂ ਕਿਹੜਾ ਕੁਝ ਲੈ ਰੱਖਿਆ ਸਰਪੰਚ ਸਾਹਿਬ ਤੁਹਾਨੂੰ ਮੈਂ ਸਾਰੀ ਗੱਲ ਦੱਸ ਹੀ ਦਿੱਤੀ ਸੀ ਹੁਣ ਤੁਸੀਂ ਦੇਖ ਲਓ ਵੀ ਕੀ ਫੈਸਲਾ ਕਰਨਾ ਅੱਜ ਇਹ ਵੀ ਆਏ ਹੋਏ ਆ ਫੈਸਲਾ ਦੋਵੇਂ ਬੈਠੇ ਤੇ ਨਾ ਆਪਾਂ ਹਨਾ ਦੋਵਾਂ ਨੂੰ ਪੁੱਛ ਲੈਣਾ ਜਿਵੇਂ ਵੀ ਇਹ ਕਰਨਗੇ ਹਾਂਜੀ ਉਵੇਂ ਆਪਾਂ ਕਰ ਲਾਂਗੇ ਮੈਂ ਦੇਖੋ ਮੈਂ ਹੈਗਾ ਕੁੜੀ ਵਾਲੇ ਪਿੰਡ ਤੋਂ ਹਾਂਜੀ ਠੀਕ ਹੈ ਇਹ ਆਪਣੇ ਹੈਗੇ ਕਿ ਰਿਸ਼ਤੇਦਾਰ ਹਾਂਜੀ ਹਨਾ ਹੁਣ ਆਪਾਂ ਨੂੰ ਗੱਲ ਤਾਂ ਕੋਈ ਕਰਨੀ ਪੈਣੀ ਆ ਹੁਣ ਪੰਚਾਇਤ ਦੇ ਵਿੱਚ ਗੱਲ ਜਿਹੜੀ ਪਹੁੰਚੀ ਹੈਗੀ ਇਹਦਾ ਕੋਈ ਨਿਬੇੜਾ ਤਾਂ ਕਰਾਂਗੇ ਬਾਈ ਹਾਂਜੀ ਹਾਂਜੀ ਸਹੀ ਹੈ ਜੀ ਗੱਲ ਤੇ ਹਾਂਜੀ ਬਾਈ ਰਿਸ਼ਤਾ ਕਿਹਨੇ ਕਰਾਇਆ ਸੀ ਆਪਣੇ ਕੁੜੀਆਂ ਨੂੰ ਰਿਸ਼ਤਾ ਤਾਂ ਬਾਈ ਮੈਂ ਕਰਾਇਆ ਸੀ ਮੈਂ ਤੈਨੂੰ ਦੱਸਦੀ ਹਾਂ ਮੈਂ ਵੱਡੀ ਕੁੜੀ ਦਾ ਰਿਸ਼ਤਾ ਕਰਾਇਆ ਸੀ ਮੁੰਡਾ ਬਹੁਤ ਸਿਆਣਾ ਤੇ ਲਾਇਕ ਹੈ ਆਕਾਸ਼ਦੀਪ ਹੈ ਤੇ ਫਿਰ ਮੈਨੂੰ ਐਂ ਹੋ ਗਿਆ ਵੀ ਚੱਲ ਦੂਜੀ ਕੁੜੀ ਦਾ ਵੀ ਮੈਂ ਇੱਥੇ ਹੀ ਕਰਾ ਦਿਆਂ ਜਦੋਂ ਬੰਦੇ ਵਧੀਆ ਹੈਗੇ ਫਿਰ ਮੈਂ ਉਹ ਮੁੰਡੇ ਨਾਲ ਗੱਲ ਚਲਾ ਦੀ ਵੀ ਇਹਦੇ ਕੁੜੀ ਦੇ ਰਿਸ਼ਤੇ ਦੀ ਇਹ ਵੀ ਮੰਨ ਗਏ ਭਾਈ ਉਹ ਵੀ ਮੰਨ ਗਏ ਭਾਈ ਮੈਨੂੰ ਵੀ ਉਸ ਗੱਲ ਦਾ ਉਦੋਂ ਪਤਾ ਨਹੀਂ ਸੀਗਾ ਵੀ ਆਹ ਗੱਲ ਹੈ ਮੁੰਡਾ ਨਸ਼ੇ ਪੱਤੇ ਕਰਦਾ ਰੱਬ ਜਾਣੇ ਭਾਈ ਮੁੰਡਾ ਨਸ਼ਾ ਪਹਿਲਾਂ ਕਰਦਾ ਸੀ ਰੱਬ ਜਾਣੇ ਮਗਰੋਂ ਲੱਗਿਆ ਇਹ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਤਾਂ ਚੰਗਾ ਕਰਕੇ ਹੀ ਕਰਾਇਆ ਸੀ ਦੇਖੋ ਭਾਈ ਰਿਸ਼ਤਾ ਹਨਾ ਕਰਾਉਂਦਾ ਤਾਂ ਚੰਗੇ ਨਹੀਂ ਹੁੰਦਾ ਅਗਲਾ ਵੀ ਹਨਾ ਕੁੜੀ ਕਤਰੀ ਦਾ ਕੰਮ ਹੁੰਦਾ ਅਗਲੇ ਗਾਹਾਂ ਵੀ ਬਸਣਾ ਹੁੰਦਾ ਸਾਰੀ ਉਮਰ ਲਈ ਇੱਕ ਦਿਨ ਦਾ ਤਾਂ ਕੰਮ ਹੁੰਦਾ ਨਹੀਂ ਹਨਾ ਆ ਵੀ ਕਦੀ ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਮੁੰਡਾ ਨਸ਼ਾ ਕਰਦਾ ਗਾ ਸਰਪੰਚ ਸਾਹਿਬ ਉਹ ਆਪਣੀ ਕੁੜੀ ਨੇ ਮਨਿੰਦਰ ਨੇ ਨਾ ਇੱਕ ਦੋ ਵਾਰੀ ਇਹਨੂੰ ਦੇਖ ਲਿਆ ਅੱਛਾ ਇਹ ਨਸ਼ਾ ਪਤਾ ਕਰਕੇ ਬਾਹਲਾ ਡੱਕ ਕੇ ਆ ਗਿਆ ਸੀ ਤੇ ਇਹਨੂੰ ਕੁੜੀ ਨੂੰ ਸ਼ੱਕ ਹੋਇਆ ਇਹਨੇ ਫਿਰ ਪੜਤਾਲ ਕਰੀ ਤੇ ਫਿਰ ਉਹਨੂੰ ਯਕੀਨ ਹੋ ਗਿਆ ਬਾਕੀ ਮੁੰਡਾ ਨਸ਼ਾ ਪਤਾ ਕਰਦਾ ਤਾਂ ਕਰਕੇ ਇਹਨੇ ਜਵਾਬ ਮੈਂ ਨਾ ਆਕਾਸ਼ ਨੂੰ ਗੱਲ ਕਰਦੇ ਸੁਣਿਆ ਸੀਗਾ ਇਹਦੇ ਨਾਲ ਵੀ ਇਹ ਨਸ਼ੇ ਕਰਦਾ ਤੇ ਮੁੜ ਕੇ ਇਹਨੇ ਨਾ ਆਪ ਵੀ ਮੰਨੇ ਆ ਵੀ ਹਾਂ ਕਰਦਾ ਇਹ ਨਸ਼ੇ ਵੀ ਅਸੀਂ ਛੁਡਾ ਦਾਂਗੇ ਸਰਪੰਚ ਸਾਹਿਬ ਤੁਹਾਨੂੰ ਲੱਗਦਾ ਤੁਸੀਂ ਆਪ ਦੱਸੋ ਆ ਬੈਠਾ ਮੁੰਡਾ ਕਿਸੇ ਪਾਸੇ ਤੁਹਾਨੂੰ ਲੱਗਦਾ ਵੀ ਇਹ ਨਸ਼ੇ ਕਰਦਾ ਯਾਰ ਹੁਣ ਕੁਛ ਨਹੀਂ ਦੱਸ ਸਕਦੇ ਹਨਾ ਬੰਦੇ ਦਾ ਅੱਜ ਕੱਲ੍ਹ ਕੋਈ ਪਤਾ ਨਹੀਂਗਾ ਵੀ ਬੰਦਾ ਕਦੋਂ ਕਿਹੜੇ ਰਾਹ ਪੈ ਜੇ ਉਹ ਤਾਂ ਐਵੇਂ ਬਾ ਕਦੇ ਕਦਾਈ ਕਿਸੇ ਦੀ ਹਾਮੀ ਨਹੀਂ ਪਰ ਸਰਪੰਚ ਸਾਹਿਬ ਹੁਣ ਆਪਾਂ ਬੰਦਾ ਵਿਆਹ ਵੂ ਜਾਂਦਾ ਕਦੇ ਕਦਾਈ ਦਾਰੂ ਦੂਰੂ ਪੀ ਲੈਂਦਾ ਤਾਂ ਇਹਦਾ ਹੁਣ ਨਹੀਂ ਗੱਲ ਆ ਜੀ ਉਹ ਤਾਂ ਬਿਹਾਰ ਗੱਲਾਂ ਹੁਣ ਆਪਾਂ ਵੀ ਜਾਣੀ ਅਸੀਂ ਵੀ ਵਿਆਹ ਸ਼ਾਦੀਆਂ ਜਾਣੀ ਹੈਗੇ ਅਸੀਂ ਵੀ ਹੁਣ ਮਾੜੀ ਮੋਟੀ ਲਾ ਹੀ ਲੈਣੇ ਘੁੱਟ ਹਨਾ ਬਸ ਜੇ ਉਹ
ਤੁਸੀਂ ਸਿਆਣੇ ਬੰਦੇ ਹੋ, ਸਹੀ ਕੀਤਾ ਤੁਸੀਂ ਦੋਨੇ ਪੱਖ ਦੀ ਗੱਲ ਕਰੀ ਜਾਂਦੇ ਹੋ। ਕੋਈ ਗੱਲ ਨਹੀਂ, ਨਸ਼ਾ ਪੱਤਾ ਖੰਘ ਵਾਲੀ ਸ਼ੀਸ਼ੀ ਪੀ ਲੈਂਦੇ ਮੈਂ, ਉਹ ਵੀ ਮੇਰੇ 'ਤੇ ਦੂਸ਼ਣ ਲਾ ਦਿੰਦੇ ਆ। ਹੁਣ ਦੱਸੋ ਬੰਦਾ ਜਾਵੇ ਤਾਂ ਜਾਵੇ, ਕਿੱਧਰ ਬਿਮਾਰ 'ਤੇ ਦਵਾਈ ਵੀ ਨਹੀਂ ਲੈ ਸਕਦਾ। ਦੱਸੋ ਮੈਂ ਚਲੋ ਭਾਈ, ਤੁਹਾਡੀ ਕੁੜੀ ਮਾੜੀ ਗੱਲ ਆ ਗਈ। ਹੁਣ ਜੇ ਬੰਦਾ ਜੇ ਬਿਮਾਰ ਹੈਗਾ ਦਵਾਈ ਬੂਟੀ ਤਾਂ ਲੈਂਦਾ ਹੀ ਆ, ਹੈ ਨਾ? ਕੋਈ ਗੱਲ ਨਹੀਂ, ਜੇ ਕੋਈ ਇੱਦਾਂ ਦਾ ਲੱਗਦਾ ਫਿਰ ਵੀ ਆਪਾਂ ਦੇਖ ਲੈਂਦੇ ਹੈਗੇ, ਪਰ ਮੈਨੂੰ ਨਹੀਂ ਲੱਗਦਾ ਕੋਈ ਜੇ ਖੰਘ ਦੀ ਦਵਾਈ ਲਈ ਨਸ਼ਾ ਕਰਦਾ ਹੈ ਨਾ ਬੰਦਾ। ਨਹੀਂ ਬਾਈ ਜੀ, ਖੰਘ ਦੀ ਦਵਾਈ ਕਿਉਂ, ਮੈਂ ਉੱਤੋਂ ਫੜਿਆ, ਨਾਲ ਤਾਂ ਇਹ ਦਵਾਈ ਪਿਆਈ ਜਾਂਦਾ ਸੀਗਾ। ਚੱਲ ਖੰਘ ਦੀ ਦਵਾਈ ਬੰਦਾ ਇੱਕ ਤਾਂ ਚਮਚਾ ਲੈਂਦਾ ਹੁੰਦਾ, ਕੋਈ ਅੱਧੀ ਸੀਸੀ ਤਾਂ ਨਹੀਂ ਪੀ ਜਾਂਦਾ ਹੁੰਦਾ, ਨਾਲ ਇਹਦੇ ਜੇਬ 'ਚ ਹੋਰ ਸਮਾਨ ਵੀ ਨਿਕਲਿਆ। ਮੈਂ ਤੈਨੂੰ ਦੱਸਿਆ ਸੀ ਨਾ ਵੀ ਹੋਰ ਵਾਧੂ ਸਮਾਨ ਨਿਕਲਿਆ ਜੇਬ 'ਚੋਂ। ਉਹ ਕੀ ਨਿਕਲਿਆ? ਗੋਲੀਆਂ ਸੀਗੀਆਂ ਉਹ ਦਵਾਈ ਵਾਲੀਆਂ, ਤੈਨੂੰ ਮੈਂ ਕਿਹਾ ਸੀ ਡਾਕਟਰ ਦੇ ਪਤਾ ਕਰਕੇ ਆ ਜਾਂਦੇ ਆ, ਐਵੇਂ ਬੋਲੀ ਜਾਂਦੀਆਂ ਤੂੰ। ਐਵੇਂ ਨਾ ਪੰਚਾਇਤ 'ਚ ਨਾ ਮੈਨੂੰ ਨਾਮ ਬੁਲਵਾ ਵੀ ਕੀ ਕੀ ਸਮਾਨ ਸੀ। ਕੀ ਕੀ ਸੀ ਨਾਲੇ ਨਾ ਸੀ, ਆਪਾਂ ਸਰਪੰਚ ਦਿੰਦੇ ਨਾ। ਕਾਸ਼ਪੁੱਤ ਮੇਰੀ ਗੱਲ ਸੁਣ, ਉਦੋਂ ਤਾਂ ਤੂੰ ਵੀ ਕਹਿੰਦਾ ਸੀ ਡੇਢ ਮਹੀਨੇ ਦਾ ਟਾਈਮ ਦਿਓ, ਮੇਰਾ ਭਰਾ ਸੁਧਰ ਜੂ। ਤੂੰ ਕੀ ਸੁਧਾਰੇਂਗਾ, ਤੂੰ ਤਾਂ ਹੱਥੀ ਇਹਨੂੰ ਨਸ਼ਾ ਕਰਾਉਣਾ। ਉਹ ਨਸ਼ਾ ਕਿੱਥੋਂ ਸੀਗਾ ਜੀ, ਦਵਾਈ ਸੀਗੀ। ਮੈਂ ਤਾਂ ਇਹਨੂੰ ਐਂ ਵੀ ਕਿਹਾ ਸੀ ਵੀ ਚਲੋ ਆਪਾਂ ਡਾਕਟਰ ਦੇ ਚੱਲਦੇ ਹਾਂ, ਐਵੇਂ ਉਹਦੇ ਵੱਡਾ ਬਾਈ ਵੀ ਗੁੱਸਾ ਹੋ ਗਿਆ। ਇਹਨੇ ਤਾਂ ਸਾਡੇ ਮਾਰੀਆਂ, ਕਦੇ ਅੱਗੇ ਹੱਥ ਨਹੀਂ ਚੱਕਿਆ ਸੀ ਸਾਡੇ ਤੇ, ਇਹਦੇ ਕਰਕੇ ਚੱਕਿਆ ਗਿਆ। ਇਹਨੇ ਗੱਲ ਬਣਾਈ ਆ ਬਿਨਾਂ ਗੱਲ ਤੋਂ। ਇਹ ਚਿੱਚੜ ਵਾਲੀ ਦਵਾਈ ਨੂੰ ਚਰਸ ਬਣਾਈ ਬੈਠੀ ਆ। ਮੇਰੀ ਗੱਲ ਸੁਣ ਪੁੱਤ, ਮੇਰੀ ਧੀ ਝੂਠ ਨਹੀਂ ਬੋਲਦੀ, ਤੁਸੀਂ ਹਰ ਇੱਕ ਗੱਲ 'ਤੇ ਇਹਨੂੰ ਝੂਠਾ ਪਾਈ ਜਾਂਦੇ ਹੋ। ਉਹ ਮਾਤਾ ਫਿਰ ਅਸੀਂ ਝੂਠੇ ਹੋ ਗਏ, ਸਿਆਣੇ ਹੋ ਗਏ। ਫਿਰ ਜੇ ਅਸੀਂ ਡੇਢ ਮਹੀਨੇ ਦਾ ਟਾਈਮ ਲਿਆ ਸੀ ਨਾ ਜੀ, ਹੈਂ, ਡੇਢ ਮਹੀਨੇ ਟਾਈਮ ਦੇ 'ਚ ਮੈਂ ਆਪਣੇ ਭਰਾ ਨੂੰ ਸੁਧਾਰ ਵੀ ਦਿੱਤਾ ਸੀ, 15 ਦਿਨ ਹੋ ਗਏ, ਇਹਨੇ ਟੱਚ ਨਹੀਂ ਕਰਿਆ ਸੀ। ਜੇ ਬੁਖਾਰ ਚੜ ਗਿਆ ਇਹਨੂੰ, ਸਰਪੰਚ ਸਾਹਿਬ ਜੇ ਮੈਂ ਦਵਾਈ ਦਵਾ ਲਿਆ, ਮੈਂ ਕੁਛ ਮਾੜਾ ਕਰਤਾ? ਹੁਣ ਮੈਂ ਆਪਣੇ ਭਰਾ ਨੂੰ ਬਿਮਾਰ ਪਿਆ ਵੀ ਨਹੀਂ ਦੇ ਸਕਦਾ? ਇਹ ਤਾਂ ਕਹਿੰਦੇ ਇਹਨੂੰ ਡੇਢ ਮਹੀਨਾ ਘਰੋਂ ਨਹੀਂ ਨਿਕਲ ਦੇਣਾ, ਜੇ ਮੈਂ ਦਵਾਈ ਦਵਾਉਣ ਜਾ ਵੜਿਆ ਤਾਂ ਉਹਨਾਂ ਇਹ ਠੀਕ ਹੋ ਗਿਆ ਹੁਣ। ਨਾ ਆਕਾਸ਼, ਜੇ ਬਾਈ ਨੇ ਥੱਪੜ ਮਾਰਿਆ, ਕੋਈ ਗਲਤੀ ਹੋ ਤਾਂ ਹੀ ਮਾਰਿਆ। ਮੈਂ ਕੀ ਸਮਾਨ ਲਿਆ ਕਿ ਬਾਈ ਨੂੰ ਫੜਾਇਆ? ਬਾਈ ਨੂੰ ਕਿਹਾ ਆਪ ਹੀ ਦੱਸ ਦੇ ਕੀ ਕੀ ਸੀ। ਗੋਲੀਆਂ ਵੀ ਸੀਗੀਆਂ, ਨਸ਼ੇ ਵਾਲੀਆਂ, ਜਰਦੇ ਦੀ ਪੁੜੀ ਸੀ, ਹੋਰ ਬਹੁਤ ਸਮਾਨ ਸੀਗਾ। ਚਲੋ ਭਾਈ ਕੋਈ ਗੱਲ ਨਹੀਂ, ਛੱਡੋ ਤੁਸੀਂ ਨਾ ਇਹ ਨਾ ਗੱਲ ਵਿਗੜਦੀ ਬਾਹਲੀ ਵੱਜਣ ਦੀ ਹੁੰਦੀ ਹੈਗੀ। ਤੁਸੀਂ ਸਾਰੇ ਸਿਆਣੇ ਬੈਠੇ ਹੋ ਹੈ ਨਾ, ਮੇਰੀ ਵੱਡੀ ਉਮਰ ਦੀਆਂ ਬੈਠੀਆਂ ਹੈ ਨਾ, ਉਹ ਬਾਈ ਵੀ ਮੇਰੇ ਤੋਂ ਵੱਡਾ ਬੈਠਾ ਗਾ, ਪਰ ਤੁਸੀਂ ਚਲੋ ਗੱਲ ਨਿਬੇੜਨ ਦੀ ਕਰੋ ਜਿਵੇਂ ਤੁਹਾਨੂੰ ਭਾਈ ਠੀਕ ਲੱਗਦਾ ਉਵੇਂ ਕਰੋ। ਬਸ ਸਰਪੰਚ ਸਾਹਿਬ, ਅਸੀਂ ਤਾਂ ਐਂ ਕਹਿੰਦੇ ਹਾਂ ਵੀ ਜਿਹੜੇ ਹਿਸਾਬ ਨਾਲ ਇਹਨਾਂ ਨੇ ਸਾਡੇ ਨਾਲ ਜ਼ਮੀਨ ਜ਼ਬਾਨ ਕਰੀ ਆ ਆਪਦੀ, ਇਹਨਾਂ ਨੇ ਕਿਹਾ ਸੀ ਵੀ ਮੇਰਾ ਤਾਂ ਵਿਆਹ ਹੋਇਆ ਹੀ ਪਿਆ, ਵੀ ਉਹ ਕੁੜੀ ਦਾ ਇਹਦੇ ਨਾਲ ਮੰਗਣੀ ਹੋਈ ਵੀ ਹੈ ਜੀ। ਡੇਢ ਮਹੀਨੇ ਦਾ ਟਾਈਮ ਦਿੱਤਾ, ਅੱਜ 20 ਦਿਨ ਹੋ ਗਏ, ਠੀਕ ਹੈ, ਦਿਨ ਪਿੱਛੇ 15-16 ਨਹੀਂ ਰਹਿ ਗਏ, ਉਹ ਦਿਨਾਂ ਤੋਂ ਬਾਅਦ ਬਸ ਅਸੀਂ ਵਿਆਹ ਕਰਕੇ ਕੁੜੀ ਨੂੰ ਲੈ ਕੇ ਜਾਣਾ, ਇਹ ਗੱਲ ਨਿਬੇੜੋ ਨਾ। ਮੇਰੀ ਗੱਲ ਸੁਣ ਪੁੱਤ, ਅੱਗੇ ਵਿਆਹ ਕਰਕੇ ਲੈ ਕੇ ਜਾਣਾ? ਮੇਰੀ ਪਹਿਲੀ ਧੀ ਨੂੰ ਤਾਂ ਤੁਸੀਂ ਘਰੇ ਬਿਠਾਤੀ, ਡੇਢ ਮਹੀਨੇ ਤੋਂ ਪਹਿਲਾਂ ਹੀ ਬਿਠਾਤੀ, ਤੇ ਦੂਜੀ ਨੂੰ ਮੈਂ ਕਿਵੇਂ ਤੋਰਦਾ? ਤੁਸੀਂ ਵੀ ਗੱਲ ਕਰ ਭੈਣ ਜੀ ਹੱਕ ਸਿਰ ਦੀ। ਲਾਡੀ ਮੇਰੀ ਗੱਲ ਸੁਣ ਪੁੱਤ, ਉਹਦੇ ਮੈਂ ਵੀ ਵਿੱਚ ਸੀ, ਛੇਤਰ ਮੇਰੇ ਵੀ ਬਰਾਬਰ ਪੈਂਦੇ ਆ। ਮੈਨੂੰ ਇਹ ਵੀ ਕਹਿੰਦੇ ਆ ਵੀ ਤੂੰ ਵੀ ਉਹਦੇ ਹਾਮੀ ਭਰੀ ਸੀ, ਤੂੰ ਵੀ ਪੁੱਤ ਆਪਦੀਆਂ ਗੱਲਾਂ ਤੇ ਰਹਿ ਜਿਹੜੀਆਂ ਜਵਾਨ ਕਰਕੇ ਗਿਆ ਗਾ। ਉਹ ਚਾਚੀ ਇਹ ਤਾਂ ਆਪਦੇ ਲੱਛਣਾ ਕਰਕੇ ਘਰੇ ਬਿਠੇਤੀ ਸੀ ਉਹ ਆਪਦੇ। ਲੈ ਲੱਛਣਾ ਕਰਕੇ ਮੰਮੀ ਵੇਖ ਬੋਲਦਾ ਕਿਵੇਂ? ਰਾਜਪਾਲ ਦੇਖ ਲਓ ਬਾਈ, ਇਹਦਾ ਕੀ ਹੱਕ ਬਣਦਾ ਵੀ ਮੈਨੂੰ ਐਂ ਬੋਲੇ? ਰਾਜਪਾਲ ਤੂੰ ਨਾ ਬੋਲ ਪੁੱਤ, ਤਾਂ ਇੱਥੋਂ ਵੱਡੀ ਹੈ। ਕਿੱਥੋਂ ਗੱਲ ਕਿੱਥੇ ਕਰੀ ਇਹਨਾਂ ਨੇ? ਗੱਲ ਤਾਂ ਵਿਆਹ ਦੀ ਆ, ਇਹ ਦੋਨੇ ਜਾਣੀਆਂ ਘਰੇ ਆ ਕੇ ਬਹਿ ਗਿਆ, ਮੇਰਾ ਘਰ ਵੀ ਪੱਟਿਆ ਗਿਆ। ਪਹਿਲੀ ਗੱਲ ਤਾਂ ਇਹਨੂੰ ਚਾਹੀਦੀ ਆ, ਜਦੋਂ ਸਾਡੀ ਮਾਂ ਹੈ ਨੀ ਘਰੇ, ਮਾਂ ਗਈ ਵੀ ਆ, ਤੇ ਇਹਨੂੰ ਘਰੋਂ ਆਉਣ ਦੀ ਲੋੜ ਹੀ ਨਹੀਂ ਸੀ। ਗੱਲ ਤਾਂ ਇਹ ਆਪ ਵਧਾਉਂਦੀ ਆ। ਚੱਲ ਕੋਈ ਗੱਲ ਨੀ ਬਾਈ, ਹੁਣ ਤੂੰ ਮੇਰੀ ਗੱਲ ਸੁਣ, ਤੂੰ ਸਿਆਣਾ ਬੰਦਾ ਹਨਾ। ਚਲੋ ਆਪਾਂ ਗੁੜੀਆਂ ਦੀ ਗੱਲ ਨਹੀਂ ਸੁਣਦੇ, ਆਲਾ ਕਹਿੰਦਾ ਪੰਚਾਇਤ ਜਨਾਨੀਆਂ ਦੀ ਸੁਣਦੀ ਆ, ਬੰਦੇ ਦੀ ਅਕਸਰ ਪੰਚਾਇਤ ਸੁਣਦੀ ਹੁੰਦੀ ਆ ਹਨਾ ਗੱਲਬਾਤ। ਹੁਣ ਤੁਸੀਂ ਮੇਰਾ ਵੀਰ ਬਣ ਕੇ ਨਾ ਐਂ ਨਾ ਕਰੋ, ਆਪਣਾ ਹੈਗਾ ਪਿੰਡ ਦਾ ਕੰਮ ਹਨਾ, ਅਤੇ ਨਾਲੇ ਆਪਣੇ ਪਿੰਡ ਦੀਆਂ ਕੁੜੀਆਂ, ਨਾਲੇ ਤੁਹਾਨੂੰ ਪਤਾ ਅੱਜ ਕੱਲ੍ਹ ਹਨਾ ਟਾਈਮ ਮਾੜਾ ਗਾ, ਆਪਾਂ ਉਹਨਾਂ ਨੂੰ ਵੀ ਸਮਝਾਇਆ ਗਾ। ਕੋਈ ਗੱਲ ਨਹੀਂ, ਜੇ ਕੋਈ ਆਪਾਂ ਨੂੰ ਹੋਰ ਵੀ 19-21 ਲੱਗਦੇ ਨਾ, ਆਪਾਂ ਫਿਰ ਵੀ ਉਹਨਾਂ ਦੇ ਕੰਨ ਖਿੱਚਾਂਗੇ। ਫੈਸਲਾ ਹੀ ਮੰਨ ਲਾਂਗੇ, ਪਰ ਠੀਕ ਆ, ਉਹ ਨਸ਼ਾ ਪੱਤਾ ਕਰਦਾ, ਉਹ ਚੱਲ ਬੋਲ ਪਿਆ, ਉਹਨੇ ਨਸ਼ਾ ਪੱਤਾ ਕਰ ਲਿਆ, ਕੋਈ ਗੱਲ ਨੀ, ਮਾੜਾ ਮੋਟਾ ਬੰਦਾ ਖਾਂਦਾ ਸਾਰੇ। ਵੀ ਐਂ ਨੀ ਵੀ ਆਪਾਂ ਡੱਕ ਕੇ ਡਿੱਗਣਾ ਜਾਂਦਾ, ਕੋਈ ਕੁੜੀ ਦਿੰਦਾ ਵੀ ਨਹੀਂ ਹਨਾ। ਦੂਜੀ ਗੱਲ ਆਏ ਆ ਵੀ ਇਹਦਾ ਕੀ ਹੱਕ ਬਣਦਾ ਮਨਿੰਦਰ ਨੂੰ ਘਰੇ ਭਜਾਉਣ ਦਾ? ਸਾਨੂੰ ਇਹ ਗੱਲ ਦਾ ਗੁੱਸਾ। ਐਂ ਕਰੋ, ਆਪਾਂ ਇੱਥੇ ਬੈਠੇ ਹਾਂ, ਉਹ ਬੈਠੀ ਆ, ਉਹ ਮੇਰੀ ਸਹੁੰ ਖਾ ਕੇ ਕਹਿ ਦੇ ਵੀ ਮੈਂ ਉਹਨੂੰ ਘਰੋਂ ਭਜਾਇਆ। ਸਰਪੰਚ ਸਾਹਿਬ ਆ ਪਾਈਏ ਝੋਲਾ ਚੱਕ ਕੇ ਉਹ। ਮੈਂ ਕਿਉਂ ਆਵਾਂ, ਕਿਉਂ ਨਾ ਬਾਈ ਜੀ, ਜਦੋਂ ਇਹ ਕੋਈ ਖੁਦ ਨਸ਼ੇ ਕਰਵਾਉਂਦਾ, ਐਂ ਨਹੀਂ ਪਤਾ ਕੀ ਝੂਠ ਮਾਰੇ ਹੋਣੇ ਇਹਨਾਂ ਨੇ, ਮੈਨੂੰ ਗੁੱਸਾ ਨਹੀਂ ਆਉਂਦਾ, ਮੈਂ ਆਪਦੀ ਭੈਣ ਕਿਉਂ ਇਹਨਾਂ ਨੂੰ ਵਿਆਹ ਕੇ ਦੇਵਾਂ? ਚਲੋ ਕੋਈ ਨਾ ਰਾਜੇ, ਠੰਡੇ ਰਹੋ, ਹੁਣ ਤੁਸੀਂ ਨਾ ਗੱਲ ਨਿਬੇੜਨ ਦੀ ਕਰੋ। ਪੁੱਤ ਬਣ ਕੇ ਸਿਆਣੇ ਬਣੀ ਦਾ ਹੁੰਦਾ ਗਾ, ਗਲਤ ਹੁੰਦਾ, ਮਾਂ ਪਿਓ ਦਾ ਸਿਰ ਨੀਵਾ ਹੁੰਦਾ ਇਹ ਗੱਲਾਂ ਦੇ ਵਿੱਚ। ਸਰਪੰਚ ਸਾਹਿਬ ਤੁਸੀਂ ਸਾਡੀ ਗੱਲ ਸੁਣੋ ਜੀ, ਗੱਲ ਪਤਾ ਕੀ ਹੈ, ਹੁਣ ਮੁੰਡਾ ਮੰਗਿਆ ਹੋਇਆ ਗਾ,
ਬਈ ਮੈਨੂੰ ਤਾਂ ਇਹਨਾਂ ਨੇ ਬੋਲਣ ਜੋਗੇ ਛੱਡੇ ਹੀ ਨਹੀਂ ਇਹਨਾਂ ਦਾ ਤਾਂ ਕੁਛ ਨਹੀਂ ਜਾਂ ਤਾਂ ਨੀਵੀਂ ਤਾਂ ਮੇਰੀ ਪੈਂਦੀ ਆ ਜੇ ਇਹਦਾ ਵੀ ਪੱਟਿਆ ਜਾਊ ਤਾਂ ਵੀ ਸੱਥ 'ਚ ਮੈਂ ਬੈਠਣਾ ਜਾ ਕੇ ਇਹਨਾਂ ਨੂੰ ਕਿਹੜਾ ਕੋਈ ਚੜੀ ਲੱਥੀ ਦੀ ਆ ਚੱਲ ਕੋਈ ਨਹੀਂ ਬਈ ਇਹਨਾਂ ਦੀ ਤਾਂ ਉਹਦੀ ਗੱਲ ਆ ਵੀ ਆਪਾਂ ਤਾਂ ਸੱਚੀ ਗੱਲ ਇਹਨਾਂ ਦੇ ਮੂੰਹ ਤੇ ਕਹਿੰਦੇ ਆ ਵੀ ਇੱਕ ਚੋਰ ਤੇ ਦੂਜੀ ਚਤਰਾਈ ਹੈ ਗਲਤੀ ਇਹਨਾਂ ਦੀ ਆਪਦੀ ਆ ਹੁਣ ਪੜਦੇ ਪਾਉਣ ਬਾਰੇ ਤੁਸੀਂ ਆਪ ਦੇਖ ਲਓ ਮੈਂ ਆਪ ਤਾਂ ਹੀ ਚੁੱਪ ਕਰਿਆ ਬੈਠਾ ਵੀ ਇਹਨਾਂ ਨੂੰ ਬੋਲ ਲੈਂਦੇ ਕੋਈ ਨਹੀਂ ਕਿੰਨਾ ਕਹੇ ਜਾਂਦੇ ਆ ਬੋਲ ਕੇ ਮੈਂ ਵੀ ਇਹਨਾਂ ਦੀਆਂ ਸੁਣੀ ਜਾਂਦਾ ਕੋਈ ਗੱਲ ਹੁਣ ਤੁਸੀਂ ਸਰਪੰਚ ਸਾਹਿਬ ਦੀ ਬਾਈ ਸੁਣਨੀ ਆ ਕਿ ਨਹੀਂ ਸੁਣਨੀ ਫਿਰ ਮੈਨੂੰ ਬੁਲਾਇਆ ਕਾਹਤੋਂ ਅਜੇ ਤੁਸੀਂ ਮੇਰੀ ਸੁਣਨੀ ਨਹੀਂ ਯਾਰ ਬਾਈ ਸਰਪੰਚ ਸਾਹਿਬ ਇਸਤਾਬ ਦਾ ਪੱਖ ਦੱਸਦੇ ਆ ਤੁਸੀਂ ਤਾਂ ਆਪ ਸਾਨੂੰ ਗਲਤ ਸਮਝ ਆਏ ਨੇ ਸਰਪੰਚ ਸਾਹਿਬ ਤੁਸੀਂ ਇੱਧਰ ਨਾ ਟੱਕਾ ਸਿੱਟੋ ਗੱਲ ਤੁਸੀਂ ਗੱਲ ਸੁਣੋ ਤੁਸੀਂ ਚੁੱਪ ਕਰੋ ਕਾਲਾ ਤੇ ਸਰਪੰਚ ਸਾਹਿਬ ਆਪੇ ਗੱਲ ਕਰਨਗੇ ਤੁਸੀਂ ਛੋਟੇ ਹੋ ਤੁਹਾਡਾ ਬੋਲਣ ਦਾ ਹੱਕ ਨਹੀਂ ਪਰ ਹੱਕ ਨਹੀਂ ਇਸ ਤਾਂ ਪਰ ਜਿਹੜੀਆਂ ਗੱਲਾਂ ਸੀਗੀਆਂ ਉਹ ਦੱਸਤੀਆਂ ਅਸਾਂ ਜਮਾਸੀ ਜਾਇਜ਼ ਗੱਲ ਕਰਾਏ ਗੱਲ ਤਾਂ ਐ ਆ ਵੀ ਕੁੜੀਆਂ ਨੂੰ ਪੁੱਛ ਲਓ ਠੀਕ ਹੈ ਉਹਦਾ ਇਹਦੇ ਨਾਲ ਮੰਗਣੀ ਹੋਈ ਆ ਉਹ ਕੁੜੀ ਨੂੰ ਪੁੱਛ ਲਓ ਕਿ ਭਾਈ ਇਹਦੇ ਬਸੂ ਕੇ ਨਹੀਂ ਬਸਦੀ ਜੇ ਉਹ ਜਵਾਬ ਦਿੰਦੀ ਆ ਫਿਰ ਗੱਲ ਠੀਕ ਆ ਉਹਨੂੰ ਕੀ ਪਤਾ ਬਾਈ ਯਾਰ ਜਵਾਕੜੀ ਨੂੰ ਯਾਰ ਦੱਸ ਭਾਈ ਕਾਲੇ ਮੂੰਹ ਵਾਲਾ ਤੂੰ ਕਰ ਵੱਡਾ ਹੈ ਤੂੰ ਇੱਕ ਮਿੰਟ ਮੇਰੀ ਗੱਲ ਸੁਣੋ ਬਾਈ ਜੀ ਮੇਰੀ ਗੱਲ ਸੁਣੋ ਚਲ ਠੀਕ ਐ ਇਹਨਾਂ ਤੋਂ ਗਲਤੀਆਂ ਹੋਊਗਾ ਇਹਨੇ ਪੰਚਾਇਤ 'ਚ ਇੱਕ ਵਾਰੀ ਵੀ ਸਿੱਧੀ ਗੱਲ ਨਹੀਂ ਕੀਤੀ ਉਹ ਹਜੇ ਉੱਤੇ ਪਰਦੇ ਹੋਰ ਪਾਉਂਦਾ ਜੇ ਹੁਣ ਵੀ ਇਹ ਮਾਫੀ ਮੰਗ ਲੈਂਦਾ ਚਲ ਕਿਤੇ ਨਾ ਕਿਤੇ ਫਿਰ ਵੀ ਮੈਨੂੰ ਮਾਫ ਕਰ ਦਿੰਦੀ ਪਰ ਹਜੇ ਵੀ ਆਪਦੀ ਗਲਤੀ ਨਹੀਂ ਮੰਨਦਾ ਤੇ ਦੂਜੀ ਗੱਲ ਰਹੀ ਹਰਪ੍ਰੀਤ ਦੀ ਗੱਲ ਇਹਨੇ ਹਰਪ੍ਰੀਤ ਨੂੰ ਪੂਰਾ ਸਿਖਾਇਆ ਹੋਇਆ ਵੀ ਤੇਰੀ ਭੈਣ ਦਾ ਘਰ ਪੱਟਿਆ ਜਾਊਗਾ ਤੂੰ ਨਾ ਮਨਾ ਕਰੀ ਵਿਆਹ ਤੋਂ ਫਿਰ ਡਰਦੀ ਆ ਜੀ ਤੁਸੀਂ ਦੇਖ ਲਓ ਫਿਰ ਆਪਾਂ ਨੇ ਫਿਰ ਉੱਥੋਂ ਦੀ ਪੰਚਾਇਤ ਵੀ ਬੁਲਾ ਲਾਂਗੇ ਤੁਸੀਂ ਨਹੀਂ ਨਵੇੜਨਾ ਯਾਰ ਫਿਰ ਉਹ ਮੇਰੀ ਗੱਲ ਐਡੀ ਲੰਮੀ ਗੱਲ ਨਾ ਬਤਾਓ ਸਰਪੰਚ ਸਾਹਿਬ ਇੱਕ ਤਾਂ ਆਪਾਂ ਬੈਠੇ ਦੂਜੇ ਪਿੰਡ 'ਚ ਠੀਕ ਆ ਇਹ ਰਿਸ਼ਤੇ ਹੁੰਦੇ ਆ ਨਾ ਸਿਆਣੇ ਕਹਿੰਦੇ ਹੁੰਦੇ ਆ ਜਦੋਂ ਕੇਰਾਂ ਰੱਸਾ ਟੁੱਟ ਜੇ ਨਾ ਉਹ ਗੰਢ ਪੈ ਜਾਂਦੀ ਹੁੰਦੀ ਆ ਤੇ ਗੰਢ ਸਾਰੀ ਉਮਰ ਅੜਕਦੀ ਰਹਿੰਦੀ ਹੁੰਦੀ ਆ ਬਾਈ ਤੁਸੀਂ ਹੁਣ ਇੱਥੇ ਚੱਲ ਠੀਕ ਆ ਆਪਾਂ ਉਹਨੂੰ ਵੀ ਲੈ ਜਾਾਂਗੇ ਚੱਲ ਤੁਹਾਡੇ ਆਖੇ ਨਾ ਤੋਰਨਗੇ ਮੇਰੇ ਆਖੇ ਤੋਰਨਗੇ ਮੇਰੀ ਤਾਂ ਰੱਖਣਗੇ ਹੀ ਹੈ ਮੇਰੇ ਆਖੇ ਤੋਰ ਦੇਣਗੇ ਸਵੇਰ ਨੂੰ ਤੁਸੀਂ ਮੈਨੂੰ ਐਂ ਦੱਸੋ ਹੁਣ ਤਾਂ ਐਂ ਬੋਲੀ ਜਾਂਦੇ ਹੋ ਪੰਚਾਇਤ 'ਚ ਸਵੇਰ ਨੂੰ ਕਿਹੜਾ ਮੂੰਹ ਲੈ ਕੇ ਇੱਥੇ ਆਇਆ ਕਰੋਗੇ ਕਿਹੜੇ ਮੂੰਹ ਨਾਲ ਵਰਤੋਂਗੇ ਕੋਈ ਦੁੱਖ ਦੇ ਸੁੱਖ ਦੇ ਇਹ ਗੱਲਾਂ ਲੰਮੀਆਂ ਹੁੰਦੀਆਂ ਹੁਣ ਤੁਹਾਨੂੰ ਐਂ ਲੱਗਦਾ ਵੀ ਅਸੀਂ ਬੋਲ ਕੇ ਆਦਾ ਲਗੋ ਲਾਂਗੇ ਜੀ ਭਾਈ ਜੇ ਸਾਡੀ ਗਲਤੀ ਆ ਉਹ ਬਾਈ ਨਹੀਂ ਪਤਾ ਕੀ ਗੱਲ ਆ ਇਹ ਤੇਰੀ ਸ਼ਹਿ ਨਹੀਂ ਚੰਬਲਾਈ ਆ ਜਦੋਂ ਉਹਨੂੰ ਸ਼ਹਿ ਦੇਣਾਗਾ ਉਹ ਚੱਕ ਕੇ ਝੋਲਾ ਇੱਥੇ ਆ ਜਾਂਦੀ ਆ ਚੱਕ ਕੇ ਝੋਲਾ ਇੱਥੇ ਆ ਜਾਂਦੀ ਆ ਕਿੰਨੀ ਮਾੜੀ ਗੱਲ ਆ ਅੱਗੇ ਜਮਾ ਲੱਗਦੀ ਆ ਇਹ ਤੁਹਾਨੂੰ ਸ਼ਹਿ ਲੱਗਦੀ ਆ ਤੁਸੀਂ ਐਂ ਸੋਚ ਕੇ ਦੇਖੋ ਵੀ ਆਪਾਂ ਤਿੰਨ ਭਰਾ ਆਗੇ ਜੇ ਆਪਣੇ ਭੈਣ ਹੁੰਦੀ ਆਪਾਂ ਐਂ ਕਿਸੇ ਦੇ ਘਰੇ ਨਸ਼ੇੜੀ ਨੂੰ ਭੈਣ ਦਿੰਦੇ ਮੈਂ ਤਾਂ ਤੁਹਾਨੂੰ ਹੀ ਗਲਤ ਕਹੂੰ ਆਦੀ ਪੀੜੀ ਥੱਲੇ ਸੋਟਾ ਫੇਰੋ ਤੁਸੀਂ ਉਹ ਬਾਈ ਜਦੋਂ ਮੈਂ ਕਹੀ ਜਾਂਦਾ ਵੀ ਮੇਰੇ ਭਰਾ ਨੇ ਨਸ਼ਾ ਕੀਤਾ ਹੀ ਨਹੀਂਗਾ ਛੱਡੀ ਬੈਠਾ ਤੈਨੂੰ ਯਕੀਨ ਆਪਦੇ ਭਰਾਵਾਂ ਦੇ ਨਹੀਂ ਯਕੀਨ ਤੈਨੂੰ ਹੋਰ ਕਿਤੇ ਯਕੀਨ ਹੋਊਗਾ ਓਏ ਮੇਰੀ ਤਾਂ ਗੱਲ ਹੁਣ ਲਓ ਹੁਣ ਕੋਈ ਦੁਕਾਨ ਤੋਂ ਤਾਂ ਲਿਆਈ ਨਹੀਂ ਜਰਦਾ ਗੋਲੀਆਂ ਸੀਸੀਆਂ ਸੁੱਟ ਤੇ ਖੋ ਕੇ ਲਿਆਈ ਆ ਹੋਰ ਨਸ਼ਾ ਕਿਹੜਾ ਹੁੰਦਾ ਤੂੰ ਦੱਸ ਦਿਓ ਤੂੰ ਤਾਂ ਪੜਿਆ ਲਿਖਿਆ ਉਹਤੇ ਕੋਰੈਕਸ ਲਿਖਿਆ ਵਾ ਸੀ ਕ੍ਰਿਕਸ ਸੀ ਉਹ ਯਾਰ ਕੁਛ ਵੀ ਸੀ ਠੀਕ ਆ ਤੂੰ ਮੇਰੀ ਗੱਲ ਸੁਣ ਲੈ ਐਵੇਂ ਇੱਥੇ ਪੰਚਾਇਤ ਦੇ ਜਲੂਸ ਕਰਦੇ ਭੈੜੇ ਲਾ ਦਿਆਂ ਤੇਰੇ ਨਾਲ ਤਾਂ ਮੈਂ ਘਰੇ ਜਾ ਕੇ ਕਰੂੰ ਗੱਲ ਠੀਕ ਆ ਹੁਣ ਜਿਹੜੀ ਗੱਲ ਨਾ ਜਿਆਦਾ ਅਗਲੇ ਤੋਂ ਮੰਗ ਲਓ ਮਾਫੀ ਤੇ ਨਹੀਂ ਫਿਰ ਚਲੋ ਮੂਹਰੇ ਲੱਗੋ ਜਿਵੇਂ ਹੋਊ ਉਵੇਂ ਨਿਬੜਾਂਗੇ ਨਿਬੜਾਂਗੇ ਤਾਂ ਫੇਰ ਹੀ ਜੇ ਸਰ ਜਿਵੇਂ ਸਰਪੰਚ ਸਾਹਿਬ ਕਰਨਗੇ ਸਰਪੰਚ ਸਾਹਿਬ ਤੁਸੀਂ ਮਸਲਾ ਹੱਲ ਕਰੋ ਠੀਕ ਹੈ ਉਹ ਮੇਰੇ ਨਾਲ ਵਿਆਹੀ ਵੀ ਅਸੀਂ ਲਾਵਾਂ ਲਈਆਂ ਨੇ ਇਹਦਾ ਵਿਆਹ ਇਹਦੇ ਨਾਲ ਕਰਨਾਗਾ ਠੀਕ ਹੈ ਵੀ ਇਹਦਾ ਹੱਲ ਕਰੋ ਕੋਈ ਅਸੀਂ ਐਂ ਜਾਂਦੇ ਨਹੀਂ ਅਸੀਂ ਦੋਨਾਂ ਨੂੰ ਲੈ ਕੇ ਜਾਂਦੇ ਮੇਰੀ ਗੱਲ ਸੁਣੋ ਸਿਆਣੇ ਬਣੋ ਤੁਸੀਂ ਮਾਫੀ ਮੰਗ ਲਓ ਜੇ ਤੁਸੀਂ ਨਸ਼ਾ ਕਰਦੇ ਹੋ ਮਾਫੀ ਮੰਗ ਲਓ ਆ ਬੈਠਾ ਹਨਾ ਹਾਂ ਇਹ ਸਰਪੰਚ ਸਾਹਿਬ ਦੀ ਗੱਲ ਸਹੀ ਆ ਅਸੀਂ ਦੋਵੇਂ ਜਾਣੇ ਮਾਫੀ ਮੰਗ ਲੈਣਾ ਜੇ ਮਾਫੀ ਮੰਗ ਕੇ ਤੁਸੀਂ ਉਹਨਾਂ ਦਾ ਵਿਆਹ ਕਰੋਗੇ ਅਸੀਂ ਦੋਵੇਂ ਜਾਣੇ ਪੈਰੀ ਹੱਥ ਵੀ ਲਾ ਦਾਂਗੇ ਨਹੀਂ ਜਦੋਂ ਮੈਂ ਬੈਠਾ ਯਾਰ ਵਿਆਹ ਕੌਣ ਮੁਕਰੂਗਾ ਬਸ ਠੀਕ ਹੈ ਹਾਂ ਪਰ ਮੈਨੂੰ ਆਇਆ ਮੈਂ ਤੁਸੀਂ ਮੰਗਾਉਣੀ ਜੀ ਕੋਈ ਗੱਲ ਨਹੀਂ ਅਸੀਂ ਆਪਣੀਆਂ ਕੁੜੀਆਂ ਇਹਨਾਂ ਦੇ ਘਰੇ ਸੌਣੀਆਂ ਆਈਆਂ ਅਸੀਂ ਛੋਟੀ ਜ਼ਿੰਮੇਵਾਰੀ ਤੇ ਵੱਡੇ ਬਾਈ ਦੀ ਜ਼ਿੰਮੇਵਾਰੀ ਤੇ ਕੁੜੀਆਂ ਤੋਰ ਦਾਂਗੇ ਇਹਨਾਂ ਦੋਨਾਂ ਦੇ ਨਾਲ ਅਸੀਂ ਨਹੀਂ ਤੋਰਦੇ ਸਾਨੂੰ ਇਹਨਾਂ ਦੇ ਉੱਤੇ ਯਕੀਨ ਨਹੀਂ ਰਿਹਾ ਬਸ ਫਿਰ ਜਦੋਂ ਅਸੀਂ ਸਰਪੰਚ ਜੀ ਜ਼ਿੰਦਗੀ ਤਾਂ ਇਹਨਾਂ ਨੇ ਕੱਢਣੀ ਆ ਦੇਖ ਹੈ ਜਿਹੜੀ ਗੱਲ ਸਵੇਰ ਨੂੰ ਦੁੱਖ ਦੇਵੇ ਉਹਦਾ ਕਰੀ ਦਾ ਫਾਇਦਾ ਨਹੀਂ ਹੁੰਦਾ ਨਾ ਤਾਂ ਭਾਈ ਮੈਂ ਆ ਜ਼ਿੰਮੇਵਾਰੀ ਲਵਾਂ ਨਾ ਮੈਂ ਤੈਨੂੰ ਕਹਿਣਾ ਵੀ ਤੂੰ ਜ਼ਿੰਮੇਵਾਰੀ ਲੈ ਜ਼ਿੰਮੇਵਾਰੀ ਕਾਦੀ ਹੁੰਦੀ ਆ ਕਿਸੇ ਦੇ ਰਿਸ਼ਤੇ 'ਚ ਉਹ ਤਾਂ ਹੁਣ ਇਹਨਾਂ ਨੇ ਕੱਟਣਾ ਇਹ ਆਪ ਦੇਖਣ ਵੀ ਅਸੀਂ ਕਿਵੇਂ ਰਹਿਣਾ ਹਨਾ ਜੇ ਆਪ ਹੀ ਸੁਧਰ ਜਾਣਾ ਤਾਂ ਲੋੜ ਹੀ ਨਹੀਂ ਅਗਲੇ ਨੂੰ ਉਹ ਤਾਂ ਐਡੀਆਂ ਸਿਆਣੀਆਂ ਸੋਹਣੀਆਂ ਕੁੜੀਆਂ ਹੈ ਇਹੋ ਜਿਹੀਆਂ ਕੁੜੀਆਂ ਕਿੱਥੇ ਆਉਂਦੀਆਂ ਲੈ ਦੱਸ ਮੇਰੀ ਗੱਲ ਸੁਣ ਕੁਲਦੀਪ ਪੁੱਤ ਕੋਈ ਨਾ ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਵੀ ਰਾਏ ਕਰਾਂਗੇ ਹਜੇ ਭਾਈ ਅਸੀਂ ਕੋਈ ਨਾ ਤੋਰਨ ਦਾ ਕਹੀਏ ਨਾ ਅਸੀਂ ਦੂਜੀ ਕੁੜੀ ਦੇ ਵਿਆਹ ਦਾ ਕਹੀਏ ਹਜੇ ਸਰਪੰਚ ਸਾਹਿਬ ਅਸੀਂ ਕੋਈ ਫੈਸਲਾ ਨਹੀਂ ਲੈਂਦੇ ਦੇਖ ਕਾਲੇ ਪੁੱਤ ਲੈ ਦੇਖ ਲਾ ਇੱਕ ਵਾਰੀ ਕੁੜੀ ਨੂੰ ਤਾਂ ਪੁੱਛ ਲਓ ਵੀ ਰਾਜੀ ਹੈਗੀ ਆ ਮੇਰੇ ਨਾਲ ਵਿਆਹ ਕਰਨ ਨੂੰ ਕਿ ਨਹੀਂ ਉਦੋਂ ਤਾਂ ਤੁਸੀਂ ਰਿਸ਼ਤੇਦਾਰ ਨੂੰ ਪੁੱਛਿਆ ਨਹੀਂ ਜਦੋਂ ਮੰਗਣੀ ਕੀਤੀ ਆ ਅੱਜ ਤੁਸੀਂ ਰਿਸ਼ਤੇਦਾਰ ਨੂੰ ਪੁੱਛਣ ਵਾਲੇ ਹੋਗੇ ਉਦੋਂ ਤੁਸੀਂ ਇਕੱਲਾ ਕੁੜੀ ਤੋਂ ਪੁੱਛ ਕੇ ਤੇ ਵਿਚੋਲਿਆਂ ਤੋਂ ਪੁੱਛ ਕੇ ਗੱਲ ਤੋੜਤੀ ਉਹ ਤਾਂ
ਮੈਂ ਕੀ ਕਹਾਂ ਭੈਣੇ ਹੁਣ ਬਸ ਮੈਂ ਤਾਂ ਨੀਵੀਂ ਪਾਈ ਬੈਠਾ ਬਸ ਪੁੱਤ ਮੇਰੀ ਗੱਲ ਸੁਣ ਕਹਿ ਤਾ ਨਾ ਵੀ ਅਸੀਂ ਕੋਈ ਨਾ ਆਪਦੇ ਰਿਸ਼ਤੇਦਾਰਾਂ ਨਾਲ ਤੂੰ ਕਹਿਣਾ ਕਿ ਉਦੋਂ ਦੇਖਣਾ ਸੀ ਰਿਸ਼ਤਾ ਜੀ ਸਾਨੂੰ ਉਦੋਂ ਪਤਾ ਹੁੰਦਾ ਕਾਹਨੂੰ ਅਸੀਂ ਅੱਜ ਆਹ ਦਿਨ ਦੇਖਣੇ ਕਿਉਂ ਪੰਚਾਇਤਾਂ ਇਕੱਠੀਆਂ ਕਰਦੇ ਓਏ ਇਹੀ ਤਾਂ ਮੱਥਾ ਇਹਦੇ ਨਾਲ ਮੈਂ ਮਾਰਦਾ ਇਹਨੂੰ ਤਾਂ ਹੁਣ ਆਏ ਆ ਵੀ ਜੇ ਇਹਦੇ ਤੇ ਗੱਲ ਆਊ ਤਾਂ ਮੇਰੇ ਤੇ ਆਊ ਇਹ ਤਾਂ ਮਿੱਟੀ ਪਾਉਂਦਾ ਮੈਂ ਇਹਨੂੰ ਘਰੇ ਵੀ ਇਹੀ ਗੱਲ ਸਮਝਾਈ ਸੀ ਵੀ ਤੂੰ ਆਪਦਾ ਬੱਜਿਆ ਨਾ ਪੱਟ ਤੂੰ ਕਿਹੋ ਕਰੀਏ ਨਾ ਉਹਦਾ ਤਾਂ ਜਦੋਂ ਬਸੂ ਦੇਖੀ ਜਾਊ ਇਹਨਾਂ ਮਾਰੇ ਨੇ ਤਾਂ ਮੈਂ ਨਹੀਂ ਆਪਦਾ ਘਰ ਬੰਨਿਆ ਮੈਂ ਆਖਿਆ ਚੱਲ ਇਹਨਾਂ ਦਾ ਕੁਛ ਬਣ ਜੂ ਜਿਹੜੀ ਚਾਰ ਰੋੜੇ ਮੇਰੇ ਕੋਲ ਜ਼ਮੀਨ ਆਊ ਮੈਂ ਇਹਨਾਂ ਨੂੰ ਦੇ ਦੂੰ ਮੈਂ ਤਾਂ ਇਹਨੂੰ ਇੰਨਾ ਵੀ ਕਿਹਾ ਸੀ ਸਰਪੰਚ ਸਾਹਿਬ ਮੈਂ ਕਿਹਾ ਵੀ ਤੁਸੀਂ ਵਿਆਹ ਤੂੰ ਨਸ਼ੇ ਛੱਡ ਦੇ ਤੁਹਾਡਾ ਵਿਆਹ ਹੋ ਜੂ ਮੈਂ ਆਪਦੇ ਹਿੱਸੇ ਦੀ ਜ਼ਮੀਨ ਵੇਚ ਕੇ ਤੁਹਾਨੂੰ ਤੇ ਲਾ ਕੇ ਤੁਹਾਨੂੰ ਬਾਹਰ ਭੇਜ ਦੂੰ ਤੁਸੀਂ ਤੁਹਾਡੀ ਜ਼ਿੰਦਗੀ ਬਣ ਜੂ ਪਰ ਇਹਨਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਹਜੇ ਉਹ ਤੂੰ ਤਾਂ ਬਾਈ ਯਾਰ ਕੁੱਛੜ ਤੇ ਬਹਿ ਕੇ ਦਾੜੀ ਮੁੰਨੀ ਜਾਂਦਾ ਯਾਰ ਜਦੋਂ ਅਸੀਂ ਕਹੀ ਜਾਂਦੇ ਆ ਵੀ ਇਹ ਸੁਧਰ ਜੂਗਾ ਇਹ ਸੁਧਰ ਜੂਗਾ ਸੁਧਾਰੀ ਜਾਂਦੇ ਆ ਸਰਪੰਚ ਸਾਹਿਬ ਜੇ ਬੰਦਾ ਨਸ਼ਾ ਵੀ ਕਰਦਾ ਨਸ਼ਾ ਕਰਨ ਵਾਲਾ ਬੰਦਾ ਇੱਕੋ ਦਮ ਤਾਂ ਨਹੀਂ ਸੁਧਰਦਾ ਹੁੰਦਾ ਜੇ ਆਪਾਂ ਇੱਕੋ ਦਮ ਸੁਧਾਰਾਂਗੇ ਬੰਦਾ ਮਰ ਜੂਗਾ ਹੈ ਤੇ ਮੈਂ ਆਪਦੇ ਭਰਾ ਨੂੰ ਕਿਵੇਂ ਮਰਦਾ ਦੇਖ ਲੂੰਗਾ ਭਰਾ ਤੇਰਾ ਇਕੱਲੇ ਦਾ ਨਹੀਂ ਭਰਾ ਵੱਡੇ ਬਾਈ ਦਾ ਵੀ ਹੈਗਾ ਉਹ ਵੀ ਤਾਂ ਸੋਚ ਰਹੇ ਆ ਉਹ ਸਰਪੰਚ ਸਾਹਿਬ ਇਹ ਤੋਂ ਛੋਟਾ ਮੈਂ ਫਿਰ ਵੀ ਮੋਹ ਪਿਆਰ ਤਾਂ ਹੁੰਦਾ ਹੀ ਆ ਛੋਟੇ ਦਾ ਬਸ ਸਰਪੰਚ ਸਾਹਿਬ ਮੁੱਕ ਦੀ ਗੱਲ ਕਰੋ ਤੁਸੀਂ ਕੁੜੀ ਨੂੰ ਪੁੱਛੋ ਜਿਹੜੀ ਗੱਲ ਪੁੱਛਣ ਵਾਲੀ ਆ ਵੀ ਇਹਦੇ ਨਾਲ ਵਿਆਹ ਕਰਾਉਣਾ ਕਿ ਨਹੀਂ ਕਰਾਉਣਾ ਜੋ ਕਹਿ ਦੂ ਕਿ ਨਹੀਂ ਕਰਾਉਣਾ ਤਾਂ ਬਾ ਠੀਕ ਆ ਚੱਲ ਆਪਾਂ ਨੂੰ ਕੋਈ ਕੁੜੀ ਨੂੰ ਪੁੱਛ ਲੈਣਾ ਆਪਣੇ ਕੋਲ ਹੀ ਆ ਹਨਾ ਆਪਣੇ ਜਵਾਕਾਂ ਵਾਰੀ ਮੂੰਹ ਤੇ ਕਰੋ ਗੱਲ ਕਿਵੇਂ ਵਿਆਹ ਦੱਸੋ ਕਰਾਉਣਾ ਤੁਸੀਂ ਕਿ ਨਹੀਂ ਕਰਾਉਣਾ ਗਾਈ ਬਾਈ ਜਿਵੇਂ ਮੇਰੇ ਭਰਾ ਤੇ ਮਾਂ ਕਰਨਗੇ ਮੈਂ ਤਾਂ ਉਵੇਂ ਹੀ ਕਰੂੰਗੀ ਦੇਖ ਲਓ ਬਾਈ ਦੇਖੋ ਹੁਣ ਬਾਈ ਹੁਣ ਤੁਹਾਡੇ ਸਾਹਮਣੇ ਹੀ ਆ ਗੱਲ ਯਾਰ ਤੂੰ ਤਾਂ ਹੁਣ ਜਰੇ ਆਪਦੇ ਭਰਾ ਤੇ ਮਾਂ ਨਹੀਂ ਹੋ ਗਈ ਯਾਰ ਨਸ਼ੇ ਪੱਤੇ ਬੰਦੇ ਨਾਲ ਤੂੰ ਵਿਆਹ ਦੇਗਾ ਤਾਂ ਮੈਂ ਤੈਨੂੰ ਕੱਲ ਨੂੰ ਆਨੰਦ ਪੜਾ ਦੂ ਹੋਰ ਕਹੀ ਜਾਂਦਾ ਵੀ ਡੀਐਨਏ ਕਰਾ ਲਓ ਯਾਰ ਤੁਹਾਨੂੰ ਵਿਸ਼ਵਾਸ ਵੀ ਹੋਵੇ ਚਲ ਕੋਈ ਨੀ ਫਿਰ ਜਦੋਂ ਮਨਿੰਦਰ ਨੇ ਹੁਣ ਤੁਹਾਨੂੰ ਦੇਖ ਲਿਆ ਕੁਛ ਦੇਖ ਕੇ ਆਈ ਆ ਤਾਂ ਸਾਡੇ ਮਨ ਨੂੰ ਵੀ ਸ਼ਾਂਤੀ ਹੋਣੀ ਚਾਹੀਦੀ ਆ ਭਰਾ ਵਹਿਮ ਦਾ ਇਲਾਜ ਨਹੀਂ ਕੋਈ ਜਦੋਂ ਆਪਾਂ ਵਹਿਮ ਪਾਲਿਆ ਦਿਮਾਗ ਦੇ ਵਿੱਚ ਉਹਦਾ ਇਲਾਜ ਨਹੀਂ ਆਪਾਂ ਤਾਂ ਐਂ ਕਹਿੰਦੇ ਜੇ ਤੁਹਾਨੂੰ ਮੇਰੇ ਤੇ ਨਹੀਂ ਯਕੀਨ ਮੈਂ ਤਾਂ ਨਹੀਂ ਨਸ਼ੇ ਕਰਦਾ ਹੈ ਤੁਹਾਨੂੰ ਜਦੋਂ ਮੇਰੇ ਤੇ ਨਹੀਂ ਗੱਲਾਂ ਬਦਲੀ ਬੈਠਾ ਹੁਣ ਉਦੋਂ ਮੇਰੀ ਗੱਲ ਸੁਣੋ ਤੁਸੀਂ ਨਵੇੜਨ ਵਾਲੀ ਗੱਲ ਕਰੋ ਤੁਸੀਂ ਅਗਲੇ ਤੋਂ ਮਾਫੀ ਮੰਗੋ ਵੀ ਭਾਈ ਹਾਂ ਸਾਥੋਂ ਗਲਤੀ ਹੋ ਗਈ ਸਾਨੂੰ ਉਹ ਤਾਂ ਬੋਲਿਆ ਗਿਆ ਮਨਿੰਦਰ ਨੂੰ ਵੀ ਬੋਲਿਆ ਗਿਆ ਚੱਲ ਭਾਈ ਅਸੀਂ ਸੁਧਰ ਕੇ ਦਿਖਾਵਾਂਗੇ ਤੇ ਜਦੋਂ ਅਸੀਂ ਮੁੜ ਕੇ ਰਿਸ਼ਤਾ ਲੈ ਲਾਂਗੇ ਜਿਹੜੀ ਗੱਲ ਕਰਨ ਵਾਲੀ ਹੁੰਦੀ ਆ ਤੁਸੀਂ ਤਾਂ ਜਿੱਦੀ ਜਾਂਦੇ ਹੋ ਯਾਰ ਅਗਲੇ ਨਾਲ ਬੈਠੇ ਅਗਲਾ ਕਿਵੇਂ ਤੁਹਾਨੂੰ ਤੁਹਾਡੇ ਨਾਲ ਅਸੀਂ ਨਹੀਂ ਮਾਫੀ ਮੰਗਦੇ ਮਾਫੀ ਮੰਗਣੀ ਆ ਤੂੰ ਮੰਗ ਲੈ ਜੇ ਉਹਨਾਂ ਨੇ ਰਿਸ਼ਤਾ ਕਰਨਾ ਉਹ ਕਰ ਦੇਣਗੇ ਜੇ ਤੇਰੀ ਭੈਣ ਆਊਗੀ ਸਾਡੇ ਘਰੇ ਤੇ ਨਾਲ ਤੂੰ ਆ ਜੀ ਨਹੀਂ ਲੋੜ ਨਹੀਂ ਆਉਂਦਾ ਬੈਠਿਆ ਰੋ ਘਰੇ ਲੈ ਵੇਖ ਲਾ ਲੈ ਦੇਖ ਲੈ ਭੈਣ ਜੀ ਦੇਖ ਲਓ ਜੀ ਸਾਡੇ ਘਰੇ ਬਹਿ ਕੇ ਹੁਣ ਸਾਡੇ ਦੀ ਬੱਚੇ ਐ ਕਰੀ ਜਾਂਦੇ ਆ ਹਾਂ ਤੇ ਨਿਆਣੇ ਆਈ ਗੱਲ ਉਹ ਸਿਆਣਾ ਬੈਠਾ ਰਹਿ ਗਿਆ ਚਲੋ ਕੋਈ ਗੱਲ ਨਹੀਂ ਨਿਆਣੇ ਆ ਹਨਾ ਮੈਂ ਮਾਫੀ ਮੰਗ ਲੈਣਾ ਉਹਨਾਂ ਮੰਨੋ ਤੇ ਤੁਸੀਂ ਤੁਸੀਂ ਵੀ ਥੋੜਾ ਜਿਹਾ ਨਾ ਹੁਣ ਕਰਿਓ ਵੀ ਗੁੱਸਾ ਨਾ ਕਰਿਓ ਕੋਈ ਗੱਲ ਨਹੀਂ ਚਲੋ ਉਮਰ ਹੀ ਇਹ ਜੀ ਹੁੰਦੀ ਹੈ ਨਾ ਗੁੱਸਾ ਗਿਲਾ ਆ ਜਾਂਦਾ ਫਿਰ ਵੀ ਤੁਸੀਂ ਵੀ ਸੋਚ ਲਿਓ ਚਲ ਮੈਂ ਵੀ ਇਹਨਾਂ ਦੇ ਕੰਨ ਖਿੱਚੂਗਾ ਤੇ ਕੋਈ ਨਹੀਂ ਆਪਾਂ ਕਰ ਲਾਂਗੇ ਰਹਿ ਜਾ ਚਲੋ ਕੋਈ ਨਾ ਭਾਈ ਫਿਰ ਮੈਨੂੰ ਦੱਸਿਓ ਹਨਾ ਮੇਰੀ ਗੱਲ ਸੁਣ ਪੁੱਤ ਤੇਰੇ ਮੂੰਹ ਨੂੰ ਤਾਂ ਸਾਨੂੰ ਕੋਈ ਗੁੱਸਾ ਨਹੀਂ ਠੀਕ ਹੈ ਅਸੀਂ ਤੇਰੇ ਮੂੰਹ ਪਰ ਹੀ ਦੇਖ ਕੇ ਚੱਲਦੇ ਆ ਉਹੀ ਗੱਲ ਆ ਜੀ ਕਰਦੇ ਤਾਂ ਇਹਨਾਂ ਦਾ ਚੰਗੇ ਹੀ ਨਹੀਂ ਸੀ ਪਰ ਅੱਜ ਤਾਂ ਮੇਰੀ ਵੀ ਨੀਵੀਂ ਪਵਾ ਕੇ ਛੱਡਤੀ ਇਹਨਾਂ ਨੇ ਚੱਲ ਕਾਲੇ ਜੇ ਸਮਝਦੇ ਆ ਤਾਂ ਭਾਈ ਵਧੀਆ ਗੱਲ ਹੈ ਨਹੀਂ ਫਿਰ ਦੇਖੀ ਜਾਊ ਕਿਵੇਂ ਹੋਊ ਹਾਂ ਚਲੋ ਕੋਈ ਨਹੀਂ ਤੁਸੀਂ ਦੱਸ ਦਿਓ ਜੀ ਇੱਥੋਂ ਤਾਂ ਇਹ ਭੱਜੇ ਨਹੀਂ ਭਾਈ ਚਲੋ ਠੀਕ ਆ ਕੁਲਦੀਪ ਸਿੰਘ ਮੈਨੂੰ ਫੋਨ ਆਈ ਜਾਂਦਾ ਰਖਾ ਲਿਆ ਬਣਾਈ ਜਾਂਦਾ ਪੰਚਾਇਤ ਉਦੋਂ ਮੈਂ ਜਾ ਕੇ ਆਉਣਾ ਹੈ ਠੀਕ ਆ ਠੀਕ ਆ ਚਲੋ ਠੀਕ ਆ ਅਸੀਂ ਵੀ ਚੱਲਦੇ ਆ ਕੀ ਯਾਰ ਕੀ ਗੱਲ ਹੋ ਗਈ ਨਾ ਤੈਨੂੰ ਇਹ ਮੈਂ ਤੂੰ ਕੀ ਕਹਿ ਕੇ ਲੈ ਕੇ ਗਿਆ ਸੀ ਵੀ ਉੱਥੇ ਕੁੱਤਿਆਂ ਨੂੰ ਨਾ ਭੌਂਕੀ ਜਾਈ ਕੋਈ ਵੱਡੇ ਛੋਟੇ ਦੀ ਸ਼ਰਮ ਹੁੰਦੀ ਆ ਕੋਈ ਤੂੰ ਬੈਠਾ ਪੰਚਾਇਤ 'ਚ ਉੱਥੇ ਲੋਪਰ ਲੋਪਰ ਲਾਈ ਰੱਖੀ ਆ ਹੈ ਉਹ ਮੈਂ ਤਾਂ ਬੋਲਿਆ ਨਹੀਂ ਹਜੇ ਜਿਵੇਂ ਮੈਂ ਬੋਲਦਾ ਹੁੰਦਾ ਗਾ ਉਹਦੇ ਹਿਸਾਬ ਨਾਲ ਕੰਟਰੋਲ ਕਰੀ ਰੱਖੀ ਜ਼ਬਾਨ ਬਾਈ ਉਹ ਲੈ ਲਈ ਡੋਲੇ ਬੋਲਿਆ ਨਹੀਂ ਤਾਂ ਫਿਰ ਗਲਤ ਵੀ ਕੀ ਕਿਹਾ ਜਿਹੜੀ ਗੱਲ ਸਹੀ ਸੀ ਉਹੀ ਗੱਲ ਕਰੀ ਆ ਸੀ ਉਹ ਮੇਰੀ ਗੱਲ ਸੁਣਦਾ ਤੂੰ ਨਾ ਆਤਰਾ ਮੂੰਹ ਰਹਿਣਾ ਨਹੀਂ ਤੂੰ ਦੇਖੀ ਜਾਈ ਜੇ ਨਾ ਅੱਖਾਂ 'ਚ ਘਸੁੰਨ ਦੇ ਕੇ ਰੋਵੇਂ ਉਹ ਨਾ ਬਾਈ ਤਾਂ ਆਪਦਾ ਬੰਨਣਾ ਹੀ ਨਹੀਂ ਸੀ ਤੇਰਾ ਵੀ ਪੱਟ ਦੂ ਇਹ ਉਹ ਮੇਰਾ ਤਾਂ ਪੱਟੇ ਹੀ ਪਿਆ ਤੁਸੀਂ ਆਪ ਦੇਖਿਆ ਉੱਥੇ ਉਹ ਕਿਵੇਂ ਬੋਲੀ ਜਾਂਦੀ ਸੀ ਉੱਥੇ ਪੰਚਾਇਤ ਦੇ ਵਿੱਚ ਉਹ ਬਾਈ ਅਗਲੀ ਨੇ ਬੋਲਣਾ ਹੀ ਆ ਜਦੋਂ ਅਗਲੀ ਸੱਚੀ ਆ ਜਦੋਂ ਆਪਦੇ 'ਚ ਗਲਤੀ ਆ ਆਪਾਂ ਨੂੰ ਨਿਮਣਾ ਪਊਗਾ ਭਾਵੇਂ ਅੱਜ ਨਿਮ ਜਾਓ ਭਾਵੇਂ ਕੱਲ੍ਹ ਨੂੰ ਨਿਮ ਜਾਓ ਉਹ ਯਾਰ ਹੁਣ ਤਾਂ ਐਂ ਕੀ ਪਤਾ ਸੀਗਾ ਵੀ ਨਸ਼ੇ 'ਚ ਤਬਦੀਲ ਹੋ ਜੂਗੀ ਖੰਘ ਵਾਲੀ ਸੀ ਸਿਣ ਦਾ ਹੁਣ ਕੀਤਾ ਦਾ ਫਾਇਦਾ ਸੀਗਾ ਹੋਰ ਫਾਇਦਾ ਗਿਆ ਉਹ ਮੈਂ ਤਾਂ ਇਹਨੂੰ ਕਹਿੰਦਾ ਸੀ ਮੈਂ ਤੈਨੂੰ ਕਹੀ ਜਾਂਦਾ ਸੀ ਕਹਿੰਦਾ ਸੀਗਾ ਵੀ ਨਾ ਕੋਈ ਨਾ ਹੋ ਜੂਗਾ ਆਪੇ ਠੀਕ ਹੋ ਜੂਗਾ ਆਪਾਂ ਦਵਾਈ ਲੈਣਾ ਨਹੀਂ ਨਹੀਂ ਆ ਕਿ ਮੈਂ ਸ਼ੀਸ਼ੀ ਲੈਣੀ ਆ ਲੈ ਲਾ ਸ਼ੀਸ਼ੀਆਂ ਫਿਰ ਹੁਣ ਉਹ ਮੈਨੂੰ ਕੀ ਪਤਾ ਸੀਗਾ ਵੀ ਤੇਰੇ ਦਿਲ ਚਾਹ ਕੁਛ ਚੱਲੀ ਜਾਂਦਾ ਗਾ ਮਿਲੀ ਭੁਗਤ ਸੀਗੀ ਤੁਹਾਡੀ ਤੁਸੀਂ ਯਾਰ ਨਾਲ
ਹਜੇ ਮੈਂ ਉੱਥੇ ਜਾ ਕੇ ਪੰਚਾਇਤ ਚ ਕਿੰਨਾ ਕੁਛ ਬੋਲ ਗਿਆ ਤੂੰ ਹਜੇ ਮੇਰੇ ਤੇ ਗੱਲ ਸਿੱਟੀ ਜਾਂਦਾ ਉੱਥੇ ਤਾਂ ਮੈਂ ਵੀ ਬੋਲੀ ਗਿਆ ਹੁਣ ਜ਼ੋਰ ਤਾਂ ਲਾਇਆ ਪੂਰਾ ਜਿੰਨਾ ਲੱਗਦਾ ਸੀਗਾ ਹੁਣ ਹੋਰ ਦੱਸੋ ਤੇਰੇ ਪਿੱਛੇ ਮੈਂ ਐਡੀ ਗੱਲ ਕਿਹਾ ਆ ਉੱਥੇ ਯਾਰ ਵੀ ਜੇ ਆਉਣਗੀਆਂ ਤਾਂ ਦੋਵੇਂ ਆਉਣਗੀਆਂ ਨਹੀਂ ਇੱਕ ਵੀ ਨਹੀਂ ਆਉਂਦੀ ਉਹ ਨਹੀਂ ਇਕੱਲੇ ਬੋਲਣ ਨਾਲ ਨਹੀਂ ਮਸਲੇ ਹੱਲ ਹੁੰਦੇ ਹੁੰਦੇ ਜਿੱਥੇ ਗਲਤੀ ਉੱਥੇ ਝਿਪਣਾ ਪੈਂਦਾ ਹੁੰਦਾ ਠੀਕ ਆ ਜੇ ਉੱਥੇ ਮਾੜਾ ਜਿਹਾ ਤੁਸੀਂ ਐਂ ਕਹਿ ਦਿੰਦੇ ਇੱਕ ਵਾਰੀ ਵੀ ਚੱਲ ਭਾਈ ਤੁਹਾਤੋਂ ਗਲਤੀ ਹੋ ਗਈ ਅੱਗੇ ਤੋਂ ਅਸੀਂ ਨਹੀਂ ਕਰਦੇ ਠੀਕ ਆ ਇੱਕ ਵਾਰੀ ਸਾਨੂੰ ਮੌਕਾ ਦੇ ਦਿਓ ਓਏ ਇੰਨੇ ਚ ਗੱਲ ਨਿਪਟ ਜਾਂਦੀ ਤੁਸੀਂ ਤਾਂ ਯਾਰ ਅਗਲੇ ਨਾਲ ਨਿਠੀ ਜਾਂਦੇ ਹੋ ਉੱਥੇ ਉਹ ਯਾਰ ਉਹ ਤਾਂ ਹੁਣ ਇਹਨੇ ਕਹੀ ਦਿੱਤਾ ਵੀ ਅਸੀਂ ਮਾਫੀ ਮੰਗਦੇ ਆ ਹੱਥ ਜੋੜ ਕੇ ਮਾਫੀ ਮੰਗਦੇ ਆ ਨਾ ਨਾ ਮਾਫੀ ਤਾਂ ਮੈਂ ਗਲਤ ਮੰਗ ਲਈ ਉੱਥੇ ਮੈਨੂੰ ਲੱਗਦਾ ਮੰਗਣੀ ਨਹੀਂ ਚਾਹੀਦੀ ਜਿਹੜੀ ਤੂੰ ਗੱਲ ਮੇਰੇ ਤੇ ਕਹਿੰਦਾ ਨਾ ਵੀ ਮੈਂ ਕਰਤਾ ਉਹ ਮੈਂ ਤੇਰਾ ਘਰ ਪੱਟ ਕੇ ਕੀ ਲੈਣਾ ਯਾਰ ਉਹ ਯਾਰ ਫਿਰ ਤੂੰ ਨਸ਼ਾ ਪੱਤਾ ਤਾਂ ਹੁਣ ਤੂੰ ਹੀ ਕਰਾਇਆ ਮੈਨੂੰ ਜਿਹੜਾ ਕੁਛ ਕਰਾਇਆ ਜਿੰਨਾ ਕੀਤਾ ਗਾ ਕੀਤਾ ਵੀ ਕੁਛ ਨਹੀਂ ਨਾਲੇ ਤਾਂ ਵੀ ਭਾਂਡਾ ਭੰਨਿਆ ਗਿਆ ਸਿਰ ਆਹੋ ਲੈ ਮੈਂ ਫੜ ਕੇ ਕਰਾਤਾ ਨਾ ਆ ਚੰਗੀ ਸ਼ਾਬਾਸ਼ ਦਿੱਤੀ ਆ ਤੂੰ ਮੈਨੂੰ ਆ ਦੇਖ ਲੈ ਬਾਈ ਚੰਗੀ ਸ਼ਾਬਾਸ਼ ਦੇ ਜਾਂਦਾ ਤੇ ਨਾ ਕਰ ਲਾ ਗੱਲ ਯਾਰ ਮੈਂ ਤਾਂ ਆਪੇ ਜਿਹੜਾ ਕੁਛ ਦੇਖੀ ਜੋ ਤੁਸੀਂ ਦੋਨਾਂ ਨੇ ਮੈਨੂੰ ਦੇਤੀ ਸ਼ਾਬਾਸ਼ ਕਮਾਲ ਵਾਲਾ ਦੇਖ ਲੈ ਹਜੇ ਵੀ ਜਾ ਕੇ ਮੂੰਹ ਬਣਾ ਕੇ ਭੱਜ ਗਿਆ ਇਹਦਾ ਕਿੰਨਾ ਕਰ ਲੋ ਉਨਾ ਹੀ ਥੋੜਾ ਗਾ ਜਿੰਨਾ ਕਰ ਲੋ ਉਹ ਚੰਗੇ ਦਾ ਟਾਈਮ ਹੀ ਨਹੀਂ ਅਸਲ ਤਾਂ ਗਲਤੀ ਤਾਂ ਮੇਰੀ ਆ ਸਾਰੀ ਸੋਡੀ ਵੀ ਨਹੀਂ ਜਿਹੜਾ ਮੈਂ ਤੁਹਾਨੂੰ ਸਿਰ ਚੜਾ ਲਿਆ ਮੇਰੀ ਗਲਤੀ ਆ ਮੈਂ ਆਪਦਾ ਘਰ ਪੱਟ ਲਿਆ ਇਹਦੇ ਪਿੱਛੇ ਕੋਈ ਨਾ ਆ ਜਾਂਦੇ ਬੇਬੇ ਨੂੰ ਲੈ ਕੇ ਨਾ ਇਕੱਲੀ ਮਨਿੰਦਰ ਨੂੰ ਲੈ ਕੇ ਆਊਂਗਾ ਦੇਖਦਾ ਹੁਣ ਮੈਂ ਕਿਵੇਂ ਇਹਦਾ ਹਰਪ੍ਰੀਤ ਨਾਲ ਰਿਸ਼ਤਾ ਹੋਊਗਾ ਓਏ ਆਹੀ ਟੱਕਰਾਂ ਮਾਰਦਾ ਸੀ ਤੇਰੇ ਨਾਲ ਮੈਂ ਵੀ ਨਾਲੇ ਤਾਂ ਆਪਦਾ ਘਰ ਪੱਟੇਗਾ ਨਾਲੇ ਜੇ ਕੋਈ ਉਨੀਕੀ ਹੋ ਗਈ ਦੋਨੇ ਭਰਾ ਇੱਕ ਦੂਜੇ ਦੇ ਬੈਰੀ ਬਣੋਗੇ ਬੈਰ ਬਣੋਗੇ ਇੱਕ ਦੂਜੇ ਨਾਲ ਆ ਗਈਆਂ ਨਾ ਉਹੀ ਗੱਲਾਂ ਮੂਹਰੇ ਹੁਣ ਗੱਲ ਤਾਂ ਤੇਰੀ ਸਹੀ ਹੈ ਬਈ ਮੈਂ ਤਾਂ ਇਹਦਾ ਇੰਨਾ ਕਰਦਾ ਸੀਗਾ ਵੀ ਕੋਈ ਨਹੀਂ ਮੇਰੇ ਭਰਾ ਦਾ ਘਰ ਵਸ ਜੂਗਾ ਇਹ ਅੱਜ ਮੈਨੂੰ ਦੇਖ ਲਾ ਮੈਨੂੰ ਮਾੜਾ ਬਣਾ ਗਿਆ ਕਿ ਤੂੰ ਮੈਨੂੰ ਨਸ਼ਾ ਕਰਾਉਂਦਾ ਸੀ ਵੀ ਅੱਗੇ ਤੈਨੂੰ ਪਹਿਲਾਂ ਮੈਂ ਨਸ਼ਾ ਕਰਾਉਂਦਾ ਹੁੰਦਾ ਸੀਗਾ ਉਹ ਮੇਰੀ ਗੱਲ ਸੁਣ ਇਹ ਜਿਹੀਆਂ ਗੱਲਾਂ ਦੇ ਨਾ ਜਿਹੜੇ ਫੈਸਲੇ ਹੁੰਦੇ ਆ ਇਹ ਐਂ ਮਹੀਨੇ ਡੇਢ ਮਹੀਨਿਆਂ 'ਚ ਨਹੀਂ ਲਏ ਜਾਂਦੇ ਹੁੰਦੇ ਇਹ ਸਾਰੀ ਉਮਰ ਦੇ ਰਿਸ਼ਤੇ ਹੁੰਦੇ ਆ ਤੂੰ ਆਪ ਸੋਚ ਤੂੰ ਮਹੀਨਾ ਡੇਢ ਮਹੀਨਾ ਇਹਨੂੰ ਘੁੱਟ ਕੇ ਰੱਖ ਲੈਂਦਾ ਹੈ ਵੀ ਚੱਲ ਗੱਲ ਦੱਬੀ ਰਹਿੰਦੀ ਉਦੋਂ ਬਾਅਦ ਤਾਂ ਗੱਲ ਸਾਹਮਣੇ ਆਉਂਦੀ ਉਹਦੀ ਜਵਾਕੜੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਯਾਰ ਮੇਰੀ ਤਾਂ ਬਈ ਅਕਲ ਤੇ ਪੜਦਾ ਪੈ ਗਿਆ ਸੀ ਜਿਹੜਾ ਮੈਂ ਇਹਦਾ ਸਾਥ ਦੇਣ ਲੱਗ ਗਿਆ ਉਹ ਮੈਨੂੰ ਤਾਂ ਐਂ ਸੀ ਚੱਲ ਭਰਾ ਗਾ ਭਰਾ ਦਾ ਘਰ ਵਸ ਜੂਗਾ ਹੁਣ ਮੈਨੂੰ ਕੀ ਪਤਾ ਸੀਗਾ ਵੀ ਇਹ ਹਟਣਾ ਹੀ ਨਹੀਂ ਉਹ ਭਰਾ ਤਾਂ ਮੈਂ ਵੀ ਹਾਂ ਤੁਹਾਡਾ ਸੋਥੋਂ ਵੱਡਾ ਵੀ ਹਾਂ ਲੋਕ ਐਵੇਂ ਤਾਂ ਨਹੀਂ ਕਹਿੰਦੇ ਹੁੰਦੇ ਵੀ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਮਗਰੋਂ ਪਤਾ ਲੱਗਦਾ ਹੁੰਦਾ ਸਹੀ ਗੱਲ ਆ ਬਾਈ ਤੇਰੀ ਚੱਲ ਕੋਈ ਨਹੀਂ ਹੁਣ ਦੇਖਦੇ ਹਾਂ ਇਹਨੂੰ ਹੁਣ ਕੀ ਕਰਦਾ ਗਾ ਫਿਰ ਐਂ ਕਿਹੜਾ ਆਪਣੇ ਤੋਂ ਬਿਨਾਂ ਇਹ ਡੋਲਾ ਲਿਆਊਗਾ ਨਸ਼ਾ ਤਾਂ ਇਹਨੂੰ ਛੱਡਣਾ ਹੀ ਪਊਗਾ